ਦੇਸ਼ ਵਿਦੇਸ਼ ਤੋਂ ਜੁੜੇ ਹੋਏ ਸਰੋਤਿਆਂ ਨੂੰ ਇੱਕ ਵਾਰ ਫਿਰ ਜੀਓ ਨੂੰ ਕਹਿੰਦੇ ਤੁਸੀਂ ਸੁਣ ਰਹੇ ਹੋ ਕੌਮੀ ਆਵਾਜ਼ ਪੰਜਾਬੀ ਰੇਡੀਓ। ਇਹ ਚੱਲ ਰਿਹਾ ਜੀ ਸਵੇਰ ਦੀ ਸਭਾ। ਸਰਦਾਰ ਜਗਮੀਤ ਸਿੰਘ ਐਮ ਪੀ ਪੀ ਓਨਟਾਰੀਓ ਤੋਂ ਜਿਹੜੇ ਐਮ ਪੀ ਪੀ ਨੇ ਗੋਰ ਮਾਲਟਨ ਦੇ ਇਲਾਕੇ ਤੋਂ ਐਨ ਡੀ ਪੀ ਪਾਰਟੀ ਦੇ ਆਪਣੇ ਸੂਬੇ ਦੇ ਡਿਪਟੀ ਲੀਡਰ ਆ ਉਹ ਸਾਡੇ ਸਟੂਡੀਓ ਦੇ ਵਿਚ ਪਹੁੰਚ ਚੁੱਕੇ ਆ। ਕੌਮੀ ਆਵਾਜ਼ ਰੇਡੀਓ ਅਤੇ ਪੂਰੀਆਂ ਮੈਲਬੋਰਨ ਦੀਆਂ ਸੰਗਤਾਂ ਦੇ ਵੱਲੋਂ ਉਹਨਾਂ ਨੂੰ ਜੀਓ ਨੂੰ ਕਹਿੰਦੇ ਆ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਜਿਹੜੀ ਤੁਹਾਡੀ ਜਿਹੜੀ ਸਫ਼ਰ ਆ ਜਿਹੜਾ ਕੈਨੇਡਾ ਤੋਂ ਇੱਥੇ ਤੱਕ ਆਉਣ ਦਾ ਬੜਾ ਵਧੀਆ ਰਿਹਾ ਹੋਗਾ। ਕਾਫੀ ਥੱਕੇ ਵੀ ਹੋਵੋਗੇ, ਸਾਰਾ ਵਧੀਆ ਰਿਹਾ ਆਉਣ ਦਾ ਜੀ? ਬਹੁਤ ਵਧੀਆ ਲੱਗਿਆ, ਸਾਰੇ ਨੂੰ ਮਿਲ ਕੇ ਥਕਾਵਟ ਪੂਰੀ ਦੂਰ ਹੋ ਗਈ ਜੀ। ਆਸਟ੍ਰੇਲੀਆ ਦਾ ਨਿੱਘੇ ਸਵਾਗਤ ਨਾਲ ਅਸੀਂ ਖੁਸ਼ ਹੋ ਕੇ ਇੱਥੇ ਥੋੜਾ ਐਨਰਜੀ ਨਾਲ ਤੇ ਹੈਗੇ ਆ ਜੀ। ਬੜੀ ਚੰਗੀ ਗੱਲ ਆ ਜੀ। ਆਸਟ੍ਰੇਲੀਆ ਦੇ ਵਿਚ ਇਹ ਤੁਹਾਡਾ ਦੂਜਾ ਦੌਰਾ ਗਾ ਜੀ। ਇਸ ਤੋਂ ਪਹਿਲਾਂ ਤੁਸੀਂ ਇੱਕ ਸਾਲ ਪਹਿਲਾਂ ਅੱਜ 14 ਦਸੰਬਰ ਨੂੰ ਤੁਸੀਂ ਮੈਲਬੋਰਨ ਸ਼ਹਿਰ ਦੇ ਵਿਚ ਲੋਕਾਂ ਨੂੰ ਬੋਲੀ ਸੀ ਜਿਹੜਾ ਜੈਨੋਸਾਈਡ ਮਾਰਚ ਹੋਇਆ ਸੀ ਉਸ ਦੇ ਉੱਤੇ, ਤੇ ਉਸ ਵਕਤ ਪਹਿਲੀ ਵਾਰ ਤੁਹਾਨੂੰ ਮੈਲਬੋਰਨ ਦੇ ਯੂਥ ਨੇ ਜਿਹੜਾ ਦੇਖਿਆ ਸੀ ਤੇ ਜਿਹੜੇ ਬੜੇ ਖੁਸ਼ ਹੋਏ ਤੇ ਇਸ ਵਾਰ ਦੂਸਰੀ ਵਾਰ ਆਉਣ ਦਾ ਜਿਹੜਾ ਸਬੱਬ ਕਿਸ ਤਰ੍ਹਾਂ ਬਣਿਆ? ਭਾਜੀ ਮੈਨੂੰ ਐਸੇ ਮਨ ਚ ਨਹੀਂ ਸੀਗਾ ਕਿ ਮੈਨੂੰ ਇੰਨਾ ਛੇਤੀ ਆਉਣ ਦਾ ਮੌਕਾ ਮਿਲ ਜਾਣਾ। ਜਦੋਂ ਮੈਂ ਪਹਿਲਾਂ ਆਇਆ ਸੀਗਾ ਬੜਾ ਵਧੀਆ ਲੱਗਿਆ, ਮੈਨੂੰ ਸੰਗਤ ਵੀ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਤੇ ਮੈਨੂੰ ਇੱਦਾਂ ਬੜੇ ਆਸ ਸੀਗੇ ਕਿ ਆਸਟ੍ਰੇਲੀਆ ਦੀ ਸੰਗਤ ਦੇ ਕੇ ਮੈਨੂੰ ਲੱਗਿਆ ਕਿ ਸਿੱਖੀ ਕੌਮ ਅਸੀਂ ਪ੍ਰਫੁੱਲਤ ਹੋ ਸਕਦੇ ਹਾਂ ਇਸ ਦੁਨੀਆਂ ਦੇ ਕੋਨੇ ਚ। ਸੋ ਮੈਨੂੰ ਫਿਰ ਪ੍ਰੋਗਰਾਮ ਬਣਾਉਣ ਦਾ ਮੈਨੂੰ ਲੱਗਿਆ ਨਹੀਂ ਸੀਗਾ ਕਿ ਇੰਨਾ ਛੇਤੀ ਬਣੂਗਾ, ਪਰ ਕਿ ਵੀਰੇ ਨੇ ਕੰਟੈਕਟ ਕੀਤਾ ਸੀਗਾ ਤੇ ਇੱਕ ਹੋਰ ਮੌਕਾ ਸੀਗਾ ਆਉਣ ਦਾ ਤੇ ਮੈਨੂੰ ਪੁੱਛਿਆ ਕਿ ਮੇਰਾ ਜੀ ਕੀਤਾ ਕਰਦਾ ਕਿ ਆਉਣਾ। ਮੈਂ ਕਿਹਾ ਕੀ ਗੱਲ ਹੈ, ਜੇ ਮੇਰੀ ਪ੍ਰੋਗਰਾਮ ਮੇਰੇ ਸਕੈਡਿਊਲ ਦੇ ਹਿਸਾਬ ਨਾਲ ਬਣਦੀ ਗੱਲ ਤਾਂ ਮੈਂ ਜ਼ਰੂਰ ਆਊਂਗਾ। ਤੇ ਹੁਣੇ ਸੈਸ਼ਨ ਖਤਮ ਹੋਇਆ ਜਿਵੇਂ ਪਿਛਲੇ ਸਾਲ ਵੀ, ਤੇ ਇਸੇ ਕਰਕੇ ਓਮੋਸਟ ਸੇਮ ਟਾਈਮ ਹੈ, ਓਮੋਸਟ ਐਗਜੈਕਟਲੀ 1 ਈਅਰ ਐਨੀਵਰਸਰੀ ਹੋ ਗਿਆ ਤੇ ਮੈਨੂੰ ਕਾਫੀ ਵਧੀਆ ਲੱਗਿਆ। ਬਿਲਕੁਲ ਜੀ, ਉਸ ਤੋਂ ਬਾਅਦ ਜਿਹੜਾ ਵਧੀਆ ਸਾਨੂੰ ਲੱਗਿਆ ਕਿਉਂਕਿ ਸਾਨੂੰ ਇੰਸਪੀਰੇਸ਼ਨ ਮਿਲਦੀ ਆ। ਜਿਸ ਤਰ੍ਹਾਂ ਕੈਨੇਡਾ ਦੇ ਵਿਚ ਜਿਹੜੀ ਗਾਦਰੀ ਬਾਬਿਆਂ ਦੀ ਧਰਤੀ ਆ, ਗਾਦਰੀ ਬਾਬਿਆਂ ਨੇ ਉੱਥੇ ਇਤਿਹਾਸ ਸਿਰਜਿਆ, ਸੰਤ ਸੇਵਾ ਸਿੰਘ ਵਰਗੇ ਜਿਹੜੇ ਸਕਾਲਰ ਬੰਦੇ ਤੇ ਉਸ ਤੋਂ ਬਾਅਦ ਅਨੇਕਾਂ ਹੀ ਜਿਹੜੇ ਬਾਬਾ ਸੋਹਣ ਸਿੰਘ ਭਾਕਨਾ, ਕਰਤਾਰ ਸਿੰਘ ਸਰਾਭਾ ਜਿਹੜੇ ਅਮਰੀਕਾ ਦੇ ਵਿਚ ਸੀਗੇ ਤੇ ਸਾਰੀ ਕੈਨੇਡਾ ਦੇ ਅਮਰੀਕਾ ਉਹਨਾਂ ਦੀ ਧਰਤੀ ਆ ਤੇ ਉਹਨਾਂ ਨੇ ਜਿਹੜੇ ਸਿੱਖੀ ਦੇ ਬੀਜ ਵੀ ਲਾਏ। ਮੈਨੂੰ ਲੱਗਦਾ ਉਹਨਾਂ ਨੇ ਇੱਕ ਮਾਡਲ ਪੇਸ਼ ਕੀਤਾ ਸੀ ਪੰਜਾਬ ਦੇ ਸਿੱਖਾਂ ਦੇ ਲਈ ਕਿ ਤੁਸੀਂ ਬਾਹਰੇ ਆ ਕੇ ਇਸ ਧਰਤੀ ਦੇ ਉੱਤੇ ਰਹਿਣਾ ਕਿਸ ਤਰ੍ਹਾਂ ਗਾ। ਸੋ ਉਸ ਧਰਤੀ ਤੋਂ ਤੁਸੀਂ ਆਏ ਹੋ ਤੇ ਸਾਡੇ ਲਈ ਹੁਣ ਕਿਉਂਕਿ ਇੱਥੇ ਨਵੇਂ ਆ ਆਸਟ੍ਰੇਲੀਆ ਦੇ ਵਿਚ ਸਿੱਖ ਤੇ ਉਹਨਾਂ ਨੇ ਹੁਣ ਕੈਨੇਡਾ ਅਮਰੀਕਾ ਦੀ ਜਿਹੜੀ ਸਿੱਖ ਪੋਲੀਟਿਕਸ ਆ ਉਹਦੇ ਵੱਲ ਦੇਖ ਕੇ ਹੀ ਅਸੀਂ ਸੇਧ ਲੈਣੀ ਆ ਕਿ ਕਿਸ ਤਰ੍ਹਾਂ ਜਿਹੜਾ ਇੱਥੋਂ ਦਾ ਯੂਥ ਅੱਗੇ ਵਧੇ। ਸੋ ਇਹੀ ਜਿਹੜਾ ਆਪਣੇ ਇਸ ਮੈਲਬੋਰਨ ਦੇ ਵਿਚ ਜੋ ਆਪਾਂ ਵੱਖ ਵੱਖ ਸਮੇਂ ਤੇ ਵਿਚਾਰਾ ਕਰਨੀ ਆ ਉਹਦਾ ਆਪਣਾ ਮੁੱਖ ਜਿਹੜਾ ਮਕਸਦ ਇਹੀ ਰਹਿਣਾਗਾ ਜੀ। ਉਸ ਤੋਂ ਪਹਿਲਾਂ ਹਰ ਇੱਕ ਦੀ ਦਿਲਚਸਪੀ ਹੁੰਦੀ ਹੈ ਕਿ ਜਗਮੀਤ ਸਿੰਘ ਬਾਰੇ ਅਸੀਂ ਜਾਣੀਏ, ਉਹਨਾਂ ਦੇ ਬਚਪਨ ਦੇ ਬਾਰੇ ਤੇ ਉਹਨਾਂ ਦੇ ਪਿਛੋਕੜ ਦੇ ਬਾਰੇ। ਸੋ ਤੁਸੀਂ ਦੱਸੋ ਆਪਾਂ ਗੱਲ ਕਿੱਥੋਂ ਸ਼ੁਰੂ ਕਰੀਏ, ਜੂੜੇ ਤੋਂ ਤੇ ਊੜੇ ਤੋਂ ਸ਼ੁਰੂ ਕਰੀਏ? ਊੜਾ ਜਿਹੜਾ ਤੁਸੀਂ ਕਾਫੀ ਲੇਟ ਆ ਕੇ ਸਿੱਖਿਆ, ਸੋ ਆਪਾਂ ਗੱਲ ਨਿੱਕੇ ਜੂੜੇ ਤੋਂ ਕਲਕਾਰੀ ਤੋਂ ਸ਼ੁਰੂ ਕਰ ਲੈਣੇ ਆ ਕਿ ਜਨਮ ਆਪਣਾ ਓਨਟਾਰੀਓ ਦੇ ਵਿਚ ਹੋਇਆ ਜੀ। ਜੀ ਮੇਰਾ ਜਨਮ ਹਾਂਜੀ ਓਨਟਾਰੀਓ ਚ ਹੋਇਆ ਜੀ। ਸ਼ਹਿਰ ਦਾ ਨਾਂ ਸਕਾਰਬਰੋ ਹੈ, ਸਕਾਰਬਰੋ ਹੁਣ ਵੱਡੇ ਸ਼ਹਿਰ ਟੋਰਾਂਟੋ ਦੇ ਵਿਚ ਹੁਣ ਜੁੜ ਗਿਆ ਤੇ ਉੱਥੇ ਜਨਮ ਹੋ ਕੇ ਮੇਰੀ ਸਟੋਰੀ ਕਾਫੀ ਇੰਟਰਸਟਿੰਗ ਹੈਗੀ ਆ ਕਿਉਂਕਿ ਪਹਿਲੀ ਮੇਰੀ ਬੋਲੀ ਅਸਲ ਚ ਪੰਜਾਬੀ ਸੀਗੀ। ਜਦੋਂ ਜਨਮ ਹੋਇਆ ਕੈਨੇਡਾ ਚ ਸਾਲ ਤੱਕ ਸੀਗਾ ਮੈਂ ਤੇ ਮਾਂ ਪਿਓ ਨੂੰ ਇਦਾਂ ਲੱਗਿਆ ਕਿ ਬਾਪੂ ਜੀ ਕੰਮ ਕਰ ਰਹੇ ਸੀਗੇ ਤੇ ਪੜ੍ਹਦੇ ਸੀਗੇ, ਉਹ ਦਾਖਲਾ ਲੈਣਾ ਚਾਹੁੰਦੇ ਸੀਗੇ ਮੇਰੇ ਕੋਲ ਸਕੂਲ ਦੇ ਵਿਚ। ਬੇਬੀ ਜੀ ਕੰਮ ਕਰ ਰਹੀ ਸੀਗੀ ਬੈਂਕ ਦੇ ਵਿਚ ਤੇ ਬੜਾ ਔਖਾ ਸੀਗਾ ਸਿਚੁਏਸ਼ਨ, ਮਸਾਂ ਗੁਜ਼ਾਰੇ ਕਰ ਰਹੇ ਸੀਗੇ। ਸੋ ਮੈਨੂੰ ਆਪਣੇ ਦਾਦੇ ਦਾਦੀ ਕੋਲ ਭੇਜਿਆ। ਸੋ ਮੈਂ ਪੰਜਾਬ ਗਿਆ ਜਦੋਂ ਸਾਲ ਦੇ ਤਕਰੀਬਨ ਸੀਗਾ ਤੇ ਜਦੋਂ ਮੈਂ ਵਾਪਸ ਆਇਆ ਸਾਲ ਬਾਅਦ ਜਦੋਂ ਬਾਪੂ ਜੀ ਨੂੰ ਦਾਖਲਾ ਮਿਲ ਗਿਆ ਸੀਗਾ, ਬੇਬੀ ਜੀ ਫ੍ਰੀ ਹੋ ਗਈ ਸੀਗੀ, ਮੈਨੂੰ ਸਿਰਫ ਪੰਜਾਬੀ ਆਉਂਦੀ ਸੀਗੀ। ਪਰ ਅਸੀਂ ਰਹਿੰਦੇ ਸੀਗੇ ਇੱਕ ਨਿੱਕਾ ਜਾ ਛੋਟਾ ਜਾ ਸ਼ਹਿਰ, ਇੱਕ ਆਈਲੈਂਡ ਹੈ ਕੈਨੇਡਾ ਦੇ ਹਿੱਸਾ ਆ, ਉਹਨੂੰ ਕਹਿੰਦੇ ਨਿਊ ਫਿਨਲੈਂਡ, ਮਤਲਬ ਨਵਾਂ ਲੱਭਿਆ ਧਰਤੀ ਫਿਨਲੈਂਡ ਹੈ। ਉੱਥੇ ਆਪਣੇ ਪੂਰੇ ਪੰਜਾਬੀ ਆਬਾਦੀ ਸਾਰੇ ਸ਼ਹਿਰ ਸਾਰੇ ਆਈਲੈਂਡ ਦੇ ਉੱਤੇ ਹੋਊਗਾ ਕਿ ਮਸਾਂ 10 ਪਰਿਵਾਰ। ਅੱਛਾ ਜੀ। ਤਾਂ ਉਹਨੂੰ ਇਦਾਂ ਫਿਕਰ ਸੀਗਾ ਕਿ ਮੁੰਡੇ ਨੂੰ ਪੰਜਾਬੀ ਕੱਲੀ ਪੰਜਾਬੀ ਆਉਂਦੀ ਹੈ, ਅੰਗਰੇਜ਼ੀ ਬੋਲ ਨਹੀਂ ਸਕਦਾ, ਬਾਕੀ ਸਾਰੇ ਬੱਚੇ ਅੰਗਰੇਜ਼ੀ ਬੋਲਦੇ ਨੇ, ਇਹਨੂੰ ਬਹੁਤ ਔਖਾ ਹੋਣਾ। ਘਰੇ ਉਹਨੇ ਪੰਜਾਬੀ ਬੰਦ ਕਰਤੇ ਬੋਲਣ, ਤੇ ਮੈਨੂੰ ਹਲੇ ਤੱਕ ਵੀ ਮਹਿਸੂਸ ਹੁੰਦਾ ਕਿ ਜੇ ਨਹੀਂ ਬੰਦ ਕੀਤਾ ਤਾਂ ਮੇਰੀ ਪੰਜਾਬੀ ਹੋਰ ਵਧੀਆ ਹੋ ਸਕਦੀ ਸੀ। ਪਰ ਸੋ ਪੰਜਾਬੀ ਮੈਨੂੰ ਜੰਮੇ ਅਸੀਂ ਘਰੇ ਨਹੀਂ ਬੋਲਦੇ ਸੀਗੇ, ਮਾਪਿਓ ਨੂੰ ਅੰਗਰੇਜ਼ੀ ਆਉਂਦੀ ਸੀਗੀ, ਅਸੀਂ ਅੰਗਰੇਜ਼ੀ ਹੀ ਬੋਲਦੇ ਸੀ ਘਰੇ, ਥੋੜੀ ਜਿਹੀ ਅਸੀਂ ਸੁਣ ਲੈਂਦੇ ਸੀਗੇ, ਔਖਾ ਸੌਖਾ ਬੋਲ ਲੈਂਦੇ ਸੀਗੇ ਥੋੜਾ ਜਿਹਾ, ਪਰ ਅਸਲ ਚ ਪੰਜਾਬੀ ਚੰਗੀ ਤਰ੍ਹਾਂ ਸਾਨੂੰ
ਆਉਂਦੀ ਨਹੀਂ ਸੀ ਜੀ ਇੱਥੇ ਇੱਕ ਤੁਸੀਂ ਥੋੜੀ ਬੜੀ ਦਿਲਚਸਪ ਗੱਲ ਕੀਤੀ ਇਹ ਤਾਂ ਪੰਜਾਬੀ ਬਾਰੇ ਤੁਸੀਂ ਦੱਸਿਆ ਕਿ ਕਿੱਦਾਂ ਆਈਲੈਂਡ ਦੇ ਉੱਤੇ ਰਹਿੰਦੇ ਹੁੰਦੇ ਸੀ ਪਰ ਬਾਹਰ ਬਹੁਤ ਥੋੜੀ ਸੀ ਤੁਸੀਂ ਕਿਹਾ ਕਿ ਇੱਕ ਸਾਲ ਦੇ ਲਈ ਪੰਜਾਬ ਗਏ ਉੱਥੇ ਸ਼ਹਿਰ ਦਾ ਨਾਮ ਦੱਸ ਦੋ ਕਿਉਂਕਿ ਤੁਹਾਡੇ ਸ਼ਹਿਰ ਦਾ ਨਾਮ ਸੁਣ ਕੇ ਬਹੁਤ ਸਾਰੇ ਜਿਹੜੇ ਵੀਰੋ ਹੈਰਾਨ ਵੀ ਹੋਣਗੇ ਤੇ ਉਹਨਾਂ ਨੂੰ ਮਾਣ ਵੀ ਹੋਊਗਾ ਕਿ ਸਾਡੇ ਜਿਹੜੇ ਸ਼ਹਿਰ ਦੇ ਨੌਜਵਾਨ ਆ ਉਹ ਅੱਜ ਕੈਨੇਡਾ ਦੀ ਧਰਤੀ ਦੇ ਇੱਕ ਸਿੱਖ ਮਾਡਲ ਦੇ ਵਜੋਂ ਪਿੱਛੇ ਪਏ ਆ ਠੀਕ ਹੈ ਜੀ ਹੁਣ ਤਾਂ ਸਾਡੀ ਪਿੰਡ ਠਿਕਰੀ ਵਾਲਾ ਜੀ ਪਰ ਮੈਂ ਰਿਹਾ ਬਰਨਾਲੇ ਕਿਉਂਕਿ ਸਾਡਾ ਉੱਥੇ ਘਰ ਸੀਗਾ ਬਰਨਾਲੇ ਤੋਂ ਪੰਜਾਬੀ ਸਿੱਖ ਕੇ ਜੀ ਟੋਰਾਂਟੋ ਆਏ ਜੀ ਜਿਹੜੇ ਬਰਨਾਲੇ ਵਾਲੇ ਵੀਰ ਆ ਜਿਹੜੇ ਅਕਸਰ ਹੀ ਜਿਨ੍ਹਾਂ ਨੂੰ ਸੰਗਰੂਰੀਏ ਕਹਿ ਕੇ ਕਈ ਵਾਰ ਕਿਹਾ ਜਾਂਦਾ ਉਹਨਾਂ ਨੂੰ ਜ਼ਰੂਰ ਅੱਜ ਆਪਣਾਪਨ ਹੋਰ ਲੱਗੂਗਾ ਹਰ ਇੱਕ ਨੂੰ ਆਪਣਾਪਨ ਲੱਗੂਗਾ ਪਰ ਬਰਨਾਲੇ ਵਾਲਿਆਂ ਨੂੰ ਲੱਗੂਗਾ ਕਿ ਵਾਕਈ ਸਾਡਾ ਵੀ ਜਿਹੜਾ ਇੱਕ ਨੌਜਵਾਨ ਆ ਉਹ ਚਮਕ ਰਹੇਗਾ ਬਿਲਕੁਲ ਤੁਸੀਂ ਕਿਹਾ ਕਿ ਬਚਪਨ ਦੇ ਵਿੱਚ ਪੰਜਾਬੀ ਥੋੜਾ ਡਰ ਹੋ ਗਿਆ ਕਿ ਇਹਨੂੰ ਇੰਗਲਿਸ਼ ਨਹੀਂ ਆਉਣੀ ਸੋ ਉਸ ਤੋਂ ਬਾਅਦ ਥੋੜੀ ਉਹ ਬੰਦ ਕਰ ਦਿੱਤੀ ਤੇ ਫਿਰ ਆਪਣੀ ਸਕੂਲਿੰਗ ਕਿੱਥੇ ਹੋਈ ਜਿਹੜੀ ਪੰਜਵੀਂ ਤੱਕ ਦਸਵੀਂ ਤੱਕ ਸਕੂਲਿੰਗ ਪਹਿਲਾਂ ਅਸੀਂ ਨਿਊਫਲੈਂਡ ਥੋੜੇ ਚੱਲੀ ਸੀਗੇ ਉਹ ਤੋਂ ਬਾਅਦ ਅਸੀਂ ਮੂਵ ਹੋ ਗਏ ਇੱਕ ਹੋਰ ਵੀ ਛੋਟਾ ਸ਼ਹਿਰ ਉਹਦਾ ਨਾਮ ਵਿੰਜ਼ਰ ਜੀ ਵਿੰਜ਼ਰ ਦੇ ਵਿੱਚ ਥੋੜੇ ਹੋਰ ਪਰਿਵਾਰ ਸੀਗੇ ਦਸ ਪਰਿਵਾਰ ਤੋਂ ਤਕਰੀਬਨ 50 ਪਰਿਵਾਰ ਸੀਗੇ ਜਿਹੜੇ ਸਿੱਖ ਸੀਗੇ ਜੀ ਤਾਂ ਉੱਥੇ ਫਿਰ ਮੈਨੂੰ ਛੋਟੇ ਹੁੰਦੇ ਨੂੰ ਮੇਰੇ ਬਾਪੂ ਜੀ ਕੇਸ ਨਹੀਂ ਰੱਖਦੇ ਸੀਗੇ ਸਿੱਖੀ ਵਾਲੇ ਨਹੀਂ ਸੀਗੇ ਬੇਬੀ ਜੀ ਨੂੰ ਸਿੱਖੀ ਦਾ ਪਿਆਰ ਸੀ ਮੈਂ ਕਹਿੰਦਾ ਕਿ ਸਿੱਖੀ ਮੇਰੀ ਕਿੱਥੋਂ ਆਈ ਹੈ ਮੇਰੀ ਬੇਬੀ ਜੀ ਤੋਂ ਆਈ ਹੈ ਇਸ ਕਰਕੇ ਮੈਂ ਕਹਿੰਦਾ ਬਹੁਤ ਜ਼ਰੂਰੀ ਗੱਲ ਆ ਕਿ ਜਿੰਨਾ ਕੁ ਅਸੀਂ ਔਰਤਾਂ ਆਪਣੀ ਭੈਣਾਂ ਕੌਰ ਨੂੰ ਅਸੀਂ ਅੱਗੇ ਲੈ ਕੇ ਆਈਏ ਲੀਡਰਸ਼ਿਪ ਰੋਲ ਚ ਲੈ ਕੇ ਆਈਏ ਕਿਉਂਕਿ ਜਿੰਨਾ ਕੁ ਸਿੱਖੀ ਮੈਨੂੰ ਮਾਂ ਤੋਂ ਆਈਏ ਉਹਦੇ ਕਰਕੇ ਮੈਂ ਇੱਥੇ ਹੈਗਾ ਆ ਸੋ ਅਸੀਂ ਕਹਿੰਦੇ ਹੁੰਦੇ ਹਾਂ ਕਿ ਤੁਸੀਂ ਇੱਕ ਬੰਦਾ ਨੂੰ ਤੁਸੀਂ ਸਿੱਖ ਬਣਾਓ ਤਾਂ ਉਹ ਬੰਦਾ ਬਣ ਗਿਆ ਸਿੱਖ ਇੱਕ ਮਾਂ ਨੂੰ ਜਾਂ ਇੱਕ ਔਰਤ ਨੂੰ ਸਿੱਖ ਸਿੱਖੀ ਵੱਲ ਲੈ ਕੇ ਆਓ ਜਾਂ ਸਿੱਖੀ ਵੱਲ ਆਉਂਦੇ ਉਹ ਵੀ ਆਪ ਸਿੱਖ ਬਣੂਗੀ ਸਾਡੇ ਪਰਿਵਾਰ ਵੀ ਬਣਗਾ ਸੋ ਇਹ ਬਹੁਤ ਜ਼ਰੂਰੀ ਗੱਲ ਹੈ ਸੋ ਅਸੀਂ ਤਕਰੀਬਨ ਮੈਂ ਸੀਗਾ 7 ਸਾਲ ਦਾ ਜਦੋਂ ਬੇਬੀ ਜੀ ਨੇ ਪੁੱਛਿਆ ਅਚਾਨਕ ਹੀ ਉਹ ਵੀ ਮੈਂ ਵੀ ਉਹਨੂੰ ਪੁੱਛਦਾ ਸੀਗਾ ਕਿ ਬਾਕੀ ਏਦਾਂ ਹੀ ਹੋਇਆ ਕਿ ਹਾਂ ਏਦਾਂ ਹੀ ਹੋਇਆ ਕਿ ਬਾਕੀ ਇੱਕ ਦਿਨ ਅਚਾਨਕ ਹੀ ਮੈਨੂੰ ਪੁੱਛਦੇ ਸੀ ਕਿ ਤੁਸੀਂ ਕੇਸ ਰੱਖਣੇ ਤੇ ਮੈਂ ਕਿਹਾ ਚਲੋ ਰੱਖ ਲੈਣਾ ਉਦਾਂ ਹੀ ਬਿਨਾਂ ਸੋਚੇ ਮੈਨੂੰ ਠੀਕ ਲੱਗ ਮੈਂ ਗੱਲ ਠੀਕ ਜੀ ਲੱਗੀ ਮੈਂ ਕਿਹਾ ਹਾਂ ਰੱਖ ਲੈਣਾ ਕਹਿੰਦੀ ਸਿੱਖ ਰੱਖਦੇ ਹੁੰਦੇ ਤੁਸੀਂ ਰੱਖ ਮੈਂ ਕਿਹਾ ਰੱਖ ਲੈਣਾ ਉਦ ਮੇਰੇ ਵਾਲ ਕੱਟੇ ਸੀਗੇ ਰੱਖ ਕੇ ਇੱਕਦਮ ਬੱਚੇ ਮੈਨੂੰ ਛੇੜਦੇ ਹੁੰਦੇ ਸੀਗੇ ਬੜੇ ਲੜਦੇ ਸੀਗੇ ਵਿੰਜ਼ਰ ਬੜਾ ਲੜਾਕਾ ਸ਼ਹਿਰ ਸੀ ਬੱਚੇ ਛੇੜਨ ਦੇ ਬਜੇ ਆ ਕੇ ਮੁੱਕਾ ਮੁੱਕਾ ਮਾਰਦੇ ਸੀਗੇ ਸੋ ਮੈਂ ਫਿਰ ਘਰੇ ਆ ਕੇ ਮੈਂ ਕਿਹਾ ਮੈਂ ਵਾਪਸ ਹੀ ਮੌਕਾ ਮਾਰ ਲਿਆ ਮੈਂ ਕਿਹਾ ਕਿ ਇਹ ਕੀ ਹੋ ਰਿਹਾ ਕਿਉਂ ਹੋ ਰਿਹਾ ਸੋ ਇੱਕ ਪਾਸਿਓ ਮੈਂ ਲੜਾਕਾ ਵੀ ਸੀਗਾ ਇੱਕ ਪਾਸੇ ਮੈਂ ਪੜਾਕੂ ਵੀ ਸੀਗਾ ਸੋ ਮੈਂ ਕਿਹਾ ਕਿਤਾਬਾਂ ਮੈਨੂੰ ਲੜਾਕੂ ਪੜਾਕੂ ਦੋਨੇ ਚੀਜ਼ਾਂ ਸੋ ਬੇਬੇ ਨੂੰ ਮੈਂ ਪੁੱਛਿਆ ਕਿ ਮੈਨੂੰ ਕਿਤਾਬਾਂ ਦੇ ਉਹ ਸਿੱਖੀ ਵਾਰੀ ਹੈ ਨਾ ਘਰੇ ਪਏ ਸੀਗੇ ਤਾਂ ਮੈਂ ਫਿਰ ਪੜਨ ਲੱਗ ਗਿਆ ਕਿ ਸਿੱਖੀ ਕੀ ਚੀਜ਼ ਹੈ ਤੇ ਮੈਨੂੰ ਇਹ ਸਿੱਖੀ ਬਹੁਤ ਵਧੀਆ ਲੱਗਿਆ ਜਿਹੜੇ ਅਸੂਲ ਸੀਗੇ ਜਿਹੜੇ ਆਜ਼ਾਦੀ ਦੀ ਜਿਹੜੀ ਪ੍ਰੇਮੀ ਕੌਮ ਹੋਣ ਕਰਕੇ ਜਿਹੜੀ ਔਰਤਾਂ ਦੀ ਰਾਖੀ ਔਰਤਾਂ ਦੇ ਇਕੁਆਲਿਟੀ ਦੀ ਗੱਲ ਹੁੰਦੀ ਸੀ ਜਾਤ ਪਾਤ ਨੂੰ ਖਤਮ ਕਰਨਾ ਸਾਰੀਆਂ ਗੱਲਾਂ ਮੈਨੂੰ ਠੀਕ ਲੱਗੇ ਤੇ ਸਿੰਘ ਸ਼ੁਰੂ ਤੋਂ ਹੀ ਅਸੀਂ ਜੁਰਮ ਦੇ ਖਿਲਾਫ਼ ਲੜਦੇ ਸੀਗੇ ਘੋੜੇ ਤੇ ਹੁੰਦੇ ਸੀਗੇ ਤਲਵਾਰ ਨਾਲ ਮੈਨੂੰ ਕਾਫੀ ਸੋਹਣਾ ਲੱਗਿਆ ਆਈਡੀਆ ਮੈਂ ਕਿਹਾ ਮੈਂ ਇਸ ਵਾਸਤੇ ਲੜ ਸਕਦਾ ਜੇ ਮੈਨੂੰ ਛੇੜਦੇ ਨੇ ਇਸ ਪਿੱਛੋਂ ਮੈਂ ਖੁਸ਼ ਹੋ ਕੇ ਅਣਖੀ ਹੋ ਕੇ ਲੜੂੰਗਾ ਤੇ ਫਿਰ ਇਹਦੇ ਹੌਲੀ ਹੌਲੀ ਮੈਨੂੰ ਹੋਰ ਤੇ ਹੋਰ ਪਿਆਰ ਸਿੱਖੀ ਚ ਹੋਇਆ ਤੇ ਮੇਰਾ ਕਾਫੀ ਦੂਰ ਰਹਿੰਦਾ ਸੀਗਾ ਮਾਮਾ ਦਾ ਮੁੰਡਾ ਉਹਨੂੰ ਵੀ ਸਿਮਿਲਰ ਸਿਚੁਏਸ਼ਨ ਉਹਦੇ ਪਿਓ ਕੇਸ ਨੀ ਰੱਖਦੇ ਸੀਗੇ ਉਹਨੂੰ ਵੀ ਸਿੱਖੀ ਪਿਆਰ ਸੀ ਅਸੀਂ ਦੋਵੇਂ ਗੱਲ ਕਰਦੇ ਸੀ ਭਾਵੇਂ ਉਹ 4 ਘੰਟੇ 5 ਘੰਟੇ ਦੂਰ ਰਹਿੰਦਾ ਸੀਗਾ ਗੱਡੀ ਤੇ ਸਫ਼ਰ ਤੇ ਪਰ ਅਸੀਂ ਇਨ ਟੱਚ ਰਹਿੰਦੇ ਸੀਗੇ ਤੇ ਸਿੱਖੀ ਦੇ ਸਫ਼ਰ ਤੇ ਅਸੀਂ ਦੋਵੇਂ ਸੀਗੇ ਤੇ 16 ਸਾਲ ਦਾ ਸੀਗਾ ਜਦੋਂ ਮੈਂ ਫਿਰ ਅੰਮ੍ਰਿਤ ਛਕਿਆ ਜਾ ਕੇ ਆਨੰਦਪੁਰ ਸਾਹਿਬ ਤੋਂ ਮੈਨੂੰ ਏਦਾਂ ਲੱਗਿਆ ਕਿ ਜਿੱਥੋਂ ਸਾਰਾ ਕੁਛ ਸ਼ੁਰੂ ਹੋਇਆ ਉੱਥੋਂ ਮੈਂ ਅੰਮ੍ਰਿਤ ਛਕਾਂ ਤੇ ਕਿਹੜੀ ਕਲਾਸ ਦੇ ਵਿੱਚ ਪੜ੍ਹਦੀ ਸੀ ਮੈਂ 16 ਸਾਲ ਸੋ ਤਕਰੀਬਨ ਗ੍ਰੇਡ 10 ਸੀਗਾ ਗ੍ਰੇਡ 11 ਜੀ 11 ਹੋ ਗਿਆ 11 ਜੀ 11th ਵਿੱਚ ਠੀਕ ਹੈ ਜੀ ਤੁਸੀਂ ਦੱਸਿਆ ਕਿ ਜਿੱਦਾਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਤੁਸੀਂ ਇਕੱਲੇ ਹੀ ਸਕੂਲ ਦੇ ਵਿੱਚ ਸੀ ਤੁਹਾਡੇ ਤੇ ਥੋੜਾ ਲੱਗਿਆ ਵੀ ਉਹਨਾਂ ਨੂੰ ਜਿਹੜੇ ਨਾਲ ਵਾਲੇ ਪੜ੍ਹਨ ਵਾਲੇ ਹੁੰਦੇ ਸੀ ਕਿ ਡਿਫਰੈਂਟ ਇਹਦੀ ਦੇਖਿਆ ਤੇ ਉਸ ਚੀਜ਼ ਦੇ ਵਿੱਚੋਂ ਵੀ ਲੰਘਣਾ ਪਿਆ ਤੁਸੀਂ ਕੀ ਸਮਝਦੇ ਕਿ ਜਿਹੜੀ ਇਸ ਤਰ੍ਹਾਂ ਦੇ ਉਸ ਵਕਤ ਤੁਹਾਡੇ ਹੋਰ ਵੀ ਕੁਝ ਨੌਜਵਾਨ ਸਨ ਜਿਨ੍ਹਾਂ ਨੂੰ ਇਸੇ ਸਿਚੁਏਸ਼ਨ ਦੇ ਵਿੱਚੋਂ ਲੰਘਣਾ ਪਿਆ ਜਿਸ ਤਰ੍ਹਾਂ ਦੱਸਿਆ ਇੱਕ ਤੁਹਾਡੇ ਰਿਲੇਟਿਵ ਤਾਂ ਸੀ ਤੇ ਕਦੇ ਉਸ ਸਮੇਂ ਕੋਈ ਨੈਗੇਟਿਵ ਵਿਚਾਰ ਤਾਂ ਨਹੀਂ ਆਇਆ ਕਿਸ ਤਰ੍ਹਾਂ ਵੀ ਕਿ ਨਹੀਂ ਦੇਖ ਕਰਕੇ ਇਹ ਹੋ ਰਿਹਾ ਵੀ ਇਹਨੂੰ ਛੱਡ ਦੇਵਾਂ ਜੋ ਬਹੁਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਯੂਥ ਦੇਖੇ ਜਾਂਦੇ ਜੋ ਇਸ ਚੀਜ਼ ਦੇ ਵਿੱਚ ਲੰਘਦੇ ਤੇ ਘਰੇ ਆ ਕੇ ਮਾਪਿਆਂ ਨੂੰ ਕੰਪਲੇਂਟ ਕਰਦੇ ਆ ਜਾਂ ਤੁਸੀਂ ਇਸ ਤਰ੍ਹਾਂ ਪੜ੍ਹ ਲਈ ਸੀ ਕਿ ਇਤਿਹਾਸ ਪੜ੍ਹ ਹੀ ਲਿਆ ਸੀ ਵੀ ਜੇ ਇੱਕ ਮੁੱਢ ਬਣ ਚੁੱਕਿਆ ਸੀ ਨਹੀਂ ਹੁਣ ਘੋੜੇ ਤੇ ਚੜ ਗਏ ਤੁਰੰਗ ਦੇ ਉੱਤੇ ਖਾਲਸਾ ਚੜ ਗਿਆ ਹੁਣ ਪਿੱਛੇ ਨਹੀਂ ਮੋੜਨਾ ਹਾਂਜੀ ਔਖਾ ਤਾਂ ਲੱਗਿਆ ਜ਼ਰੂਰ ਕਈ ਵਾਰੀ ਸੋਚਿਆ ਕਿ ਮੈਂ ਕੁਸ਼ਤੀ ਵੀ ਕਰਦਾ ਸੀਗਾ ਸਪੋਰਟਸ ਵੀ ਖੇਡਦਾ ਸੀ ਤੇ ਕੋਈ ਨੀ ਸੀਗਾ ਮੈਨੂੰ ਦੱਸਣ ਲਈ ਕਿ ਕੇਸ ਕਿੱਦਾਂ ਰੱਖਣਾ ਜਾਂ ਕਿੱਦਾਂ
ਬਾਲ ਨੂੰ ਸੈੱਟ ਕਰ ਸਕਣ ਤਾਂ ਕਿ ਤੁਸੀਂ ਕੁਸ਼ਤੀ ਕਰ ਸਕਦੇ ਹੋ ਮੇਰੇ ਲਈ ਆਪ ਹੀ ਸਿੱਖਣਾ ਪਿਆ ਔਖਾ ਸੀਗਾ ਕਈ ਵਾਰੀ ਮੈਨੂੰ ਡਿਫੀਕਲਟ ਲੱਗਿਆ ਪਰ ਮੈਂ ਏਦਾਂ ਕਦੇ ਨੀ ਸੋਚਿਆ ਕਿ ਮੈਂ ਕੱਟ ਨਹੀਂ ਕਿਉਂਕਿ ਮੈਂ ਸੋਚਿਆ ਕਿ ਇਹ ਰਸਤਾ ਮੈਨੂੰ ਬਹੁਤ ਪਿਆਰਾ ਤੇ ਅਣਖੀ ਹੋ ਕੇ ਮੈਂ ਕਿਹਾ ਕਿ ਜਿਹੜੇ ਮੈਨੂੰ ਨਾ ਕਹਿੰਦੇ ਨੇ ਮੈਂ ਹੋਰ ਕਰੂੰਗਾ ਜਿਹੜੇ ਮੈਨੂੰ ਟੋਕਦੇ ਨੇ ਮੈਂ ਸਕਸੈਸ ਹੋ ਕੇ ਉਹਨੂੰ ਦਿਖਾਉਣਾ ਕਿ ਤੁਸੀਂ ਮੈਨੂੰ ਢਾ ਨਹੀਂ ਸਕੇ ਇਮੋਸ਼ਨਲ ਲੈਵਲ ਤੋਂ ਤਰੱਕੀ ਲੈਵਲ ਤੋਂ ਤੁਸੀਂ ਮੈਨੂੰ ਢਾ ਨਹੀਂ ਸਕੇ ਤੁਸੀਂ ਜਿੱਤ ਨਹੀਂ ਸਕੇ ਮੈਂ ਜਿੱਤ ਗਿਆ ਏਦਾਂ ਮੈਨੂੰ ਮਨ ਚ ਹੀ ਗੱਲ ਬਣੀ ਸੀ ਕਿ ਮੈਂ ਜਿੱਤਣਾ ਆ ਮੈਂ ਹਾਰਨਾ ਨਹੀਂ ਹੈਗਾ ਸੋ ਇਹ ਜਿਹੜੀ ਚੜ੍ਹਦੀ ਕਲਾ ਵਾਲਾ ਸੁਭਾਅ ਜਿਹੜਾ ਸਿੱਖਾਂ ਦਾ ਹੁੰਦਾ ਅਸੀਂ ਮੈਨੂੰ ਥੋੜਾ ਜਿਹਾ ਉਹ ਜਿਹੜੀ ਸੁਭਾਅ ਸੀਗੀ ਕਿ ਮੈਂ ਨਹੀਂ ਪਿੱਛੇ ਹਟਣਾ ਮੈਂ ਹਟਣਾ ਤੇ ਇਕ ਹੋਰ ਵੀ ਗੱਲ ਬਣੀ ਸੀਗੀ ਮੇਰੇ ਮਨ ਚ ਮੈਨੂੰ ਏਦਾਂ ਲੱਗਿਆ ਕਿ ਜਿੱਥੇ ਮੈਂ ਜਾਂਦਾ ਲੋਕ ਸਾਰੇ ਮੇਰੇ ਵੱਲ ਦੇਖਦੇ ਨੇ ਏਦਾਂ ਨੀ ਹੈਗਾ ਕਿ ਮੈਂ ਕਿਤੇ ਲੁਕ ਕੇ ਜਾਂ ਛੁਪ ਕੇ ਜਾ ਸਕਦਾ ਸੋ ਮੈਂ ਕਿਹਾ ਕਿ ਜੇ ਲੋਕ ਮੇਰੇ ਵੱਲ ਦੇਖਣਗੇ ਦੇਖਣ ਮੈਂ ਉਹਨੂੰ ਕੁਛ ਦਿਖਾਵਾਂ ਫਿਰ ਹੈਨਾ ਮੇਰੇ ਵੱਲ ਦੇਖਣਗੇ ਮੈਂ ਕੁਛ ਦਿਖਾਵਾਂ ਸੋ ਮੈਂ ਬੜੇ ਸਿੱਧਾ ਤੁਰਿਆ ਬੜਾ ਕੋਨਫੀਡੈਂਸ ਨਾਲ ਤੁਰਿਆ ਬੋਲਿਆ ਵੀ ਕੋਨਫੀਡੈਂਸ ਨਾਲ ਕਿਉਂਕਿ ਮੈਂ ਕਿਹਾ ਮੇਰੇ ਵੱਲ ਦੇਖ ਰਹੇ ਨੇ ਸਾਰੇ ਤੇ ਜੋ ਕੁਛ ਮੈਂ ਕਰਦਾ ਉਹਦਾ ਪ੍ਰਭਾਵ ਪਊਗਾ ਸੋ ਮੈਂ ਕੋਨਫੀਡੈਂਟ ਹੋ ਕੇ ਆਹ ਹੋਰ ਦੇਖੋ ਹੋਰ ਵੀ ਦਿਖਾਵਾਂਗਾ ਕਿ ਮੇਰੇ ਚ ਕਿਹੜੇ ਸਕਿੱਲਸ ਹੈਗੇ ਮੇਰੇ ਚ ਇਹ ਆਈਡੀਆ ਜੀ ਜੀ ਸਰੋਤਿਓ ਜਗਮੀਤ ਸਿੰਘ ਨੂੰ ਹੁਣ ਜਦੋਂ ਆਪਾਂ ਦੇਖਦੇ ਹਾਂ ਮੋਸਟ ਸਟਾਈਲਿਸ਼ ਪੋਲੀਟੀਸ਼ੀਅਨ ਕੈਨੇਡਾ ਤੇ ਹੋਰ ਬਹੁਤ ਸਾਰੇ ਜਿਹੜੇ ਇੱਕ ਵੱਡੇ ਮਾਣ ਵਾਲੇ ਨਾਂ ਨੇ ਉਹ ਮਿਲੇ ਨੇ ਸੋ ਐਵੇਂ ਨਹੀਂ ਉਹ ਮਿਲੇ ਉਹਨਾਂ ਦੇ ਪਿੱਛੇ ਬਹੁਤ ਵੱਡੀ ਜਿਹੜੀ ਇੱਕ ਚੀਜ਼ ਖੜੀ ਆ ਇੱਕ ਸਟਰਗਲ ਖੜੀ ਆ ਜਿਸ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਸਰਦਾਰ ਜਗਮੀਤ ਸਿੰਘ ਜਿਹੜੇ MPP ਨੇ ਅੰਟਾਰੀ ਦੇ ਵਿੱਚ ਗੋਰ ਮਾਲਟਨ ਇਲਾਕੇ ਤੋਂ ਤੇ ਡਿਪਟੀ ਲੀਡਰ ਨੇ NDP ਪਾਰਟੀ ਦੇ ਸੋ ਤੁਸੀਂ ਸੁਣ ਰਹੇ ਕੌਮੀ ਆਵਾਜ਼ ਸਵੇਰ ਦੀ ਸਭਾ ਦੇ ਵਿੱਚ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕੁਝ ਕੁ ਸਮੇਂ ਬਾਅਦ ਅਸੀਂ ਤੁਹਾਡੇ 20 ਸਵਾਲ ਲਵਾਂਗੇ ਪਰ ਫਿਲਹਾਲ ਅਸੀਂ ਜਗਮੀਤ ਸਿੰਘ ਹੋਰਾਂ ਦੇ ਨਾਲ ਕੁਝ ਹੋਰ ਗੱਲਾਂ ਬਾਤਾਂ ਕਰਨੀਆਂ ਨੇ ਅੱਗੇ ਵਧੀਆ ਫਿਰ ਤੁਸੀਂ ਜਦੋਂ ਸਕੂਲ ਫਿਨਿਸ਼ ਕੀਤਾ ਫਿਰ ਉਸ ਤੋਂ ਬਾਅਦ ਕਾਲਜ ਲਾਈਫ ਕਿੱਥੇ ਸ਼ੁਰੂ ਕੀਤੀ ਤੇ ਕਿਸ ਚੀਜ਼ ਵੱਲ ਜਾਣ ਦਾ ਮਨ ਬਣਿਆ ਕਿ ਇਸ ਵੱਲ ਜਾਂਦੇ ਹਾਂ ਜੇ ਇਹ ਪ੍ਰੋਫੈਸ਼ਨ ਚੁਣਨ ਦਾ ਕਿਸ ਦਾ ਮਨ ਬਣਿਆ ਫਿਰ ਤੁਹਾਡਾ ਠੀਕ ਹੈ ਜੀ ਪਹਿਲਾਂ ਤਾਂ ਮੈਂ ਸਕੂਲ ਦੇ ਵਿੱਚ ਕਾਫੀ ਪੜ੍ਹਦਾ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਪੋਰਟਸ ਦੇ ਵਿੱਚ ਕਿਤੇ ਰੈਸਲਿੰਗ ਜਾਣ ਵੱਲ ਜਾਣ ਦਾ ਵੀ ਮਨ ਬਣਿਆ ਕਿ ਇੱਧਰ ਚਲੇ ਜਾਈਏ ਹਾਂਜੀ ਨਹੀਂ ਪੜ੍ਹਿਆ ਸੀ ਮੈਨੂੰ ਮੈਨੂੰ ਡਿਸਾਈਡ ਕਰਨ ਦਾ ਮੌਕਾ ਸੀਗਾ ਕਿ ਸੋ ਮੈਂ ਕੁਸ਼ਤੀ ਕਾਫੀ ਖੇਡਿਆ ਕਰਾਟੀ ਵੀ ਕਾਫੀ ਖੇਡਿਆ ਜਦੋਂ ਮੈਂ ਛੋਟੇ ਹੁੰਦੇ ਸੀਗੇ ਤੇ ਬਾਪੂ ਜੀ ਬੇਬੀ ਜੀ ਦੇਖਦੇ ਸੀ ਕਿ ਮੈਂ ਲੜਦਾ ਬਹੁਤ ਸੀਗਾ ਇਹ ਕਹਿੰਦਾ ਚਲੋ ਉਹਨੂੰ ਥੋੜੀ ਮੁੱਕਾ ਮਾਰਨਾ ਸਿੱਖਣਾ ਹੋਣਾ ਉਹ ਸਿੱਖ ਲਵੇ ਤਾਂ ਕਿ ਉਹ ਆਪਣੇ ਆਪ ਨੂੰ ਬਚਾ ਸਕੇ ਸੋ ਮੈਂ ਕਰਾਟੀ ਵੀ ਸਿੱਖਿਆ ਤੇ ਕਾਲਜ ਦੇ ਹਾਈ ਸਕੂਲ ਦੇ ਵਿੱਚ ਮੈਂ ਕੈਪਟਨ ਸੀਗਾ ਆਪਣੇ ਕੁਸ਼ਤੀ ਟੀਮ ਦਾ ਤੇ ਕਾਲਜ ਵੇਲੇ ਫਿਰ ਮੈਂ ਹੋਰ ਮਾਰਸ਼ਲ ਆਰਟਸ ਕੀਤੇ ਕੰਪਲੀਟ ਵੀ ਕੀਤਾ ਕਾਫੀ ਹਾਈ ਲੈਵਲ ਤੇ ਨਾਲ ਦੇ ਨਾਲ ਮੈਂ ਪੜ੍ਹਾਈ ਵੀ ਕਾਫੀ ਜ਼ੋਰ ਨਾਲ ਕੀਤਾ ਤੇ ਪਹਿਲਾਂ ਬਾਪੂ ਜੀ ਡਾਕਟਰ ਹੋਣ ਕਰਕੇ ਮੈਂ ਸੋਚਿਆ ਮੈਂ ਆਪ ਵੀ ਉਸ ਰਸਤੇ ਜਾਣਾ ਮੈਂ ਸਾਇੰਸ ਲਏ ਸਾਇੰਸ ਵਿੱਚ ਕਾਫੀ ਵਧੀਆ ਨੰਬਰ ਆਏ ਨਾਲ ਦੇ ਨਾਲ ਮੈਨੂੰ ਫਿਲਾਸਫੀ ਤੇ ਮੈਨੂੰ ਆਰਟਸ ਵੀ ਕਾਫੀ ਚੰਗੇ ਲੱਗੇ ਸੋਸ਼ੀਓਲੋਜੀ ਤੇ ਫਿਲਾਸਫੀ ਤੇ ਅਚਾਨਕ ਹੀ ਫਿਲਾਸਫੀ ਦੇ ਕੋਰਸ ਮੈਂ ਲੈ ਰਿਹਾ ਸੀਗਾ ਜਦੋਂ ਮੈਂ ਆਪਣਾ ਬਾਇਓਲੋਜੀ ਦਾ ਪੂਰਾ ਕੀਤਾ ਸੀਗਾ BSc ਕੰਪਿਊਟਰ ਸਾਇੰਸ ਦਾ ਸ਼ੁਰੂ ਕਰ ਰਿਹਾ ਸੀਗਾ ਤੇ ਉਦੋਂ ਮੈਂ ਫਿਲਾਸਫੀ ਕੋਰਸ ਲੈ ਰਿਹਾ ਸੀ ਉਹ ਫਿਲਾਸਫੀ ਆਫ ਲਾਅ ਦਾ ਕੋਰਸ ਸੀਗਾ ਤੇ ਮੇਰੇ ਪ੍ਰੋਫੈਸਰ ਨੇ ਕਿਹਾ ਕਿ ਤੁਸੀਂ ਕਦੇ ਸੋਚਿਆ ਕਿ ਲਾਅ ਵੱਲ ਜਾਣਾ ਮੈਂ ਕਿਹਾ ਨਹੀਂ ਕਦੇ ਨੀ ਸੋਚਿਆ ਮੈਂ ਜਾਂ ਤਾਂ ਕੰਪਿਊਟਰ ਜਾਂ ਤਾਂ ਮੈਡੀਸਿਨ ਜਾਂ ਇੱਦਾਂ ਦੀ ਗੱਲਾਂ ਸੋਚਿਆ ਕਹਿੰਦੇ ਨਹੀਂ ਪਰ ਤੁਹਾਡੇ ਚ ਇਹਦੇ ਚ ਸਕਿੱਲ ਹੈਗੇ ਤੁਸੀਂ ਸੋਚ ਲਓ ਤਾਂ ਉਸ ਵਕਤ ਮੇਰੇ ਬਾਪੂ ਜੀ ਕੰਮ ਨੀ ਕਰ ਰਹੇ ਸੀਗੇ ਉਹ ਥੋੜੀ ਬਿਮਾਰ ਹੋ ਕੇ ਤੇ ਸੇਵਿੰਗ ਸਾਡੇ ਕੋਲ ਸੀਗੇ ਥੋੜੇ ਪਰ ਮੈਨੂੰ ਇੱਦਾਂ ਲੱਗਿਆ ਕਿ ਮੈਨੂੰ ਛੇਤੀ ਛੇਤੀ ਨੌਕਰੀ ਚ ਪੋਜੀਸ਼ਨ ਚ ਆਉਣਾ ਚਾਹੀਦਾ ਤਾਂ ਕਿ ਮੈਂ ਆਪਣੇ ਪਰਿਵਾਰ ਨੂੰ ਸਪੋਰਟ ਕਰਾਂ ਕਿਉਂਕਿ ਇੱਦਾਂ ਲੱਗਿਆ ਨੀ ਕਿ ਬਾਪੂ ਜੀ ਨੇ ਫੇਰ ਕੰਮ ਕਰਨਾ ਸੋ ਇਦੋਂ ਮੈਨੂੰ ਥੋੜੇ ਸੋਚਣਾ ਪਿਆ ਕਿ ਮੈਡੀਕਲ ਵੱਲ ਜਾਵਾਂ ਤਾਂ ਕਾਫੀ ਲੰਬਾ ਸਫ਼ਰ ਹੈ ਤਕਰੀਬਨ 8-9 ਸਾਲ ਦੇ ਵਿੱਚ ਤੁਸੀਂ ਡਾਕਟਰ ਬਣ ਸਕਦੇ ਹੋ ਤੇ ਲਾਅ ਦੇ ਵਿੱਚ ਮੈਨੂੰ ਲੱਗਿਆ ਕਿ ਇੱਕ ਤਾਂ ਪ੍ਰੋਫੈਸਰ ਨੇ ਮੈਨੂੰ ਆਈਡੀਆ ਦਿੱਤਾ ਪਰ ਮੈਨੂੰ ਲੱਗਿਆ ਕਿ ਥੋੜੇ ਸਮੇਂ ਦੇ ਵਿੱਚ 3 ਸਾਲ ਲਾਅ ਕਰਕੇ ਚੌਥਾ ਸਾਲ ਵਿੱਚ ਮੈਂ ਹਾਈ ਮਤਲਬ ਕੰਮ ਕਰਨਾ ਸ਼ੁਰੂ ਕਰ ਸਕਦਾ ਸੋ ਮੈਂ ਸੋਚਿਆ ਕਿ ਸ਼ਾਇਦ ਇਹ ਰਸਤਾ ਹੋਊਗਾ ਮੇਰੇ ਲਈ ਵਧੀਆ ਸੋ ਇੱਕ ਦਿਨ ਅਚਾਨਕ ਹੀ ਮੈਂ ਡਿਸਾਈਡ ਕੀਤਾ ਕਿ ਰਾਤ ਨੂੰ ਡੈਡਲਾਈਨ ਸੀਗਾ 1 ਨਵੰਬਰ ਤੇ 31 ਅਕਤੂਬਰ ਨੂੰ ਮੈਂ ਤਿਆਰ ਕੀਤਾ ਉਦੋਂ ਸਾਰੇ ਲੋਕ ਹੈਲੋਵੀਨ ਵਾਸਤੇ ਤਿਆਰ ਹੁੰਦੇ ਸੀਗੇ ਤਾਂ ਇੱਥੇ ਵੀ ਮੈਨੂੰ ਲੱਗਦਾ ਹੈਲੋਵੀਨ ਮਨਾਈ ਜਾਂਦੀ ਸੀ ਸੋ ਉੱਥੇ ਸਾਰੇ ਜਿਹੜੇ ਕਾਲਜ ਦੇ ਸਟੂਡੈਂਟਸ ਹੈਲੋਵੀਨ ਬੜਾ ਵਧੀਆ ਪਾਰਟੀਜ਼ ਹੁੰਦੇ ਨੇ ਸਾਰੇ ਇਕੱਠੇ ਹੋ ਕੇ ਤਿਆਰ ਪਿਆਰ ਹੋ ਕੇ ਜਾਂਦੇ ਉਦੋਂ ਮੈਂ ਵੀ ਤਿਆਰ ਹੋ ਰਿਹਾ ਸੀਗਾ ਮੈਂ ਐਪਲੀਕੇਸ਼ਨ ਭਰਦਾ ਸੋ ਮੇਰੇ ਸਾਰੇ ਮਿੱਤਰ ਜਾ ਰਹੇ ਸੀਗੇ ਪਾਰਟੀ ਵਾਸਤੇ ਕਿ ਹੈਲੋਵੀਨ ਦਾ ਕੋਈ ਫੰਕਸ਼ਨ ਹੋ ਰਿਹਾ ਸੀਗਾ ਤੇ ਮੈਂ ਫਿਰ ਬੈਠਾ ਐਪਲੀਕੇਸ਼ਨ ਭਰਿਆ ਤੇ ਐਪਲੀਕੇਸ਼ਨ ਪਾ ਕੇ ਮੈਨੂੰ ਫਿਰ ਦਾਖਲਾ ਮਿਲ ਗਿਆ ਕੈਨੇਡਾ ਦਾ ਸਭ ਤੋਂ ਪੁਰਾਣਾ ਸਭ ਤੋਂ ਮਸ਼ਹੂਰ ਲਾਅ ਸਕੂਲ ਉਹਨੂੰ ਅਸੀਂ ਕਹਿੰਦੇ ਆਸਗੁਰ ਹਾਲ ਲਾਅ ਸਕੂਲ ਆਪਣਾ ਹਾਰਵਰਡ ਹੈਗਾ ਆ ਜਦੋਂ ਮੈਨੂੰ ਦਾਖਲਾ ਮਿਲ ਗਿਆ ਬੜਾ ਮੈਨੂੰ ਮਾਣ ਮਹਿਸੂਸ ਹੋਇਆ ਤੇ ਲਾਅ ਦੇ ਵਿੱਚ ਫਿਰ ਮੈਂ ਤਕਰੀਬਨ 6 ਸਾਲ ਆਇਆ ਤੇ ਆਪਣੀ ਪ੍ਰੈਕਟਿਸ ਵਧੀਆ ਚਲਾਇਆ ਤੇ ਬਹੁਤ ਕੇਸ ਲੜੇ ਤੇ ਉਹ ਤੋਂ ਬਾਅਦ ਫਿਰ
ਪੋਲਿਟਿਕਸ ਦੀ ਗੱਲ ਆਈ, ਮੈਨੂੰ ਕਦੇ ਮਨ ਚ ਇਹ ਨਹੀਂ ਸੀ ਕਿ ਮੈਂ ਤਿਆਰੀ ਕਰ ਰਿਹਾ ਸੀ ਪੋਲਿਟਿਕਸ ਵਾਸਤੇ, ਉਹ ਫਿਰ ਅਚਾਨਕ ਪਰ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਵੀ ਅਚੇਤ ਮਨ ਚ ਕਿਤੇ ਤਿਆਰੀ ਹੋ ਰਹੀ ਸੀ, ਤੁਹਾਨੂੰ ਨਹੀਂ ਸੀ ਪਤਾ, ਆਪਾਂ ਕਹਿ ਦੀ ਪ੍ਰਮਾਤਮਾ ਕਦੇ ਤੁਹਾਡਾ ਉਹ ਜਿਹੜਾ ਪੰਧ ਆ ਉਹ ਬਣਾ ਰਿਹਾ ਸੀ ਵੀ ਤੁਸੀਂ ਕਾਕਾ ਜੀ ਇੱਧਰ ਜਾਣਾ ਗਾ। ਲਾਅ ਦੇ ਵਿੱਚ ਤੁਸੀਂ ਕਿਸ ਸਪੈਸ਼ਲ ਚੀਜ਼ ਦੇ ਵਿੱਚ ਗਏ, ਕ੍ਰਿਮੀਨਲ ਲਾਅ ਹੋ ਜਾਂ ਹੋਰ ਕਿਸ ਦੇ ਵਿੱਚ ਤੁਸੀਂ ਸਪੈਸ਼ਲੀ ਇਹਦੇ ਵਿੱਚ ਜ਼ਿਆਦਾ ਤੁਸੀਂ ਉਹਦੇ ਕੀਤਾ? ਠੀਕ ਹੈ, ਮੈਂ ਇੱਦਾਂ ਕੀਤਾ ਸੀਗਾ ਕਿ ਕਾਲਜ ਵੇਲੇ ਮੈਂ ਕਾਫੀ ਐਕਟਿਵ ਸੀਗੇ, ਜਿਹੜੇ ਮਸਲੇ ਹੁੰਦੇ ਪਾਵਰਟੀ, ਜਿਹੜੀ ਗਰੀਬੀ ਦੀ ਗੱਲ, ਗਰੀਬੀ ਨੂੰ ਖਤਮ ਕਰਨ ਲਈ ਜਾਂ ਰਿਡਿਊਸ ਕਰਨ ਲਈ, ਇਮੀਗ੍ਰੇਸ਼ਨ ਦੇ ਜਿਹੜੇ ਹੱਕ ਹੁੰਦੇ, ਇਮੀਗ੍ਰੈਂਟਸ ਜਿਹੜੇ ਨਵੇਂ ਹੁੰਦੇ ਰੈਫਿਊਜੀ, ਉਹਨਾਂ ਦੇ ਹੱਕ ਬਾਰੇ ਕਾਫੀ ਮੈਂ ਮੋਰਚੇ ਸੀਗਾ। ਤੇ ਫਿਰ ਇਦਾਂ ਹੋਇਆ ਕਿ ਜਦੋਂ ਮੈਂ ਲਾਅ ਸਕੂਲ ਚ ਆਇਆ, ਫਿਰ ਲਾਅ ਸਕੂਲ ਦੇ ਵਿੱਚ ਮੇਰੇ ਲਾਅ ਦੀ ਸਕਿੱਲਸ, ਮੈਂ ਉਸੇ ਸੰਸਥਾ ਜਿਹੜੀ ਮੈਂ ਵਿੱਚ ਇਨਵੋਲਵ ਸੀਗਾ, ਉਹਨੂੰ ਮੈਂ ਉਹਨਾਂ ਦੀ ਮਦਦ ਕੀਤੀ ਹੈ। ਸੋ ਉਹ ਕਰਦੇ ਕਰਦੇ ਮੈਨੂੰ ਇਦਾਂ ਲੱਗਿਆ ਕਿ ਮੈਂ ਇਹੋ ਜਿਹੇ ਹਿਊਮਨ ਰਾਈਟਸ ਗੱਲਾਂ ਲਾਅ ਦੇ ਵਿੱਚ ਮੈਨੂੰ ਕਰਨਾ ਪਸੰਦ ਸੀਗਾ। ਸੋ ਮੈਂ ਇੱਕ ਦਿਨ ਕਚਹਿਰੀ ਚ ਬੈਠਾ ਸੀਗਾ ਤੇ ਮੈਂ ਕੇਸ ਦੇਖ ਰਹੀ ਸੀ, ਤੇ ਉਹਦੇ ਚ ਮੈਂ ਤੁਹਾਨੂੰ ਥੋੜਾ ਜਿਹਾ ਰੋਕੂੰਗਾ। ਤੋ ਸ਼ਬਦ ਵਰਤਿਆ ਜਗਮੀਤ ਸਿੰਘ ਨੇ ਕਚਹਿਰੀ, ਮੈਨੂੰ ਨੀ ਲੱਗਦਾ ਆਪਾਂ ਤਕਰੀਬਨ 5-6 ਸਾਲਾਂ ਦਾ ਜਿਹੜੇ ਵਰਤ ਰਹੇ ਹਾਂ, ਆਪਾਂ ਇੱਥੇ ਕੋਰਟ ਦੇ ਵਿੱਚ ਜਾਂਦੇ ਹਾਂ, ਮੈਂ ਵੀ ਹੁਣ ਕੋਰਟ ਕਹਿਤਾ, ਤੇ ਆਪਾਂ ਅਜਿਹੇ ਸ਼ਬਦ ਵਰਤੇ ਆ। ਸੋ ਇਹ ਚੀਜ਼ਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ ਤੇ ਆਪਣੇ ਉੱਤੇ ਵਰਤਣੀਆਂ ਚਾਹੀਦੀਆਂ ਨੇ, ਲਾਗੂ ਕਰਨੀ ਚਾਹੀਦੀ ਕਿ ਜਦੋਂ ਅਸੀਂ ਬੋਲਦੇ ਹਾਂ ਤੇ ਸੋਚ ਕੇ ਬੋਲੋ ਕਿ ਤੁਸੀਂ ਪੰਜਾਬੀ ਦਾ ਜਿਹੜਾ ਸ਼ਬਦ ਹੈ ਕਿਵੇਂ ਬੋਲ ਸਕਦੇ ਹੋ। ਸੋ ਮਾਫੀ, ਚਲੋ ਮੈਂ ਤੁਹਾਨੂੰ ਰੋਕਿਆ, ਪਰ ਬੜਾ ਵਧੀਆ ਲੱਗਿਆ। ਮੈਂ ਇਹਦਾ ਸੋਚ ਕੇ ਸੋਚ ਸਮਝ ਕੇ ਕਰਦਾ ਕਿਉਂਕਿ ਪੰਜਾਬੀ ਮੈਂ ਹੁਣੀ ਸਿੱਖੀ ਹੈ। ਸੋ ਮੈਂ ਇਦਾਂ ਕਾਫੀ ਲੋਕਾਂ ਨੂੰ ਅਨੋਏ ਕਰਦਾ ਕਿ ਤੰਗ ਕਰਦਾ ਕਿ ਤੁਸੀਂ ਮੈਨੂੰ ਦੱਸੋ ਕਿ ਪੰਜਾਬੀ ਚ ਇਹ ਲਫ਼ਜ ਹੈਗੀ ਆ, ਤੇ ਕਹਿੰਦੇ ਹੈਗੇ ਪਰ ਬਾਲਿਆ ਸੀ ਬਾਤ ਹੀ ਨਹੀਂ ਹੈਗੇ। ਮੈਂ ਕਿਹਾ ਤਾਂ ਕੀ ਹੈ, ਮੈਂ ਫੇਰ ਵੀ ਵਰਤਣਾ। ਤੁਸੀਂ ਕਚਹਿਰੀ ਚ ਬੈਠੇ ਸੀ ਇੱਕ ਦਿਨ, ਤੁਸੀਂ ਉੱਥੋਂ ਸ਼ੁਰੂ ਜੀ? ਉੱਥੇ ਫਿਰ ਮੈਂ ਸੀਗਾ ਤੇ ਮੈਂ ਦੇਖਿਆ ਵਕੀਲ ਕੇਸ ਲੜ ਰਿਹਾ ਸੀਗਾ, ਨੌਜਵਾਨ ਸੀਗਾ ਜਿਹਨੂੰ ਬਿਨੇ ਮਤਲਬ ਤੋਂ ਪੁਲਿਸ ਨੇ ਛੇੜਿਆ, ਬਿਨੇ ਮਤਲਬ ਤੋਂ ਉਹਨੂੰ ਅੰਦਰ ਕੀਤਾ ਸੀਗਾ ਤੇ ਬੜੇ ਸਖ਼ਤ ਸਵਾਲ ਪੁੱਛ ਰਿਹਾ ਸੀਗਾ। ਤੇ ਮੈਨੂੰ ਚੇਤਾ ਆਇਆ ਕਿ ਜਦੋਂ ਮੈਂ ਛੋਟਾ ਸੀਗਾ ਮੈਨੂੰ ਵੀ ਤਾਂ ਪੁਲਿਸ ਤੰਗ ਕਰਦੇ ਸੀਗੇ। ਬਾਪੂ ਜੀ ਕੋਲ ਸੋਹਣੀ ਜੀ ਗੱਡੀ ਹੁੰਦੀ ਸੀਗੀ, ਅਸੀਂ ਕਦੇ ਕਦੇ ਲੈ ਕੇ ਜਾਂਦੇ ਸੀਗੇ ਤੇ ਪੁਲਿਸ ਸਾਨੂੰ ਬਿਨੇ ਮਤਲਬ ਤੋਂ ਰੋਕ ਕੇ ਤੰਗ ਕਰਦੇ ਸੀ। ਮੈਂ ਕਿਹਾ ਮੈਨੂੰ ਵੀ ਬੜਾ ਟੱਚ ਕੀਤਾ, ਮੈਨੂੰ ਮਹਿਸੂਸ ਹੋਇਆ ਕਿ ਇਹ ਗਲਤ ਗੱਲ ਸੀਗੀ, ਤੇ ਇਸ ਕਰਕੇ ਫਿਰ ਮੈਂ ਕ੍ਰਿਮੀਨਲ ਲਾਅ ਚੁਣਿਆ। ਤੇ ਕ੍ਰਿਮੀਨਲ ਲਾਅ ਦੇ ਵਿੱਚ ਹਿਊਮਨ ਰਾਈਟਸ ਦੀ ਗੱਲਾਂ ਵੀ ਆ ਜਾਂਦੀ, ਤੇ ਫਿਰ ਮੈਂ ਕ੍ਰਿਮੀਨਲ ਲਾਅ ਕਾਫੀ ਤਕਰੀਬਨ 6 ਸਾਲ ਲਈ ਪ੍ਰੈਕਟਿਸ ਕੀਤਾ ਸੀ ਜੀ। ਇਸ ਤੇ ਸਾਰੇ ਕ੍ਰਿਮੀਨਲ ਜੋ ਤੁਸੀਂ ਪ੍ਰੈਕਟਿਸ ਦੇ, ਤੁਹਾਡੀ ਦੌਰਾਨ ਕੋਈ ਅਜਿਹਾ ਕੇਸ ਰਿਹਾ ਹੋਵੇ ਇੰਟਰਸਟਿੰਗ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਜੇ ਤੁਹਾਨੂੰ ਕੋਈ ਕੰਫਰਟੇਬਲ ਲੱਗੇ? ਹਾਂਜੀ ਹਾਂਜੀ ਜ਼ਰੂਰ, ਬਹੁਤ ਇੰਟਰਸਟਿੰਗ ਕੇਸ ਸੀਗੇ। ਮੈਂ ਕਈ ਹਿਊਮਨ ਰਾਈਟਸ ਜੀ, ਹਿਊਮਨ ਰਾਈਟਸ ਇਸ਼ੂਜ਼ ਦੇ ਕਰ ਰਿਹਾ ਸੀਗਾ। ਸੋ ਕਈ ਮੋਰਚੇ ਸੀਗੇ ਤੇ ਜਿਹੜੇ ਮੋਰਚੇ ਕਰਨ ਵਾਲੇ ਬੰਦੇ ਸੀਗੇ ਮੈਨੂੰ ਆ ਕੇ ਸਲਾਹ ਲੈਂਦੇ ਸੀ ਕਿ ਅਸੀਂ ਕਿਸ ਤਰੀਕੇ ਨਾਲ ਡੈਮੋਸਟ੍ਰੇਸ਼ਨ ਕਰੀਏ ਤਾਂ ਕਿ ਸਾਨੂੰ ਪੁਲਿਸ ਨਾਲ ਕੋਈ ਪਰੰਗਾ ਨਾ ਪਵੇ। ਤੇ ਮੈਂ ਕਈ ਐਡਵਾਈਸ ਦਿੰਦਾ ਸੀਗਾ, ਤੁਸੀਂ ਇੱਦਾਂ ਕਰ ਸਕਦੇ ਹੋ, ਇਹ ਲੀਗਲ ਹੈਗਾ, ਇਹ ਇਲੀਗਲ ਹੈਗਾ। ਕਈ ਵਾਰੀ ਲੋਕ ਜਿਹੜੇ ਕਹਿੰਦੇ ਕਿ ਅਸੀਂ ਮੈਸੇਜ ਭੇਜਣ ਲਈ ਅਸੀਂ ਉੱਥੇ ਟ੍ਰੈਸਪੈਸ ਕਰਨਾ, ਫਿਰ ਮੈਨੂੰ ਦੱਸਦਾ ਹੁੰਦਾ ਨਹੀਂ ਤੁਸੀਂ ਇੱਦਾਂ ਕਰੋ, ਫਿਰ ਤੁਹਾਨੂੰ ਅੰਦਰ ਕਰ ਸਕਦੇ ਨੇ। ਪਰ ਇੱਕ ਇੰਟਰਸਟਿੰਗ ਕ੍ਰਿਮੀਨਲ ਕੇਸ ਜਿਹੜਾ ਸੀਗਾ, ਮੈਂ ਅਟੈਂਪਟਡ ਅਸਾਲਟ, ਅਟੈਂਪਟਡ ਮਰਡਰ ਦਾ ਕੇਸ ਲਿਆ ਸੀਗਾ। ਤੇ ਸੁਣਨ ਨੂੰ ਤਾਂ ਬੜਾ ਮਾੜਾ ਲੱਗਿਆ ਕਿ ਮੇਰਾ ਕਲਾਇੰਟ ਨੂੰ ਡਿਫੈਂਡ ਕਰਨਾ, ਕਿਸੇ ਨੇ ਅਟੈਂਪਟਡ ਮਰਡਰ ਕੀਤਾ ਕਿਸੇ ਹੋਰ ਦੇ, ਇੱਕਦਮ ਮਨ ਚ ਹੁੰਦਾ ਕਿ ਬੰਦਾ ਇਹ ਗਿਲਟੀ ਹੋਊਗਾ, ਇਹ ਨਿਰਦੋਸ਼ ਨਹੀਂ ਹੋਣਾ, ਦੋਸ਼ੀ ਹੋਊਗਾ। ਤੇ ਪਰ ਕੇਸ ਸੁਣ ਕੇ ਮੈਨੂੰ ਲੱਗਿਆ ਨਹੀਂ, ਇਹ ਬੰਦਾ ਨਿਰਦੋਸ਼ ਹੈ ਤੇ ਇਹ ਕੇਸ ਮੈਂ ਲਊਂਗਾ ਜ਼ਰੂਰ। ਜਿਹੜੇ ਫੈਕਟ ਸੀਗੇ ਉਹਦੇ ਚ ਸਬੂਤ ਕੀ ਸੀਗਾ ਕਿ ਬੰਦੇ ਨੇ 5 ਵਾਰੀ ਕਿਸੇ ਹੋਰ ਤੇ ਗੋਲੀ ਚਲਾਈ, ਤੇ ਉਹਦੇ ਚ ਅਸੀਂ ਜਦੋਂ ਗਿਣਦੇ ਆ ਗੋਲੀਆਂ ਨੂੰ ਸਰੀਰ ਦੇ ਵਿੱਚ ਜਦੋਂ ਜਾਂਦੇ ਨੇ ਉਹਨੂੰ ਐਂਟਰੀ ਵੂਡ ਕਹਿੰਦੇ ਤੇ ਐਗਜ਼ਿਟ ਵੂਡ। ਐਂਟਰੀ ਵੂਡ ਇੱਕ ਮੋਰੀ ਹੁੰਦਾ, ਐਗਜ਼ਿਟ ਇੱਕ ਹੋਰ ਹੁੰਦਾ, ਤੇ ਉਹ ਬੰਦੇ ਚ 10 ਮੋਰੀਆਂ ਸੀਗੀਆਂ, ਮਤਲਬ ਐਂਟਰੀ ਐਂਡ ਐਗਜ਼ਿਟ ਕੋਲ ਮਿਲਾ ਕੇ। ਸੋ 10 ਮੋਰੀਆਂ ਕਿਸੇ ਚ ਕੱਢਨੇ, 5 ਵਾਰੀ ਗੋਲੀ ਚਲਾਉਣੀ ਬੜੀ ਮਾੜੀ ਗੱਲ ਲੱਗਦੀ। ਪਰ ਉਹ ਕੇਸ ਦੇ ਵਿੱਚ ਜਦੋਂ ਪੂਰੀ ਗੱਲ ਪਤਾ ਲੱਗੀ, ਬੰਦਾ ਜਿਹੜਾ ਸੀਗਾ ਜਿਹਨੇ ਗੋਲੀ ਚਲਾਈ, ਉਹ ਬੰਦੇ ਦਾ ਕੋਈ ਕ੍ਰਿਮੀਨਲ ਰੈਕਰਡ ਨਹੀਂ ਸੀਗਾ। ਉਹ ਇੱਕ ਇਲਾਕੇ ਚ ਰਹਿੰਦਾ ਸੀਗਾ, ਥੋੜੀ ਜਿਹੀ ਗਰੀਬ ਇਲਾਕਾ ਸੀਗਾ, ਪਰ ਉੱਥੇ ਜਿਹੜੇ ਡਰੱਗ ਡੀਲਿੰਗ ਬੰਦੇ ਕਰ ਰਹੇ ਸੀਗੇ ਉਹਨੂੰ ਰੋਕਦਾ ਸੀਗਾ। ਰੋਕ ਕੇ ਜਿਹੜੇ ਮਾਫੀਆ ਦੇ ਜਿਹੜੇ ਹੈੱਡ ਬੰਦੇ ਸੀਗੇ ਉਹ ਨਾਰਾਜ਼ ਹੋਏ ਕਿ ਉੱਥੇ ਸਾਨੂੰ ਪੈਸੇ ਕਿਉਂ ਨਹੀਂ ਮਿਲ ਰਹੇ ਨੇ। ਬੰਦਾ ਉਹ ਪਤਾ ਲੱਗਿਆ ਸੀਗਾ ਕਿ ਇਹ ਬੰਦਾ ਰੋਕ ਰਿਹਾ ਸੀਗਾ ਡਰੱਗ ਡੀਲਿੰਗ, ਉਹ ਕਹਿੰਦੇ ਅਸੀਂ ਇਹਨੂੰ ਇੰਟੀਮੀਡੇਟ ਕਰੀਏ ਬੰਦੇ ਨੂੰ। ਉਹਨਾਂ ਦੇ ਇਹ ਬੰਦੇ ਦੇ ਉੱਤੇ ਇੱਕ ਫਾਇਰਿੰਗ ਹੋਇਆ ਸੀਗਾ, ਉਹਦੇ ਪਿਓ ਵੀ ਨਾਲ ਸੀਗਾ ਜਦੋਂ ਅਸੀਂ ਉਹ ਬਾਹਰ ਘਰ ਦੇ ਅੱਗੇ ਕੁਛ ਕਰ ਰਹੇ ਸੀਗੇ, ਉਹਦੇ ਉੱਤੇ ਫਾਇਰਿੰਗ ਹੋਇਆ। ਉਹ ਕੇਸ ਦੇ ਵਿੱਚ ਉਹ ਸ਼ਿਕਾਇਤ ਨਹੀਂ ਲਾਉਣਾ ਚਾਹੁੰਦਾ ਸੀਗਾ, ਉਹਨੇ ਦੱਸਿਆ ਨਹੀਂ ਕਿ ਬੰਦੇ ਕੌਣ ਸੀਗੇ ਜਿਹਨੇ ਉਹਦੇ ਉੱਤੇ ਫਾਇਰਿੰਗ ਕੀਤਾ। ਉਹ ਬੰਦੇ ਵਾਰ ਵਾਰ ਉਹਨੂੰ ਤੰਗ ਕਰੇਗੇ। ਇੱਕ ਵਾਰੀ 5 ਬੰਦੇ ਉਹਨੂੰ ਆ ਕੇ ਇੰਟੀਮੀਡੇਟ ਕਰਨ ਲਈ ਉਹਨੂੰ ਘੇਰ ਲਿਆ, ਤੇ ਕਿਸੇ ਦੇ ਉਹਨੂੰ ਫਿਰ ਇੰਟੀਮੀਡੇਟ ਕੀਤਾ, ਦਿਖਾਇਆ ਉਹਦੇ ਕੋਲ ਪਿਸਤੌਲ ਸੀਗਾ।
ਉਹਨੇ ਫਿਰ ਉਹ ਬੰਦੇ ਦੇ ਪਿਸਤੌਲ ਲੈ ਕੇ ਆਪਣੀ ਜੀ ਜਾਨ ਬਚਾਉਣ ਲਈ ਉਹਨੇ ਉੱਤੇ ਫਾਇਰ ਕੀਤਾ ਤੇ ਪੁਲਿਸ ਤੋਂ ਇਹ ਸਾਰੀ ਕਹਾਣੀ ਮੈਂ ਇੰਟੀਰੋਗੇਟ ਕਰਕੇ ਦੱਸਿਆ ਕਿ ਉਹ ਨਾ ਗਨ ਉਹਦਾ ਸੀਗਾ ਉਹਨੇ ਗਨ ਆਪੇ ਤੁਹਾਨੂੰ ਵਾਪਸ ਮੋੜਤਾ ਵਾਪਸ ਮੋੜਨ ਨਾਲ ਤੁਸੀਂ ਉਹਨੂੰ ਚਾਰਜ ਕੀਤਾ ਕਿਉਂਕਿ ਪੋਜੈਸ਼ਨ ਆਫ ਗਨ ਹੁੰਦਾ ਭਾਵੇਂ ਮੈਂ ਵਧੀਆ ਕੰਮ ਕਰ ਰਿਹਾ ਗਨ ਮੈਂ ਵਾਪਸ ਮੋੜਨਾ ਪੁਲਿਸ ਨੇ ਬੰਦੇ ਨੂੰ ਚਾਰਜ ਕਰਨਾ ਜਿਹਦੇ ਹੱਥ ਚ ਗਨ ਹੋਵੇ ਭਾਵੇਂ ਮੈਂ ਕਿਸੇ ਦਾ ਗਨ ਚੋਰੀ ਕਰਕੇ ਵਾਪਸ ਪੁਲਿਸ ਨੂੰ ਦੇਣਾ ਉਹ ਇਸੇ ਕਰਕੇ ਫੇਰ ਵੀ ਚਾਰਜ ਕੀਤਾ ਸੋ ਸਾਰਾ ਕਹਾਣੀ ਦੱਸ ਕੇ ਜੱਜ ਨੇ ਕਿਹਾ ਕਿ ਮੈਂ ਕਦੇ ਨੀ ਸੋਚਿਆ ਕਿ ਬੰਦੇ ਨੂੰ ਮੈਂ ਕੱਢੂਗਾ ਜੇਲ ਚੋਂ ਜਿਹਨੇ ਪੰਜ ਵਾਰੀ ਕਿਸੇ ਨੂੰ ਗੋਲੀ ਚਲਾਈ ਪਰ ਸਾਰੀ ਕੇਸ ਸੁਣ ਕੇ ਪੂਰੀ ਕਹਾਣੀ ਜਿੱਦਾਂ ਤੁਸੀਂ ਪ੍ਰੈਜੈਂਟ ਕੀਤਾ ਤਾਂ ਮੈਨੂੰ ਛੱਡਣਾ ਹੀ ਪਊਗਾ ਸੋ ਮੈਨੂੰ ਬੜਾ ਇੰਟਰਸਟਿੰਗ ਕੇਸ ਸੀਗਾ ਬਿਲਕੁਲ ਜੀ ਬੜਾ ਐਕਸਾਈਟਿੰਗ ਕੇਸ ਸੀਗਾ ਕਿ ਉਹਦੀ ਮਨਸ਼ਾ ਦੇਖੋ ਕੀ ਹੈ ਉਹਦੀ ਮਨਸ਼ਾ ਸਮਾਜ ਨੂੰ ਇੱਕ ਵਧੀਆ ਸਮਾਜ ਬਣਾਉਣਾ ਉਹ ਡਰੱਗ ਡੀਲਰ ਨੂੰ ਰੋਕਣਾ ਚਾਹੁੰਦਾ ਜਿਹੜੀ ਡਰੱਗ ਦੇ ਤਕਰੀਬਨ ਆਸਟ੍ਰੇਲੀਆ ਵੀ ਪ੍ਰਭਾਵਿਤ ਆ ਇਸ ਤੋਂ ਜਾਂ ਪੰਜਾਬ ਚਿੱਟੇ ਤੋਂ ਕੈਨੇਡਾ ਦੇ ਵਿੱਚ ਵੀ ਬਹੁਤ ਚੀਜ਼ ਪ੍ਰਭਾਵਿਤ ਆ ਉਹ ਤੇ ਉਹ ਰੋਕਣਾ ਚਾਹੁੰਦਾ ਤੇ ਉਹਨੂੰ ਉਹ ਤੰਗ ਕਰ ਰਹੇ ਨੇ ਫਿਰ ਉਹ ਆਪਣੇ ਜਿਹੜਾ ਆਪਾਂ ਕਹਿੰਦੇ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦਾ ਚਾਰਟਰ ਆ ਜਿਹੜਾ ਕਹਿੰਦਾ ਕਿ ਜਦੋਂ ਤੁਹਾਡੇ ਕੋਲ ਕੋਈ ਵੀ ਵਸੀਲਾ ਨਾਮ ਰਵੇ ਤੇ ਹਥਿਆਰ ਚੱਕਣਾ ਚਾਹੀਦਾ ਆਪਣੇ ਆਪ ਨੂੰ ਡਿਫੈਂਡ ਕਰਨਾ ਚਾਹੀਦਾ ਫਿਰ ਉਹਨੇ ਉਸ ਦੇ ਤਹਿਤ ਕੀਤਾ ਤੇ ਬੜੀ ਦਿਲਚਸਪ ਤੁਸੀਂ ਇਹ ਦੱਸੀ ਸਟੋਰੀ ਇੰਟਰਸਟਿੰਗ ਸਟੋਰੀ ਸੀ ਮੈਨੂੰ ਵੀ ਹਾਲੇ ਤੱਕ ਇੰਟਰਸਟਿੰਗ ਸਟੋਰੀ ਲੱਗ ਰਹੀ ਹੈ ਬਿਲਕੁਲ ਸੋ ਇਹੀ ਸਾਨੂੰ ਗੁਰੂ ਸਾਹਿਬਾਨ ਨੇ ਦੱਸਿਆ ਕਿ ਜਿਹੜਾ ਸਾਹਮਣੇ ਵਾਲੇ ਨੂੰ ਜੇਕਰ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਉਹਨੂੰ ਸਜ਼ਾ ਜਾਫਤਾ ਵੀ ਕਰਨਾ ਪੈਂਦਾ ਤੇ ਉੱਥੇ ਤੇ ਤੁਹਾਡੀ ਮਨਸ਼ਾ ਦੇਖੋ ਕੀ ਹੈ ਸੋ ਮਨਸ਼ਾ ਦੇ ਉੱਤੇ ਜਿਹੜੇ ਜ਼ਿਆਦਾਤਰ ਆਪਾਂ ਕਹਿੰਦੇ ਕਿ ਕੇਸ ਖੜੇ ਹੁੰਦੇ ਆ ਤੇ ਤੁਸੀਂ ਬਾਕੀ ਜਿਸ ਤਰ੍ਹਾਂ ਐਕਸਪਲੇਨ ਕੀਤਾ ਕਿ ਭਵਿੱਖ ਦੇ ਵਿੱਚ ਜਦੋਂ ਸਾਡੇ ਇੱਥੋਂ ਦੇ ਬੋਰਨ ਉਹ ਵੀ ਇਸ ਕਿੱਤੇ ਦੇ ਵੱਲ ਜਾਣਗੇ ਤੇ ਉਹਨਾਂ ਨੂੰ ਕਦੇ ਇਸ ਤਰ੍ਹਾਂ ਦੀ ਜਿਹੜੀ ਸਾਹਮਣਾ ਕਰਨਾ ਪਊਗਾ ਤੇ ਉਹ ਰਾਈਟ ਡਿਸੀਜਨ ਲੈਣਗੇ ਅੱਗੇ ਆਪਾਂ ਗੱਲਬਾਤ ਵਧਾਉਂਦੇ ਹਾਂ ਕਿ ਉਸ ਤੋਂ ਬਾਅਦ ਲਾਅ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੇਸ ਆਏ ਹੋਣਗੇ ਤੇ ਜਿਹੜੀ ਫਿਰ ਰਾਜਨੀਤੀ ਦੀ ਚਿਣਗੇ ਆ ਵੀ ਇਸ ਪਾਸੇ ਜਾਣਾ ਚਾਹੀਦਾ ਉਹ ਆਖਿਰਕਾਰ ਫਿਰ ਕਿਦੋਂ ਆ ਕੇ ਲੱਗੀ ਜੀ ਸੋ ਨਾਲ ਦੇ ਨਾਲ ਜਦੋਂ ਮੈਂ ਲਾਅ ਸਕੂਲ ਚ ਸੀਗਾ ਮੈਂ ਸੰਸਥਾਵਾਂ ਨੂੰ ਮਦਦ ਕਰ ਰਿਹਾ ਸੀਗਾ ਲੀਗਲ ਐਡਵਾਈਸ ਦੇ ਨਾਲ ਜਦੋਂ ਵਕੀਲ ਬਣਿਆ ਮੈਂ ਉਹੀ ਕੰਮ ਫੇਰ ਕਰਦਾ ਸੀਗਾ ਨਾਲੇ ਜਿਹੜੇ ਸਿੱਖ ਸਮੱਸਿਆ ਵੀ ਸੀਗੇ ਉਹਦੇ ਚ ਮੈਂ ਕਾਫੀ ਬੋਲਿਆ ਜਿਹੜੇ ਜੈਨੋਸਾਈਡ ਦੀ ਗੱਲਾਂ ਬਾਰੇ ਜਿਹੜੇ ਸਾਡੇ ਨਾਲ ਤੱਕਾਸ਼ਾਹੀ ਹੋਇਆ ਉੱਥੇ ਇੱਕ ਇਲੈਕਟਿਡ ਅਫੀਸ਼ੀਅਲ ਨੇ ਸਿੱਖਾਂ ਦੇ ਖਿਲਾਫ ਬੜਾ ਮਾੜਾ ਬਿਆਨ ਦਿੱਤਾ ਸਾਰੇ ਸਿੱਖ ਅੱਤਵਾਦੀ ਨੇ ਉਹਨਾਂ ਦੇ ਖਿਲਾਫ਼ ਫਿਰ ਮੈਂ ਆਰਗੇਨਾਈਜ਼ ਕੀਤਾ ਸੀਗਾ ਕਿ ਤਾਂ ਕਹਿਣਾ ਬਹੁਤ ਮਾੜਾ ਗੱਲ ਆ ਏਦਾਂ ਨਹੀਂ ਕਹਿਣਾ ਚਾਹੀਦਾ ਇਲੈਕਟਿਡ ਅਫੀਸ਼ੀਅਲ ਨੂੰ ਸਗੋਂ ਇਹੋ ਜਿਹੀ ਗਲਤ ਬਿਆਨ ਦੇਣਾ ਬਹੁਤ ਨੈਗੇਟਿਵ ਪ੍ਰਭਾਵ ਪੈਂਦਾ ਤਾਂ ਨਹੀਂ ਹੋਣਾ ਚਾਹੀਦਾ ਸੋ ਕਾਫੀ ਇਨਵੋਲਵ ਸੀਗੇ ਸਿੱਖ ਮਸਲਿਆਂ ਦੇ ਵਿੱਚ ਤੇ ਇੱਕ ਖਾਸ ਮਸਲਾ ਸੀਗਾ ਜਿੱਥੇ ਉਹਦੇ ਕਰਕੇ ਉਹ ਬੀਜ ਪਾਇਆ ਕਿ ਅਸੀਂ ਫਿਰ ਇਲੈਕਸ਼ਨ ਦੇ ਵਿੱਚ ਤਾਂ ਪੋਲਿਟਿਕਸ ਵਿੱਚ ਆਉਣ ਦਾ ਸਾਡਾ ਮਨ ਬਣ ਗਿਆ ਸੀਗਾ ਸਾਡਾ ਪੂਰਾ ਟੀਮ ਦਾ ਉਹ ਸੀਗਾ ਕਿ ਇੱਕ ਕਮਲਨਾਥ ਆ ਰਹੇ ਸੀਗਾ ਦਿੱਲੀ ਦਾ ਜਿਹੜਾ ਕਾਂਗਰਸ ਦਾ ਲੀਡਰ ਸੀ ਤੇ ਸਾਨੂੰ ਸਾਰਿਆਂ ਨੂੰ ਪਤਾ ਸੀਗਾ ਕਿ ਉਹ ਤਾਂ ਜਿਹੜੇ ਨਸਲਕੁਸ਼ੀ ਦੇ ਵਿੱਚ ਬਿਲਕੁਲ ਇਨਵੋਲਵ ਸੀ ਦੋਸ਼ੀ ਹੈ ਤੇ ਉਹਨਾਂ ਨੇ ਸਿੱਖਾਂ ਨੂੰ ਮਤਲਬ ਕਤਲੇਆਮ ਨਸਲਕੁਸ਼ੀ ਦੇ ਵਿੱਚ ਆਰਗੇਨਾਈਜ਼ ਕਰਨ ਦਾ ਪੂਰਾ ਹਿੱਸਾ ਲਿਆ ਸੋ ਅਸੀਂ ਕਿਹਾ ਕਿ ਇਹ ਨਹੀਂ ਆ ਸਕਦੇ ਤੇ ਅਸੀਂ ਬੜਾ ਕਲੀਅਰਲੀ ਕਿਹਾ ਕਿ ਅਸੀਂ ਪ੍ਰੋਟੈਸਟ ਕਰਨਾ ਹੈ ਤਾਂ ਕਿ ਸਾਡੇ ਜਿਹੜੇ ਇਲੈਕਟਡ ਅਫੀਸ਼ੀਅਲਸ ਉਹਨੂੰ ਨਾ ਮਿਲਣ ਭਾਵੇਂ ਸੂਬੇ ਲੈਵਲ ਤੋਂ ਭਾਵੇਂ ਨੈਸ਼ਨਲ ਲੈਵਲ ਤੋਂ ਤੇ ਆਰਗੇਨਾਈਜ਼ ਕਰਕੇ ਸਾਨੂੰ ਪਤਾ ਲੱਗਿਆ ਕਿ ਜਿਹੜੇ ਆਪਣੇ ਇਲੈਕਟਡ ਅਫੀਸ਼ੀਅਲ ਸੀਗੇ ਉਹ ਤਾਂ ਕਹਿ ਰਹੇ ਸੀਗੇ ਕਿ ਜਿਹੜੇ ਅਸੀਂ ਨੌਜਵਾਨ ਇਕੱਠੇ ਹੋ ਕੇ ਇਸ ਇਸ਼ੂ ਦੇ ਉੱਤੇ ਕੰਮ ਕਰ ਰਹੇ ਸੀਗੇ ਕਿ ਅਸੀਂ ਕੋਈ ਫਰੈਂਡ ਸੀਗੇ ਤੇ ਸਾਡੀ ਕੋਈ ਬਾਲੀ ਗੱਲ ਇਹ ਗੱਲ ਜਾਇਜ਼ ਨਹੀਂ ਸੀਗੀ ਤਾਂ ਜਦੋਂ ਅਸੀਂ ਹੋਰ ਤੇ ਹੋਰ ਇਸ਼ੂ ਨੂੰ ਪ੍ਰੈਸ਼ਰ ਕੀਤਾ ਇੱਕ ਪਾਰਟੀ ਨੇ ਸਾਡੀ ਗੱਲ ਸੁਣੀ ਉਹਨੂੰ ਡਿਨਾਈ ਕੀਤਾ ਕਮਲਨਾਥ ਨੂੰ ਮਿਲਣ ਸੋ ਅਸੀਂ ਕਿ ਵਧੀਆ ਇੱਥੇ ਸਾਨੂੰ ਇੱਕ ਜਿੱਤ ਹੋ ਗਿਆ ਸੀਗਾ ਇੱਕ ਵੱਡਾ ਅਸੀਂ ਪ੍ਰੋਟੈਸਟ ਕੀਤਾ ਜਿੱਥੇ ਸਾਰੇ ਯੂਥ ਹੋ ਕੇ ਇਕੱਠੇ ਹੋਏ ਕਿ ਇਹਨੂੰ ਨਹੀਂ ਮਿਲਣਾ ਚਾਹੀਦਾ ਸਰਕਾਰ ਮਿਲ ਰਹੀ ਸੀਗੀ ਤਾਂ ਫਿਰ ਸਾਨੂੰ ਪਤਾ ਲੱਗਿਆ ਜਦੋਂ ਲੀਡਰਸ਼ਿਪ ਨੇ ਸਾਨੂੰ ਮਿਲਿਆ ਕਹਿੰਦੇ ਕਿ ਸਾਨੂੰ ਤਾਂ ਦੱਸਿਆ ਗਿਆ ਸੀਗਾ ਤੇ ਇਹ ਤਾਂ ਕੋਈ ਵੱਡੀ ਗੱਲ ਹੈ ਨਹੀਂ ਅਸੀਂ ਕਿਹਾ ਕਿ ਕਿਹਨੇ ਦੱਸਿਆ ਕਿ ਤੁਹਾਡੇ ਆਪਣੇ ਇਲੈਕਟਡ ਅਫੀਸ਼ੀਅਲ ਨੇ ਦੱਸਿਆ ਕਿ ਇਹ ਤਾਂ ਵੱਡੀ ਗੱਲ ਹੈ ਨਹੀਂ ਫਿਰ ਉਸੇ ਵਕਤ ਅਸੀਂ ਸੋਚਿਆ ਕਿ ਨਹੀਂ ਅਸੀਂ ਕੁਝ ਸੁਨੇਹਾ ਭੇਜਿਆ ਕਿ ਜੇ ਆਪਣੇ ਇਲੈਕਟਡ ਅਫੀਸ਼ੀਅਲ ਆਪਣੇ ਸਿੱਖ ਭਾਈਚਾਰੇ ਚੋਂ ਇਲੈਕਟਡ ਅਫੀਸ਼ੀਅਲ ਸਾਨੂੰ ਇਸ ਤਰੀਕੇ ਨਾਲ ਪਿੱਠ ਦਿਖਾ ਰਹੇ ਨੇ ਤਾਂ ਅਸੀਂ ਇੱਕ ਸੁਨੇਹਾ ਭੇਜਿਆ ਕਿ ਜੇ ਤੁਸੀਂ ਸਿੱਖਾਂ ਨੂੰ ਪਿੱਠ ਦਿਖਾਉਂਦੇ ਹੋ ਤਾਂ ਤੁਸੀਂ ਹਾਰੋਗੇ ਇਲੈਕਸ਼ਨ ਦੇ ਵਿੱਚ ਸੋ ਸਾਡਾ ਪਹਿਲਾ ਮਕਸਦ ਇਹੀ ਸੀਗਾ ਕਿ ਬੰਦੇ ਨੂੰ ਹਰਾਉਣਾ ਜਿਹੜੇ ਜਿਹਨੇ ਸਾਨੂੰ ਪਿੱਠ ਦਿਖਾਇਆ ਜਿਹਨੇ ਸਿੱਖ ਇਸ਼ੂ ਤੇ ਖੜੇ ਨਹੀਂ ਸੀ ਸੋ ਕਮਲਨਾਥ ਆਉਣ ਨਾਲੋਂ ਅਸੀਂ ਪੋਲਿਟਿਕਸ ਆ ਗਏ ਸੋ ਇਹ ਜੇ ਅਸੀਂ ਨੁਗੀ ਸੋਚੀਆ ਕਿ ਸ਼ਾਇਦ ਉਹ ਹਾਲੇ ਤੱਕ ਪਛਤਾਉਂਦਾ ਆ ਆਉਣਾ ਕਿਉਂਕਿ ਅਸੀਂ ਥੋੜੀ ਜਿਹਾ ਸਰਕਾਰ ਦੇ ਪੈਰ ਚ ਇੱਕ ਕਿਸਮ ਦਾ ਕਾਂਡਾ ਬਣਿਆ ਤੇ ਉਹਦੇ ਕਰਕੇ ਬਣਿਆ ਕਿਉਂਕਿ ਉਹ
ਇੱਥੇ ਆ ਰਹੇ ਅਸੀਂ ਕਹਿੰਦੇ ਏਦਾਂ ਨਹੀਂ ਹੋ ਸਕਦਾ ਸੋ ਐਨੀਵੇਜ਼ ਅਸੀਂ ਬਹਿ ਕੇ ਸਲਾਹ ਕੀਤੀ ਹੈ ਸਾਰੀ ਟੀਮ ਨੇ ਇਕੱਠੇ ਹੋ ਕੇ ਠੀਕ ਇਹਨੂੰ ਹਰਾਉਣਾ ਕਿੱਦਾਂ ਹਰਾ ਸਕੀਏ ਹਰਾ ਸਕਦੇ ਅਸੀਂ ਸੋਚਿਆ ਕਿ ਕਿਸੇ ਨੂੰ ਅੱਗੇ ਖੜਾ ਕਰਨਾ ਪਊਗਾ ਸੋ ਟੀਮ ਦੇ ਵਿੱਚ ਅਸੀਂ ਸਾਰੇ ਬੈਠੇ ਸੀਗੇ ਜਿਹੜੇ ਇਨਵੋਲਵ ਹੁੰਦੇ ਤੇ ਹੌਲੀ ਹੌਲੀ ਸਾਰਿਆਂ ਦਾ ਨਜ਼ਰ ਮੇਰੇ ਵੱਲ ਚਾਕਣ ਲੱਗ ਪਏ ਮੈਂ ਕਿਹਾ ਕੀ ਹੋ ਰਿਹਾ ਨਾ ਕਹਿੰਦੇ ਤੁਸੀਂ ਵਧੀਆ ਹੋਵੋਗੇ ਸਾਡੇ ਵਾਸਤੇ ਉਮੀਦਵਾਰ ਮੈਂ ਕਿਹਾ ਨਹੀਂ ਜਮੇ ਨਹੀਂ ਮੈਂ ਕਰਨਾ ਨਹੀਂ ਚਾਹੁੰਦਾ ਤੁਹਾਨੂੰ ਪਤਾ ਮੇਰਾ ਵਕਾਲਤ ਵਧੀਆ ਚੱਲ ਰਿਹਾ ਤੇ ਲਾਈਫ ਸਟਾਈਲ ਵੀ ਵਧੀਆ ਮੈਂ ਪਾਂਥੇ ਕੰਮ ਵੀ ਕਰ ਸਕਦਾ ਨਾਲੇ ਆਪਣਾ ਸ਼ੁਗਰ ਦੀ ਗੱਲ ਵੀ ਕਰ ਸਕਦਾ ਪੈਸੇ ਵੀ ਵਧੀਆ ਆ ਰਹੇ ਨੇ ਸਾਰੇ ਕੁਛ ਸੈੱਟ ਹੈ ਕੰਮ ਹੈ ਨਾ ਮੈਂ ਨਹੀਂ ਕਰਨਾ ਚਾਹੁੰਦਾ ਤੇ ਨਹੀਂ ਕਿ ਸਾਡੇ ਸਾਰਿਆਂ ਚੋਂ ਤੁਸੀਂ ਹੀ ਕਾਬਲ ਹੋ ਲਾਈਕਬਲ ਬੰਦਾ ਹੈਗਾ ਉਹਦਾ ਵੀ ਤੁਸੀਂ ਵਧੀਆ ਵਕੀਲ ਵੀ ਹੈਗੇ ਹੋ ਬਸ ਤੁਸੀਂ ਬਣਨਾ ਮੈਂ ਕਿਹਾ ਨਹੀਂ ਹੋਣਾ ਛੇ ਮਹੀਨੇ ਲੱਗੇ ਛੇ ਮਹੀਨੇ ਪੂਰੇ ਛੇ ਮਹੀਨੇ ਲੱਗੇ ਮੈਨੂੰ ਕਨਵਿੰਸ ਕਰਨ ਨੂੰ ਤੇ ਛੇ ਮਹੀਨੇ ਦੇ ਵਿੱਚ ਸਾਰਾ ਕੁਛ ਵਰਤਿਆ ਕਈ ਵਾਰੀ ਮੈਨੂੰ ਸਿਫਤ ਕੀਤੀ ਹੈ ਦੂਜੇ ਪਾਸਿਓਂ ਕਈ ਵਾਰੀ ਮੈਨੂੰ ਪ੍ਰੈਸ਼ਰ ਪਾਇਆ ਜਿਵੇਂ ਪੰਜਾਬੀਆਂ ਚ ਧੱਕਾ ਕਰਨ ਦਾ ਆਦਤ ਹੈ ਗਿਲਟੀ ਮਹਿਸੂਸ ਕਰਾਇਆ ਤੇ ਭਾਈ ਨੇ ਵੀ ਬਹੁਤ ਜ਼ਿਆਦਾ ਮੇਰੇ ਛੋਟਾ ਭਾਈ ਹੈ ਉਹਦਾ ਵੀ ਆਈਡੀਆ ਸੀਗਾ ਉਹਨੇ ਕਾਫੀ ਪ੍ਰੈਸ਼ਰ ਪਾਇਆ ਤੇ ਅੰਚ ਛੇ ਮਹੀਨੇ ਬਾਅਦ ਉਹਨੂੰ ਆਪਣੇ ਸਾਰੇ ਮਿੱਤਰਾਂ ਨੂੰ ਮੇਰੇ ਭਾਈ ਨੂੰ ਸਾਨੂੰ ਚੁੱਪ ਕਰਾਉਣ ਲਈ ਮੈਂ ਕਿਹਾ ਚਲੋ ਠੀਕ ਹੈ ਮੈਂ ਮੰਨ ਲੈਣਾ ਸੋ ਇਹ ਮੇਰਾ ਕੋਈ ਤਾਂ ਆਸ ਨਹੀਂ ਸੀ ਕਿ ਮੈਂ ਬਣਨਾ ਖੁਸ਼ ਹੋ ਕੇ ਨਹੀਂ ਬਣਿਆ ਮੈਂ ਮਤਲਬ ਪ੍ਰੈਸ਼ਰ ਤੋਂ ਮੈਂ ਫਿਰ ਕਿਹਾ ਕਿ ਚਲੋ ਠੀਕ ਹੈ ਬਾਕੀ ਤੁਸੀਂ ਇੰਨਾ ਪ੍ਰੈਸ਼ਰ ਪਾਇਆ ਮੈਂ ਤੁਹਾਨੂੰ ਰਿਲੀਜ਼ ਚੁੱਪ ਕਰਾਉਣ ਲਈ ਮੈਂ ਕਰਦਾ ਬਿਲਕੁਲ ਇੱਥੋਂ ਦੇਖੀਏ ਆਪਾਂ ਕਿ ਅਕਸਰ ਕਈ ਵਾਰ ਆਪਾਂ ਦੇਖਦੇ ਹਾਂ ਕਿ ਮੁਸ਼ਕਲ ਜਦੋਂ ਸਾਹਮਣੇ ਆਉਂਦੀ ਹੈ ਨਾ ਸਿੱਖੀ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਆਖਿਆ ਕੋਈ ਮੁਸ਼ਕਲ ਨਾਮ ਦੀ ਚੀਜ਼ ਹੀ ਨਹੀਂ ਹੈ ਦੁੱਖ ਦਾਰੂ ਸੁੱਖ ਰੋਗ ਪਾਇਆ ਗੁਰੂ ਸਾਹਿਬ ਨੇ ਕਲੀਅਰ ਸਾਨੂੰ ਮੈਸੇਜ ਪਰ ਸਾਨੂੰ ਸਮਝਣ ਦੇ ਵਿੱਚ ਉਹ ਥੋੜੀ ਦੇਰੀ ਲੱਗਦੀ ਆ ਦੇਖੋ ਕਮਲਨਾਥ ਆਇਆ ਉੱਥੇ ਜਿਹੜੇ ਸਿੱਖ ਲੀਡਰ ਸੀ ਸਿੱਖ ਚਿਹਰੇ ਸੀ ਉਹਨਾਂ ਨੇ ਉਤੋਂ ਪੈਰ ਪਿੱਛੇ ਖਿੱਚਿਆ ਉਹ ਦੌੜੇ ਤੇ ਅਸਲ ਦੇ ਵਿੱਚ ਉਹ ਇੱਕ ਗਰਾਊਂਡ ਤਿਆਰ ਕਰ ਰਹੇ ਸਨ ਵੀ ਜਿਹੜੀ ਯੂਥ ਲੀਡਰਸ਼ਿਪ ਆਵੇ ਸਿੱਖ ਲੀਡਰਸ਼ਿਪ ਉਹਨਾਂ ਦੇ ਲਈ ਉਹ ਇੱਕ ਗਰਾਊਂਡ ਤਿਆਰ ਹੋਇਆ ਗਲਤੀਆਂ ਉਹਨਾਂ ਨੇ ਕਮਜ਼ੋਰੀਆਂ ਇਤਿਹਾਸ ਦੇ ਵਿੱਚ ਕਿਸੇ ਨੇ ਕੋਈ ਕਰੈਕਟਰ ਬਣਨਾ ਹੀ ਹੁੰਦਾ ਗਾ ਸੋ ਉਹਨਾਂ ਨੇ ਆਪਣਾ ਕਰੈਕਟਰ ਬਣ ਕੇ ਰੋਲ ਨਿਭਾਤਾ ਕਮਲਨਾਥ ਆਪਣੇ ਆਪ ਦੇ ਵਿੱਚ ਪਹਿਲਾਂ ਦੋਸ਼ੀ ਸੀ ਸੋ ਉਥੋਂ ਇਹ ਸਾਰੀ ਜਿਹੜਾ ਵਰਤਾਰਾ ਸ਼ੁਰੂ ਹੋਇਆ ਸਾਰਾ ਜਿਹੜਾ ਕਨਸੈਪਟ ਸ਼ੁਰੂ ਹੋਇਆ ਵੀ ਹੁਣ ਜਿਹੜੀ ਸਿੱਖ ਮਾਡਲ ਲੀਡਰਸ਼ਿਪ ਆ ਉਹਨੂੰ ਅੱਗੇ ਆਉਣਾ ਚਾਹੀਦਾ ਗਾ ਸੋ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਉਮੀਦਵਾਰ ਵੀ ਹਾਰੇ ਸੋ ਮੈਂ ਨਾਮ ਕਿਸੇ ਦਾ ਨਹੀਂ ਮਿਲਾਵਾਂਗਾ ਸੋ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਉਹ ਕਿਹਾ ਕਿ ਬਹੁਤ ਇੰਨੀਆਂ ਟੱਲੀਆਂ ਵੱਜ ਗਈਆਂ ਨੇ ਹੁਣ ਸੋ ਉਹਨਾਂ ਨੂੰ ਸਬਕ ਜ਼ਰੂਰ ਮਿਲਿਆ ਸੋ ਪਹਿਲੀ ਜਿਹੜੀ ਚੋਣ ਆ ਤੁਸੀਂ ਜਿਹੜੀ ਪਾਰਟੀ ਦੀ ਆਪਾਂ ਕਹਿ ਦਈਏ ਕਿ ਚੋਣ ਆ ਉਹ ਕਿਸ ਤਰ੍ਹਾਂ ਕੀਤੀ ਬੀਤੇ ਕੱਲ ਜਦੋਂ ਆਪਾਂ ਸਿਟੀ ਦੇ ਵਿੱਚ ਡਿਨਰ ਦੇ ਉੱਤੇ ਬੈਠੇ ਸੀ ਇੱਕ ਭੈਣ ਜੀ ਸਾਡੀ ਕਿਰਨ ਉਹ ਤੁਹਾਡੀ ਸਟੇਟ ਤੋਂ ਹੀ ਆਏ ਨੇ ਤੁਹਾਡੇ ਸ਼ਹਿਰ ਤੋਂ ਹੀ ਇੱਥੇ ਆ ਕੇ ਵਸੇ ਨੇ ਉਹ ਉਹਨਾਂ ਨੇ ਦੱਸਿਆ ਕਿ ਜਦੋਂ ਜਗਮੀਤ ਸਿੰਘ ਹੋਰਾਂ ਨੇ ਪਾਰਟੀ ਜੁਆਇਨ ਕੀਤੀ ਐਨਡੀਪੀ ਤੇ ਸਾਨੂੰ ਲੱਗਿਆ ਕੋਈ ਵੱਡੀ ਪਾਰਟੀ ਜੁਆਇਨ ਕਰਨੀ ਚਾਹੀਦੀ ਸੀ ਜਿਹਦਾ ਨਾਮ ਆ ਕਿੱਧਰ ਚਲੇ ਗਏ ਇਹਨਾਂ ਨੇ ਜਿੱਤਣਾ ਨੀ ਕਹਿੰਦੇ ਪਰ ਹੁਣ ਮੈਨੂੰ ਮਾਣ ਲੱਗਦਾ ਵੀ ਨਹੀਂ ਉਹਨਾਂ ਨੇ ਬਿਲਕੁਲ ਸਹੀ ਪਾਰਟੀ ਚੂਜ ਕੀਤੀ ਸੋ ਤੁਸੀਂ ਐਨਡੀਪੀ ਪਾਰਟੀ ਦੇ ਵੱਲ ਕਿਉਂ ਗਏ ਜੀ ਕਿਉਂਕਿ ਮੇਰਾ ਇਹ ਸੀਗਾ ਕਿ ਕਈ ਜਿਹੜੇ ਸਿੱਖ ਉਹ ਕਹਿੰਦੇ ਕਿ ਮੈਂ ਇਸ ਪਾਰਟੀ ਦਾ ਹੈਗਾ ਮੈਂ ਇਸ ਪਾਰਟੀ ਦਾ ਹੈਗਾ ਜਦੋਂ ਉਹਨਾਂ ਦਾ ਇੰਨਾ ਵਫ਼ਾਦਾਰੀ ਇੱਕ ਪਾਰਟੀ ਨਾਲ ਜੁੜਿਆ ਸੀ ਕਿ ਮੈਂ ਇੱਦਾਂ ਸੋਚਿਆ ਕਿ ਨਹੀਂ ਵਫ਼ਾਦਾਰੀ ਮੇਰੀ ਤਾਂ ਪੰਥ ਨਾਲ ਹੈ ਜੀ ਸ਼ੁਰੂ ਤੋਂ ਐਂਡ ਤੱਕ ਪੰਥ ਨਾਲ ਹੀ ਹੋਊਗਾ ਸਾਡੇ ਵਫ਼ਾਦਾਰੀ ਤੇ ਕਮਿਊਨਿਟੀ ਨਾਲ ਆਪਣੀ ਜਿਹੜਾ ਸੋਸਾਇਟੀ ਨਾਲ ਤੇ ਬਾਅਦ ਚੋਂ ਫੇਰ ਪੋਲਿਟਿਕਸ ਜਿਹੜੀ ਪਾਰਟੀ ਹੈ ਉਹ ਚੁਣਾਂਗੇ ਹੈ ਨਾ ਪਰ ਮੈਨੂੰ ਇਹਦੇ ਲੱਗਿਆ ਕਿ ਪ੍ਰਾਇਰਟੀਜ਼ ਉਹਨਾਂ ਦੀ ਗਲਤ ਸੀਗੀ ਤੇ ਅਸੀਂ ਸੋਚਿਆ ਮੈਂ ਆਪ ਟੀਮ ਨਾਲ ਅਸੀਂ ਸਾਰੇ ਬਹਿ ਕੇ ਸਲਾਹ ਕੀਤੀ ਹੈ ਕਿ ਕਿਹੜੀ ਪਾਰਟੀ ਦੋ ਜਿਹੜੇ ਮੇਨ ਗੱਲਾਂ ਨੇ ਸਾਡੇ ਮੇਰੇ ਮਨ ਚ ਸਿੱਖ ਹੋਣ ਦੇ ਨਾਤੇ ਤੇ ਇੱਕ ਹਿਊਮਨ ਰਾਈਟਸ ਇੱਕ ਮਨੁੱਖੀ ਅਧਿਕਾਰਾਂ ਦੇ ਐਡਵੋਕੇਟ ਤੌਰ ਤੇ ਦੋ ਗੱਲਾਂ ਇੱਕ ਤਾਂ ਸੀਗਾ ਮਨੁੱਖੀ ਅਧਿਕਾਰਾਂ ਕਿਸ ਪਾਰਟੀ ਦੀ ਟਰੈਕ ਰੈਕਰਡ ਵਧੀਆ ਆ ਕਿ ਜੇ ਮੈਂ ਮਨੁੱਖੀ ਅਧਿਕਾਰਾਂ ਤੇ ਗੱਲ ਕਰਾਂ ਕਿ ਉਹ ਮੇਰੀ ਪੂਰੀ ਸਪੋਰਟ ਕਰਨਗੇ ਮਦਦ ਕਰਨਗੇ ਦੂਜੀ ਗੱਲ ਸੀਗੀ ਕਿ ਆਮ ਲੋਕ ਦਾ ਜਿਹੜਾ ਸਿਚੁਏਸ਼ਨ ਕੀ ਹੁੰਦਾ ਆਮ ਲੋਕਾਂ ਦਾ ਹਾਲਤ ਕੀ ਹੁੰਦੇ ਕਿ ਆਪਣਾ ਕੰਮ ਕਰ ਰਹੇ ਨੇ ਗੁਜ਼ਾਰਾ ਮਤਲਬ ਮਸਾਂ ਹੁੰਦਾ ਆ ਕਿ ਆਮ ਲੋਕਾਂ ਦੀ ਜਿਹੜੀ ਹੱਕ ਵਾਲੀ ਪਾਰਟੀ ਹੋਵੇ ਆਮ ਲੋਕਾਂ ਦੀ ਜਿਹੜੀ ਸਿਚੁਏਸ਼ਨ ਨੂੰ ਮਹਿਸੂਸ ਕਰਦੇ ਸਮਝਦੇ ਨੇ ਤੇ ਉਹਦੇ ਵਾਸਤੇ ਕੰਮ ਕਰਦੇ ਉਹ ਪਾਰਟੀ ਅਸੀਂ ਚੁਣੀਏ ਸੋ ਸਾਰੀ ਕੁਆਲਿਟੀਜ਼ ਅਸੀਂ ਦੇਖਿਆ ਕਿ ਖੱਬੇ ਪੱਖੀ ਪਾਰਟੀ ਹਿਊਮਨ ਰਾਈਟਸ ਦੀ ਪਾਰਟੀ ਐਨਡੀਪੀ ਸੀਗੀ ਸੋ ਅਸੀਂ ਇਸ ਲਈ ਚੁਣੇ ਇਹ ਨਹੀਂ ਕਿ ਮੇਰੀ ਖੂਨ ਚ ਐਨਡੀਪੀ ਵੱਸਦਾ ਜੇ ਮੇਰੇ ਖੂਨ ਚ ਕੋਈ ਲਿਬਰਲ ਜਾਂ ਕੰਜ਼ਰਵੇਟਿਵ ਕੋਈ ਪਾਰਟੀ ਵੱਸਦਾ ਮੇਰੇ ਖੂਨ ਚ ਤਾਂ ਸਿਰਫ ਸਿੱਖੀ ਪੰਥ ਦੀ ਜਿਹੜੀ ਸੋਚ ਵੱਸਦੀ ਹੈ ਤੇ ਬਾਕੀ ਅਸੀਂ ਪਾਰਟੀ ਜਿਹੜੇ ਸਾਡੇ ਸੂ ਨਾਲ ਸਹਿਮਤੀ ਸੀ ਅਸੀਂ ਉਹ ਚੁਣਿਆ ਤਾਂ
ਕਈ ਲੋਕਾਂ ਨੇ ਮੈਨੂੰ ਇਹ ਵੀ ਗੱਲ ਕਿਹਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਾਹਦੇ ਛੋਟੀ ਪਾਰਟੀ ਚੁਣਿਆ, ਕਿਉਂਕਿ ਸਾਡਾ ਮਕਸਦ ਨਹੀਂ ਸੀਗਾ ਜਿੱਤਣਾ, ਇਹ ਤੁਸੀਂ ਸਮਝਣ ਦੀ ਲੋੜ ਹੈ। ਅਸਲ ਚ ਮਕਸਦ ਸੀ ਸਿਧਾਂਤ ਨੂੰ ਚੁਣਨਾ, ਬਿਲਕੁਲ ਜੀ, ਨਾ ਕਿ ਸੀਟ ਨੂੰ ਚੁਣਨਾ। ਬਿਲਕੁਲ, ਅਸੀਂ ਸੀਟ, ਸਾਨੂੰ ਸੀਟ ਦਾ ਕੋਈ ਉਹ ਨਹੀਂ ਸੀਗਾ ਕਿ ਅਸੀਂ ਸੀਟ ਜਿੱਤਣਾ ਜਿੱਤਣਾ, ਅਸੀਂ ਕਿਹਾ ਬੰਦੇ ਨੂੰ ਹਰਾਉਣਾ, ਜੋ ਮਰਜ਼ੀ ਹੋਵੇ, ਜੇ ਜਿਨ੍ਹਾਂ ਨੇ ਸਿੱਖ ਇਸ਼ੂ ਤੇ ਖੜਿਆ ਨਹੀਂ ਸੀਗਾ ਤੇ ਉਹ ਬੰਦਾ ਹਾਰੇ, ਤਾਂ ਕਿ ਅਸੀਂ ਇੱਕ ਮੈਸੇਜ ਭੇਜੀਏ ਕਿ ਸਿੱਖ ਬੰਦੇ ਪੰਥ ਲਈ ਖੜੇ ਨੇ, ਤੇ ਆਉਣ ਵਾਲੇ ਸਮੇਂ ਕੋਈ ਹੋਰ ਬੰਦਾ ਆਊਗਾ ਜਿਹੜਾ ਜਿੱਤੂਗਾ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਮੇਨ ਸਾਡਾ ਜਿਹੜਾ ਮਿਸ਼ਨ ਸਹੀ ਹੋਊਗਾ ਜਦੋਂ ਅਸੀਂ ਦਿਖਾ ਸਕਦੇ ਕਿ ਸਿੱਖਾਂ ਚ ਵੋਟ ਬੈਂਕ ਹੈ, ਜਿਹੜੇ ਪੰਥ ਗੱਲਾਂ ਤੇ ਖੜੇ ਹੈ। ਸੋ ਕਰਦੇ ਕਰਦੇ ਅਸੀਂ ਆਲਮੋਸਟ ਜਿੱਤ ਗਏ, ਬੜੇ ਹੈਰਾਨ ਹੋਏ ਕਿ ਆਪਣਾ ਜਿਹੜਾ ਮਕਸਦ ਤੋਂ ਅਸੀਂ ਕਿਤੇ ਅੱਗੇ ਲੰਘੇ। ਤੇ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਹਦੇ ਚ ਅਸੀਂ ਕਿਹਾ ਕਿ ਪੋਲਿਟਿਕਸ ਦੇ ਵਿਚ ਅਸੀਂ ਬਹੁਤ ਕੁਛ ਦੇਖਿਆ ਪਰ ਅਸੀਂ ਸਿੱਖ ਲੈਂਸ ਤੋਂ, ਸਿੱਖ ਨਜ਼ਰ ਤੋਂ ਅਸੀਂ ਪੋਲਿਟਿਕਸ ਨਹੀਂ ਦੇਖੇ ਤੇ ਸਿੱਖ ਲੈਂਸ ਤੋਂ ਪੋਲਿਟਿਕਸ ਕਿੱਦਾਂ ਦਾ ਹੋਊਗਾ। ਸੋ ਜੇ ਅਸੀਂ ਦੇਖਿਆ ਆਮ ਤੌਰ ਤੇ ਪੋਲਿਟਿਕਸ ਵਿਚ ਜਾਂ ਤਾਂ ਬਜ਼ੁਰਗ ਉਮਰ ਦੇ ਬੰਦੇ ਹੁੰਦੇ, ਸਿਆਣੇ ਉਮਰ ਦੇ ਹੁੰਦੇ, ਜਾਂ ਫਿਰ ਬੰਦੇ ਮਰਦ ਹੁੰਦੇ ਨੇ, ਔਰਤ ਇਨਵੋਲਵ ਨਹੀਂ ਹੁੰਦੇ, ਨੌਜਵਾਨ ਨਹੀਂ ਇਨਵੋਲਵ ਹੁੰਦੇ। ਤੇ ਅਸੀਂ ਕਿਹਾ ਇਹ ਗੱਲ ਨੂੰ ਅਸੀਂ ਚੇਂਜ ਕਰੀਏ ਕਿਉਂਕਿ ਸਿੱਖੀ ਦੇ ਵਿਚ ਅਸੀਂ ਸਾਰੇ ਨੂੰ ਇਕੱਠੇ ਕਰਨਾ ਚਾਹੁੰਦੇ ਹਾਂ, ਯੂਨਿਟੀ ਦੀ ਕੌਮ ਹੈਗੇ ਆ, ਜੀਆਈਨੂ ਵਾਲਾ ਕੌਮ ਹੈਗੇ ਆ, ਤੇ ਅਸੀਂ ਚਾਹੁੰਦੇ ਕਿ ਸਾਰੇ ਬੰਦੇ ਇੱਦਾਂ ਮਹਿਸੂਸ ਕਰਨ ਕਿ ਅਸੀਂ ਉਸ ਕੈਂਪੇਨ ਦੇ ਵਿਚ ਹਿੱਸਾ ਲੈ ਸਕਦੇ ਹਾਂ। ਸੋ ਸ਼ੁਰੂ ਤੋਂ ਅਸੀਂ ਇੰਪਲੀਮੈਂਟ ਕੀਤਾ, ਸਿੱਖੀ ਦੇ ਵਿਚ ਬੜਾ ਕਲੀਅਰਲੀ ਲਿਖਿਆ ਜਾਂਦਾ ਕਿ ਸੋ ਕਿਉਂ ਬੰਦਾ ਆਖਿਆ ਜੱਜਾ ਮੇਰਾ ਜਾਣ, ਕਿ ਔਰਤਾਂ ਦੇ ਬਰਾਬਰਤਾ ਦੀ ਗੱਲ ਬਹੁਤ ਵਾਰੀ ਗੁਰੂਆਂ ਨੇ ਗੱਲ ਕੀਤੀ ਹੈ। ਤੇ ਅਸੀਂ ਕਿਹਾ ਕਿ ਠੀਕ ਹੈ, ਕਹਿਣਾ ਇੱਕ ਗੱਲ ਤੇ ਦਿਖਾਉਣ ਕਰਕੇ ਦਿਖਾਉਣਾ ਗੱਲ ਬਹੁਤ ਬਹੁਤ ਡਿਫਰੈਂਟ ਹੁੰਦੇ। ਸੋ ਕਰਕੇ ਦਿਖਾ ਕੇ ਦੱਸ ਸਕੀਏ, ਆਪ ਤਾਂ ਮੈਂ ਮਰਦ ਹੈਗਾ, ਪਰ ਨੈਕਸਟ ਮੋਸਟ ਇੰਪੋਰਟੈਂਟ ਜਿਹੜਾ ਕੈਂਪੇਨ ਦੇ ਵਿੱਚ ਪੋਜੀਸ਼ਨ ਹੁੰਦਾ ਉਹ ਕੈਂਪੇਨ ਮੈਨੇਜਰ ਹੁੰਦਾ। ਸੋ ਅਸੀਂ ਟੀਮ ਤੌਰ ਤੇ ਮੈਂ ਆਪ ਕਿਹਾ ਕਿ ਆਪਣੇ ਕੈਂਪੇਨ ਮੈਨੇਜਰ ਔਰਤ ਹੋਗੀ, ਉਹਦੇ ਕਰਕੇ ਜਿਹੜੇ ਪੈਣਾ ਸੀਗੇ ਉਹ ਦੇਖਿਆ ਕਿ ਉੱਥੇ ਤਾਂ ਔਰਤ ਦੀ ਕਾਫੀ ਕਦਰ ਹੁੰਦੀ ਹੈ, ਉਹ ਸਾਰੇ ਡਿਸੀਜਨ ਔਰਤ ਲੈ ਰਹੀ ਹੈ, ਤੇ ਫਿਰ ਪੈਣਾ ਬਹੁਤ ਆਈਆਂ ਸਾਡੇ ਕੈਂਪੇਨ ਦੇ ਵਿੱਚ। ਇੱਕ ਹੋਰ ਗੱਲ ਅਸੀਂ ਕਿਹਾ ਕਿ ਸਿੱਖੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਸਿੱਖ ਮਾਹੌਲ ਹੋਵੇ ਉੱਥੇ ਸਾਰਿਆਂ ਨੂੰ ਇਦਾਂ ਲੱਗੇ ਅਸੀਂ ਉੱਥੇ ਜਾ ਸਕਦੇ ਹਾਂ। ਸੋ ਇੱਕ ਗੱਲ ਜਿਹੜੀ ਖੁਰਾਕ ਦੀ ਗੱਲ, ਮੈਂ ਕਿਹਾ ਕਿ ਮੈਂ ਇਸ ਡਿਬੇਟ ਚ ਆਉਣਾ ਨਹੀਂ ਚਾਹੁੰਦਾ ਕਿ ਮੀਟ ਖਾਣਾ ਨਹੀਂ ਖਾਣਾ, ਵੈਜ ਹੋਣਾ ਨਹੀਂ ਹੋਣਾ, ਪਰ ਇੱਥੇ ਤਾਂ ਮੈਂ ਜ਼ਰੂਰ ਸਮਝਦਾ ਕਿ ਸਿੱਖ ਜਿਹੜਾ ਲੈਂਸ ਹੋਊਗਾ, ਸਿੱਖ ਜਿਹੜਾ ਵਿਚਾਰ ਹੋਊਗਾ ਕਿ ਸਾਰੇ ਬੰਦੇ ਆਉਣ, ਮੁਸਲਮਾਨ ਜਿਹੜਾ ਹਲਾਲ ਖਾਂਦਾ, ਹਿੰਦੂ ਜਿਹੜਾ ਵੈਸ਼ਨੂੰ ਹੋਵੇ, ਤੇ ਸਿੱਖ ਜਿਹੜਾ ਵੈਸ਼ਨੂੰ ਮਤਲਬ ਵੈਜ ਹੋਵੇ, ਸਾਰੇ ਆ ਸਕਣ। ਸੋ ਅਸੀਂ ਖੁਰਾਕ ਰੱਖਿਆ ਬੜਾ ਸਟ੍ਰਿਕਟਲੀ ਕਿ ਉੱਥੇ ਕੱਲਾ ਵੈਜ ਹੋਊਗਾ, ਬਾਕੀ ਪੋਲਿਟਿਕ ਆਫਿਸ ਦੇ ਵਿੱਚ ਮੁਰਗਾ ਮੁਰਗ ਖਵਾਉਂਦੇ ਨੇ, ਲੋਕ ਜਾਂਦੇ ਨੇ ਕਿਉਂਕਿ ਪਤਾ ਕਿ ਅੱਗੇ ਦਿਨ ਦਿਹਾੜੀ ਲਾ ਕੇ ਕੰਮ, ਰਾਤ ਨੂੰ ਸਾਨੂੰ ਚਿਕਨ ਮੁਰਗਾ ਮੁਰਗਾ ਮਿਲ ਜਾਣਾ, ਹੈਨਾ। ਸੋ ਅਸੀਂ ਕਹਿੰਦੇ ਅਸੀਂ ਡਿਫਰੈਂਟ ਕਰਨਾ। ਹੋਰ ਵੀ ਗੱਲ, ਸਾਨੂੰ ਸਾਰੂ ਪਤਾ ਸੀਗਾ ਕਿ ਸ਼ਰਾਬ ਵੀ ਬਹੁਤ ਪਿਲਾਉਂਦੇ ਸੀਗੇ ਕੈਂਪੇਨ ਦਫ਼ਤਰ ਦੇ ਵਿੱਚ, ਰਾਤ ਨੂੰ ਜਿਹੜੇ ਵੀਰ ਉੱਥੇ ਕੰਮ ਕਰਦੇ ਸੀਗੇ ਦਿਨੇ, ਰਾਤ ਨੂੰ ਫਿਰ ਪੈਗ ਲਾਉਂਦੇ ਸੀਗੇ। ਮੈਂ ਕਿਹਾ ਅਸੀਂ ਉਹ ਵੀ ਨਹੀਂ ਕੰਮ ਕਰਨਾ, ਕਿਉਂਕਿ ਅਸੀਂ ਪਰਿਵਾਰਕ ਮਾਹੌਲ ਬਣਾਉਣਾ ਜਿੱਥੇ ਬੱਚੇ ਵੀ ਆ ਸਕਣ, ਪੈਣਾ ਵੀ ਆ ਸਕਣ। ਸੋ ਅਸੀਂ ਪੂਰਾ ਪਾਬੰਦੀ ਲਾਇਆ ਕਿ ਉੱਥੇ ਨਾ ਸ਼ਰਾਬ ਹੋਣਾ ਨਾ ਮੀਟ ਹੋਣਾ। ਇਹ ਨਹੀਂ ਕਿ ਅਸੀਂ ਮਤਲਬ ਸ਼ਰਾਬ ਤਾਂ ਅਸੀਂ ਸਿੱਖੀ ਤੌਰ ਤੇ ਵੀ ਖਿਲਾਫ਼ ਹੈਗੇ ਹਾਂ, ਮੀਟ ਸਿੱਖੀ ਤੌਰ ਤੇ ਨਹੀਂ, ਪਰ ਅਸੀਂ ਕਿਹਾ ਕਿ ਜੀਆਈਨੂ ਵਾਲਾ ਮਾਹੌਲ ਬਣਾਉਣ ਲਈ। ਤਾਂ ਇੱਦਾਂ ਗੱਲ ਬਣੀ ਹੈ ਕਿ ਸਾਰੇ ਲੋਕ ਆ ਗਏ, ਬੱਚੇ ਵੀ ਆਏ, ਭੈਣਾਂ ਵੀ ਆਈਆਂ, ਬੀਬੀਆਂ ਵੀ ਆਈ, ਸਾਰੇ ਕਹਿੰਦੇ ਇਹ ਤਾਂ ਵਧੀਆ ਮਾਹੌਲ ਹੈ। ਬੀਬੀ ਦੇਖ ਕੇ ਜਿਹੜੇ ਡਿਸੀਜਨ ਮੇਕਰ, ਉਹ ਕਹਿੰਦੇ ਕਿ ਅਸੀਂ ਵੀ ਆ ਕੇ ਇਨਵੋਲਵ ਹੋ ਜਾਈਏ। ਅਸੀਂ ਯੂਥ ਨੂੰ ਵੀ ਬੜਾ ਇੰਸਪਾਇਰ ਕੀਤਾ, ਯੂਥ ਬਹੁਤ ਆਏ। ਸੋ ਜਿੱਥੇ ਸਾਨੂੰ ਵੱਧ ਤੋਂ ਵੱਧ 8% ਵੋਟ ਪੈਂਦੀ ਸੀਗੀ, ਵੱਧ ਤੋਂ ਵੱਧ ਮਤਲਬ ਕਿ 6000 ਵੋਟ, ਅਸੀਂ 30 ਦਿਨ ਦੇ ਅੰਦਰ ਅੰਦਰ 6000 ਵੋਟ ਨੂੰ ਅਸੀਂ 19000 ਬਣਾਤਾ। ਅੱਛਾ ਜੀ, ਇਤਿਹਾਸ ਵਿੱਚ ਬਹੁਤ ਘੱਟ ਵਾਰੀ ਇੱਦਾਂ ਹੋਇਆ ਕੈਨੇਡਾ ਦੇ ਇਤਿਹਾਸ ਵਿੱਚ, ਤੇ ਸਾਰੀ ਕੁਝ ਇਹ ਸਿੱਖੀ ਅਸੂਲ ਕਰਕੇ ਹੋਇਆ। ਸੋ ਅਸੀਂ ਸਿੱਖੀ ਅਸੂਲ ਵਾਸਤੇ ਖੜੇ ਹੋਏ, ਸਿੱਖੀ ਅਸੂਲ ਵਰਤ ਕੇ ਅਸੀਂ ਉਸ ਕਾਮਯਾਬ ਹੋ ਗਏ। ਤੇ ਅਸੀਂ ਮੈਨੂੰ ਜਦੋਂ ਪੁੱਛਦੇ ਹੁੰਦੇ ਲੋਕੀ ਕਿ ਸਿੱਖ ਹੋਣਾ ਜਾਂ ਸਿੱਖੀ ਅਸੂਲ ਚੜ੍ਹਨਾ ਤੁਹਾਨੂੰ ਕਦੇ ਕੋਈ ਰੁਕਾਵਟ ਆਈ ਹੈ, ਮੈਂ ਤਾਂ ਕਹਿੰਦਾ ਕਿ ਜੇ ਮੇਰੀ ਕੋਈ ਵੀ ਤਰੱਕੀ ਹੋਈ ਹੈ ਜ਼ਿੰਦਗੀ ਚ, ਇਹ ਸਿੱਖੀ ਸਰੂਪ ਹੀ ਕਰਕੇ ਹੋਇਆ। ਜੀ ਬਾਜੀ, ਕਿਆ ਬਾਤ ਆ। ਇਹ ਸਾਨੂੰ ਗੁਰੂ ਸਾਹਿਬਾਨ ਨੇ ਦੱਸਿਆ ਕਿ ਜਿਹੜੀ ਤੁਸੀਂ ਪੇਸ਼ ਕਰਨੀ ਆ ਚੀਜ਼, ਫਿਰ ਉਹ ਖਾਲਸੇ ਨੇ ਨਿਆਰੇ ਰਹਿ ਕੇ ਕਰਨੀ। ਜੇ ਤੁਸੀਂ ਨਿਆਰਾ ਰਹਿ ਕੇ ਕਰਦੇ ਹੋ ਹਰ ਇੱਕ ਚੀਜ਼, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਜ਼ਾਦੀ ਦੇ ਨਾਲ ਕਰਦੇ ਹੋ, ਰੂਹ ਦੀ ਆਜ਼ਾਦੀ ਦੇ ਨਾਲ ਕਰਦੇ ਹੋ, ਫਿਰ ਤੁਹਾਨੂੰ ਉਹ ਸਫਲਤਾ ਮਿਲਦੀ ਹੈ। ਕਿਉਂਕਿ ਗੁਰੂ ਨੇ ਕਿਹਾ ਵੀ ਚਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ। ਕਿਉਂਕਿ ਤੁਹਾਡਾ ਜਿਹੜਾ ਪਿੱਛੇ ਤੇਜ ਆ, ਜਿਹੜੀ ਤੁਹਾਡੇ ਪਿੱਛੇ ਪ੍ਰਕਾਸ਼ ਆ, ਜਿਹੜਾ ਗਿਆਨ ਆ, ਉਹ ਗੁਰੂ ਦਾ ਖੜਾ ਹੁੰਦਾ ਹੈ। ਸੋ ਉਸੇ ਨੂੰ ਤੁਸੀਂ ਮਾਡਲ ਨੂੰ ਜਦੋਂ ਲੈ ਕੇ ਆਏ ਤੇ ਸਫਲਤਾ ਮਿਲੀ। ਫਿਰ ਉਸ ਤੋਂ ਬਾਅਦ ਕੁਝ ਹੋਰ ਵੀ ਇਹਦੇ ਵਿੱਚ ਲੀਡਰ ਸ਼ਾਮਲ ਹੋਏ, ਸਿੱਖ ਲੀਡਰ ਜਿੱਦਾਂ ਹਰਬਲਜੀਤ ਸਿੰਘ, ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ। ਫਿਰ ਜਦੋਂ ਤੁਹਾਡੀ ਪਾਰਟੀ ਦੇ ਵਿੱਚ, ਤੁਹਾਡੀ ਪਾਰਟੀ ਨੇ ਵੀ ਐਨਡੀਪੀ ਨੇ ਕਾਫੀ ਜ਼ਿਆਦਾ ਸਿੱਖ ਇਸ਼ੂ ਦੇ, ਜੇ ਆਪਾਂ ਨੂੰ ਕਹਿੰਦੇ ਕਿ ਹਿਊਮਨ ਰਾਈਟਸ ਦੇ ਇਸ਼ੂ ਦੇ ਉੱਤੇ ਸਟੈਂਡ ਕੀਤਾ। ਸੋ ਉਸ ਤੋਂ ਬਾਅਦ ਕਿਹੜੇ ਕਿਹੜੇ ਪ੍ਰੋਜੈਕਟ ਤੁਸੀਂ ਕੰਟੀਨਿਊ ਲੈ ਕੇ ਆਏ, ਉਹਨਾਂ ਦੇ ਬਾਰੇ ਵੀ ਦੱਸੋ। ਸਿੱਖ ਹੈਰੀਟੇਜ ਮੰਥ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਤੁਸੀਂ ਸ਼ਰਧਾਂਜਲੀ ਦੇਣਾ, ਟ੍ਰਿਬਿਊਟ ਦੇਣਾ ਇੱਕ ਪਾਰਲੀਮੈਂਟ ਦੇ ਵਿੱਚ, ਉਹਨਾਂ ਦਾ ਥੋੜਾ
ਵਿਸਤਾਰ ਦੇ ਵਿੱਚ ਦੱਸੋ ਜੀ ਜ਼ਰੂਰ ਮੈਂ ਸੀ ਭੁੱਲਿਆ ਦੱਸਣ ਨੂੰ ਕਿ ਇੱਕ ਮੇਰਾ ਹੋਰ ਵੀ ਇਨਸਪੀਰੇਸ਼ਨ ਸੀਗਾ ਐਨਡੀਪੀ ਚੁਣਨ ਲਈ ਉਹ ਜੈਕ ਲੇਟਨ ਸਾਹਿਬ ਸੀਗੇ ਜੋ ਕਿ ਸਾਡੇ ਸਭ ਤੋਂ ਮਸ਼ਹੂਰ ਲੀਡਰ ਸੀਗੇ ਐਨਡੀਪੀ ਸਾਡੀ ਪਾਰਟੀ ਦੇ ਤੇ ਉਹਨਾਂ ਨੇ ਜਦੋਂ ਸਿੱਖ ਭਾਈਚਾਰੇ ਦੇ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਜਿੱਤਣ ਦੇ ਸੀਸ ਉਹਨੂੰ ਕਦੇ ਨੀ ਚੈਨ ਸੀਗਾ ਕਦੇ ਵੀ ਨੀ ਮੌਕਾ ਸੀਗਾ ਪਰ ਉਹ ਫੇਰ ਵੀ ਜਿੱਥੇ ਗੋਰ ਮਾਲਟਨ ਦੇ ਵਿੱਚ ਹਾਂ ਗੋਰ ਮਾਲਟਨ ਦੇ ਵਿੱਚ ਬ੍ਰੈਮਟਨ ਦੇ ਵਿੱਚ ਤੇ ਆਪਣੇ ਲੋਕ ਜਿਵੇਂ ਸਰੀ ਬੀਸੀ ਦੇ ਵਿੱਚ ਬ੍ਰੈਮਟਨ ਟੋਰੋਂਟੋ ਦੇ ਵਿੱਚ ਓਂਟਾਰੀਓ ਦੇ ਵਿੱਚ ਆਪਣੇ ਲੋਕ ਰਹਿੰਦੇ ਨੇ ਤਾਂ ਐਨਡੀਪੀ ਨੂੰ ਕਦੇ ਨੀ ਜਿੱਤਣ ਦੇ ਚਾਂਸਿਸ ਸੀਗੇ ਅਸਲ ਚ ਐਨਡੀਪੀ ਨੇ ਕਦੇ ਇਤਿਹਾਸ ਦੇ ਵਿੱਚ ਜਿੱਤਿਆ ਨੀ ਇਸ ਤੋਂ ਪਹਿਲਾਂ ਸੋ ਜੈਕ ਲੇਟ ਨੇ ਕਈ ਵਾਰੀ ਸਿੱਖ ਇਸ਼ੂ ਦੇ ਉੱਤੇ ਬੋਲਿਆ ਪਰ ਮੈਂ ਹੈਰਾਨ ਸੀਗਾ ਕਿ ਉਹਨੂੰ ਕਦੇ ਜਿੱਤਣ ਦਾ ਵੀ ਮੌਕਾ ਵੀ ਨੀ ਹੈਗਾ ਚਾਂਸ ਵੀ ਨੀ ਹੈਗਾ ਪਰ ਕਿਉਂ ਸਿੱਖਾਂ ਦੇ ਇਸ਼ੂ ਤੇ ਕਿਉਂ ਬੋਲਦਾ ਆ ਸਾਡੇ ਹੱਕ ਚ ਕਿਉਂ ਬੋਲਦਾ ਤੇ ਮੈਨੂੰ ਇਸ ਗੱਲੋਂ ਬੜਾ ਦਿਲੋਂ ਮੈਨੂੰ ਇਸ਼ੂ ਤੌਰ ਤੇ ਵਫ਼ਾਦਾਰੀ ਬਣੀ ਕਿ ਬੰਦਾ ਵਧੀਆ ਜਿਹੜਾ ਸਿੱਖਾਂ ਲਈ ਖੜਾ ਤੇ ਉਹਨੂੰ ਇਹ ਨੀ ਆ ਕਿ ਅਸੀਂ ਸਿੱਖਾਂ ਲਈ ਖੜੇ ਕਿਉਂਕਿ ਸਾਨੂੰ ਵੋਟ ਮਿਲੂਗਾ ਉਹਨੇ ਵੈਸੇ ਇਸ ਉਤੇ ਖੜਾ ਤੇ ਮੈਂ ਇਸ ਗੱਲ ਤੇ ਕਾਫੀ ਨੋਟ ਕੀਤਾ ਐਨੀਵੇਜ਼ ਸੋ ਜਦੋਂ ਅਸੀਂ ਇੱਕ ਮੈਂ ਥੋੜੀ ਇੱਥੇ ਹੀ ਗੱਲ ਹੋਰ ਕਰ ਲਈ ਆਪਾਂ ਕਿਉਂਕਿ ਇੱਕ ਬਹੁਤ ਵੱਡੇ ਲੀਡਰ ਸੀ ਜੈਕ ਲੇਟਨ ਤੇ ਉਹ ਇਹ ਦੁਨੀਆ ਤੋਂ ਜਾ ਚੁੱਕੇ ਆ ਜੀ ਮੈਂ ਸਹੀ ਹਾਂ ਬਿਲਕੁਲ ਤੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਤੇ ਅਖੀਰਲੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਮੇਰੀ ਮੌਤ ਸਾਹਮਣੇ ਆ ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਜੀ ਜੀ ਜੇ ਤੁਸੀਂ ਥੋੜਾ ਜਿਹਾ ਉਹਦਾ ਬਰੀਫ ਕਰ ਜੀ 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 ਸੋ ਉਹ ਜਦੋਂ ਅਖੀਰਲਾ ਸੰਦੇਸ਼ ਜਿਹੜਾ ਉਹਨਾਂ ਨੇ ਹਾਂਜੀ ਅਖੀਰਲਾ ਸੰਦੇਸ਼ ਸੋ ਉਹ ਮਤਲਬ ਇਲੈਕਸ਼ਨ ਲੜ ਕੇ ਪਤਾ ਲੱਗਿਆ ਸੀ ਕਿ ਕਾਫੀ ਬਿਮਾਰ ਸੀਗੇ ਜੀ ਪਰ ਉਹ ਇੱਕ ਲੋਕ ਸਮਾਜਿਕ ਤੌਰ ਤੇ ਲੋਕਾਂ ਦੀ ਮਦਦ ਕਰਨ ਵਾਲੀ ਉਹਦੀ ਸੋਚ ਸੀਗੀ ਤੇ ਉਹਨੇ ਫੇਰ ਵੀ ਇਲੈਕਸ਼ਨ ਲੜਿਆ ਜਿੱਦਾਂ ਹਾਲਾਂਕਿ ਲੋਕ ਕਹਿ ਰਹੇ ਸੀ ਕਿ ਜੇ ਇਲੈਕਸ਼ਨ ਨਹੀਂ ਲੜਦਾ ਸ਼ਾਇਦ ਉਹ ਆਪਣਾ ਸਿਹਤ ਦਾ ਸੰਭਾਲ ਸਕਦਾ ਸੀਗਾ ਪਰ ਉਹਦਾ ਮਿਸ਼ਨ ਸੀਗਾ ਕਿ ਅਸੀਂ ਦੁਨੀਆ ਨੂੰ ਬਿਹਤਰ ਕਿੱਦਾਂ ਬਣਾ ਸਕੀਏ ਲੋਕਾਂ ਦੀ ਸਿਚੁਏਸ਼ਨ ਨੂੰ ਬਿਹਤਰ ਕਿੱਦਾਂ ਬਣਾਈਏ ਸੋ ਉਹਦੀ ਅਖੀਰਲੀ ਈਵਨ ਮੌਤ ਦੇ ਵਿੱਚ ਉਹਨਾਂ ਨੇ ਮੈਸੇਜ ਭੇਜਿਆ ਕਿ ਦੁਨੀਆ ਨੂੰ ਬਿਹਤਰ ਕਿੱਦਾਂ ਬਣਾਉਣਾ ਉਹ ਅਖੀਰਲੀ ਚਿੱਠੀ ਦੇ ਵਿੱਚ ਉਹਨੇ ਬੜੀ ਸੋਹਣੀ ਜੀ ਗੱਲ ਕਹੀ ਹੈ ਕਿ ਅਸੀਂ ਬਹੁਤ ਚਿਰ ਦੇਖਿਆ ਕਿ ਲੋਕ ਫੀਅਰ ਨਾਲ ਕਰਦੇ ਨੇ ਡਰ ਨਾਲ ਪੋਲਿਟਿਕਸ ਕਰਦੇ ਨੇ ਲੋਕਾਂ ਨੂੰ ਡਿਵਾਈਡ ਕਰਕੇ ਪੋਲਿਟਿਕਸ ਬਣਾਉਂਦੇ ਨੇ ਤੇ ਲੋਕਾਂ ਦੀ ਜਿਹੜੀ ਨਫ਼ਰਤ ਨੂੰ ਫੈਲਾਉਂਦੇ ਨੇ ਇਹ ਨੈਗੇਟਿਵ ਗੱਲਾਂ ਫੈਲਾ ਕੇ ਪੋਲਿਟਿਕਸ ਜਿੱਤੇ ਨੇ ਕਹਿੰਦਾ ਕਿ ਉਦਾਂ ਦੀ ਪੋਲਿਟਿਕਸ ਬਜਾਏ ਅਸੀਂ ਚਾਹੁੰਦੇ ਹਾਂ ਕਿ ਹੋਪ ਲਵ ਤੇ ਆਪਟੀਮਿਜ਼ਮ ਨਾਲ ਅਸੀਂ ਇਲੈਕਸ਼ਨ ਤੇ ਪੋਲਿਟਿਕਸ ਲੜੀਏ ਕਿ ਲੋਕਾਂ ਦੀ ਆਸ ਨੂੰ ਅਸੀਂ ਫੜੀਏ ਨਾ ਕਿ ਉਹਨਾਂ ਦੀ ਡਰ ਲੋਕਾਂ ਨਾਲ ਪ੍ਰੇਮ ਹੋਰ ਬੁਲੰਦ ਕਰੀਏ ਨਾ ਕਿ ਡਰ ਤੇ ਅਸੀਂ ਆਪਟੀਮਿਸਟਿਕ ਜਿਹੜੀ ਚੜ੍ਹਦੀ ਕਲਾ ਵਾਲੀ ਸਰੂਪ ਲੈ ਕੇ ਆਈ ਹੈ ਚੜ੍ਹਦੀ ਕਲਾ ਵਾਲੀ ਫੀਲਿੰਗ ਲੈ ਕੇ ਆਈਏ ਨਾ ਕਿ ਜਿਹੜੀ ਲੋਕਾਂ ਦੇ ਵਿੱਚ ਡਰ ਤੇ ਫੀਅਰ ਤੇ ਇਗਨੋਰੈਂਸ ਕਰਕੇ ਲੋਕ ਫਿਰ ਕਿਸ ਪਾਰਟੀ ਨੂੰ ਵੋਟ ਕਰਦੇ ਨੇ ਤੇ ਇੱਥੇ ਅਸੀਂ ਫੋਕਸ ਕਰੀਏ ਤੇ ਬੜੀ ਬਹੁਤ ਸਾਰੇ ਲੋਕਾਂ ਨੂੰ ਇਹ ਦਿਲੋਂ ਮਹਿਸੂਸ ਹੋਇਆ ਕਿ ਤੁਸੀਂ ਦੇਖਦੇ ਹੋ ਕਿ ਇੰਨਾ ਵੱਡਾ ਲੀਡਰ ਨੇ ਇੰਨਾ ਵਧੀਆ ਤਰੀਕੇ ਨਾਲ ਆਪਣੇ ਅਖੀਰਲੇ ਸਮੇਂ ਇਸ ਧਰਤੀ ਦੇ ਉੱਤੇ ਏਦਾਂ ਬਤੀਤਿਆ ਕਿ ਮੈਂ ਇਹੋ ਜਿਹਾ ਵਧੀਆ ਸੰਦੇਸ਼ ਲੋਕਾਂ ਨੂੰ ਦਿੱਤਾ ਸ੍ਰੋਤੇ ਤੁਸੀਂ ਵੀ ਜਿਹੜੀ ਉਹਨਾਂ ਦੀ ਚਿੱਠੀ ਆ ਉਹ ਤੁਸੀਂ ਜਾ ਕੇ ਜੇ ਵਧੇਰੇ ਰੂਪ ਦੇ ਵਿੱਚ ਹੋਰ ਜਾਣਨਾ ਚਾਹੁੰਦੇ ਹੋ ਤੇ ਉਹਨਾਂ ਨੇ ਤੁਸੀਂ ਨੈਟ ਦੇ ਉੱਤੇ ਸਰਚ ਕਰਕੇ ਪੜਿਓ ਕਦੇ ਸੋ ਮਨੁੱਖੀ ਅਧਿਕਾਰਾਂ ਦੇ ਲੀਡਰ ਸੀ ਉਹ ਕੈਨੇਡਾ ਤੇ ਓਨਟਾਰੀਓ ਦੇ ਲੀਡਰ ਨਹੀਂ ਸਨ ਤੇ ਉਹ ਸੀਗੇ ਪੂਰੇ ਜਗਤ ਦੇ ਲੀਡਰ ਸੀ ਜੋ ਅਜਿਹੇ ਲੀਡਰ ਹੁੰਦੇ ਉਹ ਪੂਰੇ ਜਗਤ ਦੇ ਲੀਡਰ ਹੁੰਦੇ ਆ ਸੋ ਜੋ ਸਰਦਾਰ ਜਗਮੀਤ ਸਿੰਘ ਹੋਰਾਂ ਨੇ ਉਹਨਾਂ ਤੋਂ ਇੰਸਪੀਰੇਸ਼ਨ ਦੀ ਗੱਲ ਕੀਤੀ ਆ ਤੁਹਾਨੂੰ ਵੀ ਉਸ ਤੋਂ ਹੋਰ ਫਿਰ ਇੰਸਪੀਰੇਸ਼ਨ ਤੁਹਾਨੂੰ ਉਸਦੇ ਉੱਤੋਂ ਮਿਲੇਗੀ ਸੋ ਆਪਾਂ ਥੋੜਾ ਜਿਹਾ ਐਨਡੀਪੀ ਦੇ ਵੀ ਇੱਥੇ ਬਾਰੇ ਗੱਲਬਾਤ ਕਰ ਲਈਏ ਕਿ ਪਾਰਟੀ ਜਿਹਦੇ ਕੋਲ ਤਕਰੀਬਨ 21 ਸੀਟ ਸੀ ਤੇ ਉਸ ਤੋਂ ਬਾਅਦ ਉਹਨੇ ਕਿੰਨੇ ਵੱਡੇ ਰੂਪ ਦੇ ਵਿੱਚ ਕਾਫੀ ਸੀਟਾਂ ਜਿੱਤੀ ਹੁਣ ਕੈਨੇਡਾ ਦੀ ਤੀਸਰੀ ਵੱਡੀ ਪਾਰਟੀ ਬਣ ਕੇ ਉਭਰੀ ਆ ਮਤਲਬ ਇਹ ਜਿਹੜੇ ਵਿਸ਼ੇਸ਼ਕਰ ਮਨੁੱਖੀ ਅਧਿਕਾਰਾਂ ਦੇ ਭਾਵੇਂ ਕਿ ਉਹਨਾਂ ਨੂੰ ਲੱਗਣਾ ਵੀ ਅਸੀਂ ਇੱਥੇ ਜਿੱਤਣਾ ਵੀ ਨਹੀਂ ਇੱਥੇ ਸਿੱਖਾਂ ਨੇ ਇਹ ਇਲਾਕੇ ਦੇ ਵਿੱਚ ਸਾਨੂੰ ਵੋਟ ਵੀ ਨਹੀਂ ਪੈਣੀ ਜਾਂ ਉੱਥੇ ਘੱਟ ਵੀ ਨੇ ਫਿਰ ਵੀ ਤੁਸੀਂ ਦੱਸਿਆ ਕਿ ਪਹਿਲਾਂ ਉਹਨਾਂ ਨੇ ਗੱਲ ਕੀਤੀ ਇਹ ਮੈਨੂੰ ਲੱਗਦਾ ਕਾਫੀ ਵੱਡਾ ਕਾਰਨ ਰਿਹਾ ਉਹਦੀ ਮਕਬੂਲੀਅਤ ਦੇ ਵਿੱਚ ਕੈਨੇਡਾ ਦੇ ਵਿੱਚ ਬਿਲਕੁਲ ਬਿਲਕੁਲ ਤੁਸੀਂ ਦੇਖੋ ਉਹਨਾਂ ਨੇ ਕਾਫੀ ਉਹਦੇ ਦੂਰ ਦੇਖਣ ਵਾਲੀ ਗੱਲ ਸੀ ਕਿ ਹਿਊਮਨ ਰਾਈਟਸ ਇਸ਼ੂਜ਼ ਦੇ ਉੱਤੇ ਜਿਹੜੇ ਸੀਰੀਅਸ ਇਸ਼ੂਜ਼ ਸੀਰੀਅਸ ਜਿਹੜੇ ਮਸਲੇ ਹੈਗੇ ਉਹ ਉੱਤੇ ਉੱਤੇ ਕੰਮ ਕਰਕੇ ਉਹਨੂੰ ਸ਼ਾਇਦ ਲੱਗਿਆ ਸੀਗਾ ਕਿ ਮੈਂ ਮੂਵਮੈਂਟ ਬਣਾ ਸਕਦਾ ਪਰ ਬਹੁਤ ਉਹਦੀ ਡੂੰਘੀ ਸੋਚ ਸੀ ਕਿਉਂਕਿ ਮੈਂ ਇੱਥੇ ਹੈਗਾ ਕਈ ਗੱਲਾਂ ਕਰਕੇ ਕਿ ਉਹਨਾਂ ਉਹ ਵੀ ਮੈਂ ਐਗਜ਼ਾਮਪਲ ਉਹਦਾ ਵੀ ਮੈਂ ਕ੍ਰੈਡਿਟ ਦੇਣਾ ਕਿ ਉਹਦੇ ਕਰਕੇ ਵੀ ਮੈਂ ਐਨਡੀਪੀ ਚੁਣਿਆ ਜਦੋਂ ਅਸੀਂ ਜ਼ਿਕਰ ਕਰ ਰਹੇ ਸੀਗੇ ਕਿ ਕਿਹੜੇ ਇਸ਼ੂ ਦੇ ਉੱਤੇ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੋ ਇੱਕ ਤਾਂ ਜਦੋਂ ਇਲੈਕਟ ਹੋਇਆ ਉਸੇ ਦਿਨ ਸਾਡੀ ਪਹਿਲੀ ਮੀਟਿੰਗ ਜਦੋਂ ਅਸੀਂ ਸਾਰੇ ਇਲੈਕਟਡ ਅਫੀਸ਼ਲ ਇਕੱਠੇ ਹੋਏ ਸੀਗੇ ਉਹ ਨਵੰਬਰ ਦੇ ਵਿੱਚ ਸੀਗਾ ਨਵੰਬਰ ਪਹਿਲਾ ਨਵੰਬਰ ਨੂੰ ਸੀ ਜਦੋਂ ਅਸੀਂ ਯਾਦ ਕਰਦੇ ਹਾਂ ਜਿਹੜਾ 1984 ਚ ਨਸਲਕੁਸ਼ੀ ਹੋਈ ਸੋ ਮੈਂ ਆਪਣੀ ਲੀਡਰ ਤੋਂ ਪੁੱਛਿਆ ਸੀਗਾ ਮੈਨੂੰ 30 ਮਿੰਟ ਦੇ ਦੋ ਜੇ ਮੈਂ ਇੱਕ ਪ੍ਰੈਜੈਂਟੇਸ਼ਨ ਕਰਨਾ ਚਾਹੁੰਦਾ ਬਾਕੀ ਆਪਣੀ ਮੈਂਬਰਸ ਨੂੰ ਸਾਡੇ ਨਾਲ ਇਸ ਵਕਤ ਕੀ ਹੋਇਆ
ਤੇ ਉਹਨੂੰ ਨਸਲਕੁਸ਼ੀ ਬਾਰੇ ਦੱਸਿਆ, ਪ੍ਰੈਜੈਂਟੇਸ਼ਨ ਕੀਤਾ ਉਹਦੇ ਚ, ਜਿਹੜਾ ਨਾਨਾਵਤੀ ਕਮਿਸ਼ਨ ਬਾਰੇ ਦੱਸਿਆ, ਇਹ ਬੜਾ ਕਲੀਅਰਲੀ ਗੱਲ ਦੱਸੀ ਗਈ ਸੀ, ਸਾਫ਼ ਲਿਖਿਆ ਕਿ ਜੇ ਇਲੈਕਟਡ ਅਫੀਸ਼ਲਸ ਨਹੀਂ ਇਨਵੋਲਵ ਹੁੰਦੇ ਤਾਂ ਜਿਹੜਾ ਨਸਲਕੁਸ਼ੀ ਨਹੀਂ ਹੁੰਦਾ, ਤੇ ਉਹ ਬੜੇ ਹੈਰਾਨ ਪਰੇਸ਼ਾਨ ਹੋਏ, ਉਹਨੂੰ ਪਤਾ ਨਹੀਂ ਸੀਗਾ ਕਿ ਇੰਨਾ ਮਾੜਾ ਘਟਨਾਵਾ ਹੋਇਆ ਸਿੱਖਾਂ ਨਾਲ। ਤਾਂ ਨੈਕਸਟ ਡੇ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਕਿਸੇ ਇਲੈਕਟਡ ਇੱਕ ਅਫੀਸ਼ਲ ਪਾਰਟੀ ਨੇ ਸਟੇਟਮੈਂਟ ਕੱਢਿਆ ਜਿਹਦੇ ਚ ਉਹਨੇ ਲਿਖਿਆ ਕਿ ਜੋ ਸਿੱਖਾਂ ਨੂੰ ਨਸਲਕੁਸ਼ੀ ਹੋਇਆ ਅਸੀਂ ਉਹਨਾਂ ਦੇ ਯਾਦ ਚ ਅਸੀਂ ਮੋਢੇ ਨਾਲ ਮੋਢੇ ਖੜੇ ਆ। ਤੇ ਮੈਨੂੰ ਤਾਂ ਬਹੁਤ ਹੀ ਮਾਣ ਮਹਿਸੂਸ ਹੋਇਆ ਕਿ ਜੋ ਕਿ ਹਾਲੇ ਤੱਕ ਕਿਸੇ ਪਾਰਟੀ ਨੇ ਰੈਕਗਨਾਈਜ਼ ਨਹੀਂ ਕੀਤਾ, ਕਿਸੇ ਪਾਰਟੀ ਨੇ ਨਸਲਕੁਸ਼ੀ ਦਾ ਲਫ਼ਜ਼ ਵੀ ਨਹੀਂ ਵਰਤਿਆ ਕਿ ਸਾਡੀ ਪਾਰਟੀ ਨੇ ਲਫ਼ਜ਼ ਵਰਤਿਆ, ਤੇ ਇੱਕ ਕਦਮ ਚੁੱਕਿਆ, ਇੱਕ ਵੱਡਾ ਕਦਮ ਚੁੱਕਿਆ ਨਸਲਕੁਸ਼ੀ ਨੂੰ ਰੈਕਗਨਾਈਜ਼ ਕਰਨ ਲਈ। ਤੇ ਉਹ ਤੋਂ ਬਾਅਦ ਫਿਰ ਮੈਂ ਕਈ ਸਟੇਟਮੈਂਟਸ ਕੱਢੇ ਨਸਲਕੁਸ਼ੀ ਬਾਰੇ, 1984 ਬਾਰੇ ਜੂਨ ਦੇ ਵਿੱਚ ਜੋ ਸਰਕਾਰ ਨੇ ਸਿੱਖਾਂ ਨੂੰ ਖਤਮ ਕਰਨ ਦਾ ਕੋਸ਼ਿਸ਼ ਕੀਤਾ, ਇਹ ਕੋਈ ਮਿਲਟਰੀ ਆਪਰੇਸ਼ਨ ਨਹੀਂ ਸੀਗਾ, ਵੈਸੇ ਇਹ ਸਿੱਖਾਂ ਦੇ ਦਿਲ ਤੇ ਉੱਤੇ ਹਮਲਾ ਕਰਨਾ, ਸਿੱਖਾਂ ਦੇ ਜੜਾਂ ਦੇ ਉੱਤੇ ਹਮਲਾ ਕਰਨਾ ਸੀਗਾ। ਸੋ ਅਸੀਂ ਕਈ ਇੱਦਾਂ ਦੇ ਸਟੇਟਮੈਂਟ ਕੱਢੇ ਜਿਹੜੇ ਪਾਲਿਸੀਜ਼ ਜੈਕ ਆਪਣਾ ਜਸਵੰਤ ਸਿੰਘ ਖਾਲਾ ਸਾਹਿਬ ਉਹਨੂੰ ਰੈਕਗਨਾਈਜ਼ ਕਰਨਾ ਕਿ ਉਹ ਇੱਕ ਹਿਊਮਨ ਰਾਈਟਸ ਡਿਫੈਂਡਰ ਸੀਗੇ, ਉਹ ਮੇਰੇ ਲਈ ਬੜਾ ਇਤਿਹਾਸਕ ਮੌਕਾ ਸੀਗਾ, ਮੇਰੀ ਜ਼ਿੰਦਗੀ ਦਾ ਇੱਕ ਬਹੁਤ ਮਾਣ ਵਾਲਾ ਸਮਾਂ ਸੀਗਾ ਕਿ ਆਪਣੀ ਪਾਰਟੀ ਦੀ ਪਲੇਟਫਾਰਮ ਹੁੰਦੀ ਹੈ ਕਿ ਪਾਲਿਸੀਜ਼ ਕਿਹੜੇ ਕਿਹੜੇ ਹੈਗੇ, ਤੇ ਐਨਡੀਪੀ ਜਦੋਂ ਤੁਸੀਂ ਕਿਹਾ ਇਹ ਇੱਕ ਬਹੁਤ ਵੱਡਾ ਪਾਰਟੀ ਹੈ ਕੈਨੇਡਾ ਦੇ ਵਿੱਚ, ਉਹਨਾਂ ਦੀ ਪਾਲਿਸੀ ਹੁੰਦੇ ਕਿ ਅਸੀਂ ਕਿਸ ਤਰੀਕੇ ਨਾਲ ਕੰਮ ਕਰਨਾ, ਤੇ ਅਸੀਂ ਇੱਕ ਮਤਾ ਪੇਸ਼ ਕੀਤਾ ਸੀਗਾ ਕਿ ਜਦੋਂ ਵੀ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲਾਂ ਕਰਾਂਗੇ ਪਾਰਟੀ ਤੌਰ ਤੇ ਅਸੀਂ ਜਸਵੰਤ ਸਿੰਘ ਖਾਲੜਾ ਸਾਹਿਬ ਦੇ ਇੱਕ ਐਗਜ਼ਾਮਪਲ ਲੈ ਕੇ ਕਰੀਏ। ਤੇ ਉਹ ਮੋਸ਼ਨ ਅਸੀਂ 3 ਦਿਨ ਦਾ ਕਾਨਫਰੰਸ ਸੀਗਾ ਪਾਰਟੀ ਦੀ ਕਾਨਫਰੰਸ, ਉਹਦੇ ਚ ਕਈ ਮਤੇ ਸੀਗੇ, ਵਧੀਆ ਮਤੇ ਸੀਗੇ, ਤਾਂ ਪਰ ਉਹ ਸਾਰਾ 3 ਦਿਨ ਦੇ ਵਿੱਚ ਕਿਸੇ ਮਤੇ ਨੂੰ ਸਟੈਂਡਿੰਗ ਓਵੇਸ਼ਨ ਮਿਲਿਆ ਨਹੀਂ। ਤੇ ਜੇ ਤੁਸੀਂ ਵੀਡੀਓ ਦੇਖਿਓ ਤੁਹਾਡੇ ਜਿਵੇਂ ਪਤਾ ਨੀ ਕਿੱਦਾਂ ਕਹੀ ਹੈ, ਪਰ ਤੁਹਾਨੂੰ ਇੱਕ ਕਿਸਮ ਦਾ ਫੀਲਿੰਗ ਆਊਗਾ ਸੁਣ ਕੇ ਕਿ ਕਿੱਦਾਂ ਉਹ ਕਮਰੇ ਦੇ ਵਿੱਚ ਕਿੰਨਾ ਪਿਆਰ ਸੀਗਾ, ਕਿੰਨਾ ਰਿਸਪੈਕਟ ਸੀਗਾ। ਇੱਕ ਵਾਰੀ ਅਸੀਂ ਜਸਵੰਤ ਸਿੰਘ ਖਾਲੜੇ ਦੀ ਸਟੋਰੀ ਸੁਣਾ ਕੇ ਸਾਰੇ ਹੀ ਉੱਥੇ ਤਕਰੀਬਨ 2-3 ਹਜ਼ਾਰ ਬੰਦੇ ਸੀਗੇ, ਸਾਰਿਆਂ ਨੇ ਖੜੇ ਹੋ ਕੇ ਤਾੜੀਆਂ ਮਾਰਨ ਲੱਗ ਪਿਆ ਸੀ ਇਸ ਮਤੇ ਦੇ ਹੱਕ ਚ ਹੈਗੀ ਆ, ਯੂਨੈਨਮਸਲੀ ਇਹ ਪਾਸ ਹੋ ਗਿਆ, ਤੇ ਹੁਣ ਸਦੇ ਲਈ ਸਾਡੇ ਪਲੈਟਫਾਰਮ ਪਾਲਿਸੀ ਦੇ ਵਿੱਚ ਹੋਊਗਾ ਕਿ ਜਦੋਂ ਵੀ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲਾਂ ਕਰਾਂਗੇ ਅਸੀਂ ਜਸਵੰਤ ਸਿੰਘ ਖਾਲੜਾ ਸਾਹਿਬ ਨੂੰ ਹਿਊਮਨ ਰਾਈਟਸ ਡਿਫੈਂਡਰ ਤੌਰ ਤੇ ਉਹਦੀ ਐਗਜ਼ਾਮਪਲ ਲੈ ਕੇ ਅਸੀਂ ਅੱਗੇ ਤੁਰਾਂਗੇ। ਸੋ ਮੇਰੇ ਲਈ ਬਹੁਤ ਵੱਡਾ ਬਹੁਤ ਵੱਡੀ ਗੱਲ ਸੀਗੀ। ਜੀ ਬਿਲਕੁਲ, ਅਸਲ ਦੇ ਵਿੱਚ ਇਹ ਸਿੱਖ ਤਵਾਰੀਖ ਦੇ ਵਿੱਚ ਬਹੁਤ ਵੱਡੀ ਗੱਲ ਸੀ, ਮਨੁੱਖੀ ਅਧਿਕਾਰਾਂ ਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਗੱਲ ਸੀ। ਆਪਾਂ ਗੱਲਾਂ ਨਾਲ ਦੀ ਨਾਲ ਕਰਦੇ ਜਾਈਏ ਤੁਹਾਡੀ ਚੋਣ ਦੇ ਬਾਰੇ ਤੇ ਤੁਹਾਡੀ ਆਈਡੈਂਟੀ ਦੇ ਬਾਰੇ। ਤੁਸੀਂ ਜਦੋਂ ਪਹਿਲੀ ਮੀਟਿੰਗ ਕੀਤੀ ਸੀ ਉਹ ਬਹੁਤ ਇੰਪੋਰਟੈਂਟ ਥਿੰਗ ਆ, ਉਹੀ ਆਸਟ੍ਰੇਲੀਆ ਦੇ ਵਿੱਚ ਜਦੋਂ ਇੱਥੋਂ ਦਾ ਜਿਹੜਾ ਯੂਥ ਆ ਉਹ ਸ਼ੁਰੂ ਕਰੂਗਾ ਤੇ ਉਹ ਜਿਹੜੀ ਤੁਹਾਡੀ ਉਹ ਪਹਿਲੀ ਮੀਟਿੰਗ ਤੋਂ ਹੀ ਸੇਧ ਲਊਗਾ, ਜਿਹਦੇ ਵਿੱਚ ਤੁਸੀਂ ਮਿੱਥ ਕੇ ਤੁਰੇ ਸੀ ਵੀ ਅਸੀਂ ਜਿਹੜਾ ਇਸ ਆਸਟ੍ਰੇਲੀਆ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਸਿੱਖ ਨਜ਼ਰੀਆ ਰੱਖ ਕੇ ਤੁਰਨਾ ਗਾ, ਤੇ ਜਦੋਂ ਤੁਸੀਂ ਚੋਣ ਦੇ ਵਿੱਚ ਗਏ ਕਿਉਂਕਿ ਉੱਥੇ ਜਿਹੜਾ ਸਿਸਟਮ ਆ ਸਾਰਾ ਉਹ ਥੋੜਾ ਡੈਮੋਕ੍ਰੇਟਿਕ ਜਿਹੜਾ ਪੱਛਮੀ ਮੁਲਕਾਂ ਦਾ ਆਪਣਾ ਗਾ, ਤੇ ਉੱਥੇ ਤੁਹਾਡੇ ਤੋਂ ਪਹਿਲਾਂ ਵੀ ਥੋੜੇ ਜਿਹੜੇ ਪੰਜਾਬੀ ਹੋਣਗੇ, ਉਹਨਾਂ ਨੇ ਤੁਹਾਨੂੰ ਥੋੜਾ ਕਨਵਿੰਸ ਕਰਨ ਦੀ ਵੀ ਕੋਸ਼ਿਸ਼ ਕੀਤੀ ਹੋਊ ਕਿ ਤੁਸੀਂ ਥੋੜਾ ਜਿਹਾ ਨਜ਼ਰੀਆ ਕਾਕਾ ਜੀ ਥੋੜਾ ਜਿਹਾ ਲੈ ਜਾ ਰੱਖ ਲਓ, ਜਾਂ ਤੁਹਾਡਾ ਜਿਹੜਾ ਪਹਿਲਾਂ ਤੁਸੀਂ ਤੁਹਾਡੀ ਚੋਣ ਹੋਈ ਉਦੋਂ ਤੁਹਾਨੂੰ ਕੁਝ ਤੁਹਾਡੀ ਪਾਰਟੀ ਵੱਲੋਂ ਕੋਈ ਪੰਜਾਬੀ ਵੱਲੋਂ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤੁਸੀਂ ਆਪਣਾ ਨਾਮ ਬਦਲੋ ਜਾਂ ਇਸ ਤਰ੍ਹਾਂ, ਕੋਈ ਇਸ ਤਰ੍ਹਾਂ ਦੀ ਗੱਲ ਹੈ ਤੇ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਜੀ ਜੀ ਜ਼ਰੂਰ। ਸੋ ਮੇਰੀ ਜਦੋਂ ਪਹਿਲਾਂ ਮੈਂ ਸ਼ੁਰੂ ਕੀਤਾ ਸੀਗਾ ਇਲੈਕਸ਼ਨ ਦੇ ਵਿੱਚ ਤਾਂ ਸਾਡੇ ਜਿਹੜੇ ਸਪੋਰਟਰ ਸੀਗੇ ਕਹਿੰਦੇ ਅਸੀਂ ਜਾਣਦੇ ਹਾਂ ਕਿ ਇੱਕ ਮਸ਼ਹੂਰ ਪੰਜਾਬੀ ਪੋਲੀਟੀਸ਼ਨ ਜਿਹੜੇ ਜਿਹਨੇ ਕਾਫੀ ਲੜ ਲੜ ਕੇ ਇਲੈਕਸ਼ਨ ਜਿੱਤੀ ਆ, ਅਸੀਂ ਉਹ ਤੋਂ ਰਾਇ ਲਈ ਹੈ। ਮੈਂ ਕਿਹਾ ਠੀਕ ਹੈ, ਜ਼ਰੂਰ ਵਧੀਆ ਗੱਲ ਹੁੰਦੀ ਹੈ ਕਿ ਕਿਸੇ ਜਿਹਨੇ ਕੰਮ ਕੀਤਾ ਉਹ ਤੋਂ ਰਾਇ ਲੈਣੀ, ਤਾਂ ਜਾ ਕੇ ਅਸੀਂ ਉਹਨਾਂ ਨਾਲ ਬਹਿ ਕੇ ਗੱਲ ਕਰਨ ਲੱਗੇ, ਤਾਂ ਉਹ ਮੈਨੂੰ ਸੁਝਾਅ ਦੇ ਰਿਹਾ ਸੀਗਾ ਕਹਿੰਦੇ ਵੀਰੇ ਠੀਕ ਹੈ ਵਧੀਆ ਤੁਸੀਂ ਮੈਦਾਨ ਚ ਆ ਰਹੇ ਹੋ, ਮੈਂ ਤੁਹਾਨੂੰ ਕੁਛ ਗੱਲਾਂ ਦੱਸਣੀਆਂ ਜਿਹੜੇ ਤੁਹਾਡੇ ਲਈ ਫਾਇਦੇ ਹੋਣਗੇ। ਮੈਂ ਕਿਹਾ ਠੀਕ ਹੈ ਦੱਸੋ ਜੀ। ਕਹਿੰਦਾ ਪਹਿਲਾਂ ਤੁਸੀਂ ਇਲੈਕਸ਼ਨ ਕਿਸ ਨਾਂ ਤੇ ਲੜਨਾ ਚਾਹੁੰਦੇ ਹੋ? ਮੈਂ ਕਿਹਾ ਜਗਮੀਤ ਸਿੰਘ ਤੇ। ਕਹਿੰਦਾ ਤੁਸੀਂ ਗੋਤ, ਕਿਉਂਕਿ ਉਹ ਮੈਨੂੰ ਜਾਣਦਾ ਸੀਗਾ ਵਕੀਲ ਹੋਣ ਕਰਕੇ ਮੇਰਾ ਮੈਂ ਗੋਤ ਵਰਤਾ ਹੁੰਦਾ ਸੀਗਾ, ਤੇ ਕਹਿੰਦੇ ਨਹੀਂ ਤੁਸੀਂ ਆਪਣਾ ਗੋਤ ਵਰਤੋ, ਇਹ ਸਿੰਘ ਨਾਲ ਨੀ ਹੋਣਾ ਕੰਮ, ਤੁਸੀਂ ਆਪਣਾ ਗੋਤ ਵਰਤੋ। ਮੈਂ ਕਿਹਾ ਓਕੇ। ਤੇ ਕਹਿੰਦਾ ਤੁਸੀਂ ਜਗਮੀਤ ਲੜ ਰਹੇ ਹੋ, ਜਗਮੀਤ ਨਾ ਵਰਤੋ, ਤੁਸੀਂ ਜੈਗ ਤੇ ਕਰ ਲਓ, ਹੈਨਾ ਛੋਟਾ ਕਾ ਕੇ ਗੋਰਿਆਂ ਨੂੰ ਵਧੀਆ ਲੱਗੂਗਾ, ਜੈਗ ਗੋਰਾ ਨਾ ਵੀ ਹੁੰਦਾ ਆ ਤੇ ਇਹ ਠੀਕ ਹੋਊਗਾ, ਜੈਗ ਕਰ ਦੋ, ਹੈਨਾ ਵੋਟਾਂ ਜ਼ਿਆਦਾ ਪੈਣਗੀਆਂ, ਵੋਟਾਂ ਜ਼ਿਆਦਾ ਪੈਣਗੀਆਂ ਕਹਿੰਦਾ ਸੀਗਾ। ਤੇ ਕਹਿੰਦਾ ਕਿ ਪੱਗ ਤੁਹਾਡੀ ਹੈਨਾ ਗੋਲ ਹੈ, ਤੁਸੀਂ ਉਹਨੂੰ ਨੋਕ ਕਰ ਦੋ, ਚੁੰਝ ਵਾਲੀ ਕਰ ਦੋ। ਹਾਂ ਚੁੰਝ ਵਾਲੀ ਕਰ ਦੋ। ਤੇ ਕਹਿੰਦੇ ਨਾਲੇ ਤੁਸੀਂ ਕਹਿੰਦਾ ਸੀਗਾ ਨਾਲੇ ਤੁਹਾਡੀ ਦਾੜੀ ਖੁੱਲੀ ਆ ਥੋੜੀ, ਤੁਸੀਂ ਉਹਨੂੰ ਬੰਨ ਕੇ ਰੱਖੋ। ਅੱਛਾ ਜੀ। ਇਹ ਗੱਲਾਂ ਕਰਕੇ ਮੈਨੂੰ ਲੱਗਦਾ ਕਿ ਤੁਸੀਂ ਕਾਮਯਾਬ ਹੋਵੋਗੇ। ਤੇ ਮੈਂ ਕਿਹਾ ਵੀਰੇ ਮੈਨੂੰ ਵੋਟ ਮਿਲੇ ਨਾ ਮਿਲੇ ਮੈਨੂੰ ਇਹਦੇ ਚ ਕੋਈ ਪਰਵਾਹ ਨੀ, ਕਿਉਂਕਿ ਮੈਂ ਮੇਰੀ ਪੱਗ ਤੇ ਗੋਲ ਰਹੂਗੀ, ਦਾੜੀ ਖੁੱਲੀ ਰਹੂਗੀ, ਤੇ ਜਿੱਦਾਂ ਦਾ ਅਸੀਂ ਸ਼ੁਰੂ ਕੀਤਾ ਆ ਕਿ
ਸਿੰਘ ਹੀ ਅਸੀਂ ਭੇਜਣਾ ਚਾਹੁੰਦੇ ਹਾਂ ਪੋਲਿਟਿਕਸ, ਕਿਉਂਕਿ ਪਹਿਲਾਂ ਤਾਂ ਅਸੀਂ ਬਹੁਤ ਸਾਰੇ ਹੋਰ ਗੋਤ ਦੇਖੇ, ਪੰਜਾਬੀ ਦੇਖੇ, ਪਰ ਇਹ ਪਹਿਲੀ ਵਾਰੀ ਇਤਿਹਾਸ ਵਿੱਚ ਹੋਊਗਾ ਕੈਨੇਡਾ ਦੇ ਵਿੱਚ ਇਹ ਸਿੰਘ ਅਸੀਂ ਭੇਜਾਂਗੇ ਪਾਰਲੀਮੈਂਟ ਵਿੱਚ, ਸਿੰਘ ਹੀ ਅਸੀਂ ਜੇ ਜਾਣਾ ਤਾਂ ਅਸੀਂ ਸਿੰਘ ਹੋ ਕੇ ਜਾਣਾ, ਨਹੀਂ ਤਾਂ ਅਸੀਂ ਜਾਣਾ ਨਹੀਂ ਹੈਗਾ ਜੀ। ਤੇ ਉਹੀ ਮਿਸਟਰ ਸਟਾਈਲਿਸ਼ ਸਿੰਘ ਜਿਹੜਾ ਪੂਰੇ ਕੈਨੇਡਾ ਦਾ ਸਭ ਤੋਂ ਸਟਾਈਲਿਸ਼ ਸਿੰਘ ਬਣਿਆ, ਜਿਸ ਦੇ ਦਮਾਲੇ ਦੀ ਜਗ੍ਹਾ ਕਹਿ ਰਹੇ ਚੁੰਝ ਵਾਲੀ ਪੱਗ ਬੰਨ ਲਓ ਤੇ ਆਪਣਾ ਨਾਮ ਚੇਂਜ ਕਰ ਲਓ। ਦਮਾਲੇ ਦੀ ਇਹ ਗੱਲ ਤੁਸੀਂ ਦੱਸੋ ਕਿ ਚੁੰਝ ਵਾਲੀ ਪੱਗ ਵੀ ਚਲੋ ਜੋ ਬੰਨਦੇ ਉਹ ਵੀ ਠੀਕ ਹੈ, ਬਿਲਕੁਲ ਬਿਲਕੁਲ, ਪਰ ਤੁਸੀਂ ਦਮਾਲਾ ਕੋਈ ਚੁਣਿਆ, ਇਹਦੇ ਪਿੱਛੇ ਕੋਈ ਖਾਸ ਕਾਰਨ ਸੀ ਜਾਂ ਵੈਸੇ ਤੁਹਾਨੂੰ ਇਹਦੇ ਬਾਰੇ ਥੋੜਾ ਐਕਸਪਲੇਨ ਕਰੋ? ਵੈਸੇ ਬੜੀ ਡਿਫਰੈਂਟ ਸੀ, ਅਜੀਬ ਜੀ ਗੱਲ ਸੀਗੀ। ਪਹਿਲਾਂ ਤਾਂ ਮੈਂ ਨੌਕ ਹੀ ਸ਼ੁਰੂ ਕੀਤਾ ਸੀਗਾ ਤੇ ਮੈਨੂੰ ਤਾਂ ਸਾਰੇ ਦੇ ਸਾਰ ਵਧੀਆ ਲੱਗਦੇ ਨੇ, ਨੌਕ ਵਾਲੀ, ਪਟਿਆਲਾ ਸ਼ਾਹੀ, ਅਫਰੀਕਨ ਸਟਾਈਲ, ਇੰਗਲੈਂਡੀ, ਸਾਰਾ ਕੁਝ ਵਧੀਆ, ਬਸ ਦਸਤਾਰ ਹੋਵੇ, ਇਹ ਸਾਡਾ ਇੱਕ ਸਾਜ ਹੈ, ਸਾਡਾ ਕਰਾਉਨ ਹੈ। ਸੋ ਮੈਨੂੰ ਤਾਂ ਦਸਤਾਰ ਵਧੀਆ ਲੱਗਦਾ ਜੋ ਵੀ ਕਿਸਮ ਦਾ ਹੋਵੇ, ਪਰ ਮੈਂ ਸ਼ੁਰੂ ਕੀਤਾ ਸੀਗਾ ਨੌਕ ਵਾਲੀ ਤੇ ਜਿੱਥੇ ਮੈਂ ਪੜ੍ਹਦਾ ਸੀਗਾ ਗੋਰੇ ਉੱਥੇ ਕਾਫੀ ਜ਼ਿਆਦਾ ਸੀਗੇ, ਤੇ ਜਦੋਂ ਸਾਡਾ ਕੈਜੁਅਲ ਡੇ ਹੁੰਦਾ ਸੀਗਾ ਅਸੀਂ ਕੈਜੁਅਲ ਵਰਦੀ ਪਾਉਂਦੇ ਸੀਗੇ, ਨਹੀਂ ਤਾਂ ਅਸੀਂ ਯੂਨੀਫਾਰਮ ਪਾਉਂਦੇ, ਕੈਜੁਅਲ ਵਰਦੀ ਚ ਮੈਂ ਫਿਰ ਪਰਨਾ ਪਾਉਂਦਾ ਸੀਗਾ, ਕੈਜੁਅਲ ਜਿਹਾ ਪਰਨਾ, ਤਾਂ ਲੋਕ ਗੋਰੇ ਜਿਹੜੇ ਕਹਿੰਦੇ ਸੀਗੇ ਕਿ ਯਾਰ ਪਰਨਾ ਤੁਹਾਡੇ ਬੜਾ ਜੱਚਦਾ, ਮੈਂ ਕਿਹਾ ਵਾਕੀ, ਮੈਂ ਆਪ ਮੂੰਹ ਦੇਖਿਆ, ਮੈਂ ਕਿਹਾ ਮੇਰਾ ਮੂੰਹ ਥੋੜਾ ਜਿਹਾ ਲੰਬਾ ਹੋਣ ਕਰਕੇ ਸ਼ਾਇਦ ਸ਼ਾਇਦ ਹੀ ਜੱਚਦਾ, ਤੇ ਦੂਜੀ ਗੱਲ ਮੈਨੂੰ ਇਹ ਤਾਂ ਪੱਕੀ ਗੱਲ ਸੀਗੀ ਕਿ ਨੌਕ ਵਾਲੀ ਪੱਗ, ਚੁੰਝ ਵਾਲੀ ਪੱਗ, ਵੀਰਾਂ ਨੂੰ ਪਤਾ ਹੀ ਹੋਣਾ ਕਿ ਥੋੜਾ ਜਿਹਾ ਲੱਗੇ ਮੋਢਾ ਕਿਸੇ ਦਾ ਤਾਂ ਇਕਦਮ ਪੱਗ ਢਿੱਲੀ ਹੋ ਜਾਂਦੀ, ਬਿਲਕੁਲ। ਤਾਂ ਮੈਂ ਸਪੋਰਟਸ ਖੇਡਦਾ ਹੁੰਦਾ ਸੀਗਾ, ਐਕਟਿਵ ਸੀਗਾ, ਸਾਈਕਲ ਚਲਾਉਂਦਾ ਸੀਗਾ, ਤੇ ਮੈਨੂੰ ਫਿਰ ਲੱਗਿਆ ਕਿ ਜਿਹੜੀ ਗੋਲ ਪੱਗ ਥੋੜੀ ਸਿਰ ਤੇ ਲਹਿੰਗਾ ਵਾਲੀ ਚਾਹੀਦੀ, ਮਤਲਬ ਸੈੱਟ ਰਹਿੰਦਾ ਆ, ਤਾਂ ਇਸ ਕਰਕੇ ਮੈਂ ਇਹਦਾ ਕੋਈ ਪੋਲੀਟੀਕਲ ਗੱਲ ਨਹੀਂ ਸੋਚਿਆ, ਸਿਰਫ ਸਟਾਈਲ ਸੋਚ ਕੇ ਮੈਂ ਗੋਰੇ ਨੂੰ ਵਧੀਆ ਲੱਗ ਰਿਹਾ, ਨਾਲੇ ਸਾਡੇ ਇਤਿਹਾਸ ਵਿੱਚ ਪੁਰਾਣੇ ਜਿਹੜੇ ਪੁਰਾਤਨ ਸਿੰਘ ਗੋਲ ਜੇ ਬਣਦੇ ਹੁੰਦੇ ਸੀਗੇ, ਮੈਂ ਕਿਹਾ ਚੱਲ ਠੀਕ ਹੈ ਮੈਂ ਗੋਲ ਹੀ ਬਣਦਾ, ਪਰ ਆਪਣੇ ਲੋਕ ਮੇਰੇ ਤੇ ਕਾਫੀ ਗੁੱਸੇ ਹੁੰਦੇ ਸੀਗੇ, ਤੁਸੀਂ ਗੋਲ ਕਾਤੇ ਬੰਨਿਆ, ਨੌਕ ਵਾਲੀ ਥੋੜੀ ਸੋਹਣੀ ਸੀ, ਆਫ ਦੀ ਏਅਰ ਹੁੰਦੇ ਸੀਗੇ, ਆਫ ਦੀ ਏਅਰ, ਹਾਂ ਹੈਨਾ, ਤੇ ਮੈਂ ਕਿਹਾ ਇਹ ਕਿਹੜੀ ਗੱਲ ਹੋਈ ਕਿ ਦਸਤਾਰ ਤਾਂ ਦਸਤਾਰ ਹੈ, ਵਧੀਆ ਹੈ, ਜਿੱਦਾਂ ਕਿ ਗੋਲ ਪੱਗ ਵਾਲਾ ਅਕਸਲ ਦੇ ਵਿੱਚ ਉਹਨਾਂ ਨੇ ਅਜੇ ਪਾਠੀ ਤੇ ਕੀ ਸੀਮਤ ਕੀਤਾ ਹੋਇਆ ਸੀ, ਪਾਠੀ ਭਾਈ ਸਿਰਫ, ਇਹੀ ਗੱਲ ਸੀ। ਤੇ ਮੈਂ ਫਿਰ ਇਤਿਹਾਸ ਉਹਨੇ ਦੇਖਿਆ, ਮੈਂ ਕਿਹਾ ਜਿਹੜੇ ਵੀ ਇਤਿਹਾਸ ਦੇ ਵਿੱਚ ਅਸੀਂ ਜਿਹੜੇ ਸੂਰਮੇ ਸੀਗੇ ਉਹ ਗੋਲ ਹੀ ਪਾਉਂਦੇ ਸੀਗੇ ਦਸਤਾਰ, ਹੈ ਨਾ, ਤੇ ਗੋਲ ਦੇ ਚ ਮਾੜਾ ਨੀ ਹੋਣਾ ਚਾਹੀਦਾ, ਠੀਕ ਹੈ, ਬੰਦੇ ਨੂੰ ਪਸੰਦ ਹੈ ਕਿ ਨੌਕ ਵਾਲੀ, ਉਹ ਨੌਕ ਵਾਲੀ ਬਣਨ, ਜੇ ਕਿਸੇ ਨੂੰ ਪਸੰਦ ਹੈ ਤਾਂ ਰੋਕਣਾ, ਇਹ ਤੇ ਰੋਕਣ ਵਾਲੀ ਗੱਲ, ਟੋਕਣ ਵਾਲੀ ਗੱਲ ਵੀ ਨਹੀਂ ਹੈ। ਸੋ ਮੈਂ ਕਿਹਾ ਨਹੀਂ, ਮੈਂ ਉਹਨੂੰ ਹੋਰ ਬੰਨੂਗਾ, ਕਿਉਂਕਿ ਜੇ ਲੋਕਾਂ ਨੂੰ ਮਨ ਚ ਹੈਗਾ ਕਿ ਨੈਗੇਟਿਵ ਹੈ, ਇਹ ਨੈਗੇਟਿਵ ਹੋਣਾ ਨੀ ਚਾਹੀਦਾ, ਇਹ ਕਿਸੇ ਦਾ ਚਾਹ ਹੋਵੇ ਤਾਂ ਵੱਖਰੀ ਗੱਲ ਆ, ਪਰ ਉਹਨੂੰ ਨੈਗੇਟਿਵ ਨਜ਼ਰ ਨਹੀਂ ਦੇਖਣਾ ਚਾਹੁੰਦਾ। ਮੈਨੂੰ ਇਦਾਂ ਲੱਗਿਆ ਸੀਗਾ ਕਿ ਸ਼ਾਇਦ ਪੰਜਾਬੀਆਂ ਨੂੰ ਸ਼ਾਇਦ ਨੈਗੇਟਿਵ ਬ੍ਰੇਨ ਵਾਸ਼ਿੰਗ ਹੋਇਆ ਸੀਗਾ, ਕਿੰਨੇ ਸਾਲਾਂ ਤੋਂ ਜਿਹੜੇ ਗੋਲ ਪੱਗ ਵਾਲੇ ਸਿੰਘਾਂ ਨੂੰ ਚੁੱਕ ਕੇ ਮਾਰਦੇ ਹੁੰਦੇ ਸੀਗੇ, ਤੇ ਜਿਹੜੇ ਖੁੱਲੀ ਦਾੜ ਵਾਲੇ ਸਿੰਘਾਂ ਨੂੰ ਚੁੱਕ ਕੇ ਮਤਲਬ ਇਨਕਾਊਂਟਰ ਚ ਮਾਰਦੇ ਹੁੰਦੇ ਸੀਗੇ, ਮੈਨੂੰ ਇਦਾਂ ਲੱਗਿਆ ਸ਼ਾਇਦ ਮਾਂ ਪਿਓ ਅਨਕੌਂਸ਼ਲੀ ਡਰਦੇ ਸੀਗੇ ਕਿ ਤੁਸੀਂ ਇਹੋ ਜਿਹਾ ਸਰੂਪ ਨਾਲ ਤੁਹਾਨੂੰ ਕੋਈ ਖਤਰਾ ਹੋਊਗਾ, ਤਾਂ ਇਹ ਗੱਲ ਨੂੰ ਅਸੀਂ ਦੂਰ ਕਰੀਏ, ਜਿੱਦਾਂ ਵੀ ਅਸੀਂ ਸਰੂਪ ਛੋਣਾ, ਤੁਸੀਂ ਅਣਖੀ ਹੋ ਕੇ ਹੋ, ਤੇ ਏਦਾਂ ਦੀ ਗੱਲ ਤਾਂ ਡਰਨਾ ਨਹੀਂ ਚਾਹੀਦਾ। ਵਾਹ ਜੀ ਵਾਹ, ਕਿਆ ਬਾਤ ਹੈ, ਤੇ ਹੁਣ ਚਕਾਰਾ ਛੱਡਣ ਜੀ ਕਰਦਾ ਸੀ, ਤੁਸੀਂ ਆਪਣਾ ਆਪਣਾ ਛੱਡ ਲਿਓ, ਬਿਲਕੁਲ। ਸੋ ਆਪਾਂ ਇੱਥੇ ਨਿੱਕਾ ਜਿਹਾ ਵਕਫਾ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਸੀ, ਬਸ 5-7 ਮਿੰਟ ਹੋਰ, ਉਸ ਤੋਂ ਬਾਅਦ ਫਿਰ ਤੁਹਾਡੇ ਲਈ ਖੁੱਲੀਆਂ ਕਾਲਾਂ ਛੱਡਾਂਗੇ, ਤੁਸੀਂ ਆਪਣੇ ਵਿਚਾਰ ਅਤੇ ਆਪਣੇ ਸਵਾਲ ਜਗਮੀਤ ਸਿੰਘ ਹੋਰਾਂ ਨੂੰ ਪੁੱਛ ਸਕਦੇ ਹੋ। ਸਰਦਾਰ ਜਗਮੀਤ ਸਿੰਘ ਜਿਹੜੇ MPP ਨੇ ਓਨਟਾਰੀਓ ਗੋਰ ਮਾਲਟਨ ਦੇ ਇਲਾਕੇ ਤੋਂ, ਤੇ NDP ਦੇ ਡਿਪਟੀ ਲੀਡਰ ਨੇ ਸੂਬੇ ਦੇ, ਤੁਸੀਂ ਨੋਟ ਕੀਤਾ ਹੋ, ਜਗਮੀਤ ਸਿੰਘ ਹੋਰਾਂ ਨੇ ਸੂਬਾ ਵਰਤਿਆ ਤੇ ਆਪਾਂ ਸਟੇਟ ਵਰਤਦੇ ਹਾਂ, ਇਹ ਵੀ ਚੀਜ਼ ਆਪਾਂ ਸਿੱਖ ਕੇ ਜਾਣੀ ਕਿ ਪੰਜਾਬੀ ਮਿੱਥ ਕੇ ਵਰਤਣੀ ਹੈ। ਸੋ ਇਸ ਤਰ੍ਹਾਂ ਬੋਲਣਾ ਪੰਜਾਬੀ, ਜਿਵੇਂ ਪੰਜਾਬ ਦੇ ਵਿੱਚ ਕਹਿੰਦਾ ਬਾਣੀਆਂ ਤੋਲਦਾ ਹੁੰਦਾ, ਤੋਲ ਕੇ ਬੋਲਣੀ ਹੈ ਪੰਜਾਬੀ। ਸੋ ਬੜੀਆਂ ਚੀਜ਼ਾਂ ਸਿੱਖਣ ਨੂੰ ਹੋਰ ਵੀ ਮਿਲਣਗੀਆਂ, ਗੱਲਾਂ ਬਾਤਾਂ ਕਰਦੇ ਹਾਂ, ਮਿਲਦੇ ਹਾਂ ਇਹਨਾਂ ਵਪਾਰਕ ਸੁਨੇਹਿਆਂ ਤੋਂ ਬਾਅਦ। ਬੇਬੇ ਨੀ ਤੇਰਾ ਪੁੱਤ ਲਾਡਲਾ ਆਪੇ ਰਨ ਦਾ ਤੇ ਆਪ ਪਕਾਉਂਦਾ। ਉਹ ਬੀਬੇ ਵੀਰ ਆ ਕੀ ਕਰੀ ਇਹਨਾਂ ਘੋਲ ਕਿਚਨ ਚ, ਉਹ ਬਾਹਰ ਦਾ ਖਾ ਖਾ ਕੇ ਥੱਕ ਗਿਆ ਯਾਰ, ਘਰ ਦੀ ਰੋਟੀ ਵਾਲੀ ਗੱਲ ਨਹੀਂ ਬਣਦੀ। ਲੱਗਦਾ ਤੂੰ ਕਦੇ ਜੈਸਮੀਨ ਵਾਲਿਆਂ ਦੇ ਨਹੀਂ ਗਿਆ। ਬਿਲਕੁਲ, ਘਰ ਵਰਗੀ ਰੋਟੀ, ਗਰਮਾ ਗਰਮ, ਉਹ ਵੀ ਉਸੇ ਵੇਲੇ ਤਿਆਰ ਕਰਕੇ ਦਿੰਦੇ ਨੇ। ਅੱਛਾ, ਉਹ ਤਾਂ ਹੈ ਵੀ ਅਸੀਂ ਸਿਟੀ ਦੇ ਕੋਲ ਹੀ ਹੈ। ਮਸਾਲੇਦਾਰ ਤੇ ਬੇਆ ਤੋਂ ਬੇਆ ਫੂਡ ਨਾ ਖਾਓ, ਜੈਸਮੀਨ ਇੰਡੀਅਨ ਰੈਸਟੋਰੈਂਟ ਆਓ। ਸ਼ੁੱਧ ਇੰਡੀਅਨ ਫੂਡ, ਬਿਲਕੁਲ ਘਰ ਵਰਗਾ। ਕੈਬ ਡਰਾਈਵਰਸ ਲਈ ਡਿਸਕਾਊਂਟਡ ਰੇਟਸ ਤੇ ਚਾਹ ਦਾ ਕੱਪ ਫ੍ਰੀ। ਮੰਗਲਵਾਰ ਤੋਂ ਐਤਵਾਰ ਸ਼ਾਮ 5 ਵਜੇ ਤੋਂ ਰਾਤ 1 ਵਜੇ ਤੱਕ ਓਪਨ। ਜੈਸਮੀਨ ਇੰਡੀਅਨ ਰੈਸਟੋਰੈਂਟ, 432 ਬ੍ਰਿਜ ਰੋਡ, ਰਿਚਮੰਡ। ਕਾਲ 9427-7294। ਕੀ ਤੁਹਾਨੂੰ ਟੈਕਸੀ ਕਵਰ ਪ੍ਰੋਟੈਕਸ਼ਨ ਚਾਹੀਦੀ ਹੈ? ਹੁਣੇ ਫੋਨ ਘੁਮਾਓ ਮੈਟਰੋਪੋਲੀਟਨ ਟੈਕਸੀ ਕਲੱਬ ਵਾਲਿਆਂ ਨੂੰ। ਮੈਲਬਰਨ ਦਾ ਸਭ ਤੋਂ ਵੱਡਾ ਤੇ ਪਹਿਲੇ ਦਰਜੇ ਦਾ ਟੈਕਸੀ ਕਲੱਬ, ਜਿਨ੍ਹਾਂ ਕੋਲ ਇੱਕ ਦਾ ਨਹੀਂ ਸਗੋਂ 12 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਹੈ, ਜਿਹੜੇ ਦਿੰਦੇ ਨੇ ਕੰਪ੍ਰੀਹੈਂਸਿਵ ਟੈਕਸੀ ਕਵਰ, ਜਿਸ ਵਿੱਚ 32 ਕਰੋੜ 5 ਲੱਖ ਡਾਲਰ ਤੱਕ ਦਾ ਥਰਡ ਪਾਰਟੀ ਅਤੇ ਪਬਲਿਕ ਲਾਇਬਿਲਿਟੀ ਕਵਰ ਕੀਤਾ ਜਾ ਸਕਦਾ ਹੈ। ਤੁਰੰਤ ਕਲੇਮ ਵਸੂਲੀ, ਜੈਨੂਇਨ ਰਿਪਲੇਸਮੈਂਟ ਪਾਰਟਸ, ਘੱਟ ਸਰਮਾਇਆ, ਕਾਨੂੰਨੀ ਸਲਾਹ ਮੁਫ਼ਤ ਤੇ ਨਾ ਕੋਈ ਜੁਆਇਨਿੰਗ ਫੀਸ।
ਸਾਡਾ ਪਤਾ ਹੈ 360 ਬ੍ਰੰਸਵਿਕ ਰੋਡ ਬ੍ਰੰਸਵਿਕ ਵਧੇਰੇ ਜਾਣਕਾਰੀ ਲਈ ਫੋਨ ਕਰੋ ਡੇਨੀਅਲ ਨੂੰ 0422-434-370 ਜਾਂ ਫਿਰ ਇਬਰਾਹਿਮ ਨੂੰ 0422-431-823 ਤੇ ਟੈਕਸੀ ਇੰਸ਼ੋਰੈਂਸ ਚੈੱਕ ਇੱਕੋ ਨਾ ਮੈਟਰੋਪੋਲੀਟਨ ਟੈਕਸੀ ਕਲੱਬ ਕੀ ਤੁਸੀਂ ਆਪਣੇ ਨਵੇਂ ਘਰ ਟਰੱਕ ਜਾਂ ਕਿਸੇ ਕਾਰੋਬਾਰ ਨੂੰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਕੀ ਤੁਸੀਂ ਹੋਮ ਲੋਨ ਜਾਂ ਬਿਜ਼ਨਸ ਲੋਨ ਦੀ ਵਧੀਆ ਡੀਲ ਕਰਕੇ ਆਪਣਾ ਸਮਾਂ ਤੇ ਸਰਮਾਇਆ ਬਚਾਉਣ ਬਾਰੇ ਲੋਚ ਰਹੇ ਹੋ ਜੀ ਹਾਂ ਬੈਂਕਿੰਗ ਖੇਤਰ ਦੇ ਵਿੱਚ ਪਰਵਿੰਦਰ ਸਿੰਘ ਬਾਲਾ ਇੱਕ ਦਹਾਕੇ ਤੋਂ ਵੱਧ ਸੇਵਾ ਦੇ ਵਿੱਚ ਨੇ ਅਤੇ ਹੁਣ ਨੈਬ ਦੇ ਵਿੱਚ ਕੰਮ ਕਰਦੇ ਨੇ ਪਰਵਿੰਦਰ ਵਧੀਆ ਸਲਾਹ ਨਾਲ ਤੁਹਾਡੀ ਚੰਗੀ ਡੀਲ ਬਣਾਉਣ ਵਿੱਚ ਮਦਦ ਕਰਨਗੇ ਉਹ ਭਾਵੇਂ ਆਪਣਾ ਟਰੱਕ ਲੈਣਾ ਹੋਵੇ ਜਾਂ ਪੁਰਾਣੇ ਘਰ ਜਾਂ ਪ੍ਰਾਪਰਟੀ ਦੀ ਇਕੁਇਟੀ ਯੂਜ਼ ਕਰਕੇ ਨਵੀਂ ਇਨਵੈਸਟਮੈਂਟ ਕਰਨੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ 0466-392-950-04663-92-950 ਲਾਲਾ ਦੁਕਾਨ ਚ ਤਾਂ ਖਾਸਾ ਸਮਾਨ ਹੈ ਤੇਰੇ ਬਾਹਰੋਂ ਤਾਂ ਪਤਾ ਹੀ ਨਹੀਂ ਲੱਗਦਾ ਲੈ ਤੂੰ ਤਾਂ ਟਿਚਰਾਂ ਕਰਦੀਆਂ ਚੰਨੀਆਂ ਕੋਈ ਅੰਦਰ ਆਊ ਤੇ ਪਤਾ ਲੱਗੂ ਬਾਹਰੋਂ ਕੀ ਦੱਸਣਾ ਬਾਹਰੋਂ ਸਾਈਨ ਬੋਰਡ ਅੱਜ ਹੀ ਆਰਡਰ ਕਰਦੇ ਸਨੀ ਕੋਲ ਨੰਬਰ ਮੈਂ ਦੇ ਦਿੰਨੀ ਆ 0423-849-097 ਸਨੀ ਸਾਈਨੇਜ ਆਪਣੇ ਬਿਜ਼ਨਸ ਲਈ ਕਿਸੇ ਵੀ ਤਰ੍ਹਾਂ ਦੇ ਸਾਈਨੇਜ ਬੈਨਰ 3D ਲੈਟਰਸ ਗ੍ਰਾਫਿਕਸ ਲਾਈਟ ਬੈਨਰਸ ਪ੍ਰਿੰਟਿੰਗ ਗੱਲ ਕੀ ਬਿਜ਼ਨਸ ਹਾਈਲਾਈਟਿੰਗ ਲਈ ਕੁਝ ਵੀ ਬਣਾਉਣਾ ਚਾਹੁੰਦੇ ਹੋ ਤਾਂ ਘੱਟ ਰੇਟਸ ਵਿੱਚ ਬੈਸਟ ਸਰਵਿਸ ਲਈ ਹੈ ਸਨੀ ਸਾਈਨੇਜ ਫ੍ਰੀ ਕੋਟ ਲਈ ਸਨੀ ਪਾਜੀ ਨੂੰ ਅੱਜ ਹੀ ਕਾਲ ਕਰੋ @ 0423-849-097 ਬੇਬੀਰ ਆ ਕੀ ਕਰੀਏ ਨਾ ਘੋਲ ਕਿਚਨ ਚ ਉਹ ਬਾਹਰ ਦਾ ਖਾ ਖਾ ਕੇ ਥੱਕ ਗਿਆ ਯਾਰ ਘਰ ਦੀ ਰੋਟੀ ਵਾਲੀ ਗੱਲ ਨਹੀਂ ਬਣਦੀ ਲੱਗਦਾ ਤੂੰ ਕਦੇ ਜੈਸਮੀਨ ਵਾਲਿਆਂ ਦੇ ਨਹੀਂ ਗਿਆ ਬਿਲਕੁਲ ਘਰ ਵਰਗੀ ਰੋਟੀ ਗਰਮਾ ਗਰਮ ਉਹ ਵੀ ਉਸੇ ਵੇਲੇ ਤਿਆਰ ਕਰਕੇ ਦਿੰਦੇ ਨੇ ਅੱਛਾ ਉਹ ਤਾਂ ਹੈ ਵੀ ਅਸੀਂ ਸਿਟੀ ਦੇ ਕੋਲ ਹੀ ਹੈ ਮਸਾਲੇਦਾਰ ਤੇ ਬੇਅਤ ਬੇਆ ਫੂਡ ਨਾ ਖਾਓ ਜੈਸਮੀਨ ਇੰਡੀਅਨ ਰੈਸਟੋਰੈਂਟ ਆਓ ਸ਼ੁੱਧ ਇੰਡੀਅਨ ਫੂਡ ਬਿਲਕੁਲ ਘਰ ਵਰਗਾ ਕੈਬ ਡਰਾਈਵਰਸ ਲਈ ਡਿਸਕਾਊਂਟਡ ਰੇਟਸ ਤੇ ਚਾਹ ਦਾ ਕੱਪ ਫ੍ਰੀ ਮੰਗਲਵਾਰ ਤੋਂ ਐਤਵਾਰ ਸ਼ਾਮ 5 ਵਜੇ ਤੋਂ ਰਾਤ 1 ਵਜੇ ਤੱਕ ਓਪਨ ਜੈਸਮੀਨ ਇੰਡੀਅਨ ਰੈਸਟੋਰੈਂਟ 432 ਬ੍ਰਿਜ ਰੋਡ ਰਿਚਮੰਡ ਕਾਲ 9427-7294 ਕੁੱਗ ਵਸਦੇ ਦੇਸ਼ ਪੰਜਾਬ ਦੇ ਅਮੀਰ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦੀ ਤਰਜਮਾਨੀ ਕਰਦਾ ਦੁਨੀਆ ਦੇ ਸਭ ਤੋਂ ਖੂਬਸੂਰਤ ਸ਼ਹਿਰ ਦੇ ਵਿੱਚ ਦੁਨੀਆ ਦੀ ਸਭ ਤੋਂ ਮਿੱਠੀ ਬੋਲੀ ਦਾ ਆਗਾਜ਼ ਇਹ ਹੈ ਕੌਮੀ ਆਵਾਜ਼ ਕੀ ਤੁਸੀਂ ਆਪਣੇ ਨਵੇਂ ਘਰ ਟਰੱਕ ਇੱਕ ਵਾਰ ਫੇਰ ਆਪ ਸਭ ਨੂੰ ਜੀ ਅਨਕ ਨੇ ਤੁਸੀਂ ਸੁਣ ਰਹੇ ਹੋ ਕੌਮੀ ਆਵਾਜ਼ ਪੰਜਾਬੀ ਰੇਡੀਓ ਸਰਦਾਰ ਜਗਮੀਤ ਸਿੰਘ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਆ ਸਾਡੇ ਲਈ ਬੜਾ ਭਾਗਾ ਭਰਿਆ ਦਿਨ ਆ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਦੀ ਰਾਜਨੀਤੀ ਦੇ ਜਿਹੜਾ ਸਫ਼ਰ ਬਾਰੇ ਤੇ ਉਸ ਦੇ ਵਿੱਚ ਮੋਸਟ ਇੰਪੋਰਟੈਂਟ ਸਿੱਖ ਨੁਕਤਾ ਨਿਗਾਹ ਤੋਂ ਰਾਜਨੀਤੀ ਕਰਨੀ ਜਿਹੜੀ ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਨਹੀਂ ਸਾਡੀ ਡਿਊਟੀ ਲਾਈ ਹੈ ਸਾਡੀ ਜ਼ਿੰਮੇਵਾਰੀ ਆ ਕਿ ਪੂਰੀ ਦੁਨੀਆ ਨੂੰ ਦੇ ਵਿੱਚ ਸਰਬੱਤ ਦੇ ਭਲੇ ਦਾ ਜਿਹੜਾ ਸਿਧਾਂਤ ਹੈ ਜਿਹੜਾ ਹੋਕਾ ਉਹਨੂੰ ਹੋਕਾ ਦੇ ਕੇ ਤੇ ਉਹਨੂੰ ਅਮਲ ਰੂਪ ਦੇ ਵਿੱਚ ਵੀ ਲਾਗੂ ਕਰਨਾ ਸੋ ਉਸ ਦੇ ਉੱਤੇ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਬਸ ਕੁਝ ਕੁ ਮਿੰਟਾਂ ਤੋਂ ਬਾਅਦ ਮੈਂ ਤੁਹਾਡੀਆਂ ਕਾਲਾਂ ਵੀ ਲੈਣੀਆਂ ਸ਼ੁਰੂ ਕਰੂੰਗਾ ਅਜੇ ਮੇਰੇ ਬਹੁਤ ਸਵਾਲ ਆ ਤੇ ਤਕਰੀਬਨ ਇੱਕ ਸਾਲ ਤੋਂ ਇਹ ਸਵਾਲ ਇਸ ਤਰ੍ਹਾਂ ਹੀ ਖੜੇ ਨੇ ਇਹ ਵੀ ਬੜਾ ਸੁਭਾਵਿਆ ਕਿ ਸਰਦਾਰ ਜਗਮੀਤ ਸਿੰਘ ਹੋਰਾਂ ਨੂੰ ਅੱਜ ਤੋਂ ਸਾਲ ਪਹਿਲਾਂ ਰੇਡੀਓ ਤੇ ਲੈ ਕੇ ਆਉਣਾ ਸੀ ਪਰ ਉਦੋਂ ਸ਼ਾਇਦ ਕੋਈ ਕਾਰਨ ਰਹਿ ਗਏ ਨਹੀਂ ਲੈ ਕੇ ਆ ਸਕੇ ਪ੍ਰਬੰਧਕ ਵੱਲੋਂ ਸਮਾਂ ਘੱਟ ਰੱਖਿਆ ਗਿਆ ਸੀ ਜਾਂ ਵਟ ਐਵਰ ਪਰ ਅੱਜ ਪੂਰੇ ਇੱਕ ਸਾਲ ਬਾਅਦ 14 ਦਸੰਬਰ ਨੂੰ ਅਸੀਂ ਫਿਰ ਉਹ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਨੇ ਆਪ ਸਭ ਸਰੋਤਿਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਆਪਾਂ ਇੱਕ ਵਾਰ ਫਿਰ ਉਸੇ ਗੱਲ ਦੇ ਵੱਲ ਹੀ ਵਧੀਏ ਕਿ ਤੁਸੀਂ ਬਹੁਤ ਸਾਰੇ ਇਸ਼ੂ ਲਿਆਂਦੇ ਜਿਸ ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਇਸ਼ੂ ਹੋਰ ਵੀ ਸੀਗੇ ਪਰ ਆਪਾਂ ਉਹਨਾਂ ਦੀ ਵੀ ਗੱਲ ਕਰੀਏ ਜਿਨ੍ਹਾਂ ਨੇ ਹਰ ਕਮਿਊਨਿਟੀ ਨੇ ਤੁਹਾਨੂੰ ਵੋਟਾਂ ਪਾਈਆਂ ਤੇ ਮੈਂ ਜਿਹੜੀ ਕੈਨੇਡਾ ਦੀ ਰੇਡੀਓ ਬੜੇ ਦਿਲਚਸਪੀ ਨਾਲ ਸੁਣਦਾ ਹੁੰਦਾ ਉਹ ਚਾਹੇ ਸਰਦਾਰ ਸੁਖਦੇਵ ਸਿੰਘ ਗਿੱਲ ਦਾ ਰੇਡੀਓ ਹੋਵੇ ਜਿਹੜੇ ਮੇਰੇ ਉਸਤਾਦ ਵੀ ਨੇ ਰੇਡੀਓ ਦੇ ਵਿੱਚ ਮੈਂ ਪੰਜਾਬ ਤੋਂ ਲਈ ਕੰਮ ਕਰਦਾ ਰਿਹਾ ਸੀ ਤੇ ਚਾਹੇ ਹੰਸਰਾ ਸਾਹਿਬ ਦਾ ਰੇਡੀਓ ਹੋਵੇ ਤੇ ਜਿਹੜੇ CJMR ਦੇ ਸਾਰੇ ਹੀ ਪ੍ਰੋਗਰਾਮ ਸੁਣਦੇ ਰਹਿੰਦੇ ਸੀ ਤੇ ਉਹ ਤੇ ਤੁਹਾਡਾ ਜੋ ਸੁਣਦੇ ਰਹਿੰਦੇ ਸੀ ਕੁਝ ਇੰਸ਼ੋਰੈਂਸ ਦੇ ਮੁੱਦਿਆਂ ਦੇ ਉੱਤੇ ਤੁਸੀਂ ਕਾਫ਼ੀ ਜਿਹੜੀ ਖੁੱਲ ਕੇ ਗੱਲਬਾਤ ਕੀਤੀ ਜਿਹੜਾ ਬੜਾ ਵੱਡਾ ਮਸਲਾ ਸੀ ਸਾਰੀ ਹੀ ਕਮਿਊਨਿਟੀਆਂ ਦਾ ਤੇ ਉਹਦੇ ਬਾਰੇ ਥੋੜਾ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਉਸ ਦੇ ਉੱਤੇ ਸਟੈਂਡ ਲਿਆ ਤੇ ਕਿਸ ਤਰ੍ਹਾਂ ਜਿਹੜੀ ਇੰਸ਼ੋਰੈਂਸ ਕੰਪਨੀਆਂ ਦੀ ਜਾਂ ਉਹਨਾਂ ਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਸੀ ਉਹ ਕਿਸ ਤਰ੍ਹਾਂ ਨਿਬੜਿਆ ਸਾਰਾ
ਜੀ ਆ ਭਾਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅਸੀਂ ਜਿਹੜੇ ਸਿੱਖ ਲੈਂਸ ਤੋਂ ਕੰਮ ਕੀਤਾ ਅਸੀਂ ਸਿੱਖ ਇਸ਼ੂਜ਼ ਬੜੇ ਉਠਾਏ ਜਿਵੇਂ ਜਸਵੰਤ ਸਿੰਘ ਖਾਲੜਾ ਵਰਗੇ ਸਿੱਖ ਹੈਰੀਟੇਜ ਮੰਥ ਜੋ ਕਿ ਪਹਿਲੀ ਵਾਰੀ ਦੁਨੀਆਂ ਦੇ ਵਿੱਚ ਇਹੋ ਜਿਹੇ ਕਾਨੂੰਨ ਬਣਿਆ ਕਾਨੂੰਨ ਬਣਿਆ ਹੁਣ ਜਿਹਦੇ ਚ ਅਸੀਂ ਸਿੱਖ ਕੌਮ ਨੂੰ ਇੱਕ ਅਲੱਗ ਕੌਮ ਇੱਕ ਵੱਖਰਾ ਕੌਮ ਇੱਕ ਯੂਨੀਕ ਕੌਮ ਦਾ ਰੈਕਗਨੀਸ਼ਨ ਮਿਲੀ ਹੈ ਜੋ ਕਿ ਬੜੀ ਮਾਣ ਵਾਲੀ ਗੱਲ ਹੈ ਇਤਿਹਾਸਕ ਗੱਲ ਹੋਈ ਹੈ ਪਰ ਨਾਲ ਦੇ ਨਾਲ ਕਿਉਂਕਿ ਅਸੀਂ ਕਿਹਾ ਕਿ ਸਿੱਖ ਇਸ਼ੂ ਜ਼ਰੂਰ ਅਸੀਂ ਨਿਡਰ ਹੋ ਕੇ ਉਠਾਵਾਂਗੇ ਪਹਿਲਾਂ ਅਸੀਂ ਦੇਖੇ ਲੋਕ ਡਰ ਡਰ ਕੇ ਕਹਿੰਦੇ ਨੇ ਸਿੱਖ ਇਸ਼ੂ ਉਠਾਉਣਾ ਨਹੀਂ ਹੈਗਾ ਸਿੱਖ ਕੁਛ ਬੜੇ ਅਸੀਂ ਦਮ ਨਾਲ ਉਠਾਏ ਪਰ ਅਸੀਂ ਆਮ ਸਮਾਜ ਦੇ ਵੀ ਲਈ ਬਹੁਤ ਇਸ਼ੂਜ਼ ਉਠਾਏ ਉਹਨਾਂ ਚ ਦੋ ਜਿਹੜੀ ਵੱਡੀਆਂ ਗੱਲਾਂ ਸੀ ਇੱਕ ਤਾਂ ਆਟੋ ਇੰਸ਼ੋਰੈਂਸ ਦੀ ਗੱਲ ਸੀ ਹਲੇ ਤੱਕ ਅਸੀਂ ਦੇਖਿਆ ਕਿ ਕਿਸੇ ਇਲੈਕਟਡ ਅਫੀਸ਼ਲ ਨੇ ਆਟੋ ਇੰਸ਼ੋਰੈਂਸ ਦੀ ਗੱਲ ਛੇੜੀ ਨੀ ਹਾਲਾਂਕਿ ਸਾਡੇ ਹਲਕੇ ਦੇ ਵਿਚ ਸਭ ਤੋਂ ਵੱਡੀ ਜਿਹੜੀ ਗੱਲ ਸੀਗੀ ਵੱਡਾ ਮਸਲਾ ਸੀਗਾ ਕਿ ਆਟੋ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਇੰਸ਼ੋਰੈਂਸ ਕੰਪਨੀਜ਼ ਜਿਹੜੇ ਨਵੇਂ ਆਏ ਬੰਦੇ ਨੂੰ ਜਾਣ ਬੁੱਝ ਕੇ ਲੱਗਦਾ ਸੀਗਾ ਕਿ ਉਹਨੂੰ ਠੱਗ ਰਹੇ ਸੀ ਤਾਂ ਇਸ ਇਸ਼ੂ ਦੇ ਉੱਤੇ ਅਸੀਂ ਬੜਾ ਦਮ ਨਾਲ ਸਟੈਂਡ ਲਿਆ ਸਾਰੇ ਮੇਨ ਸਟਰੀਮ ਮੀਡੀਆ ਨੇ ਕਵਰ ਕੀਤਾ ਲੋਕ ਜਿੱਥੇ ਮੈਂ ਜਾਂਦਾ ਹੁਣ ਗੋਰੇ ਕਾਲੇ ਮੈਨੂੰ ਮਿਲਦੇ ਨੇ ਕਹਿੰਦਾ ਤੁਸੀਂ ਉਹ ਬੰਦੇ ਹੈ ਜਿਹਨੇ ਨੇ ਇੰਸ਼ੋਰੈਂਸ ਕੰਪਨੀ ਨਾਲ ਮਤਲਬ ਪੰਗਾ ਲਿਆ ਤੁਸੀਂ ਆਪ ਬੜੇ ਵਧੀਆ ਬੰਦੇ ਹੱਥ ਮਿਲਾਉਂਦੇ ਜੱਫੇ ਪਾਉਂਦੇ ਬੜੇ ਖੁਸ਼ ਹੁੰਦੇ ਨੇ ਕਿਉਂਕਿ ਇੰਸ਼ੋਰੈਂਸ ਲੋਬੀ ਤੁਸੀਂ ਆਪ ਜਾਣਦੇ ਹੋ ਕਿ ਇੰਨਾ ਵੱਡਾ ਲੋਬੀ ਗਰੁੱਪ ਹੈ ਇੰਨੇ ਉਹਨਾਂ ਚ ਪਾਵਰਫੁਲ ਲੋਬੀਅਸਟ ਹੈਗੇ ਬੜੀ ਪਾਵਰਫੁਲ ਸੰਸਥਾ ਹੈਗਾ ਉਹਨਾਂ ਦੀ ਸਾਰੀ ਇਕੱਠੀ ਹੋ ਕੇ ਉਹਨਾਂ ਦਾ ਬਹੁਤ ਵੱਡਾ ਗਰੁੱਪ ਹੁੰਦਾ ਤੇ ਉਹਨਾਂ ਨਾਲ ਪੰਗਾ ਲੈਣਾ ਬੜਾ ਲੋਕ ਡਰਦੇ ਨੇ ਪੋਲੀਟੀਸ਼ੀਅਨ ਜਾਣ ਕੇ ਆਮ ਤੌਰ ਤੇ ਦੋਸਤ ਬਣਾਉਂਦੇ ਨੇ ਮੈਨੂੰ ਲੋਕ ਦੇਖ ਕੇ ਨੇ ਕਹਿੰਦੇ ਤੁਸੀਂ ਤਾਂ ਯਾਰ ਦੁਸ਼ਮਣ ਬਣਾਉਂਦੇ ਹੋ ਇੱਕ ਪਾਸਿਓਂ ਤੁਸੀਂ ਮਨੁੱਖੀ ਅਧਿਕਾਰਾਂ ਕਰਕੇ ਇੰਡੀਆ ਨਾਲ ਤੁਸੀਂ ਪੰਗਾ ਲਿਆ ਦੂਜੀ ਪਾਸਿਓਂ ਤੁਸੀਂ ਵੱਡੀ ਵੱਡੀ ਇੰਸ਼ੋਰੈਂਸ ਕੰਪਨੀ ਨਾਲ ਪੰਗਾ ਲਿਆ ਪੂੰਜੀਵਾਦੀਆਂ ਨਾਲ ਫਿਰ ਸੋ ਉਹ ਇਸ਼ੂ ਦੇ ਵਿਚ ਮੈਂ ਕਿਹਾ ਕਿ ਉਹ ਬੜੇ ਪ੍ਰੋਫਿਟ ਲੈ ਰਹੇ ਨੇ ਸਾਡੇ ਜਿਹੜੇ ਬੈਨੀਫਿਟ ਘਟਾ ਰਹੇ ਨੇ ਪਰ ਸਾਨੂੰ ਕੋਈ ਰਿਲੀਫ ਨਹੀਂ ਮਿਲ ਰਿਹਾ ਜਿਹੜੇ ਪ੍ਰੀਮੀਅਮ ਬਹੁਤ ਮਹਿੰਗੀਆਂ ਨੇ ਸੋ ਇਸ ਇਸ਼ੂ ਦੇ ਉੱਤੇ ਨਾਲੇ ਮੈਂ ਇਹ ਗੱਲ ਵੀ ਕਿਹਾ ਕਿ ਜਿੱਥੇ ਆਪਣੇ ਲੋਕ ਰਹਿੰਦੇ ਨੇ ਉੱਥੇ ਦੁੱਗਣ ਮਹਿੰਗਾ ਹੁੰਦਾ ਤੇ ਜਿੱਥੇ ਗੋਰੇ ਲੋਕ ਰਹਿੰਦੇ ਨੇ ਉੱਥੇ ਅੱਧਾ ਸਸਤਾ ਹੁੰਦਾ ਇਹ ਵੀ ਬੇਇਨਸਾਫ ਗੱਲ ਹੈ ਇਹਦੇ ਕੋਈ ਕਾਰਨ ਨਹੀਂ ਇਹ ਗੱਲਾਂ ਨੂੰ ਰੇਜ਼ ਕੀਤੇ ਲੋਕ ਬੜੇ ਪਸੰਦ ਕੀਤੇ ਕਿ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਐਂਡ ਫੈਕਟਸ ਲੈਵਲ ਤੇ ਡਾਇਰੈਕਟਲੀ ਤੁਸੀਂ ਠੋਕਰਾ ਮਤਲਬ ਲੈ ਰਹੇ ਹੋ ਤੇ ਬਹੁਤ ਵਧੀਆ ਗੱਲ ਹੈ ਦੂਜੀ ਜਿਹੜੀ ਗੱਲ ਹੈ ਪੁਲਿਸ ਕੈਨੇਡਾ ਦੇ ਵਿਚ ਖਾਸ ਕਰਕੇ ਓਨਟੇਰੀਓ ਸੂਬੇ ਦੇ ਵਿਚ ਜਿਹੜੇ ਨੌਜਵਾਨ ਹੁੰਦੇ ਕਾਲੇ ਹੁੰਦੇ ਆਪਣੇ ਪੰਜਾਬੀ ਹੋਣ ਜਾਂ ਸਾਊਥ ਏਸ਼ੀਅਨ ਜਿਹੜੇ ਪੂਰੇ ਰੰਗ ਦੇ ਜਾਂ ਮਤਲਬ ਕਾਲੇ ਰੰਗ ਦੇ ਉਹ ਬੱਚੇ ਨੂੰ ਜਾਣ ਬੁੱਝ ਕੇ ਛੇੜਦੇ ਨੇ ਰੋਕਦੇ ਨੇ ਉਹਨੂੰ ਗਿੱਛ ਪੁੱਛ ਕਹਿੰਦੇ ਨੇ ਕਿ ਤੁਸੀਂ ਕਿੱਥੋਂ ਆਏ ਕਿੱਥੇ ਜਾ ਰਹੇ ਹੋ ਹਾਲਾਂਕਿ ਉਹਨਾਂ ਦੇ ਕੋਈ ਸਬੂਤ ਨਹੀਂ ਹੈਗਾ ਉਹਨਾਂ ਦੇ ਖਿਲਾਫ ਉਹ ਕੋਈ ਕ੍ਰਾਈਮ ਨਹੀਂ ਕੀਤਾ ਵੈਸੇ ਉਹਨੂੰ ਤੰਗ ਕਰਦੇ ਸੋ ਇਹ ਇਸ਼ੂ ਅਕਾਰਡਿੰਗ ਹੀ ਕਹਿੰਦੇ ਨੇ ਤੇ ਇੱਥੇ ਵੀ ਮੈਂ ਸਟੈਂਸ ਲਿਆ ਕਿ ਇਹ ਗੱਲ ਗਲਤ ਹੈ ਪੁਲਿਸ ਨੂੰ ਰੋਕਣਾ ਨਹੀਂ ਚਾਹੀਦਾ ਆਪਣੇ ਜਿਹੜੇ ਨੌਜਵਾਨ ਨੂੰ ਬਿਨੇ ਮਤਲਬ ਤੋਂ ਉਹਨੂੰ ਇਦਾਂ ਮਹਿਸੂਸ ਹੁੰਦਾ ਕਿ ਅਸੀਂ ਇੱਥੇ ਬਿਲੋਂਗ ਨਹੀਂ ਕਰਦੇ ਜਦੋਂ ਤੁਸੀਂ ਇਦਾਂ ਰੋਕਦੇ ਹੋ ਸੋ ਉੱਥੇ ਵੀ ਮੈਂ ਕਾਫੀ ਸਟੈਂਸ ਲਿਆ ਪੁਲਿਸ ਨਾਲ ਬੜਾ ਪੰਗਾ ਲਿਆ ਉਹ ਵੀ ਮੇਰੇ ਤੇ ਗੁੱਸੇ ਹੋ ਗਏ ਇੰਸ਼ੋਰੈਂਸ ਕੰਪਨੀ ਵੀ ਗੁੱਸੇ ਹੋਏ ਸੋ ਕਈ ਇਸ਼ੂ ਅਸੀਂ ਜਿਹੜੇ ਆਮ ਸਮਾਜਿਕ ਲਈ ਜਿਹੜੇ ਲੋਕ ਕਹਿੰਦੇ ਕਿ ਯਾਰ ਤੁਸੀਂ ਤਾਂ ਨਿਡਰ ਹੋ ਕੇ ਲੋਕਾਂ ਦੇ ਇਸ਼ੂ ਉਠਾਉਂਦੇ ਹੋ ਮੈਂ ਕਿਹਾ ਮੈਂ ਨਹੀਂ ਇਹ ਮੇਰੀ ਸਿੱਖੀ ਅਸੂਲ ਹੈ ਬੜੇ ਫਿਰ ਖੁਸ਼ ਹੁੰਦੇ ਨੇ ਕਹਿੰਦੇ ਫਿਰ ਯਾਰ ਸਿੱਖ ਵਧੀਆ ਬੰਦੇ ਹੁੰਦੇ ਫਿਰ ਬਿਲਕੁਲ ਜੀ ਇਹੀ ਸਿੱਖ ਨੁਕਤਾ ਨੇਗਾ ਇਹੀ ਸਿੱਖ ਨਜ਼ਰੀਆ ਜਿਸ ਨੂੰ ਅਸੀਂ ਅੱਗੇ ਵਧਾਉਣਾਗਾ ਕੈਨੇਡਾ ਤੋਂ ਬਾਅਦ ਯੂਕੇ ਆਸਟ੍ਰੇਲੀਆ ਹਰ ਉਸ ਮੁਲਕ ਦੇ ਵਿਚ ਜਿੱਥੇ ਸਾਡੀ ਅਗਲੀ ਪੀੜੀ ਨੇ ਕਲਕਿਆਰੀ ਮਾਰ ਰਹੀ ਹੈ ਸਾਡੀ ਅਗਲੀ ਪੀੜੀ ਇਸ ਦੁਨੀਆਂ ਦੇ ਵਿਚ ਇਸ ਸੰਸਾਰ ਦੇ ਵਿਚ ਇਸ ਧਰਤੀ ਦੇ ਸਾਰੇ ਖੰਡਾਂ ਦੇ ਵਿਚ ਵੱਧ ਰਹੀ ਹੈ ਅੱਗੇ ਉਸੇ ਅਸੀਂ ਇਹ ਜਿਹੜਾ ਮਾਡਲ ਲਾਗੂ ਕਰਨਾ ਤੇ ਇਹ ਸਾਡੀ ਜਿੰਮੇਵਾਰੀ ਆ ਕੋਈ ਗੁਰੂ ਸਾਹਿਬਾਨ ਨੇ ਸਿਰਫ ਕਲਾ ਸਾਨੂੰ ਆਖਿਆ ਨਹੀਂ ਹੈ ਸਾਡੀ ਜਿੰਮੇਵਾਰੀ ਲਾਈ ਹੈ ਸਾਡੀ ਜਿੰਮੇਵਾਰੀ ਬਣਦੀ ਹੈ ਜਿਹਨੂੰ ਅਸੀਂ ਅੱਗੇ ਵਧਾਉਣਾਗਾ ਉਹਦੇ ਨਾਲ ਸਾਰੇ ਹੀ ਕਮਿਊਨਿਟੀ ਦਾ ਜਿਹੜਾ ਜਿੱਥੇ ਮਨੁੱਖੀ ਅਧਿਕਾਰ ਆ ਜਿੱਥੇ ਸੱਚ ਦੀ ਗੱਲ ਆ ਉਹਨਾਂ ਦੇ ਨਾਲ ਖੜਨਾ ਗਾ ਜਿਹੜਾ ਆਪਣਾ ਨਫ਼ਾ ਨੁਕਸਾਨ ਦੇਖੇ ਤੋਂ ਬਿਨਾਂ ਜੋ ਸਰਦਾਰ ਜਗਮੀਤ ਸਿੰਘ ਸਰ ਨਾਲ ਗੱਲਾਂ ਕਰ ਰਹੇ ਆ ਆਪਾਂ ਇੱਕ ਵਾਰ ਫਿਰ ਮਨੁੱਖੀ ਅਧਿਕਾਰਾਂ ਦੀ ਗੱਲ ਦੇ ਉੱਤੇ ਮੁੜਦੇ ਹਾਂ ਦੁਨੀਆ ਭਰ ਦੇ ਵਿਚ ਜਿਹੜਾ UNO ਦਾ ਚਾਰਟਰ ਵੀ ਇਹੀ ਕਹਿੰਦਾ ਗਾ ਕਿ ਹਰ ਇੱਕ ਨੂੰ ਆਜ਼ਾਦੀ ਚਾਹੀਦੀ ਆ ਜਿਹੜਾ ਸਿੱਖੀ ਦੀ ਤਾਂ ਇਹ ਬੇਸਿਕ ਚੀਜ਼ ਹੀ ਆ ਕਿ ਆਜ਼ਾਦੀ ਰੂਹ ਦੀ ਆਜ਼ਾਦੀ ਤੋਂ ਬਾਅਦ ਜਿਹੜੀ ਦੁਨਿਆਵੀ ਆਜ਼ਾਦੀ ਤੇ ਜਿਸ ਤਰ੍ਹਾਂ ਪੰਜਾਬ ਦੇ ਵਿਚ ਵੀ ਗੱਲ ਚੱਲੀ ਸੋਵਰਨ ਸਟੇਟ ਦੀ ਇੱਕ ਸਿੱਖ ਰਾਜ ਦੀ ਗੱਲ ਚੱਲੀ ਕੈਨੇਡਾ ਦੇ ਵਿਚ ਵੀ ਇਹ ਗੱਲਾਂ ਚੱਲ ਰਹੀਆਂ ਨੇ ਤੁਹਾਡੀ ਪਾਰਟੀ ਨੇ ਵੀ ਉਹਦੇ ਨਾਲ ਡੀਲ ਕੀਤੇ ਹੋਊਗਾ ਜਿਸ ਤਰ੍ਹਾਂ ਕਿਊਬਕ ਸਟੇਟ ਆ ਤੇ ਉਸ ਤੋਂ ਬਾਅਦ ਮੇਟਿਵ ਨਾਂ ਦੀ ਅੰਟਾਰੀ ਦੇ ਵਿਚ ਹੀ ਕੋਈ ਨਵੀਂ ਗੱਲਬਾਤ ਸ਼ੁਰੂ ਹੋ ਰਹੀ ਸੀ ਕੀ ਤੁਹਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਵੀ ਝੂਠੇ ਕੇਸ ਪਾਉਂਦੀਆਂ ਨੇ ਜਾਂ ਜੇਲਾਂ ਦੇ ਵਿਚ ਸਿੜਦੀਆਂ ਨੇ ਇਸ ਤਰ੍ਹਾਂ ਬੋਲਣ ਵਾਲਿਆਂ ਨੂੰ ਜਾਂ ਉੱਥੇ ਫਿਰ ਕਿਹੋ ਜਿਹਾ ਵਤੀਰਾ ਕਰਦੀਆਂ ਨੇ ਉਹਨਾਂ ਦੇ ਨਾਲ
ਪਾਜੀ ਸਾਡੇ ਦੇਸ਼ ਦੇ ਵਿਚ ਇਕ ਅਫਿਸ਼ਲ ਪਾਰਟੀ ਹੈਗੀ ਆ ਜਿਹੜੀ ਕੁਬੈਕ ਨੂੰ ਇਕ ਸੋਵਰਨ ਨੇਸ਼ਨ ਬਣਾਉਣਾ ਚਾਹੁੰਦੇ ਨੇ ਜੀ ਉਹ ਰੈਕਗਨਾਈਜ਼ ਹੁੰਦੇ ਨੇ ਸਾਡੀ ਪਾਰਲੀਮੈਂਟ ਦੇ ਵਿਚ ਉਹਨਾਂ ਦੀ ਕੁਰਸੀਆਂ ਹੈਗੀਆਂ ਨੇ ਉਹਨਾਂ ਕੋਲ ਪੋਜੀਸ਼ਨ ਮਿਲਦੀ ਹੈ ਈਵਨ ਸੂਬੇ ਲੈਵਲ ਤੋਂ ਵੀ ਉਹਨਾਂ ਦੀ ਆਜ਼ਾਦ ਹੋਣ ਦਾ ਪਾਰਟੀ ਹੈਗੀ ਹੈ ਜਿਹੜੇ ਉਹਨੂੰ ਆਜ਼ਾਦ ਕਰਨਾ ਚਾਹੁੰਦੇ ਨੇ ਉਹਨੂੰ ਅਸੀਂ ਸਾਰੇ ਬਾਕੀ ਸੂਬੇ ਦੇਖਦੇ ਨੇ ਕਿ ਉਹਨਾਂ ਇੰਨੇ ਵਧੀਆ ਤਰੀਕੇ ਨਾਲ ਆਪਣੀ ਆਜ਼ਾਦੀ ਦੀ ਗੱਲ ਪੇਸ਼ ਕੀਤੀ ਹੈ ਕਿ ਉਹਨਾਂ ਕੋਲ ਬਹੁਤ ਹੱਕ ਮਿਲੇ ਸੋ ਅਸੀਂ ਤਾਂ ਕਹਿੰਦੇ ਹਾਂ ਕਿ ਉਹਨਾਂ ਦੀ ਐਗਜ਼ਾਮਪਲ ਅਸੀਂ ਆਪ ਲਈਏ ਉਹਨਾਂ ਨੇ ਬੜੇ ਹੱਕ ਮੰਗੇ ਤੇ ਹੱਕ ਮਿਲੇ ਕਿਉਂਕਿ ਕੋਈ ਨੀ ਤੁਹਾਨੂੰ ਹੱਕ ਦਿੰਦਾ ਬਿਨਾਂ ਪੁੱਛੇ ਸੋ ਉਹਨੇ ਲੜ ਲੜ ਕੇ ਕਹਿੰਦੇ ਕਿ ਅਸੀਂ ਆਜ਼ਾਦ ਹੋਣਾ ਤੇ ਲੋਕਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਤੁਹਾਨੂੰ ਇਕੱਠੇ ਰਹਿਣ ਲਈ ਅਸੀਂ ਤੁਹਾਨੂੰ ਇੰਨੀਆਂ ਅਸੀਂ ਸਹੂਲਤਾਂ ਇੰਨੇ ਰਹਿਤਾਂ ਦਿੰਦੇ ਹਾਂ ਤੇ ਉਹਨਾਂ ਦੀ ਖਾਸ ਇੱਕ ਮੰਗ ਸੀ ਉਹਨਾਂ ਦੀ ਬੋਲੀ ਕੁਬੈਕ ਦੇ ਵਿੱਚ ਉਹ ਫ੍ਰੈਂਚ ਬੋਲਦੇ ਨੇ ਤੇ ਆਪਣੀ ਬੋਲੀ ਦੀ ਇੰਨੀ ਜ਼ਿਆਦਾ ਰਾਖੀ ਹੈ ਉਸ ਸੂਬੇ ਦੇ ਵਿੱਚ ਇੰਨੀ ਉਹਨੇ ਕੋਲ ਫੈਸਿਲਿਟੀ ਹੈਗੇ ਸਹੂਲਤਾਂ ਹੈਗੇ ਉਹਨਾਂ ਦੀ ਬੋਲੀ ਨੂੰ ਮਜ਼ਬੂਤ ਰੱਖਣ ਲਈ ਤਾਂ ਅਸੀਂ ਸਾਰੇ ਤਾਂ ਬੜੇ ਮੈਂ ਤਾਂ ਬਹੁਤ ਮੇਰੇ ਤਾਂ ਮਨ ਚ ਬਹੁਤ ਮਾਣ ਮਹਿਸੂਸ ਹੁੰਦਾ ਕਿ ਉਹਨੇ ਵਧੀਆ ਤਰੀਕੇ ਨਾਲ ਸੋਚ ਸਮਝ ਕੇ ਤਰੀਕੇ ਨਾਲ ਆਪਣੀ ਆਜ਼ਾਦੀ ਦੀ ਗੱਲ ਕਰਕੇ ਉਹਨਾਂ ਕੋਲ ਬਹੁਤ ਸਹੂਲਤਾਂ ਮਿਲੀਆਂ ਸੋ ਬਹੁਤ ਵਧੀਆ ਗੱਲ ਹੈ ਤੇ ਤੁਸੀਂ ਹੁਣੇ ਮੇਟੀ ਦੀ ਗੱਲ ਵੀ ਛੇੜੀ ਆ ਮੇਟੀ ਇੱਕ ਨੇਸ਼ਨ ਆ ਉਹ ਹੈਗੇ ਲੋਕ ਜਿਹੜੇ ਨੇਟਿਵ ਜਿਹੜੇ ਪਹਿਲਾਂ ਰਹਿੰਦੇ ਸੀਗੇ ਜਿਵੇਂ ਇੱਥੇ ਆਸਟ੍ਰੇਲੀਆ ਵਿੱਚ ਐਬਰੀਜਨੀਜ਼ ਹੈਗੇ ਉੱਥੇ ਅਸੀਂ ਇਹਨੂੰ ਰੈਡ ਇੰਡੀਅਨ ਵੀ ਕਹਿੰਦੇ ਨੇ ਕੋਈ ਨੇਟਿਵ ਅਮੈਰੀਕਨ ਕਹਿੰਦੇ ਨੇ ਜਿਹੜੇ ਪਹਿਲਾਂ ਦੇ ਹੈਗੇ ਉਹ ਜਿਹੜੀ ਪਹਿਲਾਂ ਦੀ ਹੈਗੀ ਲੋਕ ਤੇ ਯੂਰੋਪੀਅਨ ਪਹਿਲਾਂ ਜਦੋਂ ਉਹਨਾਂ ਦੀ ਇੱਕ ਯੂਨਿਟੀ ਹੋ ਗਈ ਸੀਗੀ ਤੇ ਉਹ ਇੱਕ ਕੌਮ ਬਣਿਆ ਉਹ ਕੌਮ ਦਾ ਨਾਮ ਹੈ ਮੇਟੀ ਤੇ ਪਿਛਲੇ ਹਫਤੇ ਹੀ ਸਾਡੇ ਅਖੀਰਲੇ ਜਿਹੜਾ ਸੈਸ਼ਨ ਦਾ ਅਖੀਰਲਾ ਹਫਤਾ ਸੀਗਾ ਪਿਛਲੇ ਹਫਤੇ ਸੀ ਉਹਦੇ ਵਿੱਚ ਮੇਟੀ ਨੇਸ਼ਨ ਦਾ ਇੱਕ ਇਤਿਹਾਸਿਕ ਕਾਨੂੰਨ ਪੇਸ਼ ਹੋਇਆ ਤੇ ਪਾਸ ਹੋ ਗਿਆ ਜਿਹਦੇ ਵਿੱਚ ਮੇਟੀ ਨੇਸ਼ਨ ਨੂੰ ਆਂਟੇਰੀਓ ਸੂਬ ਨੂੰ ਰੈਕਗਨਾਈਜ਼ ਕੀਤਾ ਤੁਸੀਂ ਇੱਕ ਅਲੱਗ ਨੇਸ਼ਨ ਹੈਗੇ ਹੋ ਸਾਡੇ ਨੇਸ਼ਨ ਦੇ ਵਿੱਚ ਸੋ ਉਹਦੇ ਵਿੱਚ ਮੈਂ ਸਪੀਚ ਦਿੱਤਾ ਮੈਂ ਕਿਹਾ ਮੈਨੂੰ ਬਹੁਤ ਫਕਰ ਨਾਲ ਮੈਂ ਇਹਦੇ ਹੱਕ ਚ ਵੋਟ ਪਾ ਰਿਹਾ ਕਿ ਤੁਹਾਨੂੰ ਆਪਣਾ ਆਜ਼ਾਦੀ ਮਿਲੀ ਹੈ ਤੁਹਾਨੂੰ ਇੱਕ ਕੌਮ ਤੌਰ ਤੇ ਰੈਕਗਨਾਈਜ਼ ਕੀਤਾ ਕਿ ਤੁਸੀਂ ਆਂਟੇਰੀਓ ਸੂਬੇ ਦੇ ਵਿੱਚ ਇੱਕ ਅਲੱਗ ਕੌਮ ਹੋ ਉਹਨਾਂ ਦੀ ਅਲੱਗ ਗਵਰਨੈਂਸ ਮਾਡਲ ਮਿਲੀ ਹੋਈ ਹੈ ਹੱਕ ਉਹ ਅਲੱਗ ਇਲੈਕਸ਼ਨ ਵੀ ਕਰਨਗੇ ਉਹਨਾਂ ਦੀ ਅਲੱਗ ਸਿਸਟਮ ਹੈਗਾ ਗਵਰਨੈਂਸ ਦਾ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਗਵਰਨ ਕਰਨਾ ਤੇ ਸਪੀਚ ਵਿੱਚ ਮੈਂ ਇਹ ਗੱਲ ਕਹੀ ਆ ਕਿ ਯੂਨਾਈਟਿਡ ਨੇਸ਼ਨਸ ਨੇ ਇੰਟਰਨੈਸ਼ਨਲ ਲਾ ਨੇ ਬੜਾ ਸਾਫ ਲਿਖਿਆ ਕਿ ਹਰੇਕ ਇਨਸਾਨ ਦਾ ਹੱਕ ਆ ਕਿ ਉਹ ਸੋਵਰਨਿਟੀ ਤੇ ਸੈਲਫ ਡਿਟਰਮੀਨੇਸ਼ਨ ਕਿ ਆਪਣਾ ਜ਼ਿੰਦਗੀ ਕਿੱਦਾਂ ਗਵਰਨ ਕਰਨਾ ਉਹਨਾਂ ਦਾ ਹੱਕ ਹੈਗਾ ਕਿ ਇੱਦਾਂ ਅਸੀਂ ਚੁਣ ਸਕਦੇ ਹਾਂ ਤੇ ਤੁਸੀਂ ਉਹ ਜਿਹੜੀ ਇੰਟਰਨੈਸ਼ਨਲ ਕਾਨੂੰਨ ਦਾ ਯੂਨਾਈਟਿਡ ਨੇਸ਼ਨਸ ਦਾ ਕਾਨੂੰਨ ਤੁਸੀਂ ਅੱਜ ਉਹਦਾ ਤੁਸੀਂ ਗੁਣ ਲੈ ਰਹੇ ਹੋ ਤੇ ਉਹਦਾ ਫਲ ਹੁਣ ਅਸੀਂ ਦੇਖਦੇ ਹਾਂ ਕਿ ਤੁਸੀਂ ਹੁਣ ਇੱਕ ਆਜ਼ਾਦ ਨੇਸ਼ਨ ਆਂਟੇਰੀਓ ਸੂਬੇ ਦੇ ਵਿੱਚ ਹੁਣ ਬਣ ਗਏ ਤੇ ਸਾਨੂੰ ਤਾਂ ਬਹੁਤ ਹੀ ਜ਼ਿਆਦਾ ਮਾਣ ਹੋਏ ਮਨ ਬਹੁਤ ਭਰਿਆ ਪ੍ਰਾਈਡ ਨਾਲ ਕਿ ਹੁਣ ਉਹਨਾਂ ਕੋਲ ਇੰਨਾ ਹੱਕ ਮਿਲੇ ਗਵਰਨੈਂਸ ਦਾ ਇਲੈਕਸ਼ਨ ਦਾ ਨੌਜਵਾਨ ਪੀੜ੍ਹੀ ਲਈ ਵੀ ਉਹਨੇ ਅਲੱਗ ਸਿਸਟਮ ਬਣਾਇਆ ਇਹਨੂੰ ਇਨਵੋਲਵ ਕਿੱਦਾਂ ਕਰੀਏ ਬਹੁਤ ਸੋਹਣਾ ਹੋਇਆ ਜੀ ਇੱਥੇ ਮੈਂ ਥੋੜਾ ਜਿਹਾ ਇੱਕ ਸਵਾਲ ਇਸੇ ਨੁਕਤੇ ਦੇ ਉੱਤੇ ਹੋ ਰਿਹਾ ਕਿ ਜੋ ਉੱਥੋਂ ਦਾ ਮੀਡੀਆ ਗਾ ਜੋ ਉੱਥੋਂ ਦੇ ਆਮ ਲੋਕ ਆ ਉਹਨਾਂ ਦੀ ਜੋ ਅਲੱਗ ਸੂਬੇ ਦੀ ਮੰਗ ਕਰਦੇ ਆ ਜਾਂ ਅਲੱਗ ਦੇਸ਼ ਦੀ ਮੰਗ ਕਰਦੇ ਆ ਉਹਨਾਂ ਦੇ ਮੀਡੀਆ ਦਾ ਕਿ ਉਹੀ ਰੁੱਖ ਹੁੰਦਾ ਜੋ ਭਾਰਤ ਦੇ ਵਿੱਚ ਜੋ ਡਿਫਰੈਂਟ ਸੂਬੇ ਦੀ ਮੰਗ ਕਸ਼ਮੀਰੀ ਕਰ ਰਿਹਾ ਤਲਗਾਨਾ ਵਾਲੇ ਕਰ ਰਿਹਾ ਅਲੱਗ ਵਾਲੇ ਕਰ ਰਿਹਾ ਕਿ ਤੁਸੀਂ ਦੇਸ਼ ਨੂੰ ਤੋੜਨਾ ਚਾਹੁੰਦੇ ਹੋ ਤੁਸੀਂ ਇਹ ਕਿਉਂ ਮੰਗ ਰਹੇ ਹੋ ਤੁਸੀਂ ਅੱਤਵਾਦੀ ਹੋ ਆਮ ਡੈਮੋਕਰੇਟਿਕ ਤਰੀਕੇ ਨਾਲ ਗੱਲਬਾਤ ਕਰਨ ਵਾਲੇ ਬੰਦੇ ਨੂੰ ਅੱਤਵਾਦੀ ਬਣਾ ਦਿੱਤਾ ਜਾਂਦਾ ਹੈਗਾ ਪਿੱਛੇ ਜੇ ਬਣਾਏ ਨੇ ਹੁਣ ਵੀ ਬਣਾ ਰਹੇ ਨੇ ਕਿ ਉੱਥੋਂ ਦੀ ਜਿਹੜੀ ਮੀਡੀਆ ਹੈਗਾ ਕੈਨੇਡਾ ਦਾ ਮੀਡੀਆ ਉਹਨਾਂ ਦਾ ਕੀ ਉਹਨਾਂ ਦਾ ਪ੍ਰਤੀ ਰੁੱਖ ਹੁੰਦਾ ਹੈਗਾ ਸੋ ਕਈ ਲੋਕ ਹੈਗੇ ਜਿਹੜੇ ਕਹਿੰਦੇ ਕਿ ਨਹੀਂ ਦੇਸ਼ ਨੂੰ ਸੈਪਰੇਟ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਵਿਚਾਰ ਹੈ ਉਹ ਸਾਂਝੀ ਕਰ ਲੈਂਦੇ ਮੀਡੀਆ ਕਈ ਮੀਡੀਆ ਹੈਗੇ ਕਿ ਜਿਹੜੇ ਇਸ ਗੱਲ ਦੇ ਖਿਲਾਫ ਹੈਗੇ ਕਿ ਸੈਪਰੇਟ ਨਹੀਂ ਹੋਣਾ ਚਾਹੀਦਾ ਪਰ ਉਹਨੂੰ ਅੱਤਵਾਦੀ ਨਹੀਂ ਕਹਿੰਦੇ ਨੇ ਉਹਨੂੰ ਜੇਲ ਚ ਨਹੀਂ ਪਾਉਂਦੇ ਉਹਨੂੰ ਡਿਫੇਮ ਨਹੀਂ ਕਰਦੇ ਸਿਰਫ ਆਪਣੇ ਵਿਚਾਰ ਸਾਂਝੀ ਕਰਦੇ ਨੇ ਕਿ ਇਸ ਗੱਲ ਦੇ ਹੱਕ ਹੈਗੇ ਕਿ ਨਹੀਂ ਆਜ਼ਾਦ ਹੋਣਾ ਚਾਹੀਦਾ ਇਹ ਕਹਿੰਦੇ ਕਿ ਨਹੀਂ ਨਹੀਂ ਹੋਣਾ ਬੜੇ ਸਖ਼ਤ ਲਵਜਾਨ ਨਾਲ ਕਹਿੰਦੇ ਕਿ ਨਹੀਂ ਹੋਣਾ ਚਾਹੀਦਾ ਪਰ ਉਹਨੂੰ ਇੱਥੇ ਤੱਕ ਨਹੀਂ ਜਾਂਦੇ ਉਹਨੂੰ ਕ੍ਰਿਮੀਨਲ ਬਣਾਉਣਾ ਉਹਨੂੰ ਅੱਤਵਾਦੀ ਬਣਾਉਣਾ ਕਹਿੰਦੇ ਤੁਹਾਡਾ ਹੱਕ ਆ ਤੁਸੀਂ ਮੰਗ ਸਕਦੇ ਹੋ ਅਸੀਂ ਭਾਵੇਂ ਤੁਹਾਡੇ ਸਹਿਮਤ ਨਾ ਹੋਵੇ ਪਰ ਇਹ ਫੇਰ ਵੀ ਤੁਹਾਡਾ ਹੱਕ ਹੈ ਮੰਗਣਾ ਜੀ ਬੜੀ ਸੋਹਣੀ ਗੱਲ ਆ ਤੁਸੀਂ ਸਿੱਖ ਇੱਕ ਮਾਡਲ ਵਜੋਂ ਵਿਚਰਦੇ ਹੋ ਪੂਰੀ ਰਾਜਨੀਤੀ ਦੇ ਵਿੱਚ ਤੇ ਹਮੇਸ਼ਾ ਸਿੱਖੀ ਦੀ ਗੱਲ ਕਰਦੇ ਹੋ ਕਦੇ ਆਫ ਦੀ ਏਅਰ ਕਦੇ ਦੂਸਰਿਆਂ ਨਾਲ ਗੱਲਾਂ ਵੀ ਹੁੰਦੀਆਂ ਹੋਣਗੀਆਂ ਜਿਹੜੀ ਬਹੁਤਾ ਨਹੀਂ ਪੜੀ ਜਿਸ ਤਰ੍ਹਾਂ ਦੱਸਿਆ ਕਿ ਐਨਡੀਪੀ ਪਾਰਟੀ ਨੂੰ ਆਪਣੇ ਬਾਰੇ ਨਹੀਂ ਪਤਾ ਸੀ ਬਹੁਤ ਜ਼ਿਆਦਾ ਕੀ ਆਪਣੇ ਦੇ ਨਾਲ ਹੋਇਆ ਤੇ ਬਾਅਦ ਦੇ ਵਿੱਚ ਤੁਸੀਂ ਦੱਸਿਆ ਕਦੇ ਕਿਸੇ ਨੇ ਅਜਿਹੀ ਤੁਹਾਨੂੰ ਗੱਲ ਪੁੱਛੀ ਕਿ ਜਿਵੇਂ ਮੈਨੂੰ ਸਿੱਖੀ ਬਾਰੇ ਦੱਸੋ ਜਾਂ ਕਦੇ ਕੋਈ ਪੁੱਛਦਾ ਤੇ ਕਿਸ ਤਰ੍ਹਾਂ ਕੋਈ ਦਿਲਚਸਪ ਗੱਲ ਤੁਹਾਡੇ ਮਨ ਦੇ ਵਿੱਚ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਜੀ ਜੀ ਜ਼ਰੂਰ ਖਾਸ ਕਰਕੇ
ਕਿ ਜਦੋਂ ਅਸੀਂ ਸਿੱਖ ਹੈਰੀਟੇਜ ਮੰਥ ਸ਼ੁਰੂ ਕੀਤਾ ਸੀ ਕਾਨੂੰਨ, ਉਹਦੇ ਚ ਕਈ ਕੋਲੀਗਸ ਪੁੱਛਦੇ ਹੁੰਦੇ ਸੀ ਯਾਰ ਸਿੱਖੀ ਬਾਰੇ ਤੁਸੀਂ ਦੱਸੋ, ਪਤਾ ਕਿ ਤੁਸੀਂ ਦਸਾਲ ਪਾਉਂਦੇ ਹੋ, ਦਾੜੀ ਥੋੜੀ ਹੋ ਗਿਆ ਹੁੰਦੀ ਹੈ, ਪਰ ਮੈਨੂੰ ਬਾਲੀ ਸਿੱਖੀ ਬਾਰੇ ਨਹੀਂ ਪਤਾ, ਉਹਨਾਂ ਦੇਖਣ ਪਤਾ ਲੱਗਾ ਆਹ ਬੰਦਾ ਸਿੱਖ ਹੈ ਕਿਉਂਕਿ ਕਈ ਹੈਗੇ, ਪਰ ਕੀ ਹੈ ਇਹਦੇ ਚ? ਤੇ ਜਦੋਂ ਮੈਂ ਦੱਸਦਾ ਹੁੰਦਾ ਕਿ ਦੇਖੋ ਇਹ ਸਾਡੇ ਚ ਜਿਹੜੀਆਂ ਗੱਲਾਂ ਹੈਗੀਆਂ ਆਹ ਗੱਲਾਂ ਮੇਨ ਹੈ, ਇੱਕ ਤਾਂ ਅਸੀਂ ਚਾਹੁੰਦੇ ਕਿ ਹਰੇਕ ਇਨਸਾਨ ਆਜ਼ਾਦ ਹੋਵੇ, ਸਾਡੀ ਇੱਕ ਜ਼ਿੰਮੇਵਾਰੀ ਹੈ, ਨਾ ਕਿ ਸਾਡੀ ਇੱਕ ਆਪਸ਼ਨ ਹੈ, ਪਰ ਜ਼ਿੰਮੇਵਾਰੀ ਹੈ, ਅਸੀਂ ਚਾਹੁੰਦੇ ਕਿ ਸਰਬੱਤ ਦਾ ਭਲਾ ਹੋਵੇ, ਤੇ ਸਿੱਖਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਹੋਰਾਂ ਵਾਸਤੇ ਕੰਮ ਕਰੀਏ। ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਐਗਜ਼ਾਮਪਲ ਦਿੰਦਾ ਹੁੰਦਾ ਕਿ ਸਾਡੇ ਚ ਇੰਨੀ ਮਤਲਬ ਆਜ਼ਾਦੀ ਦੀ ਸੋਚ ਹੈ, ਇੰਨੀ ਅਗਾਹੋਂ ਵਧੂ ਸੋਚ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਉਸ ਕੌਮ ਲਈ, ਉਸ ਧਰਮ ਲਈ ਉਹਨੇ ਸ਼ਹੀਦੀ ਪਾਈ ਹੈ, ਧਰਮ ਦੀ ਆਜ਼ਾਦੀ ਲਈ, ਉਸ ਧਰਮ ਜਿਨ੍ਹਾਂ ਨੇ ਅਸੀਂ ਬੜੀ ਸਖ਼ਤ ਨਿਖੇਧੀ ਕਰਦੇ ਹਾਂ, ਜਾਤ ਪਾਤ ਤੇ ਨਿਖੇਧੀ ਕਰਦੇ ਹਾਂ, ਅਸੀਂ ਜਿਹੜੇ ਵਹਿਮਾਂ ਦੇ ਨਿਖੇਧੀ ਕਰਦੇ ਹਾਂ, ਅਸੀਂ ਈਵਨ ਯਾਤਰਾ ਦੀ ਨਿਖੇਧੀ ਕਰਦੇ ਹਾਂ, ਬਹੁਤ ਸਾਰੀਆਂ ਗੱਲਾਂ ਜਿਹੜੇ ਹਿੰਦੂ ਧਰਮ ਦੇ ਵਿੱਚ ਬੜੇ ਪੱਕੀਆਂ ਗੱਲਾਂ ਨੇ, ਅਸੀਂ ਉਹਨਾਂ ਦੀ ਨਿਖੇਧੀ ਕਰਦੇ ਹਾਂ, ਸਾਡੇ ਗੁਰੂਆਂ ਨੇ ਨਿਖੇਧੀ ਕੀਤੀ ਹੈ, ਪਰ ਉਹਨੇ ਸ਼ਹੀਦੀ ਪਾਈ ਹੈ ਉਸ ਕੌਮ ਲਈ, ਉਸ ਕੌਮ ਦੀ ਆਜ਼ਾਦੀ ਲਈ, ਉਸ ਕੌਮ ਦੀ ਧਾਰਮਿਕ ਆਜ਼ਾਦੀ ਲਈ, ਤੇ ਬੜੇ ਹੈਰਾਨ ਪਰੇਸ਼ਾਨ ਹੁੰਦੇ ਕਿ ਵਾਕਈ ਏਦਾਂ ਹੋਇਆ। ਮੈਂ ਕਿਹਾ ਮੈਂ ਤੁਹਾਨੂੰ ਚੈਲੰਜ ਕਰਦਾ, ਤੁਸੀਂ ਮੈਨੂੰ ਇਤਿਹਾਸ ਦੇ ਵਿੱਚ ਕੋਈ ਹੋਰ ਧਰਮ ਲੱਭੋ ਜਿਹਦੇ ਵਿੱਚ ਗੁਰੂ ਨੇ, ਧਰਮ ਦੇ ਗੁਰੂ, ਧਰਮ ਦੇ ਪ੍ਰੋਫਿਟ ਨੇ ਕਿਸੇ ਹੋਰ ਧਰਮ ਦੇ ਵਾਸਤੇ ਬਲੀਵ ਨਾ ਹੋਵੇ, ਜਿਹਦੇ ਵਿੱਚ ਕੋਈ ਵੀ ਵਿਸ਼ਵਾਸ ਨਾ ਹੋਵੇ, ਇਹ ਵੀ ਨਹੀਂ ਹੈ ਕਿ ਹਾਂ ਠੀਕ ਹੈ ਅਸੀਂ ਉਹਨਾਂ ਨਾਲ ਸਹਿਮਤ ਹੈ ਕਿ ਕਿਸੇ ਹੋਰ ਧਰਮ ਜਿਹਦੇ ਉਹਨਾਂ ਨੇ ਨਿਖੇਧੀ ਕੀਤੀ ਹੈ, ਬਲੀਵ ਨਹੀਂ ਕਰਦੇ ਉਸ ਕੌਮ ਦੇ ਵਿੱਚ ਕਿ ਉਹਨਾਂ ਨਾਲ ਇਹ ਆਜ਼ਾਦੀ ਲਈ ਮਤਲਬ ਸ਼ਹੀਦੀ ਪਾਈ। ਕਹਿੰਦੇ ਮੈਂ ਹੁਣੇ ਦੱਸਦਾ, ਚੈਲੰਜ ਕਰਨ ਦੀ ਲੋੜ ਨੀ ਮੈਨੂੰ, ਮੈਨੂੰ ਪੱਕਾ ਪਤਾ ਕਿ ਇੱਦਾਂ ਦਾ ਕੋਈ ਹੋਣਾ ਨੀ ਜ਼ਿੰਦਗੀ ਵਿੱਚ, ਇਤਿਹਾਸ ਦੇ ਵਿੱਚ, ਤੇ ਏਦਾਂ ਦੀ ਗੱਲਾਂ ਸੁਣ ਕੇ ਕਹਿੰਦੇ ਕਿ ਵਾਹ ਇਹ ਤਾਂ ਕੋਈ ਕਮਾਲ ਵਾਲੀ ਸੋਚ ਵਾਲੀ ਧਰਮ ਹੈ। ਮੈਂ ਕਹਿੰਦਾ ਇਸ ਕਰਕੇ ਜਦੋਂ ਮੈਂ ਸਿੱਖੀ ਵਾਰੀ ਗੱਲ ਕਰਦਾ, ਮੇਰੇ ਚ ਇਹ ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਜੇ ਈਸਾਈ ਬੰਦਾ ਹੋਵੇ, ਜੇ ਬਾਈਬਲ ਬਾਰੇ ਗੱਲ ਕਰੇ, ਤੇ ਉਹਦੇ ਮਨ ਚ ਫੇਰ ਹੀ ਹੋਊਗਾ ਕਿ ਕ੍ਰਿਸਚੀਅਨਿਟੀ ਲਿਖਿਆ ਕਿ ਜੇ ਤੁਸੀਂ ਬਾਈਬਲ ਨੂੰ ਨਹੀਂ ਮੰਨਦੇ, ਜੇ ਤੁਸੀਂ ਜੀਸਸ ਕ੍ਰਾਈਸਟ ਨੂੰ ਨਹੀਂ ਮੰਨਦੇ, ਤੁਸੀਂ ਫਿਰ ਨਰਕ ਜਾਵਾਂਗੇ। ਸਾਡੇ ਚ ਇਹ ਨਹੀਂ ਹੈਗਾ, ਤੁਸੀਂ ਭਾਵੇਂ ਸਿੱਖ ਹੋ, ਤੁਸੀਂ ਭਾਵੇਂ ਮੁਸਲਮਾਨ ਹੋ, ਤੁਸੀਂ ਭਾਵੇਂ ਹਿੰਦੂ ਹੋ, ਤੁਸੀਂ ਭਾਵੇਂ ਜੂਸ਼ ਹੋ, ਸਾਡੇ ਚ ਕਿਸੇ ਕੌਮ ਨਾਲ ਨਫ਼ਰਤ ਨਹੀਂ ਹੈਗਾ, ਅਸੀਂ ਕਿਸੇ ਕੌਮ ਨੂੰ ਮਾੜੇ ਨਹੀਂ ਕਹਿੰਦੇ ਕਿ ਤੁਸੀਂ ਨਰਕ ਜਾਓਗੇ। ਅਸੀਂ ਜ਼ਰੂਰ ਕਵਾਂਗੇ ਕਿ ਵਹਿਮ ਜਿਹੜੀ ਗੱਲਾਂ ਮਾੜੀਆਂ ਨੇ, ਔਰਤਾਂ ਨੂੰ ਨਾ ਬਰਾਬਰ ਰੱਖਣਾ ਮਾੜੀਆਂ ਗੱਲਾਂ ਨੇ, ਪਰ ਅਸੀਂ ਤੁਹਾਡੀ ਕੌਮ ਨਹੀਂ ਕਹਿਣਾ ਕਿ ਜੇ ਤੁਸੀਂ ਵਧੀਆ ਇਨਸਾਨ ਹੋ, ਤੁਸੀਂ ਵਧੀਆ ਇਨਸਾਨ ਹੋ, ਜੋ ਮਰਜ਼ੀ ਕੌਮ ਹੋਵੇ, ਇਹ ਸਾਡੀ ਖੂਬੀ ਹੈ, ਅਸੀਂ ਸਿੱਖ ਹੋ ਕੇ ਸਾਰੇ ਲਈ ਕੰਮ ਕਰ ਸਕਦੇ। ਤੇ ਕਹਿੰਦੇ ਕਿ ਉਹ ਆਪ ਮੰਨਦੇ ਨੇ ਕਿ ਬਾਕੀ ਧਰਮ ਚ ਇਹ ਗੱਲ ਹੈ ਨੀ ਕਿ ਅਸੀਂ ਉਹ ਧਰਮ ਦੇ ਹੋਈਏ, ਅਸੀਂ ਕਿਸੇ ਹੋਰ ਧਰਮ ਬਾਰੇ ਸਾਨੂੰ ਧਰਮ ਚ ਲਿਖਿਆ ਕਿ ਉਹ ਧਰਮ ਦਾ ਕੋਈ ਨਾ ਕੋਈ ਜਜਮੈਂਟ ਹੁੰਦੀ ਹੈ। ਮੈਂ ਕਿਹਾ ਸਾਡੇ ਚ ਇਹ ਯੂਨੀਕਨੈਸ ਹੈ, ਬੜੇ ਹੈਰਾਨ ਹੁੰਦੇ ਨੇ ਤੇ ਕਹਿੰਦੇ ਕਿ ਬੜੀ ਚੰਗੀ ਗੱਲ ਹੈ, ਬੜਾ ਸੋਹਣਾ ਉਤਰਿਆ। ਮਤਲਬ ਇਸ ਤੋਂ ਵੱਡਾ ਉਤਰ ਆਪਾਂ ਹੋਰ ਕੋਈ ਨਹੀਂ ਦੇ ਸਕਦੇ, ਇੰਨੇ ਕੁਝ ਚ ਸਮੁੰਦਰ ਮੰਨ ਕਰਨ ਦੀ ਜਦੋਂ ਗੱਲ ਕਰਦੇ ਹਾਂ। ਇੱਕ ਸਵਾਲ ਬਹੁਤ ਬਾਰ ਬਾਰ ਆ ਰਿਹਾ, ਕੁਝ ਨੇ ਫੇਸਬੁੱਕ ਦੇ ਉੱਤੇ ਵੀ ਪੁੱਛਿਆ, ਕੁਝ ਨੇ ਹੋਰ ਤਰੀਕਿਆਂ ਦੇ ਨਾਲ ਪੁੱਛਿਆ ਕਿ ਜਗਮੀਤ ਸਿੰਘ, ਸਰਦਾਰ ਸੇਵਾ ਸਿੰਘ ਠੀਕਰੀ ਵਾਲਾ, ਉਹਨਾਂ ਦੇ ਪਰਿਵਾਰ ਦੇ ਨਾਲ ਕਿਵੇਂ ਰਿਲੇਸ਼ਨ ਜੁੜਦਾ, ਅਤੇ ਠੀਕਰੀ ਵਾਲਾ ਦੇ ਬਾਰੇ ਥੋੜੇ ਕਹਿੰਦੇ ਖੁੱਲ ਕੇ ਦੱਸੋ ਜੀ। ਮੈਂ ਵੈਸੇ ਇਸ ਇਸ਼ੂ ਨੂੰ ਵਾਲਾ ਮੈਂ ਰੇਜ਼ ਨਹੀਂ ਕੀਤਾ ਜੀ, ਉਦੋਂ ਹੀ ਅਸੀਂ ਰੇਜ਼ ਕੀਤਾ ਸੀਗਾ ਬਿਲਕੁਲ, ਕਿਉਂਕਿ ਜਦੋਂ 2014 ਦੇ ਵਿੱਚ 13 ਦੇ ਵਿੱਚ ਜਿਆਦਾ ਪਤਾ ਲੱਗਿਆ ਕਿ ਤੁਹਾਡਾ ਪਿੰਡ ਠੀਕਰੀ ਵਾਲਿਆ, ਖੁਦ ਸਾਨੂੰ ਤਾਂ ਬਹੁਤ ਮਾਣ ਹੋਈ ਸਾਡੇ ਗੁਆਂਢੀ ਪਿੰਡ ਦੇ। 2013 ਦੀ ਐਂਡ ਚ ਜਦੋਂ ਅਸੀਂ ਡਿਨਾਈ ਹੋ ਗਏ ਸੀਗੇ, ਵੀਜ਼ਾ ਬੈਨ ਹੋਇਆ ਸੀਗਾ, ਉਦੋਂ ਫਿਰ ਅਸੀਂ ਮੀਡੀਆ ਚ ਰੇਜ਼ ਕਰਨਾ ਚਾਹੁੰਦੇ ਸੀਗੇ ਕਿ ਦੇਖੋ ਇੱਕ ਪਾਸਿਓਂ ਪਰਿਵਾਰ ਚੋਂ, ਮੈਂ ਦੱਸਦਾ ਠੀਕਰੀ ਵਾਲਾ ਸਾਡੇ ਪਿੰਡ ਆ, ਤੇ ਵੈਸੇ ਅਸੀਂ ਘਰ ਪਾਏ ਹੋਏ ਸੀਗੇ ਬਰਨਾਲੇ, ਪਰ ਪਿੰਡ ਠੀਕਰੀ ਵਾਲਾ, ਤੇ ਮੇਰੇ ਪੜਦਾਦਾ ਜੀ, ਸਾਕਾ ਪੜਦਾਦਾ ਜੀ ਦੇ ਭਾਈ ਲੱਗਦੇ ਸੀਗੇ ਸੇਵਾ ਸਿੰਘ ਠੀਕਰੀ ਵਾਲਾ, ਸੋ ਡਾਇਰੈਕਟਲੀ ਸਾਡੇ ਉਸ ਖਾਨਦਾਨ ਚੋਂ ਹੈਗੇ ਆ, ਤੇ ਉਹ ਇਸ਼ੂ ਮੈਂ ਚਾਹੁੰਦਾ ਨਹੀਂ ਸੀਗਾ ਕਿ ਲੋਕ ਮੈਨੂੰ ਇਸੇ ਕਰਕੇ ਵੋਟ ਪਾਉਣ ਜਾਂ ਇਸੇ ਕਰਕੇ ਮੇਰੀ ਸਪੋਰਟ ਕਰਨ, ਪਰ ਜਦੋਂ ਡਿਨਾਇਲ ਹੋ ਗਈ ਸੀਗੀ ਵੀਜ਼ੇ ਦੇ, ਸਾਡਾ ਅਸੀਂ ਦਿਖਾਉਣਾ ਚਾਹੁੰਦੇ ਸੀਗੇ ਦੇਖੋ ਇੱਕ ਪਾਸਿਓਂ ਸਾਡੇ ਪਰਿਵਾਰ ਚੋਂ, ਸਾਡੇ ਖਾਨਦਾਨ ਚੋਂ ਦੇਸ਼ ਦੇ ਭਗਤ ਸੀਗੇ, ਆਜ਼ਾਦੀ ਦੀ ਲੜਾਈ ਦੇ ਵਿੱਚ ਪੂਰੇ ਉਹਨੇ ਜੀਵਨ ਕੁਰਬਾਨ ਕੀਤਾ, ਫਰੀਡਮ ਫਾਈਟਰ, ਜੇ ਫਰੀਡਮ ਫਾਈਟਰ ਸੀਗੇ, ਤੇ ਇੱਕ ਆ ਪਾਸੇ ਹੈ ਨਾ ਉਹਨਾਂ ਨੇ ਇਹ ਕੁਰਬਾਨੀ ਕੀਤੀ ਹੈ, ਦੂਜੇ ਪਾਸੇ ਮੇਰੇ ਜਿਹੜੇ ਜੂਨ ਦੇ ਸਭ ਤੋਂ ਵੱਡੇ ਤਾਏ ਜੀ, ਉਹ ਮਿਲਟਰੀ ਆਫਿਸਰ, ਕਾਫੀ ਹਾਈ ਰੈਂਕਿੰਗ ਸੀ, ਹੁਣ ਹੈਗੇ ਪਰ ਰਿਟਾਇਰ ਹੋਏ, ਤੇ ਸਭ ਤੋਂ ਵੱਡੇ ਜਿਹੜੇ ਤਾਏ ਜੀ ਜਿਹੜੇ ਸ਼ਹੀਦ ਹੋਏ, ਉਹ 1972 ਦੇ ਜੰਗ ਦੇ ਵਿੱਚ ਸ਼ਹੀਦ ਹੋਏ, ਇੰਡੀਆ ਉਹ ਜੰਗ ਦੇ ਵਿੱਚ ਲੜਦੇ ਸੀਗੇ। ਮੈਂ ਕਿਹਾ ਉਸੇ ਥਾਂ ਚੋਂ ਜਿੱਥੇ ਮੇਰੇ ਖਾਨਦਾਨ ਨੇ ਬੜਾ ਕੁਛ ਦਿੱਤਾ ਆ, ਬੜਾ ਕੁਛ ਸੈਕਰੀਫਾਈਸ ਕੀਤਾ, ਉਸ ਦੇ ਉਸ ਧਰਤੀ ਚੋਂ ਹੁਣ ਉਹਨਾਂ ਦੇ ਪੜਪੋਤਾ ਨੂੰ ਡਿਨਾਈ ਕਰ ਰਹੇ ਨੇ, ਸਿਰਫ ਔਰ ਸਿਰਫ ਮੁਨਖੀ ਅਧਿਕਾਰਾਂ ਦੀ ਗੱਲਾਂ ਕਰਨ ਕਰਨ,
ਮੈਂ ਕਿਹਾ ਕਿ ਇਹ ਕੋਈ ਇਨਸਾਫ਼ ਹੈ ਕਿ ਮੇਨ ਸਟ੍ਰੀਮ ਮੀਡੀਆ ਨੇ ਇਸ ਇਸ਼ੂ ਨੂੰ ਬੜਾ ਚੁੱਕਿਆ, ਕਹਿੰਦੇ ਦੇਖੋ ਫੀਡਿੰਗ ਫਾਈਡਮ ਪਰਿਵਾਰ ਚੋਂ, ਮਿਲਟਰੀ ਦੇ ਵਿੱਚ ਹਿੱਸੇ ਪਾਉਣ ਵਾਲੇ ਪਰਿਵਾਰ ਚੋਂ, ਸਿਰਫ ਹਿਊਮਨ ਰਾਈਟਸ ਗੱਲਾਂ ਕਰਕੇ ਇਹਨੂੰ ਡਿਨਾਈ ਕੀਤਾ। ਸੋ ਅਸੀਂ ਇਸ ਕਰਕੇ ਪੈਕੇਜ ਕੀਤਾ ਜਿਹੜੀ ਇੰਡੀਆ ਦੀ ਜ਼ੁਲਮੀ ਬੇਇਨਸਾਫ਼ੀ ਦਿਖਾਉਣ ਲਈ ਕਿ ਕਿਹੋ ਜਿਹਾ ਦੇਸ਼ ਹੈ। ਲੋਕ ਇਹਨੂੰ ਲੋਕਤੰਤਰ ਦੇਸ਼ ਕਹਿੰਦੇ ਨੇ, ਪਰ ਅਸਲ ਚੋਂ ਹੈ ਨੀ। ਜਦੋਂ ਇਹਨਾਂ ਦੇ ਅਸੀਂ ਦੇਖਦੇ ਹਾਂ ਪਾਲਿਸੀਜ਼ ਕੀ ਨੇ, ਲੋਕਾਂ ਨੂੰ ਚੁੱਪ ਕਰਨ ਦੇ ਕੀ ਤਰੀਕਾ ਨੇ, ਸੋ ਅਸੀਂ ਪੇਸ਼ ਕੀਤਾ ਸੀ। ਜਦੋਂ ਤੁਹਾਡਾ ਵੀਜ਼ਾ ਡਿਨਾਈ ਕੀਤਾ ਗਿਆ ਔਨ ਏਅਰ ਆਫ ਏਅਰ, ਉਹਨਾਂ ਨੇ ਕੀ ਰੀਜ਼ਨ ਦਿੱਤਾ, ਜੇਕਰ ਤੁਸੀਂ ਉਹਨਾਂ ਦੇ ਵਿੱਚ ਕੋਈ ਵੀ ਸਾਂਝਾ ਕਰਨਾ ਚਾਹੋਗੇ? ਔਨ ਏਅਰ ਉਹਨੇ ਅਫੀਸ਼ਲੀ ਗੱਲ ਕਿਹਾ ਕਿ ਹਰੇਕ ਦੇਸ਼ ਦਾ ਆਜ਼ਾਦੀ ਹੈ, ਜਿਸ ਨੂੰ ਵੀ ਰੋਕਣਾ ਚਾਹੁੰਦੇ ਨੇ ਉਹ ਰੋਕ ਸਕਦੇ ਨੇ, ਉਹਨਾਂ ਦਾ ਹੱਕ ਬਣਦਾ, ਉਹਨਾਂ ਦਾ ਅਫੀਸ਼ਲ ਸਟੇਟਮੈਂਟ ਇਹ ਸੀਗਾ। ਪਰ ਜਦੋਂ ਮੈਂ ਜਾ ਕੇ ਖੁਦ ਮਿਲਿਆ ਕਿ ਮੈਂ ਥੋੜੀ ਹੋਰ ਖੋਜ ਕਰਨਾ ਚਾਹੁੰਦਾ ਸੀਗਾ, ਤੇ ਮੈਨੂੰ ਡਿਨਾਇਲ ਈਮੇਲ ਮਿਲ ਗਿਆ ਸੀਗਾ ਲਿਖਤੀ ਸਰੂਪ ਚ ਕਿ ਤੈਨੂੰ ਡਿਨਾਈ ਕਰ ਰਿਹਾ ਸੀ। ਮੈਂ ਫਿਰ ਪੁੱਛਿਆ ਕਿ ਮੈਨੂੰ ਮਿਲੋ। ਮਿਲਦੇ ਮਿਲਦੇ ਉਹਨੇ ਦੋ ਗੱਲਾਂ ਕਹੀਆਂ। ਇੱਕ ਤਾਂ ਕਹਿੰਦਾ ਸੀਗਾ ਜੋ ਅਸੀਂ ਗੱਲ ਕਰਾਂਗੇ ਤੁਸੀਂ ਕਿਸੇ ਨੂੰ ਦੱਸਣਾ ਨੀ ਹੈਗਾ ਜੋ ਅਸੀਂ ਗੱਲ ਕਰ ਰਹੇ ਹਾਂ, ਸੋ ਉਹ ਤਾਂ ਮੈਂ ਉਹਨੂੰ ਮੂੰਹ ਤੇ ਕਿਹਾ ਤੱਕ ਮੈਂ ਜਾਣ ਕੇ ਮੈਂ ਸਾਰੇ ਗੱਲਾਂ ਜੋ ਤੁਸੀਂ ਕਰ ਰਹੇ ਮੈਂ ਕਹੂੰਗਾ, ਤੇ ਹੁਣ ਵੀ ਮੈਂ ਰੇਡੀਓ ਤੇ ਆਸਟ੍ਰੇਲੀਆ ਚ ਕਰ ਰਿਹਾ ਹਾਂ। ਸੋ ਇੱਕ ਤਾਂ ਕਹਿੰਦੇ ਕਿ ਨਾ ਕਿਸੇ ਨੂੰ ਦੱਸੀ, ਦੂਜੀ ਗੱਲ ਕਹਿ ਰਹੇ ਸੀਗੇ ਕਿ ਤੁਸੀਂ ਮਨੁੱਖੀ ਅਧਿਕਾਰਾਂ ਤੇ ਕਾਫੀ ਬੋਲਦੇ ਹੋ। ਮੈਂ ਹਾਂਜੀ ਬੋਲਦਾ। ਕਹਿੰਦੇ ਕਿ ਜੇ ਤੁਸੀਂ ਥੋੜੀ ਜਿਹਾ ਘੱਟ ਬੋਲੋ ਜਾਂ ਤੁਸੀਂ ਬੋਲੋ ਹਟ ਜਾਓ, ਅਗਲੀ ਵਾਰ ਅਸੀਂ ਤੁਹਾਡਾ ਵੀਜ਼ਾ ਮਤਲਬ ਦੇ ਦਾਂਗੇ। ਠੀਕ ਹੈ ਜੀ। ਮੈਂ ਕਿਹਾ ਮੈਂ ਇੱਥੇ ਤੁਸੀਂ ਆਪਣੇ ਅਜੇ ਕੋਈ ਆਸ ਹੈਗਾ ਕਿ ਮੈਂ ਚੁੱਪ ਹੋਊਂਗਾ, ਤੁਸੀਂ ਉਹ ਆਸ ਦੂਰ ਕਰੋ, ਕਿਉਂਕਿ ਮੈਂ ਇਸ ਮੀਟਿੰਗ ਤੋਂ ਬਾਅਦ ਹੀ ਜਾ ਕੇ ਕਹੂੰਗਾ ਕਿ ਤੁਸੀਂ ਜੋ ਕਿਹਾ ਮੈਨੂੰ, ਤੇ ਮੈਂ ਕਹਿੰਦਾ ਰਹੂੰਗਾ ਕਿ ਇੰਡੀਆ ਦੇ ਵਿੱਚ ਜਿਹੜੀ ਜ਼ੁਲਮੀ ਗੱਲਾਂ ਹੁੰਦੀਆਂ ਨੇ ਮੈਂ ਕਹੂੰਗਾ, ਜਿਹੜੇ ਔਰਤਾਂ ਦੇ ਖਿਲਾਫ ਪਾਲਿਸੀਜ਼ ਹੈਗੇ, ਜਿਹੜੇ ਘੱਟ ਗਿਣਤੀ ਧਾਰਮਿਕ ਗਰੁੱਪਸ ਹੈਗੇ ਉਹਨਾਂ ਦੇ ਖਿਲਾਫ ਜੋ ਹੁੰਦਾ, ਮੈਂ ਜਦ ਤੱਕ ਇਹ ਹੁੰਦੀਆਂ ਨੇ ਮੈਂ ਕਰਦਾ ਰਹੂੰਗਾ, ਤੇ ਤੁਸੀਂ ਇਹ ਜਿਹੜੀ ਮਨ ਚ ਆਸ ਹੈ ਕਿ ਤੁਸੀਂ ਮੈਨੂੰ ਇੱਦਾਂ ਖਰੀਦ ਸਕਦੇ ਹੋ, ਤੁਸੀਂ ਨਹੀਂ ਕਰ ਸਕਦੇ। ਸਾਡੇ ਤੋਂ ਪ੍ਰਾਤਨ ਸਿੰਘਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਪਾਈਆਂ, ਮੇਰੇ ਇੱਕ ਵੀਜ਼ਾ ਦੇ ਜਿਹੜੀ ਕੁਰਬਾਨੀ, ਇਹ ਤਾਂ ਕੋਈ ਵੱਡੀ ਗੱਲ ਹੈ ਨੀ। ਅਸੀਂ ਇਹ ਤੋਂ ਵੱਡੀ ਕੁਰਬਾਨੀ ਕਰਨਾ ਸਾਨੂੰ ਚਾਹੀਦਾ ਹੈਗਾ, ਤੇ ਅਸੀਂ ਇੰਨਾ ਕੁ ਕਰਨ ਨੂੰ ਯੋਗ ਇੰਨਾ ਕੁ ਕਰਨ ਯੋਗੀ ਹੈਗੇ ਆ, ਸੋ ਤੁਸੀਂ ਇੰਨਾ ਸਾਨੂੰ ਖਰੀਦ ਨਹੀਂ ਸਕਦੇ। ਬਿਲਕੁਲ ਜੀ, ਕੀ ਬਾਤ, ਮਤਲਬ ਇਸ ਤੋਂ ਵਧੀਆ ਹੋਰ ਕੋਈ ਉੱਤਰ ਨਹੀਂ ਸੀ ਹੋ ਸਕਦਾ, ਤੇ ਵਿਸ਼ੇਸ਼ ਕਰ ਜੋ ਉਹ ਤੁਹਾਨੂੰ ਪਤਾ ਨੀ ਕਿਸ ਚੀਜ਼ ਤਹਿਤ ਤੁਹਾਨੂੰ ਕਹਿ ਰਹੇ ਸੀ ਇਹਨੂੰ ਬਾਹਰ ਨਾ ਦੱਸਿਓ, ਜਿਹੜੀ ਕੌਮੀ ਗੱਲ ਹੈ ਉਸ ਨੂੰ ਕਿਸ ਤਰ੍ਹਾਂ ਕੋਈ ਦੱਬ ਕੇ ਰੱਖ ਲਵੇ ਕਿ ਬਾਹਰ ਜਾ ਕੇ ਨਾ ਦੱਸੇ। ਇਹ ਜਿਹੜੀਆਂ ਸਿਚੁਏਸ਼ਨ ਨੇ ਇਤਿਹਾਸ ਦੇ ਵਿੱਚ ਬੜੀ ਥੋੜੀ ਵਾਰ ਆਉਂਦੀਆਂ ਨੇ। ਮੈਂ ਜਦੋਂ ਸਿੱਖ ਹਿਸਟਰੀ ਪੜ੍ਹਦਾ ਕੈਨੇਡਾ ਦੇ ਜਿਹੜੇ ਸਿੱਖਾਂ ਦੀ, ਕਿ ਜਦੋਂ ਹਾਂਡੂਰਾਸ ਟਾਪੂ ਦੇ ਉੱਤੇ ਦੋ ਭੇਜਦੇ ਨੇ ਸੱਜਣਾ ਨੂੰ, ਜਿਨ੍ਹਾਂ ਦੀ ਮੈਨੂੰ ਨਾਮ ਵਿਸਰ ਗਏ, 1912-13 ਦੀ ਗੱਲ ਆ, ਜਦੋਂ ਉੱਥੇ ਦੋ ਜਣਾਂ ਨੂੰ ਭੇਜਦੇ ਆ ਕਿ ਤੁਸੀਂ ਜਾ ਕੇ ਦੇਖ ਕੇ, ਕੈਨੇਡਾ ਦੀ ਜਿਹੜੀ ਗੌਰਮੈਂਟ ਹੈ ਕਿ ਤੁਸੀਂ ਜਾ ਕੇ ਦੇਖ ਕੇ ਆਓ ਉੱਥੇ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਆ। ਉਹਨਾਂ ਨੂੰ ਉੱਥੇ ਜਾ ਕੇ ਪੈਸੇ ਆਫਰ ਕਰਦੇ, ਜਿਹੜੇ ਨਾਲ ਉਹਨਾਂ ਦੋ ਆਫੀਸਰ ਜਾਂਦੇ ਨੇ ਕੈਨੇਡੀਅਨ ਆਫੀਸਰ, ਕਿ ਤੁਸੀਂ ਪੈਸੇ ਲੈ ਲਓ ਤੇ ਤੁਸੀਂ ਕੈਨੇਡਾ ਜਾ ਕੇ ਲੋਕਾਂ ਨੂੰ ਕਹਿ ਦਿਓ ਜਿਹੜੇ ਸਿੱਖ ਆ ਵੀ ਇੱਥੇ ਬਹੁਤ ਵਧੀਆ ਜ਼ਿੰਦਗੀ ਆ, ਵੀ ਇੱਥੇ ਆ ਕੇ ਆਪਾਂ ਰਹੋ, ਆਪਾਂ ਸਾਰੇ ਸਿੱਖ ਕੈਨੇਡਾ ਛੱਡ ਕੇ ਇੱਥੇ ਆ ਜਾਓ। ਉਹ ਉੱਥੇ ਕਹਿੰਦੇ ਆ ਵੀ ਚਲੋ ਦੇਖਾਂਗੇ, ਉਹਨਾਂ ਨੂੰ ਪਤਾ ਹੁੰਦਾ ਨਹੀਂ ਸਾਨੂੰ ਨਾਲ ਨਹੀਂ ਲੈ ਕੇ ਜਾਣਾ। ਉਹ ਕੈਨੇਡਾ ਦੇ ਵਿੱਚ ਆ ਕੇ ਉਹ ਸਟੇਟਮੈਂਟ ਦਿੰਦੇ ਆ ਪੂਰੇ ਖੁੱਲੇ ਰੂਪ ਦੇ ਵਿੱਚ, ਉੱਥੇ ਲੋਕ ਮਰ ਰਹੇ ਆ, ਉੱਥੇ ਬਿਮਾਰੀ ਫੈਲੀ ਹੋਈ ਆ, ਸਾਡਾ ਇਹ ਅਸੀਂ ਬ੍ਰਿਟਿਸ਼ ਰਾਜ ਦਾ ਹਿੱਸਾ, ਕੈਨੇਡਾ ਹੀ ਬ੍ਰਿਟਿਸ਼ ਰਾਜ ਦਾ ਹਿੱਸਾ, ਅਸੀਂ ਇੱਥੇ ਹੀ ਰਵਾਂਗੇ, ਉੱਥੇ ਭਾਈਓ ਨਾ ਜਾਣਾ। ਸੋ ਉਹ ਜਿਹੜੇ ਇਤਿਹਾਸ ਦੇ ਵਿੱਚ ਉਹ ਘਟਨਾ ਨੂੰ ਮੈਂ ਇਸ ਦੇ ਨਾਲ ਮਿਲ ਕੇ ਦੇਖਦਾਗਾ ਕਿ ਜਿੱਥੇ ਤੁਹਾਨੂੰ ਬੜੇ ਲਾਲਚ ਦਿੱਤੇ ਜਾਂਦੇ ਆ ਤੇ ਜਿੱਥੇ ਤੁਹਾਡਾ ਨਿੱਜ ਨਹੀਂ, ਤੁਹਾਡਾ ਫਿਰ ਪੰਥ ਖੜਦਾਗਾ। ਸੋ ਉੱਥੇ ਬਿਲਕੁਲ ਤੁਹਾਡਾ ਇਸ ਮੀਟਿੰਗ ਦੇ ਵਿੱਚ ਪੰਥ ਖੜਿਆ, ਤੁਹਾਡੇ ਅੰਦਰ ਜਿਹੜੀ ਪੰਥਕ ਭਾਵਨਾ ਸੀ ਉਹ ਖੜੀ। ਸੋ ਇਸ ਤੋਂ ਬਾਅਦ ਰੁਤਿਓ, ਅਸੀਂ ਤੁਹਾਨੂੰ ਵੀ ਖੁੱਲਾ ਜਿਹੜਾ ਸਦਾ ਦਿੰਦੇ ਹਾਂ, ਤੁਸੀਂ ਹੁਣ ਕਾਲਾਂ ਕਰ ਸਕਦੇ ਹੋ। ਤਕਰੀਬਨ ਮਿਸ ਕਾਲਾਂ ਨੇ ਤੁਹਾਡੇ ਢੇਰ ਲਾਇਆ ਪਿਆ ਹੈਗਾ, ਜਿੰਨਾ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ। ਹੁਣ ਆਪਾਂ ਢੇਰ ਨੂੰ ਹੌਲੀ ਹੌਲੀ ਚੱਕਣਾ ਸ਼ੁਰੂ ਕਰਦੇ ਹਾਂ। 03-90-98-900 ਜੀ ਭਾਜੀ, ਇੱਕ ਤੁਹਾਡੀ ਗੱਲ ਤੋਂ ਮੈਨੂੰ ਆਪਣੀ ਗੱਲ ਚੇਤਾ ਆਈ, ਤੁਸੀਂ ਹੁਣੇ ਕਿਹਾ ਕਿ ਅਸੀਂ ਖੁੱਲਾ ਸੱਦਾ ਦੇਈਏ, ਮੈਂ ਆਪਣੀ ਗੱਲ ਸਰੋਤ ਨੇ ਵੀ ਦੱਸੀ। ਸੋ ਮੈਂ ਹੁਣ ਦੱਸ ਰਿਹਾ ਸੀਗਾ ਕਿ ਪੰਜਾਬੀ ਮੈਂ ਬਚਪਨ ਚ ਅਸੀਂ ਬੋਲੇ ਨੀ ਵਾਲਾ ਘਰੇ, ਸੋ ਪੰਜਾਬੀ ਨੂੰ ਮੇਰੇ ਦਿਲੋਂ ਬੜੀ ਪਿਆਰ ਸੀ ਮੈਨੂੰ ਲੱਗਦਾ, ਕਿਉਂਕਿ ਮੇਰੀ ਪਹਿਲੀ ਬੋਲੀ ਹੋਣ ਕਰਕੇ ਹਲੇ ਤੱਕ ਵੀ ਉਹ ਪਹਿਲੀ ਬੋਲੀ ਮਹਾਂ ਬੋਲੀ ਦੀ ਜਿਹੜੀ ਪਿਆਰ ਹੁੰਦੀ ਹੈ ਹਲੇ ਮੇਰੇ ਚ ਵੱਸਦਾ। ਪਰ ਪੰਜਾਬੀ ਆਸਲ ਚ ਮੈਂ ਪਿਛਲੇ 4 ਸਾਲ ਸਿੱਖੀ ਹੈ, ਸੋ ਹੁਣ ਜਿੰਨਾ ਕੁ ਮੈਂ ਬੋਲਦਾ ਠੀਕ ਠਾਕ ਜਿਹੜਾ ਬੋਲਦਾ ਮੈਂ ਹੁਣੀ ਹੁਣੀ ਸਿੱਖੀ। ਤੁਹਾਡੇ ਨਾਲ ਬਹੁਤ ਸੋਹਣੀ ਬੋਲਦੇ ਨੇ, ਚਲੋ ਪਤਾ ਨੀ ਇਦਾਂ, ਪਰ ਨਹੀਂ ਜਿਹੜੇ ਮੈਂ ਅਸਲ ਦੇ ਵਿੱਚ ਸ਼ਬਦਾਂ ਦੀ ਜਿਹੜੀ ਘਰ ਆਉਂਦੀ ਨੇ, ਸ਼ਬਦ ਤੁਸੀਂ ਰੱਖਣੇ ਸੋਚ ਸੋਚ ਕੇ, ਤੁਸੀਂ ਦੱਸੋ ਤੁਹਾਨੂੰ ਫਿਰ ਕਿਵੇਂ ਚੇਤਕ ਲੱਗਣੀ ਸੋਚ ਸੋਚ ਕੇ ਰੱਖਣੇ, ਉਹ ਗੱਲ ਤੁਸੀਂ ਦੱਸੋ। ਸੋ ਮੈਂ ਸਿੱਖੀ ਹੈ, ਰੱਟਾ ਲਾ ਕੇ ਸਿੱਖੀ ਹੈ, ਜਿੱਦਾਂ ਹੁਣ ਅਸੀਂ ਤਾਂ ਪੰਜਾਬੀ ਜਿਹੜੀ ਬੋਲਦੇ ਨੇ ਲੋਕਾਂ ਨੂੰ ਪਤਾ ਲੱਗਦਾ ਕਿ ਕੰਮ ਕਰਨਾ, ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਸੀ ਕਿ ਕੰਮ ਕਰਨਾ ਇੱਕੋ ਜਿਹਾ ਲੱਗਦਾ ਸੀ, ਗੱਲ ਕਰਨੀ ਗੱਲ ਕਰਨਾ, ਮੈਨੂੰ ਤਾਂ
ਇੱਕੋ ਜਿਹਾ ਸੋ ਮੈਂ ਰੱਟਾ ਲਾ ਕੇ ਸਿੱਖਿਆ ਕਿ ਗੱਲ ਕਰਨੀ ਕੰਮ ਕਰਦਾ ਹੁੰਦਾ ਜੀ ਤਾਂ ਮੈਂ ਇੱਕ ਵਾਰੀ ਰੇਡੀਓ ਤੇ ਸੀਗਾ ਤਾਂ ਇੱਕ ਐਗਜ਼ਾਮਪਲ ਦੇਣਾ ਕਿ ਮੇਰੀ ਪੰਜਾਬੀ ਕਿੱਥੇ ਹੁੰਦੀ ਸੀ ਕਿ ਹੁਣ ਕਿੱਥੇ ਆ ਗਈ ਤੇ ਖੁੱਲੇ ਸਦਾ ਦੀ ਗੱਲ ਤੇ ਕਰਦੇ ਆ ਮੈਂ ਇਨਵੀਟੇਸ਼ਨ ਦੇਣਾ ਚਾਹੁੰਦਾ ਸੀਗਾ ਇਲੈਕਸ਼ਨ ਵੇਲੇ ਕਿ ਲੋਕ ਸਾਰੇ ਇਕੱਠ ਤੇ ਆਉਣ ਤੇ ਮੈਂ ਤਿਆਰ ਮੈਂ ਕਰ ਰਿਹਾ ਸੀ ਇੱਕ ਲਾਈਨ ਮੇਰਾ ਤਿਆਰ ਹੋਇਆ ਸੀਗਾ ਮੈਂ ਉਹ ਲਾਈਨ ਵਰਤਣਾ ਚਾਹੁੰਦਾ ਸੀ ਮੈਂ ਕਹਿ ਰਿਹਾ ਸੀਗਾ ਕਿ ਲੋਕ ਸਾਰੇ ਇਵੈਂਟ ਤੇ ਆਓ ਇਵੈਂਟ ਤੇ ਰੇਡੀਓ ਅਨਾਊਂਸਰ ਕਹਿੰਦੇ ਕਿ ਠੀਕ ਠੀਕ ਸਮਝ ਕੇ ਚਾਹੁੰਦੇ ਹੋ ਕਿ ਸਾਰੇ ਆਉਣ ਹੰਸਰਾ ਸਾਹਿਬ ਸੀ ਸੁਖਵਿੰਦਰ ਸਿੰਘ ਹਾਂਜੀ ਹੰਸਰਾ ਸਾਹਿਬ ਸੀਗੇ ਤੇ ਮਦਦ ਕਰ ਰਹੇ ਸੀ ਮੇਰੀ ਕਹਿ ਠੀਕ ਹੈ ਬੰਦਾ ਨੂੰ ਪੰਜਾਬੀ ਨਹੀਂ ਆਉਂਦੀ ਨੀ ਅਸੀਂ ਕਰ ਲੈਂਦੇ ਹਾਂ ਠੀਕ ਹੈ ਕਵਰ ਹੋ ਗਿਆ ਪਰ ਮੈਂ ਆਪਣੀ ਲਾਈਨ ਤਿਆਰ ਕੀਤਾ ਸੀਗਾ ਉਹ ਵਰਤਣਾ ਚਾਹੁੰਦਾ ਸੀਗਾ ਮੈਂ ਕਿਹਾ ਹਾਂਜੀ ਸੋ ਆਓ ਜਰੂਰ ਕਹਿੰਦਾ ਠੀਕ ਹੈ ਆਉਣਗੇ ਸਾਰੇ ਆਉਣਗੇ ਠੀਕ ਹੈ ਮੈਂ ਕਿਹਾ ਨਹੀਂ ਮੈਂ ਸਾਰਿਆਂ ਨੂੰ ਮੈਂ ਸਾਰੇ ਨੂੰ ਖੁੱਲਾ ਸਾਂਝਾ ਦਿੰਦਾ ਸਾਰੇ ਨੂੰ ਖੁੱਲਾ ਸਾਂਝਾ ਇਵੈਂਟ ਤੇ ਆਉਣ ਤੇ ਬਾਅਦ ਚੋਂ ਮੈਨੂੰ ਇੰਨੀਆਂ ਕਾਲਾਂ ਆਈਆਂ ਕਿ ਤੂੰ ਕੀ ਕੀਤਾ ਜਗਮੀਤ ਤੁਸੀਂ ਕੀ ਬੋਲਿਆ ਮੈਂ ਕਿਹਾ ਸਾਰੇ ਨੂੰ ਮੈਂ ਬੁਲਾਇਆ ਕਹਿੰਦੇ ਨਹੀਂ ਤੁਸੀਂ ਤਾਂ ਸਾਰੇ ਨੂੰ ਖੁੱਲਾ ਸਾਂਝਾ ਦਿੱਤਾ ਮਤਲਬ ਪਨਿਸ਼ਮੈਂਟ ਤੁਸੀਂ ਦੇਣਾ ਸੀਗਾ ਖੁੱਲਾ ਸਦਾ ਮੈਂ ਕਿਹਾ ਉਹ ਯਾਰ ਪੰਜਾਬੀ ਮੇਰੀ ਹਲੇ ਇੰਨੀ ਵਧੀਆ ਨਹੀਂ ਹੈ ਸੋ ਮੈਂ ਸਾਰੇ ਨੂੰ ਸਾਂਝਾ ਦਿੱਤਾ ਕਿ ਮੈਂ ਬੈਠ ਹੋਇਆ ਬਿਲਕੁਲ ਜੀ ਗੱਲ ਆਜ਼ਾਦੀ ਦੀ ਕਰਨ ਵਾਲਾ ਜਦੋਂ ਸਜ਼ਾ ਦੀ ਗੱਲ ਕਰ ਰਿਹਾ ਖੁੱਲੀ ਸਜ਼ਾ ਹੋ ਗਈ ਤੇ ਜਿਹੜੀ ਸ਼ਬਦਾਂ ਦੀ ਬਿਲਕੁਲ ਜਿਹੜੀ ਹੇਰ ਫੇਰ ਹੋ ਜਾਂਦੀ ਹੈ ਪਰ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਜੋ ਗੁਰੂ ਸਾਹਿਬ ਨੇ ਔਕੜਾਂ ਮੁਸ਼ਕਲਾਂ ਅਸਲ ਦੇ ਵਿੱਚ ਤੁਹਾਡੇ ਲਈ ਰਾਹ ਖੋਲਦੀਆਂ ਹੁੰਦੀਆਂ ਮੁਸ਼ਕਲਾਂ ਮੁਸ਼ਕਲਾਂ ਨਹੀਂ ਹੁੰਦਾ ਮੁਸ਼ਕਲਾਂ ਨੇ ਤੁਹਾਨੂੰ ਰਾਹ ਖੋਲਣੇ ਹੁੰਦੇ ਆ ਸੋ ਉਹ ਮੁਸ਼ਕਲ ਨੇ ਰਾਹ ਖੋਲਿਆ ਪੰਜਾਬੀ ਦੇ ਉੱਤੇ ਮੈਂ ਹੁਣ ਕੰਸੈਂਟ੍ਰੇਟ ਦੇ ਲਈ ਪੰਜਾਬੀ ਦਾ ਸ਼ਬਦ ਲੱਭ ਰਿਹਾ ਸੀ ਪੂਰਾ ਧਿਆਨ ਦੇਣਾ ਸ਼ੁਰੂ ਕੀਤਾ ਵੀ ਪੂਰੇ ਧਿਆਨ ਦੇ ਨਾਲ ਹਰ ਇੱਕ ਸ਼ਬਦ ਨੂੰ ਤੋਲ ਕੇ ਤੇ ਫਿਰ ਬੋਲਿਆ ਜਾਵੇ ਤੋਲ ਕੇ ਬੋਲਿਆ ਜਾਵੇ ਤੇ ਹੁਣ ਤੋਲ ਕੇ ਬੋਲਣ ਦਾ ਇਹ ਕਾਰਨ ਹੈ ਕਿ ਕਚਹਿਰੀ ਸੂਬਾ ਤੇ ਹੋਰ ਅਨੇਕ ਜਿਹੜੇ ਸ਼ਬਦ ਆ ਉਹ ਜਗਮੀਤ ਸਿੰਘ ਵਰਤਦੇ ਆ ਕਾਲਰ ਆਪਣੇ ਨਾਲ ਜੁੜ ਗਏ ਨੇ ਵਾਰੋ ਵਾਰ ਸਾਰਿਆਂ ਨੂੰ ਸ਼ਾਮਲ ਕਰਾਂਗੇ ਜੀ ਆਪਣੇ ਫੋਨ ਮਿਊਟ ਰੱਖਣਾ ਪਤਾ ਕਿ ਤੁਸੀਂ ਕੰਮਕਾਰਾਂ ਦੇ ਵਿੱਚ ਬਿਜੀ ਹੋ ਤੇ ਜਿਹੜੇ ਆਵਾਜ਼ ਵੀ ਕਾਫੀ ਆ ਰਹੀ ਹੋਵੇਗੀ ਜੀ ਆਇਆਂ ਨੂੰ ਕੌਣ ਸਾਹਿਬ ਤੇ ਕਿੱਥੋਂ ਪਹਿਲਾਂ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਆਇਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਜੀ ਬਹੁਤ ਵਧੀਆ ਲੱਗ ਰਿਹਾ ਜੀ ਜਗਮੀਤ ਭਾਜੀ ਆਏ ਹੋਏ ਆ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਜੀ ਤੇ ਮੈਂ ਜੀ ਸਿਰਫ ਇੱਕ ਹੀ ਆਪਣੇ ਜਗਮੀਤ ਬਾਈ ਜੀ ਤੋਂ ਸਵਾਲ ਪੁੱਛਣਾ ਚਾਹੁੰਦਾ ਥੋੜਾ ਜਿਹਾ ਸਵਾਲ ਮਤਲਬ ਸਿੱਖਸ ਫੋਰ ਜਸਟਿਸ ਤੇ ਖਾਲਿਸਤਾਨ ਦੀ ਆਜ਼ਾਦ ਹਸਤੀ ਦੇ ਨਾਲ ਰਿਲੇਟਿਡ ਹੈ ਜੀ ਮੇਰਾ ਸਵਾਲ ਇਹ ਹੈ ਕਿ ਜਿੱਦਾਂ ਆਪਣੇ ਜਗਮੀਤ ਬਾਈ ਜੀ ਆ ਇਹਨਾਂ ਨੂੰ ਪਾਰਲੀਮੈਂਟ ਦਾ ਐਕਸਪੀਰੀਅੰਸ ਵੀ ਹੋ ਚੁੱਕਿਆ ਤੇ ਮੌਜੂਦਾ ਇਹ MP ਵੀ ਹੈਗੇ ਆ ਤੇ ਮੇਰਾ ਸਵਾਲ ਇਹ ਹੈ ਕਿ ਜਦੋਂ ਆਪਾਂ ਸਰਕਾਰ ਕਹਿੰਦੇ ਹਾਂ ਸਰਕਾਰ ਹੁੰਦੀ ਹੈ ਜੀ ਕਿ ਅਲੱਗ ਅਲੱਗ MP ਜਿਹੜੇ ਅਲੱਗ ਅਲੱਗ ਏਰੀਏ ਤੋਂ ਚੁਣ ਕੇ ਤੁਸੀਂ ਸਵਾਲ ਜਿਹੜੇ ਮਾਫੀ ਚਾਹੁੰਦਾ ਤੁਹਾਨੂੰ ਰੋਕ ਰਿਹਾ ਸਵਾਲ ਸਰੋਤਿਓ ਸਾਰੇ ਆਪਣੇ ਥੋੜੀ ਸੰਖੇਪ ਰੱਖਿਓ ਕਿਉਂਕਿ ਸਮਾਂ ਆਪਾਂ ਕਾਫੀ ਲੈ ਲਿਆ ਹੈ ਤੇ ਮੈਂ ਤੁਹਾਡੇ ਸਾਰਿਆਂ ਦੀ ਕਾਲਾਂ ਇਕੱਠੀਆਂ ਲਵਾਂਗੇ ਤਿੰਨ ਤਿੰਨ ਕਾਲਾਂ ਲੈ ਲਾਂਗੇ ਫਿਰ ਬਾਅਦ ਦੇ ਵਿੱਚ ਉਹਨਾਂ ਦੇ ਕੰਟੀਨਿਊ ਜਵਾਬ ਵੀ ਦੇਵਾਂਗੇ ਜੀ ਦਵਿੰਦਰ ਜੀ ਸੰਖੇਪ ਰੱਖਿਓ ਔਨ ਦਾ ਪੁਆਇੰਟ ਜੀ ਹਾਂਜੀ 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 ਮੇਰਾ ਇਹੀ ਸਵਾਲ ਹੈ ਜੀ ਕਿ ਜਦੋਂ ਇੱਕ ਸਰਕਾਰ ਚੁਣੀ ਜਾਂਦੀ ਹੈ ਇੱਕ ਨੁਮਾਇੰਦਗੀ ਸਰਕਾਰ ਜਿਹੜੀ ਹੁੰਦੀ ਹੈ ਕਿਸੇ ਕੰਟਰੀ ਦੇ ਵਿੱਚ ਜੀ ਤੇ ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਜੀ ਕਿ ਜਿਸ ਤਰ੍ਹਾਂ ਹੁਣ ਅਮਰੀਕਾ ਹੈ ਜੀ ਅਮਰੀਕਾ ਦੀ ਸ਼ਮੂਲੀਅਤ ਆਪਾਂ ਸਭ ਨੂੰ ਪਤਾ ਹੈ ਜੀ ਪੂਰੇ ਵਰਲਡ ਨੂੰ ਪਤਾ ਹੈ ਕਿ ਆਈਐਸ ਤਿਆਰ ਕਰਨ ਚ ਅਫਗਾਨਿਸਤਾਨ ਚ ਚਾਹੇ ਇਰਾਕ ਦੇ ਵਿੱਚ ਜਾਂ ਅਰਬ ਦੇ ਹੋਰ ਤੇਲ ਦਾ ਮਸਲਾ ਹੋਵੇ ਕਿ ਉਹ ਸਰਕਾਰ ਦੇ ਸਰਕਾਰ ਮਤਲਬ ਉਹ ਫੈਸਲੇ ਡਿਕਲੇਅਰ ਕਰਦੀ ਹੈ ਜੀ ਜਿਸ ਤਰ੍ਹਾਂ ਅਮਰੀਕਾ ਦੀ ਹੈ ਪਰ ਕੀ ਹੈ ਕਿ ਜਿਹੜੇ ਫੈਸਲੇ ਆ ਉਹ ਸਾਰੇ ਸੈਨੇਟ ਪਾਰਲੀਮੈਂਟ ਦੇ ਅੰਦਰ ਉਹ ਪੇਸ਼ ਕੀਤੇ ਜਾਂਦੇ ਆ ਬਟ ਅਸਲ ਜਿਹੜੇ ਉਹਨਾਂ ਨੂੰ ਫਾਈਨਲਾਈਜ਼ ਕਰਨਾ ਹੈ ਉਹ ਜਿਹੜੀ ਪੈਂਟਾਗਨ ਦੇ ਵਿੱਚ ਜਿਹੜੀ ਏਜੰਸੀਜ਼ ਹੁੰਦੀਆਂ ਹਰ ਕੰਟਰੀਜ਼ ਦੀ ਉਹ ਜਿਸ ਤਰ੍ਹਾਂ ਅਮਰੀਕਾ ਦੀ ਏਜੰਸੀ ਪੈਂਟਾਗਨ ਚ ਬੈਠੀਆਂ ਜੀ ਉਹ ਉੱਥੇ ਜਾ ਕੇ ਸਾਰਾ ਕੁਝ ਮਾਡਲ ਤਿਆਰ ਕਰਦੀਆਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਪਿਛਲੇ ਸਮੇਂ ਦੇ ਵਿੱਚ 1985 ਚ ਕੈਨੇਡਾ ਗੌਰਮੈਂਟ ਦੀ ਵੀ ਸ਼ਮੂਲੀਅਤ ਰਹੀ ਹੈ ਜਿਹੜਾ ਆਪਣਾ ਕਨਿਸ਼ਕਾ ਪਲੇਨ ਇਹਨਾਂ ਨੇ ਹਟਾਇਆ ਸੀਗਾ ਜੀ ਇੰਡੀਅਨ ਏਜੰਸੀਜ਼ ਨੇ ਤਾਂ ਉਹਦੇ ਵਿੱਚ ਬਿਲਕੁਲ ਉਹਨਾਂ ਨੇ ਇੰਡੀਅਨ ਇੰਡੀਅਨ ਲੈ ਕੇ ਸਵਾਲ ਤਕਰੀਬਨ ਥੋੜਾ 3-4 ਮਿੰਟ ਦਾ ਸਵਾਲ ਹੋ ਗਿਆ ਤਾਂ ਜਵਾਬ ਥੋੜਾ ਸ਼ੋਰਟ ਹੋਊਗਾ ਮੈਂ ਇਹ ਪੁੱਛਣਾ ਚਾਹੁੰਦਾ ਭਾਜੀ ਨੂੰ ਕਿ ਮਤਲਬ ਜਦੋਂ ਕੋਈ ਵੀ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਡਿਕਲੇਅਰ ਕਰਦੇ ਕੀ ਉਹ ਸਾਰੇ MPs ਨੂੰ ਪਤਾ ਹੁੰਦੇ ਆ ਇੱਦਾਂ ਦੀਆਂ ਜੋ ਵੀ ਪਾਲਿਸੀਜ਼ ਬਣਦੀ ਆ ਜਾਂ ਜਸਟ ਕੁਛ MPs ਨੂੰ ਅੱਖੋਂ ਪਰੋਖੇ ਕਰਕੇ ਕਿ ਰਾਹ ਏਜੰਸੀ ਦੇ ਨਾਲ ਮਿਲ ਕੇ ਕਿ ਉਹ ਸਰਕਾਰ ਜਿਹੜੀ ਆ ਉਹ ਇਸ ਤਰ੍ਹਾਂ ਦੇ ਫੈਸਲੇ ਲੈ ਲੈਂਦੀ ਹੈ ਜਾਂ ਸਾਰੇ MPs ਨੂੰ ਪਤਾ ਹੁੰਦਾ ਇੱਦਾਂ ਬਾਰੇ ਧੰਨਵਾਦ ਅਗਲੇ ਮੈਂ ਕਾਲਰ ਲੈ ਲਾਂ ਉਹਨਾਂ ਦਾ ਵੀ ਸਵਾਲ ਲੈ ਲਾਂ ਜਸਵੀਰ ਸਿੰਘ ਜੀ USA ਤੋਂ ਜਸਵੀਰ ਸਿੰਘ ਜੀ ਆਇਆਂ ਨੂੰ ਜੀ ਜੀ ਸਰਦਾਰ ਜਸਵੀਰ ਸਿੰਘ ਜੀ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ USA ਤੋਂ ਨਹੀਂ ਮੇਰੇ ਖਿਆਲ ਦੇ ਵਿੱਚ ਲਾਈਨ ਛੱਡ ਗਏ ਨੇ ਜੀ ਜੀ ਨਹੀਂ ਜੀ ਮੈਂ ਮਿਊਟ ਤੇ ਸੀਗਾ ਜੀ ਜਸਵੀਰ ਸਿੰਘ ਜੀ ਧੰਨਵਾਦ ਜੀ ਸੋਰੀ ਮੈਂ ਮਿਊਟ ਤੇ ਸੀ ਜੀ ਜੀ ਮੈਂ ਤਾਂ ਸਰਦਾਰ ਜਗਮੀਤ ਸਿੰਘ ਉਹਨਾਂ ਨੂੰ ਵਾਇਸ ਆਫ ਖਾਲਸਾ ਤੇ ਇੰਟਰਵਿਊ ਕੀਤਾ ਸੀ ਪਰ ਮੈਂ ਇਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਮੇਰਾ ਅੱਜ ਜਨਮ ਦਿਨ ਹੈ
ਅੱਛਾ ਜੀ। ਔਰ ਇਹਨਾਂ ਨੇ ਮੈਨੂੰ ਅੱਜ ਤੱਕ ਦੀ ਜੀਵਨ ਵਿੱਚ ਸਭ ਤੋਂ ਵੱਡਾ ਤੋਹਫਾ ਦਿੱਤਾ ਅੱਜ ਦੀ ਗੱਲਬਾਤ ਦੇ ਵਿੱਚ। ਮੈਨੂੰ ਮਾਣ ਹੋਇਆ ਜੀ, ਮੈਂ ਫਖਰ ਮਹਿਸੂਸ ਕਰਦਾ ਕਿ ਬਾਹਰ ਜੰਮਣ ਵਾਲਾ ਸਿੱਖ ਨੌਜਵਾਨ ਜੀ ਸਿਧਾਂਤ ਤੇ ਸਿੱਖੀ ਦੀ ਗੱਲ ਕਰਦਾ ਜੀ, ਔਰ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫਾ। ਸਵਾਲ ਮੇਰਾ ਇਹਨਾਂ ਨੂੰ ਹੋਇਆ ਕਿ ਸਰਦਾਰ ਜੀ, ਜੇ ਤੁਸੀਂ ਥੋੜਾ ਜਿਹਾ ਖੋਲ ਕੇ ਨੌਜਵਾਨਾਂ ਪ੍ਰਤੀ ਦੱਸੋ ਕਿ ਖੂਨ ਵਿੱਚ ਸਿੱਖੀ ਤੇ ਸਿੱਖ ਸਿਧਾਂਤ ਦਾ ਹੋਣਾ ਔਰ ਉਹਦੀ ਪ੍ਰੈਕਟਿਸ ਕਰਨ ਦੇ ਜਿਹੜੇ ਬਾਹਰੀ ਤੌਰ ਤੇ ਸਿੰਪਟਮਸ ਨੇ ਜਿਹੜੇ ਉਹਦੇ ਨਿਸ਼ਾਨਦੇਹੀ ਆ, ਉਹਨੂੰ ਤੁਸੀਂ ਕਿਵੇਂ ਕਰੋਗੇ ਕਿ ਸਿੱਖ ਨੂੰ ਇਹ ਸਮਝ ਆਵੇ ਕਿ ਮੇਰੇ ਖੂਨ ਵਿੱਚ, ਮੇਰੇ ਕੰਮ ਵਿੱਚ ਤੇ ਮੇਰੀ ਗੱਲਬਾਤ ਵਿੱਚ ਸਿੱਖੀ ਤੇ ਸਿੱਖ ਸਿਧਾਂਤ ਜਿਹੜੇ ਨੇ ਉਹ ਲਾਗੂ ਹੋ ਰਹੇ ਨੇ? ਜੇ ਤੁਸੀਂ ਇਹਨੂੰ ਥੋੜਾ ਜਿਹਾ ਖੋਲੋ, ਮੇਰਾ ਖਿਆਲ ਹੈ ਸਮਝਣ ਵਿੱਚ ਸਹਾਈ ਹੋਣਗੇ। ਔਰ ਮੁਬਾਰਕਾਂ ਤੁਹਾਨੂੰ, ਸਿੱਖੀ ਨੂੰ ਮਾਣ ਹੈ ਸਰਦਾਰਾ ਤੁਹਾਡੇ ਤੇ। ਧੰਨਵਾਦ, ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ। ਸੋ ਤੁਹਾਨੂੰ ਮਾਫੀ ਚਾਹੁੰਦਾ, ਵਧਾਈ ਵੀ ਬਹੁਤ ਹੋਵੇ ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ। ਤੁਸੀਂ ਆਪਣੀ ਇੱਕ ਜੋ ਸਿੱਖੀ ਜੀਵਨ ਦੇ ਅਨੁਸਾਰ ਆਪਣੀ ਪੂਰੀ ਜ਼ਿੰਦਗੀ ਜਿਵੋ, ਬਹੁਤ ਬਹੁਤ ਤੁਹਾਨੂੰ ਵਧਾਈ। ਕਵਾ ਨਰਿੰਦਰ ਸਿੰਘ ਜੀ, ਅਗਲੇ ਕਾਲਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਨਰਿੰਦਰ ਸਿੰਘ ਨਿਊਜ਼ੀਲੈਂਡ ਤੋਂ ਜੀ। ਵੀਰ ਜੀ, ਸਵਾਲ ਤੁਹਾਨੂੰ ਕੋਈ ਨੀ ਅੱਜ, ਦੋਵਾਂ ਵੀਰਾਂ ਨੂੰ ਪਹਿਲਾਂ ਤੇ ਮੁਬਾਰਕ ਇਸ ਇੰਟਰਵਿਊ ਵਾਸਤੇ ਜੀ, ਧੰਨਵਾਦ। ਦੂਜੇ ਨੰਬਰ ਤੇ ਵੀਰ ਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਪ੍ਰਮਾਤਮਾ ਵਾਹਿਗੁਰੂ ਸਿੱਖ ਪਾਤਸ਼ਾਹ ਨੇ ਤੁਹਾਡੇ ਲੇਖੇ ਜਿਹੜੀ ਸੇਵਾ ਲਾਈ ਹੈ ਨਾ, ਇਹ ਕਿਸੇ ਕਿਸੇ ਦੇ ਲੇਖੇ ਆਉਂਦੀ ਹੈ। ਇਹ ਤੁਹਾਡੀ ਹਿੰਮਤ, ਤੁਹਾਡਾ ਇਨੀਸ਼ੀਏਟਿਵ ਜਿਹੜਾ ਤੁਸੀਂ ਲਿਆ, ਇਹਦੇ ਵਾਸਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ, ਮੇਰੀ ਦੁਆ ਆ। ਤੇ ਤੁਸੀਂ ਇਸ ਤਰ੍ਹਾਂ ਹੀ ਮਨੁੱਖੀ ਹੱਕਾਂ ਵਾਸਤੇ, ਕੱਲੇ ਸਿੱਖਾਂ ਵਾਸਤੇ ਨਹੀਂ, ਮਨੁੱਖੀ ਹੱਕਾਂ ਵਾਸਤੇ ਇਸ ਤਰ੍ਹਾਂ ਹੀ ਲੜਦੇ ਰਹੋ ਤਾਂ ਜ਼ਿੰਦਗੀ, ਇਹ ਵੀ ਮੇਰੀ ਆਸ ਹੈ। ਤੇ ਵੀਰ ਜੀ, ਮੈਂ ਜਦੋਂ ਗੁਰਦੇਵ ਬਾਈ ਜੀ ਕਹਿੰਦੇ ਸੀ ਨਾ ਵੀ ਜਗਾਰਾ ਛੱਡਣ ਨੂੰ ਜੀ ਕਰਦਾ, ਉਸ ਤੋਂ ਇੱਕ ਮਿੰਟ ਪਹਿਲਾਂ ਤੁਸੀਂ ਗੱਲ ਕਹੀ ਸੀ ਵੀ ਜਾਣਾ ਪੋਲਿਟਿਕਸ ਦੇ ਵਿੱਚ ਸਿੱਖ ਹੋ ਕੇ ਜਾਣਾ, ਉਹ ਤਾਂ ਨਹੀਂ ਜਾਣਾ, ਮੈਂ ਬਹੁਤ ਬਦਲਦੀ ਹਾਂ। ਮੈਂ ਕੰਮ ਕਰਦਾ ਭਾਈ, ਡਰਾਈਵ ਕਰਦਾ ਭਾਈ, ਤੇ ਮੈਂ ਅਚਾਨਕ ਜਗਾਰਾ ਛੱਡ ਹੀ ਦਿੱਤਾ ਸੀ ਉਹਦਾ, ਮਾਣ ਤੁਹਾਡੇ ਤੇ ਮਹਿਸੂਸ ਹੋਇਆ। ਤੇ ਏਦਾਂ ਹੀ ਚੜ੍ਹਦੀ ਕਲਾ ਦੀ ਦੁਆ ਹੈ ਗੁਰਦੇਵ ਸਿੰਘ ਜੀ, ਕੰਸੈਂਟ੍ਰੇਸ਼ਨ ਵਾਸਤੇ ਇਕਾਗਰਤਾ ਕਿੱਦਾਂ ਰਹੇਗਾ ਲੜ ਜੀ? ਜੀ ਬਹੁਤ ਵਧੀਆ ਜੀ, ਬਹੁਤ ਵਧੀਆ। ਇਕਾਗਰਚੀਤ ਸਾਵਧਾਨ, ਇਕਾਗਰਚੀਤ ਗੁਰਬਾਣੀ ਚ ਆਪਾਂ ਪੜ੍ਹਦੇ। ਧੰਨਵਾਦ ਤੁਹਾਡਾ ਨਰਿੰਦਰ ਸਿੰਘ ਜੀ। ਸਰੋਤਿਓ, ਇਸ ਦੇ ਦੌਰਾਨ ਜਦੋਂ ਜਗਮੀਤ ਸਿੰਘ ਜੀ ਸਵਾਲਾਂ ਨੂੰ ਸੰਬੋਧਨ ਹੁੰਦੇ ਆ, ਇਸ ਦੌਰਾਨ ਤੁਸੀਂ ਕਾਲ ਕਰ ਸਕਦੇ ਹੋ 03-90-28-900। ਜ਼ਿਆਦਾ ਕਾਲਾਂ ਮੈਂ ਇਕੱਠੀਆਂ ਨਹੀਂ ਲੈ ਸਕਦਾ, ਫਿਰ ਵੀ ਤੁਹਾਡੇ ਜਿਹੜੇ ਸਵਾਲ ਹੈ ਉਹ ਵਾਰ ਰੂਪ ਦੇ ਵਿੱਚ ਦੱਸੂਗਾ। ਪਹਿਲਾਂ ਦਵਿੰਦਰ ਸਿੰਘ ਹੋਰਾਂ ਨੇ ਕਾਲ ਕੀਤੀ ਸੀ ਕਿ ਜਿਹੜਾ ਅਸਲ ਦੇ ਵਿੱਚ ਜਿਹੜੇ ਡਿਸੀਜਨ ਹੁੰਦੇ ਨੇ ਵੱਖ ਵੱਖ ਸਰਕਾਰਾਂ ਦੇ, ਉਹਨਾਂ ਦੇ ਵਿੱਚ ਸਾਰੇ MP ਨੂੰ ਜਿਹੜਾ ਉਹਦੇ ਵਿੱਚ ਵਿਸ਼ਵਾਸ ਦੇ ਵਿੱਚ ਲਿਆ ਜਾਂਦਾ, ਜਾਂ ਕਿਸ ਤਰ੍ਹਾਂ ਕੈਨੇਡੀਅਨ ਸਿਸਟਮ ਇਹਦਾ ਕਿਸ ਤਰ੍ਹਾਂ ਚੱਲਦਾ, ਜਾਂ ਏਜੰਸੀ ਜੋ ਫੈਸਲਾ ਕਰਦੀਆਂ ਨੇ? ਸੋ ਜਿਹੜੇ ਵੱਡੇ ਵੱਡੇ ਫੈਸਲੇ ਹੁੰਦੇ ਨੇ ਉਹ ਜਿਹੜੀ ਸਰਕਾਰ ਹੈ, ਸਰਕਾਰ ਦੇ ਮੈਂਬਰਸ ਉਹ ਜ਼ਿਆਦਾ ਉਹਨੂੰ ਪਤਾ ਲੱਗੂਗਾ, ਤੇ ਸਰਕਾਰ ਦੇ ਵਿੱਚ ਜਿਹੜੇ ਕੈਬਨਿਟ ਮੈਂਬਰਸ ਹੋਣਗੇ, ਸੋ ਕੈਬਨਿਟ ਜਿਹੜੇ ਮੰਤਰੀ ਹੁੰਦੇ ਨੇ ਉਹਨੂੰ ਜ਼ਿਆਦਾ ਡਿਟੇਲਸ ਨਾਲ ਪਤਾ ਹੁੰਦਾ ਕਿ ਇਹ ਗੱਲਾਂ ਕਲਾਸੀਫਾਈਡ ਹੁੰਦੀਆਂ ਨੇ ਕਿ ਸਿਰਫ ਕੈਬਨਿਟ ਮਿਨਿਸਟਰਸ ਤੇ ਜਿਹੜੇ ਮੁੱਖ ਮੰਤਰੀ ਤੇ ਉਹਨਾਂ ਦੇ ਮਿਨਿਸਟਰਸ ਮੰਤਰੀਆਂ, ਤੇ ਨੈਕਸਟ ਲੈਵਲ ਦਾ ਕਈ ਵਾਰੀ ਕਿ ਥੋੜੇ ਮਿਨਿਸਟਰ ਦੇ ਵਿੱਚ ਇੱਕ ਸਪੈਸੀਫਿਕ ਗਰੁੱਪ ਹੁੰਦਾ ਜਿਹਨੂੰ ਕੋਈ ਸਾਰਾ ਕੁਝ ਪਤਾ ਹੁੰਦਾ, ਉਹ ਕਈ ਵਾਰੀ ਉਹ ਅਲੱਗ ਗਰੁੱਪ ਹੁੰਦਾ, ਸੋ ਉਹਨੂੰ ਪਤਾ ਹੁੰਦਾ। ਸੋ ਦੈਟਸ ਦਾ ਬ੍ਰੇਕਡਾਊਨ ਜੀ। ਉਸ ਤੋਂ ਬਾਅਦ ਸਰਦਾਰ ਜਸਵੀਰ ਸਿੰਘ, ਉਹਨਾਂ ਦਾ ਸਵਾਲ ਥੋੜਾ ਲੰਬਾ ਸੀ, ਜੇ ਆਪਾਂ ਨੂੰ ਥੋੜਾ ਸਮ ਅਪ ਕਰੀਏ ਕਿ ਜਦੋਂ ਵੱਖ ਵੱਖ ਦੇਸ਼ਾਂ ਦੇ ਵਿੱਚ ਪੋਲੀਟਿਕਸ ਦੇ ਵਿੱਚ ਸਿੱਖ ਬੈਕਗਰਾਉਂਡ ਤੋਂ ਵਿਚਰਦੇ ਨੇ ਨੌਜਵਾਨ, ਕਈ ਬੜੀ ਸ਼ੁੱਧ ਮਨਸ਼ਾ ਦੇ ਨਾਲ ਵਿਚਰਦੇ ਨੇ, ਕਈ ਥੋੜੇ ਡਿਪਲੋਮੈਟਿਕ ਹੋ ਕੇ ਵਿਚਰਦੇ ਨੇ, ਜਿੱਦਾਂ ਤੁਹਾਡੇ ਵਿਚਰੇ ਜਿਹੜੇ ਕਮਲਨਾਥ ਵੇਲੇ ਭੱਜ ਗਏ ਸੀ, ਜਿੱਦਾਂ ਆਪਾਂ ਉਸੇ ਜੀ ਸੋਚ ਲੈ ਕੇ, ਤੇ ਜਿਹੜੇ ਸਹੀ ਮਨਸ਼ਾ ਦੇ ਨਾਲ ਵਿਚਰਦੇ ਨੇ, ਪਰ ਕਈ ਵਾਰ ਉਹਨਾਂ ਨੂੰ ਕੰਪਲੈਕਸ ਹੁੰਦਾ ਕਿ ਮੈਂ ਜੋ ਸਿੱਖ ਸਿਧਾਂਤਾਂ ਦੇ ਨਜ਼ਰੀਏ ਤੋਂ ਇਹ ਗੱਲ ਸਹੀ ਹੋ ਰਹੀ ਆ ਜਾਂ ਨਹੀਂ, ਉਹ ਕਈ ਵਾਰ ਉਹ ਕੰਪਲੈਕਸ ਦੇ ਵਿੱਚ ਆ ਜਾਂਦੇ ਆ। ਉਹ ਕਿਸ ਤਰ੍ਹਾਂ ਨਿਸ਼ਾਨਦੇਹੀ ਕਰਨ, ਉਹਨੂੰ ਆਈਡੈਂਟੀਫਾਈ ਕਰਨ ਵੀ ਹਾਂ ਮੈਂ ਸਿੱਖ ਸਿਧਾਂਤਾਂ ਦੇ ਉੱਤੇ ਗੱਲ ਉਸ ਨਜ਼ਰੀਏ ਤੋਂ ਹੀ ਕਰ ਰਿਹਾਗਾ? ਉਹ ਬਹੁਤ ਹੀ ਵਧੀਆ ਸਵਾਲ ਸੀਗਾ, ਤੇ ਉਹਨਾਂ ਦੇ ਜਨਮ ਦਿਨ ਵੀ ਸੀਗਾ ਮੈਨੂੰ ਲੱਗਦਾ, ਹੈਪੀ ਬਰਥਡੇ ਮੈਂ ਭਾਜੀ ਨੂੰ ਵੀ ਕਹਿੰਦਾ, ਉਹ ਵਾਇਸ ਆਫ ਖਾਲਸਾ ਰੇਡੀ ਤੇ ਵੀ ਕਰਦੇ। ਹਾਂਜੀ ਹਾਂਜੀ, ਤੇ ਉਹਦੇ ਨਾਲ ਮੈਂ ਗੱਲਬਾਤ ਵੀ ਕੀਤੀ ਹੈ, ਅਸੀਂ ਇੰਟਰਵਿਊ ਵੀ ਕੀਤਾ, ਸੋ ਮੈਨੂੰ ਬਹੁਤ ਮਾਣ ਹੈ। ਭਾਜੀ ਜਵਾਬ ਇਹਦਾ ਇਹ ਹੈਗਾ ਕਿ ਜੇ ਅਸੀਂ ਲੋਕਾਂ ਦੇ ਵਿੱਚ, ਸਿੱਖਾਂ ਦੇ ਵਿੱਚ ਇਹ ਜਿਹੜੀ ਅਣਖੀ ਸੋਚ ਹੋਰ ਜਗਾਈ ਹੈ ਕਿ ਤੁਸੀਂ ਸਿੱਖ ਹੋ ਤੇ ਸਿੱਖ ਹੋਣਾ ਇਹ ਬਹੁਤ ਵੱਡੀ ਜਿਹੜੀ ਸਪੈਸ਼ਲ ਚੀਜ਼ ਹੈ, ਇਹ ਦੁਨੀਆਂ ਲਈ ਸਿੱਖੀ ਇੱਕ ਸੁਗਾਤ ਹੈ, ਦੁਨੀਆਂ ਲਈ ਸਾਰੇ ਸਮਾਜ ਦੀ ਇੱਕ ਸੁਗਾਤ ਹੈ ਜਿਹੜੀ ਸਾਡੀ ਸੋਚ ਹੈ, ਉਹ ਗੱਲ ਜੇ ਅਸੀਂ ਲੈ ਕੇ ਮਨ ਚ ਲੈ ਕੇ, ਮੈਂ ਇਹੀ ਗੱਲ ਲੈ ਕੇ ਮਨ ਚ ਰੱਖਦਾ ਕਿ ਸਿੱਖੀ ਇੱਕ ਸੁਗਾਤ ਹੈ ਦੁਨੀਆਂ ਲਈ, ਤੇ ਜਿੰਨਾ ਕੁ ਮੈਂ ਸਿੱਖੀ ਨੂੰ ਪ੍ਰਫੁੱਲਤ ਕਰ ਸਕਦਾ, ਸਿੱਖੀ ਦੇ ਐਗਜ਼ਾਮਪਲ ਲੈ ਕੇ ਕੰਮ ਕਰ ਸਕਦਾ, ਕੰਮ ਹੀ ਵਧੀਆ ਹੋਊਗਾ। ਸੋ ਇਹ ਮੈਂ ਚਾਹੁੰਦਾ ਕਿ ਪੂਰੀ ਕਮਿਊਨਿਟੀ ਦੇ ਵਿੱਚ ਅਸੀਂ ਅਣਕੀ ਹੋਈ ਹੈ, ਆਪਣੇ ਕੌਮ ਦੇ ਜਿਹੜੇ ਇਤਿਹਾਸ, ਆਪਣੀ ਸਿੱਖੀ ਦੇ ਜਿਹੜੇ ਅਸੂਲ ਇੰਨੀ ਵਧੀਆ ਹੈਗੇ, ਇੰਨੀ ਅਗਾਹੂ ਵੱਧ, ਗੋਰੇ ਨਾਲੋਂ ਵੀ ਕਿਤੇ ਅਸੀਂ ਅੱਗੇ ਹੈਗੇ। ਸੋ
ਇਹ ਜੇ ਮੰਚ ਹੋਵੇ ਤਾਂ ਅਸੀਂ ਫਿਰ ਕਦੇ ਨੀ ਡਰ ਗਏ ਕਿ ਸਿੱਖੀ ਗੱਲਾਂ ਤੋਂ ਜੀ ਕਦੇ ਉਹਦਾ ਕੋਈ ਕੰਪਲੈਕਸ ਨਹੀਂ ਆਉਂਦਾ ਅੱਗੇ ਨਰਿੰਦਰ ਸਿੰਘ ਉਹਨਾਂ ਨੇ ਤਾਰੀਫ ਹੀ ਕੀਤੀ ਸੀ ਅੱਗੇ ਹਰਦੀਪ ਸਿੰਘ ਸਾਡੇ ਨਾਲ ਅਗਲੇ ਕਾਲਰ ਨੇ ਸਰੋਤੇ ਤੁਸੀਂ ਹੁਣ ਵੀ ਸਾ ਪਾ ਸਕਦੇ ਹੋ 03-90-98-900 ਇਸ ਟੂ ਦੇ ਨੰਬਰ ਨੇ ਸਿਰਫ ਆਸਟ੍ਰੇਲੀਆ ਦੇ ਸਰੋਤਿਆਂ ਦੇ ਲਈ ਜਿਹੜੇ ਯੂ ਐਸ ਏ ਤੇ ਕੈਨੇਡਾ ਦੇ ਸਰੋਤਿਆਂ ਲਈ ਉਹ ਜੀ 760-284-31-20 760-284-31-20 ਇੱਥੇ ਯੂ ਐਸ ਅਤੇ ਕੈਨੇਡਾ ਦੇ ਸਰੋਤੇ ਇਸ ਨੰਬਰਾਂ ਦੇ ਉੱਤੇ ਗੱਲਬਾਤ ਕਰ ਸਕਦੇ ਆ ਅੱਗੇ ਨੇ ਹਰਦੀਪ ਸਿੰਘ ਖਾਲਸਾ ਜੀ ਆਇਆਂ ਨੂੰ ਜੀ ਹਾਂਜੀ ਗੁਰਦੇਵ ਸਿੰਘ ਜੀ ਆਪ ਜੀ ਨੂੰ ਤੇ ਵੀਰ ਜੀ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਗੁਰਤੇਜ ਸਿੰਘ ਜੀ ਅੱਜ ਗੱਲ ਕਰਨ ਨੂੰ ਕੋਈ ਦਿਲ ਨੀ ਕਰਦਾ ਮੈਂ ਧੰਨਵਾਦ ਕਰਦਾ ਤੇ ਇਸ ਸੂਰਮੇ ਗੁਰਸਿੱਖ ਦਾ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਬਖਸ਼ੀ ਜਿਹਨਾਂ ਨੇ ਆਪਣੇ ਗੁਰੂ ਦੀ ਸਿੱਖੀ ਨੂੰ ਖਿਲਾਉਣ ਦੇ ਵਾਸਤੇ ਗੁਰੂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਸੰਸਾਰ ਦੇ ਵਿੱਚ ਖਿਲਾਉਣ ਦੇ ਵਾਸਤੇ ਤਨਦੇਹੀ ਦੇ ਨਾਲ ਸੇਵਾ ਕਰ ਰਹੇ ਨੇ ਗੁਰੂ ਸਾਹਿਬ ਦਾ ਪ੍ਰਮਾਣ ਹੈ ਕਿ ਜੋ ਸਿੱਖ ਗੁਰਕਾਰ ਕਮਾਵ ਹੈ ਉਹ ਗੁਲਮ ਤਿੰਨਾਂ ਕਾ ਗੋਲੀ ਹੈ ਜਿਹੜੇ ਸਿੱਖ ਗੁਰੂ ਦੀ ਕੰਮ ਕਾਰ ਕਮਾਉਂਦੇ ਨੇ ਮੈਂ ਉਹਨਾਂ ਦੇ ਗੁਲਾਮਾਂ ਦਾ ਗੁਲਾਮ ਹੈ ਅੱਜ ਅਸੀਂ ਇਹਨਾਂ ਦੇ ਗੁਲਾਮਾਂ ਦੇ ਗੁਲਾਮ ਬਣਨ ਨੂੰ ਦਿਲ ਕਰਦਾ ਜਿਹੜੇ ਆਪਣੀ ਸਿੱਖੀ ਦੀ ਪ੍ਰਫੁੱਲਤਾ ਦੇ ਵਾਸਤੇ ਤਹਿ ਦਿਲ ਜਿਹੜਾ ਤਨਦੇਹੀ ਦੇ ਨਾਲ ਆਪਣੀ ਕੌਮ ਦੀ ਸੇਵਾ ਕਰ ਰਹੇ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਸਰਦਾਰ ਹਰਦੀਪ ਸਿੰਘ ਸੋ ਕੁਝ ਕੁ ਕੁਐਸਚਨ ਮੈਨੂੰ ਆਨਲਾਈਨ ਵੀ ਆਇਆ ਤੇ ਵੀਰ ਜਤਿੰਦਰ ਸਿੰਘ ਜੀ ਲਿਖਦੇ ਨੇ ਸਿਡਨੀ ਤੋਂ ਉਹ ਕਹਿੰਦੇ ਕਿ ਪਿਛਲੀ ਵਾਰ ਤੁਸੀਂ ਸਿਡਨੀ ਦੇ ਵਿੱਚ ਜਦੋਂ ਫੇਰਾ ਪਾਇਆ ਤੇ ਉੱਥੋਂ ਦੇ ਯੂਥ ਨੂੰ ਮਿਲੇ ਨਵੇਂ ਜੰਮੇ ਉੱਥੋਂ ਦੇ ਯੂਥ ਨੂੰ ਜਿਹੜੇ ਇੱਥੇ ਜੰਮੇ ਆ ਨਵੇਂ ਜੰਮੇ ਸੋਰੀ ਇੱਥੇ ਜੰਮੇ ਯੂਥ ਨੂੰ ਤੇ ਉਹ ਉੱਥੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਭਵਿੱਖ ਦੇ ਵਿੱਚ ਆਸਟ੍ਰੇਲੀਅਨ ਜਿਹੜੇ ਯੂਥ ਆ ਉਹਨਾਂ ਦੀ ਪੋਲੀਟਿਕਸ ਦੇ ਵਿੱਚ ਇਨਵੋਲਵਮੈਂਟ ਨੂੰ ਦੇਖ ਰਹੇ ਹੋ ਵੀ ਉਹ ਵਧਣਗੇ ਅੱਗੇ ਜਾਂ ਉਹਨਾਂ ਨੂੰ ਮਿਲ ਕੇ ਪਹਿਲੇ ਝਟਕੇ ਮਿਲ ਕੇ ਕਿਸ ਤਰ੍ਹਾਂ ਦਾ ਲੱਗਿਆ ਆਪਾ ਜੀ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਹਲੇ ਤੱਕ ਵੀ ਲੋਕਾਂ ਨੂੰ ਦੱਸਦਾ ਕਿ ਸਾਨੂੰ ਕੋਈ ਫਿਕਰ ਦੀ ਲੋੜ ਨਹੀਂ ਕਿ ਆਸਟ੍ਰੇਲੀਆ ਦੇ ਵਿੱਚ ਸਾਡੀ ਜਿਹੜੀ ਸਿੱਖੀ ਹੈ ਮਜ਼ਬੂਤ ਹੈ ਵਧੀਆ ਆ ਬੱਚਿਆਂ ਨੂੰ ਮਿਲ ਕੇ ਨੌਜਵਾਨ ਪੀੜ੍ਹੀ ਨੂੰ ਮਿਲ ਕੇ ਇੱਥੇ ਮੈਲਬਰਨ ਦੀ ਸੰਗਤ ਨੂੰ ਮਿਲ ਕੇ ਮੈਨੂੰ ਬਹੁਤ ਹੀ ਆਸ ਹੈ ਕਿ ਸਿੱਖੀ ਇੱਥੇ ਪ੍ਰਫੁੱਲਤ ਹੋਊਗੀ ਇਹਦੇ ਚ ਕੋਈ ਸ਼ੱਕ ਨਹੀਂ ਵਧੀਆ ਰਸਤੇ ਤੇ ਵਧੀਆ ਮਾਰਗ ਤੇ ਸਾਰੇ ਤੁਰੇ ਨੇ ਤੇ ਬਹੁਤ ਮੈਨੂੰ ਆਸ ਮਿਲਿਆ ਮੈਂ ਨਾਲ ਦੇ ਨਾਲ ਵੈਸੇ ਨਿੰਦਰਪਾਲ ਸਿੰਘ ਤੇ ਹਰਦੀਪ ਸਿੰਘ ਨੂੰ ਵੀ ਬਹੁਤ ਬਹੁਤ ਧੰਨਵਾਦ ਕਹਿਣਾ ਚਾਹੁੰਦਾ ਜਦੋਂ ਸਾਨੂੰ ਇਹੋ ਜਿਹਾ ਫੀਡਬੈਕ ਮਿਲਦਾ ਦਿਲ ਚ ਬੜਾ ਖੁਸ਼ੀ ਮਿਲਦੀ ਹੈ ਜੋਸ਼ ਹੀ ਮਿਲਦਾ ਤੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਜੀ ਸੁਖਦੀਪ ਸਿੰਘ ਮੈਲਬਨ ਤੋਂ ਪਹਿਲਾਂ ਤੁਸੀਂ ਆਪਣਾ ਸਵਾਲ ਰੱਖੋ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਦੋਂ ਦੀਆਂ ਮੈਂ ਦੋ ਤਿੰਨ ਜੋਬਾਂ ਰਿਜੈਕਟ ਕਰਤੀਆਂ ਮੈਂ ਕਿਹਾ ਇੰਟਰਵਿਊ ਸੁਣਨ ਤੋਂ ਬਾਅਦ ਹੀ ਕੰਮ ਸ਼ੁਰੂ ਕਰਾਂਗੇ ਜੀ ਟੈਕਸੀ ਚਲਾਉਂਦੇ ਹੋਣਗੇ ਸ਼ਾਇਦ ਮੇਰੇ ਤੇ ਵੀ ਬੰਦ ਕਰਨ ਨੂੰ ਦਿਲ ਨਹੀਂ ਕਰਦਾ ਜੀ ਮੇਰਾ ਇੱਕ ਸਵਾਲ ਸੀਗਾ ਜੀ ਬਾਈ ਜੀ ਨੂੰ ਕਿ ਇਹ ਜਿੱਦਾਂ ਕਿ ਹੁਣ ਵਧੀਆ ਸਕਸੈਸਫੁਲ ਨੇ ਆਪਣੇ ਆਪਣੇ ਪੋਲੀਟੀਕਲ ਕੈਰੀਅਰ ਦੇ ਵਿੱਚ ਜੀ ਤੇ ਕੀ ਇਹ ਸਾਡੇ ਪੰਜਾਬ ਦੀਆਂ ਜੋ ਸਾਡੀਆਂ ਪੰਥਕ ਪਾਰਟੀਆਂ ਨੇ ਜਿੱਦਾਂ ਕਿ ਫੋਰ ਐਗਜ਼ਾਮਪਲ ਸਿਮਰਜੀਤ ਸਿੰਘ ਮਾਨ ਉਹਨਾਂ ਨਾਲ ਗੱਲਬਾਤ ਚੱਲਦੀ ਹੈ ਕਿ ਤੁਸੀਂ ਆਪਣੀਆਂ ਪਾਲਿਸੀਜ਼ ਪੰਜਾਬ ਦੇ ਵਿੱਚ ਕਿੱਦਾਂ ਲਾਗੂ ਕਰਨੀਆਂ ਨੇ ਕਿਉਂਕਿ ਮੇਰੇ ਹਿਸਾਬ ਦੇ ਨਾਲ ਕਿ ਉੱਥੋਂ ਦੀਆਂ ਜਿਹੜੀਆਂ ਏਦਾਂ ਸਾਡੀ ਪੰਥਕ ਪਾਰਟੀ ਉਹਦੇ ਵਿੱਚ ਖੜੋਤ ਆਈ ਹੋਈ ਹੈ ਗੱਲ ਜ਼ਰੂਰ ਕਰਦੇ ਨੇ ਪਰ ਅੱਗੇ ਨੀ ਕੁਛ ਵੱਧ ਰਹੇ ਕੀ ਇਹ ਉਹਨਾਂ ਨਾਲ ਗੱਲਬਾਤ ਕੋਈ ਗੱਲ ਹੁੰਦੀ ਹੈ ਜੋ ਗੱਲ ਸੁਣਦੇ ਨੇ ਧੰਨਵਾਦ ਜੀ ਤੁਹਾਡਾ ਸਵਾਲ ਰੱਖਾਂਗੇ ਜ਼ਰੂਰ ਅਮਰਜੀਤ ਸਿੰਘ ਜਲੌਂਗ ਤੋਂ ਤੁਸੀਂ ਆਪਣਾ ਸਵਾਲ ਰੱਖ ਦੋ ਜੀ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਆਇਆਂ ਨੂੰ ਬਾਈ ਜਗਮੀਤ ਸਿੰਘ ਜੀ ਨੂੰ ਜੀ ਆਸਟ੍ਰੇਲੀਆ ਦੇ ਵਿੱਚ ਬਹੁਤ ਵਧੀਆ ਲੱਗਿਆ ਭਾਈ ਸਾਹਿਬ ਨੇ ਜਿਹੜੇ ਸਿੱਖ ਕਦਰਾਂ ਕੀਮਤਾਂ ਲੈ ਕੇ ਆਪਣਾ ਚਾਹੇ ਜਿਹੜਾ ਕੈਰੀਅਰ ਵਕੀਲ ਦਾ ਹੋਵੇ ਚਾਹੇ ਉਹ ਆਪਦਾ ਰਾਜਨੀਤੀ ਦਾ ਖੇਤਰ ਹੋਵੇ ਤੇ ਉਹਦੇ ਵਿੱਚ ਜਿਹੜੀਆਂ ਸਿੱਖੀ ਦਾ ਨਾਮ ਹੈ ਜਿਹੜਾ ਉੱਚਾ ਕੀਤਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸ਼ਾਇਦ ਮੈਂ ਥੋੜਾ ਚਿਰ ਮਿਸ ਕਰ ਗਿਆ ਵਿੱਚ ਕਿ ਇਹਨਾਂ ਦੇ ਸਤਿਕਾਰਯੋਗ ਦਾਦਾ ਜੀ ਪਰਜਾ ਮੰਡਲ ਦੇ ਸ਼ਹੀਦ ਸਰਦਾਰ ਸੇਵਾ ਸਿੰਘ ਟਿੱਕਰੀਵਾਲ ਕਿ ਉਹਨਾਂ ਬਾਰੇ ਜਦੋਂ ਤੱਕ ਮੈਂ 10 ਕੁ ਮਿੰਟ ਵਿੱਚ ਨਹੀਂ ਸੁਣ ਸਕਿਆ ਸ਼ਾਇਦ ਜਦੋਂ ਤੁਸੀਂ ਉਹਦੇ ਵਿੱਚ ਨਾਂ ਲੈ ਗਏ ਹੋ ਉਹਨਾਂ ਬਾਰੇ ਵੀ ਥੋੜਾ ਬਹੁਤ ਆਮ ਜਿਹੜੇ ਸੰਗਤ ਨੂੰ ਆਪਣਾ ਰੋਸ਼ਨੀ ਪਾਈ ਜਾਵੇ ਕਿਉਂਕਿ ਉਸ ਮਹਾਨ ਪਰਿਵਾਰ ਚੋਂ ਨੇ ਜਿਨ੍ਹਾਂ ਨੇ ਮਤਲਬ ਜੀ ਉਹ ਤੁਸੀਂ ਜੀ ਅਮਰਜੀਤ ਸਿੰਘ ਤੁਸੀਂ ਰਿਪੀਟ ਦੇ ਵਿੱਚ ਦੁਬਾਰਾ ਸੁਣ ਲਿਓ ਅਸੀਂ ਥੋੜੀ ਸੰਖੇਪ ਚ ਗੱਲ ਕਰ ਲਈਆ ਪਰ ਇੱਕ ਪੂਰਾ ਸੈਗਮੈਂਟ ਚਾਹੀਦਾ ਗਾ ਸੈਗਮੈਂਟ ਪੂਰਾ ਪ੍ਰੋਗਰਾਮ ਚਾਹੀਦਾ ਗਾ ਉਹਨਾਂ ਦੇ ਜੀਵਨ ਦੇ ਉੱਤੇ ਗੱਲਬਾਤ ਕਰਨ ਦੇ ਲਈ ਫਿਰ ਵੀ ਤੁਹਾਡਾ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਇੱਕ ਲੌਂਗ ਡਿਸਟੈਂਸ ਕਾਲ ਹੈ ਜੀ ਕੈਨੇਡਾ ਜਾਂ ਅਮਰੀਕਾ ਤੋਂ ਸੋ 380 ਤੁਹਾਡੇ ਅਖੀਰਲੇ ਅੰਕ ਆ ਜੀ ਆਇਆਂ ਨੂੰ ਕੌਨਸੈਪਟ ਤੇ ਕਿੱਥੋਂ ਬੋਲ ਰਹੇ ਹੋ ਜੀ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭ ਨਾਮ ਜੀ
ਸੁਖਦੇਵ ਸਿੰਘ ਭਾਜੀ। ਸੁਖਦੇਵ ਸਿੰਘ ਕਿਹੜੀ ਜਗ੍ਹਾ ਤੋਂ ਬੋਲ ਰਹੇ ਜੀ? ਹਾਂਜੀ ਮੈਂ ਭਾਜੀ ਕੈਨੇਡਾ ਦੀ ਜੀ। ਕੈਨੇਡਾ ਬਹੁਤ ਵੱਡਾ ਪ੍ਰੋਗਰਾਮ ਭਾਜੀ ਸੁਣ ਰਹੇ ਸੀ ਤੁਹਾਡਾ ਬਹੁਤ ਵਧੀਆ ਤੇ ਮੈਂ ਹੁਣ ਮਤਲਬ ਸੁਣਦਾ ਰਹਿੰਦਾ ਪ੍ਰੋਗਰਾਮ ਤੁਹਾਡਾ ਫਿਰ ਟੋਪਿਕ ਜਿੰਨਾ ਪੁੱਛਿਆ ਜਾਂਦਾ ਕੀ ਬਣਿਆ ਜੀ ਮੈਂ ਹੁਣੇ ਔਨ ਕੀਤਾ ਨਾ ਜੀ ਤੁਹਾਡਾ ਜਿਹੜਾ ਰੇਡੀਓ ਕਨੈਕਟ ਆ ਰਿਹਾ ਮੈਂ ਸਮਝਣ ਤੁਹਾਡੀ ਗੱਲ ਜੀ ਗੱਲਬਾਤ ਕਰ ਰਹੇ ਹਾਂ ਤੁਸੀਂ ਬਾਅਦ ਦੇ ਵਿਚ ਵੀ ਆਪਣਾ ਸਵਾਲ ਰੱਖ ਸਕਦੇ ਹੋ ਜਾਂ ਲਿਖ ਕੇ ਵੀ ਭੇਜ ਸਕਦੇ ਹੋ ਜੀ ਧੰਨਵਾਦ ਤੁਹਾਡਾ ਜੀ ਆਪਾਂ ਸਭ ਤੋਂ ਪਹਿਲਾਂ ਵੀਰ ਸੁਖਦੀਪ ਸਿੰਘ ਨੇ ਸਵਾਲ ਕੀਤਾ ਸੀ ਕਿ ਪੰਥਕ ਪਾਰਟੀਆਂ ਦੇ ਵਿਚ ਜਿਹੜੀ ਖੜੋਤ ਆਈ ਹੋਈ ਆ ਪੰਜਾਬ ਦੇ ਵਿਚ ਉਹਨਾਂ ਨੂੰ ਕਿਸ ਤਰ੍ਹਾਂ ਤੋੜ ਸਕਦੇ ਹੋ ਕਿ ਉਥੋਂ ਤੁਹਾਡਾ ਜਾਂ ਤੁਹਾਡਾ ਜਿਹੜਾ ਗਰੁੱਪ ਆ ਉਹਨਾਂ ਦੇ ਵੱਲੋਂ ਕੋਈ ਐਫਰਟ ਇਹਦਾ ਹੋ ਰਿਹਾ ਤੇ ਪੰਜਾਬ ਦੇ ਵਿਚ ਇਕੜੀ ਸਿੱਖ ਨੁਕਤਾ ਨਿਗਾਹ ਤੋਂ ਦੁਬਾਰਾ ਫਿਰ ਰਿਵਾਈਵ ਕਰਨ ਦੀ ਸਿੱਖ ਯੂਥ ਲੀਡਰਸ਼ਿਪ ਆ ਉਹਦੇ ਵਾਸਤੇ ਕੋਈ ਤਾਲਮੇਲ ਬਣਨ ਦਾ ਕੋਈ ਸਬੱਬ ਬਣਿਆ ਇਸ ਤਰ੍ਹਾਂ ਵੀਰ ਜੀ ਪਹਿਲਾਂ ਬਹੁਤ ਵਧੀਆ ਸਵਾਲ ਹੈਗਾ ਸਾਨੂੰ ਅਸੀਂ ਬਹੁਤ ਕੁਛ ਕਰ ਸਕਦੇ ਹਾਂ ਸਾਡੀ ਕੌਮ ਦੇ ਵਿੱਚ ਅਸੀਂ ਦੇਖੀਏ ਕਿ ਬਹੁਤ ਘੱਟ ਗਿਣਤੀ ਦੇ ਨਾਲ ਅਸੀਂ ਬਹੁਤ ਹੀ ਇੰਪੈਕਟ ਦਿੱਤਾ ਦੁਨੀਆਂ ਦੇ ਉੱਤੇ ਤੇ ਇਸੇ ਨਜ਼ਰ ਦੇ ਵਿੱਚ ਅਸੀਂ ਸੋਚ ਰਹੇ ਹਾਂ ਤਿਆਰੀ ਕਰ ਰਹੇ ਹਾਂ ਕਿ ਵਰਲਡ ਜਿਹੜੇ ਡਾਇਸਪੋਰਿਕ ਸਿੱਖ ਹੈਗੇ ਅਸੀਂ ਇਕੱਠੇ ਹੋ ਕੇ ਕਿ ਕਿੱਦਾਂ ਗਾਈਡੈਂਸ ਦੇ ਸਕਦੇ ਆਪਣੇ ਵੀਰਾਂ ਪੰਜਾਬ ਦੇ ਵਿੱਚ ਹਾਲੇ ਤੱਕ ਮੇਰੀ ਕੋਈ ਡਾਇਰੈਕਟ ਗੱਲ ਹੋਈ ਨਹੀਂ ਕਿ ਪੰਜਾਬ ਦੇ ਲੀਡਰਸ਼ਿਪ ਕਿਸੇ ਨਾਲ ਪਰ ਨੌਜਵਾਨ ਪੀੜ੍ਹੀ ਨੇ ਮੇਰੀ ਗੱਲ ਹੁੰਦੀ ਰਹਿੰਦੀ ਹੈ ਤੇ ਅਸੀਂ ਹੁਣ ਇੱਦਾਂ ਚਾਹੁੰਦੇ ਹਾਂ ਕਿ ਅਸੀਂ ਡਾਇਸਪੋਰਿਕ ਹੋ ਕੇ ਜਿਹੜੇ ਅਸੀਂ ਪੰਜਾਬ ਤੋਂ ਬਾਹਰ ਹੈਗੇ ਹਾਂ ਅਸੀਂ ਇਕੱਠੇ ਹੋ ਕੇ ਕਿੱਦਾਂ ਨਾ ਕਿੱਦਾਂ ਪਾਲਿਸੀਜ਼ ਤਿਆਰ ਕਰ ਸਕਦੇ ਕਿੱਦਾਂ ਨਾ ਕਿੱਦਾਂ ਦੇ ਗਵਰਨੈਂਸ ਸਟ੍ਰੈਟਜੀਜ਼ ਤਿਆਰ ਕਰ ਸਕਦੇ ਹਾਂ ਤਾਂ ਕਿ ਅਸੀਂ ਉੱਥੇ ਇੰਪੈਕਟ ਦੇ ਸਕਦੇ ਹਾਂ ਉੱਥੇ ਗਾਈਡੈਂਸ ਦੇ ਸਕਦੇ ਉੱਥੇ ਲੀਡਰਸ਼ਿਪ ਦਿਖਾ ਸਕਦੇ ਹਾਂ ਉਹਨੂੰ ਕੋਈ ਰਸਤਾ ਦਿਖਾ ਸਕਦੇ ਹਾਂ ਆਪਣੇ ਜਿੰਨਾ ਕੁ ਵੀ ਇਕੱਠੇ ਹੋ ਕੇ ਆਪਣੀ ਐਕਸਪੀਰੀਅੰਸ ਜੋ ਹੈਗੀ ਹੈ ਸੋ ਉਹਦੇ ਬਾਰੇ ਅਸੀਂ ਜ਼ਰੂਰ ਕੰਮ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਚ ਅਸੀਂ ਤਿਆਰ ਕਰਕੇ ਪੇਸ਼ ਕਰਾਂਗੇ ਕਿ ਕੀ ਕਰ ਸਕਦੇ ਹਾਂ ਜੀ ਇਸ ਤੋਂ ਅੱਗੇ ਸਰਦਾਰ ਅਮਰਜੀਤ ਸਿੰਘ ਜੀ ਜਲੌਂਗ ਵਾਲੇ ਉਹਨਾਂ ਨੇ ਪੁੱਛਿਆ ਕਿ ਸਰਦਾਰ ਸੇਵਾ ਸਿੰਘ ਬਾਰੇ ਜ਼ਰੂਰ ਹੋਰ ਦੱਸੋ ਇੱਥੇ ਮੈਂ ਥੋੜਾ ਜਿਹਾ ਇੱਕ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕਿ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਬਾਰੇ ਜੋ ਪੰਜਾਬ ਤੋਂ ਆਏ ਨੇ ਉਹਨਾਂ ਨੇ ਕਾਫੀ ਪੜਿਆ ਗਾ ਉਹ ਆਪਣੇ ਸਮੇਂ ਦੇ ਵਿੱਚ ਜੋ ਇੱਕ ਪਰਜਾ ਮੰਡਲ ਲਹਿਰ ਜਿਹੜੀ ਸ਼ੁਰੂ ਹੋਈ ਸੀ ਉਹਦੇ ਇੱਕ ਵੱਡੇ ਯੋਧੇ ਹੋਏ ਨੇ ਸੋ ਹੁਣ ਪੰਜਾਬ ਤੋਂ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਸਮੇਂ ਦੀਆਂ ਸਰਕਾਰਾਂ ਨਹੀਂ ਦੇ ਰਹੀਆਂ ਭਵਿੱਖ ਦੇ ਵਿੱਚ ਤੁਸੀਂ ਕੋਈ ਪਲਾਨ ਕਰੋਗੇ ਕਿ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਗਾ ਉਹ ਜੋ ਸਾਡੇ ਤਾਂ ਰਟੇ ਹੋਇਆ ਮਾਇੰਡ ਦੇ ਵਿੱਚ 17-18-19 ਜਨਵਰੀ ਉਹ ਜੇ ਅਸੀਂ ਸਭਾ ਤੇ ਜਾਂਦੇ ਹਾਂ ਠੀਕਰੀਵਾਲ ਪਿੰਡ ਚ ਸੋ ਉਹ ਤੁਸੀਂ ਕੈਨੇਡਾ ਦੇ ਵਿੱਚ ਉਹਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ ਕਿ ਇਸ ਤਰ੍ਹਾਂ ਦਾ ਪਲਾਨ ਹੈ ਤੁਹਾਡਾ ਭਵਿੱਖ ਦੇ ਵਿੱਚ ਜੀ ਮੈਂ ਇੱਦਾਂ ਹੀ ਸੋਚਿਆ ਕਿਉਂਕਿ ਮੈਂ ਆਪ ਨਹੀਂ ਜਾ ਸਕਦਾ ਤੇ ਜਿਵੇਂ ਭਾਈ ਸਾਹਿਬ ਨੇ ਪੁੱਛਿਆ ਕਿ ਥੋੜੀ ਹੋਰ ਜਾਣਕਾਰੀ ਦਿਓ ਕਿਉਂਕਿ ਮੈਨੂੰ ਲੱਗਦਾ ਕਿ ਹਲੇ ਸਾਰੇ ਲੋਕਾਂ ਨੂੰ ਨਹੀਂ ਪਤਾ ਪੰਜਾਬ ਦੇ ਜਿਹੜੇ ਆਏ ਹੋਏ ਬੰਦੇ ਉਹ ਤਾਂ ਸਕੂਲ ਚ ਪੜ੍ਹਦੇ ਹੁੰਦੇ ਸੀਗੇ ਸੇਵਾ ਸਿੰਘ ਬਾਰੇ ਉਹਨਾਂ ਦੇ ਲੇਖ ਆਪਣੇ ਟੈਕਸਟ ਬੁੱਕਸ ਦੇ ਵਿੱਚ ਹੁੰਦਾ ਟੈਕਸਟ ਬੁੱਕਸ ਦੇ ਵਿੱਚ ਹੁੰਦਾ ਸੋ ਭਾਈ ਸਾਹਿਬ ਦਾ ਸਵਾਲ ਬੜਾ ਸਹੀ ਹੈ ਕਿ ਉਹਨੇ ਕਿੱਦਾਂ ਅੰਗਰੇਜ਼ਾਂ ਦੇ ਖਿਲਾਫ਼ ਲੜਿਆ ਸਿੱਖਾਂ ਦੀ ਆਜ਼ਾਦੀ ਕਿੱਦਾਂ ਲੜਿਆ ਗੁਰਦੁਆਰੇ ਨੂੰ ਮਤਲਬ ਆਜ਼ਾਦ ਰੱਖਣਾ ਉਹਦੇ ਕਿੱਦਾਂ ਸੈਪ ਲਏ ਤੇ ਉਹਦੇ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਤੇ ਇਸ ਕਰਕੇ ਅਸੀਂ ਮੈਂ ਸੋਚ ਰਿਹਾ ਸਾਡੀ ਟੀਮ ਨੇ ਵੈਸੇ ਬਹਿ ਕੇ ਸਲਾਹ ਕੀਤੀ ਹੈ ਕਿ ਅਸੀਂ ਜੇ ਇਹੋ ਜਿਹਾ ਪ੍ਰੋਗਰਾਮ ਸ਼ੁਰੂ ਕਰੀਏ ਜਿੱਥੇ ਉਹਨਾਂ ਦੇ ਪੜਦੋਤਾ ਵੱਸਦੇ ਨੇ ਟੋਰਾਂਟੋ ਇੱਕ ਕਿਸਮ ਦਾ ਉੱਥੇ ਵੀ ਪੰਜਾਬ ਬਣਿਆ ਉੱਥੇ ਅਸੀਂ ਸੋਚ ਰਹੇ ਹਾਂ ਪ੍ਰੋਗਰਾਮ ਬਣਾਉਣ ਦਾ ਜਿਹਦੇ ਚ ਅਸੀਂ ਕਾਨਫਰੰਸ ਰੱਖ ਸਕਦੇ ਹਾਂ ਤੇ ਇੱਦਾਂ ਦੀ ਗੱਲਾਂ ਅਸੀਂ ਕਰੀਏ ਆਜ਼ਾਦੀ ਦੀਆਂ ਗੱਲਾਂ ਕਿ ਅਸੀਂ ਮੋਰਚੇ ਕਿੱਦਾਂ ਕਰ ਸਕਦੇ ਹਾਂ ਕਿੱਦਾਂ ਕੀਤੀਆਂ ਤੇ ਸੇਵਾ ਸਿੰਘ ਸਰਦਾਰ ਸੇਵਾ ਸਿੰਘ ਜੀ ਵੱਲੋਂ ਅਸੀਂ ਉਹਨਾਂ ਦੀ ਐਗਜ਼ਾਮਪਲ ਲੈ ਕੇ ਅਸੀਂ ਆਪ ਜ਼ਿੰਦਗੀ ਚ ਕਿੱਦਾਂ ਕੀ ਕਰ ਸਕਦੇ ਹਾਂ ਜੀ ਜਸਪਾਲ ਰਹਿਲ ਜੀ ਸਰਦਾਰ ਹਰਦੀਪ ਸਿੰਘ ਜੀ ਕਰਨਜੀਤ ਸਿੰਘ ਜੀ ਬੋਵੀ ਬੇਦੀ ਜੀ ਇਹਨਾਂ ਨੇ ਸਿਰਫ ਹੀ ਕਿਹਾ ਕਿ ਸਾਡੇ ਕੋਲ ਸਵਾਲ ਰਿਹਾ ਹੀ ਨਹੀਂ ਜੀ ਕੋਈ ਤੇ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਜਗਮੀਤ ਸਿੰਘ ਦਾ ਕਿ ਉਹਨਾਂ ਨੇ ਬੜੀ ਖੂਬਸੂਰਤ ਜਿਹੜੇ ਜਵਾਬ ਦਿੱਤੇ ਜਿਹੜੇ ਸਾਨੂੰ ਬੜੀ ਇੰਸਪੀਰੇਸ਼ਨ ਦਿੰਦੇ ਆ ਤਕਰੀਬਨ ਸਾਰਿਆਂ ਦੀ ਇੱਕੋ ਗੱਲ ਮੈਂ ਮਾਫ਼ੀ ਚਾਹੁੰਦਾ ਕਾਲ ਕਿਸੇ ਸੱਜਣ ਦੀ ਜਤਿੰਦਰ ਸਿੰਘ ਹੋਰਾਂ ਦੀ ਮਿਸ ਕਰ ਗਿਆ ਤੁਸੀਂ ਦੁਬਾਰੇ ਆਪਣਾ ਸੰਪਰਕ ਸਾਧ ਲਿਓ ਜੀ ਵਿਸ਼ੇਸ਼ਕਰ ਜੋ ਆਪਾਂ ਪੰਥਕ ਜਥੇਬੰਦੀ ਦੀ ਗੱਲ ਕੀਤੀ ਕਿ ਉਹਨਾਂ ਦੇ ਵਿੱਚ ਖੜੋਤ ਆਈ ਆ ਮੈਂ ਇੱਕ ਵਾਰ ਨੰਬਰ ਸਰੋਤੇ ਤੁਹਾਨੂੰ ਫਿਰ ਦੱਸ ਦੇਵਾਂ 03-90-98-00 03-90-98-00 ਇਹ ਆਸਟ੍ਰੇਲੀਆ ਦੇ ਵਾਸਤੇ ਸਰੋਤਿਆਂ ਦੇ ਲਈ ਨੰਬਰ ਹੈ ਜੇਕਰ ਕੈਨੇਡਾ ਤੋਂ ਤੁਸੀਂ ਗੱਲਬਾਤ ਕਰਨੀ ਚਾਹੁੰਦੇ 760-284-31-20 760-284-31-20 ਇਹਨਾਂ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਟਾਕਬੈਕ ਦੇ ਵਿੱਚ ਜੇਕਰ ਤੁਸੀਂ ਕੋਈ ਸਵਾਲ ਰੱਖਣਾ ਚਾਹੁੰਦੇ ਹੋ
ਜੋ ਆਪਾਂ ਸਿੱਖ ਯੂਥ ਲੀਡਰਸ਼ਿਪ ਦਾ ਇੱਕ ਵਧੀ ਕੀ ਗਲੋਬਲ ਕਨੈਕਸ਼ਨ ਬਣ ਰਿਹਾ ਸੋ ਇਸ ਤਰ੍ਹਾਂ ਇਹ ਨਹੀਂ ਇੱਕ ਜਿਹੜਾ ਹੱਲ ਹੋਵੇਗਾ ਕਿ ਜੇਕਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਆਪਸੀ ਕੁਝ ਡਿਫਰੈਂਸ ਵੀ ਹੈਗੇ ਨੇ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬ ਦੇ ਹੱਕਾਂ ਲਈ ਗੱਲ ਕਰ ਰਹੀਆਂ ਨੇ ਸੋ ਸ਼ਾਇਦ ਉਹਨਾਂ ਦਾ ਚੱਲਣ ਦਾ ਜਿਹੜਾ ਸਟਾਈਲ ਆ ਉਹ ਵੀ ਸ਼ਾਇਦ ਥੋੜਾ ਪੁਰਾਣਾ ਗਾ ਜਿਹਨਾਂ ਦੇ ਨਾਲ ਸ਼ਾਇਦ ਆਪਣੇ ਬਿਨਾਂ ਜੇ ਇੱਥੋਂ ਮੈਚ ਨਾ ਕਰੇ ਕਿ ਉਹਨਾਂ ਨੂੰ ਰਿਸਪੈਕਟਫੁਲੀ ਥੋੜਾ ਸਾਈਡ ਦੇ ਉੱਤੇ ਰੱਖ ਕੇ ਕਿ ਯੂਥ ਦੇ ਨਾਲ ਹੀ ਕਨੈਕਸ਼ਨ ਸ਼ੁਰੂ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਆਸਟ੍ਰੇਲੀਆ ਦੇ ਵਿੱਚ ਹੋਇਆ ਜਿਸ ਤੋਂ ਅਸੀਂ ਤਾਂ ਬਹੁਤ ਖੁਸ਼ ਹਾਂ ਸਿਡਨੀ ਵਾਲੇ ਤੇ ਅਸੀਂ ਸਾਰੇ ਬਹੁਤ ਖੁਸ਼ ਹਾਂ ਬਾਕੀ ਵੀ ਹੋਣਗੇ ਐਡਲੇਡ ਸ਼ਹਿਰ ਜਿੱਥੇ ਜਿੱਥੇ ਤੁਹਾਡੀ ਫੇਰੀ ਪਵੇਗੀ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਸਾਰੇ ਮਨੁੱਖੀ ਅਧਿਕਾਰਾਂ ਦੇ ਸੰਦਰਭ ਦੇ ਵਿੱਚ ਜੋ ਵੀ ਸਾਡੇ ਅਧਿਕਾਰ ਸਾਡੇ ਇਸ਼ੂ ਨੇ ਉਹਨਾਂ ਤੇ ਇੱਕ ਗਲੋਬਲ ਸਾਂਝ ਬਣਾਈ ਜਾਵੇ ਬਿਲਕੁਲ ਵੀਰ ਜੀ ਤੇ ਤੁਸੀਂ ਬਿਲਕੁਲ ਸਹੀ ਇਸ਼ੂ ਤੇ ਜ਼ਿਕਰ ਕੀਤਾ ਕਿ ਸਾਡੀ ਜਿਹੜੀ ਭਵਿੱਖ ਹੈ ਇਹਦੇ ਚ ਕੋਈ ਸ਼ੱਕ ਨਹੀਂ ਕਿ ਨੌਜਵਾਨ ਪੀੜ੍ਹੀ ਦੀ ਹੱਥ ਚ ਹੈ ਤੇ ਆਪਣੇ ਸਿਆਣੇ ਦੇ ਅਸੀਂ ਉਹਨਾਂ ਦੀ ਪੂਰੀ ਕਦਰ ਕਰਦੇ ਹਾਂ ਤੇ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਤਾਂ ਕਿ ਅਸੀਂ ਤੇ ਹੈਗੇ ਅਸੀਂ ਉਹਨਾਂ ਦੇ ਮੋਢੇ ਤੇ ਅਸੀਂ ਇੱਥੇ ਪਹੁੰਚੇ ਹਾਂ ਪਰ ਜੇ ਅਸੀਂ ਭਵਿੱਖ ਦੀ ਗੱਲ ਕਰੀਏ ਕਿ ਆਉਣ ਵਾਲੇ ਸਮੇਂ ਚ ਅਸੀਂ ਕਿੱਥੇ ਲੈ ਕੇ ਜਾਣਾ ਅਸੀਂ ਪੰਥ ਨੂੰ ਤੇ ਆਪਣੀ ਕੌਮ ਨੂੰ ਤਾਂ ਉਹ ਤਾਂ ਆਪਣੇ ਨੌਜਵਾਨ ਪੀੜ੍ਹੀ ਦੇ ਹੱਥ ਚ ਹੋਊਗਾ ਸੋ ਜਿੰਨਾ ਕੁ ਅਸੀਂ ਨੌਜਵਾਨ ਪੀੜ੍ਹੀ ਦੇ ਉੱਤੇ ਧਿਆਨ ਦੇ ਸਕਦੇ ਹਾਂ ਉਹਨਾਂ ਵਧੀਆ ਸੋ ਸਾਡੇ ਜਿਹੜੇ ਡਾਇਸਪੋਰਕ ਜਾਂ ਬਾਹਰਲੇ ਸਿੱਖ ਜਿਹੜੇ ਬਾਕੀ ਬਾਕੀ ਦੁਨੀਆਂ ਦੇ ਕੋਨੇ ਕੋਨੇ ਵਿੱਚ ਹੈਗੇ ਉਹਨਾਂ ਦੀ ਇਕੱਠੇ ਕਰਕੇ ਕੋਈ ਨਾ ਕੋਈ ਸੰਸਥਾ ਬਣਾ ਕੇ ਉਹ ਜਿਹੜੀ ਲੀਡਰਸ਼ਿਪ ਅਸੀਂ ਦਿਖਾਉਣਾ ਚਾਹੁੰਦੇ ਹਾਂ ਉਹ ਅਸੀਂ ਨੌਜਵਾਨ ਪੀੜ੍ਹੀ ਦੇ ਨਾਲ ਪੰਜਾਬ ਦੇ ਵਿੱਚ ਡਾਇਰੈਕਟਲੀ ਕੰਟੈਕਟ ਕਰਨਾ ਚਾਹੁੰਦੇ ਹਾਂ ਪਰ ਸਾਰੇ ਨੂੰ ਅਸੀਂ ਇਕੱਠੇ ਲੈ ਕੇ ਕੰਮ ਕਰਨਾ ਆ ਪਰ ਫੋਕਸ ਜ਼ਰੂਰ ਧਿਆਨ ਜ਼ਰੂਰ ਨੌਜਵਾਨ ਪੀੜ੍ਹੀ ਤੇ ਹੋਣਾ ਚਾਹੀਦਾ ਜੀ ਦੋ ਕਾਲ ਰਿਹਾ ਆਪਾਂ ਉਹਨਾਂ ਦੇ ਸਵਾਲ ਲੈ ਲਈਏ ਪਹਿਲਾਂ ਸਭ ਤੋਂ ਪਹਿਲਾਂ ਲੌਂਗ ਡਿਸਟੈਂਸ ਕਾਲ ਬਾਹਰੋਂ ਆਇਆਂ ਨੂੰ ਪਹਿਲਾਂ ਸੰਬੰਧਨੀ ਆ 007 ਤੁਹਾਡੇ ਅਖੀਰਲੇ ਅੰਕ ਆ ਕੌਣ ਸਾਹਿਬ ਅਤੇ ਕਿੱਥੋਂ ਬੋਲ ਰਹੇ ਹੋ ਵਾਹਿਗੁਰੂ ਜੀ ਕੀ ਨਾਮ ਆ ਜੀ ਆਪਣਾ ਨਿਰਮਲ ਸਿੰਘ ਜਿਦਾਂ ਕਿ ਆਪਾਂ ਦੇਖਿਆ ਕਿ ਜਸਟਿਨ ਟਰੂਡੋ ਨੇ ਕਾਫੀ ਵਧੀਆ ਕੰਮ ਕਰ ਰਹੇ ਜਿਹੜੀ ਲਿਬਰ ਪਾਰਟੀ ਆ ਜਿਹਦੇ ਹਿਸਾਬ ਨਾਲ ਦੁਨੀਆ ਅੱਗੇ ਉਹਨਾਂ ਨੇ ਵਧੀਆ ਇਮੇਜ ਬਣਾ ਲਈ ਆ ਅੱਜ ਦੇ ਟਾਈਮ ਦੇ ਵਿੱਚ ਤੇ ਮੈਂ ਇਹ ਕੁਐਸਚਨ ਆ ਕਿ ਇਨ ਫਿਊਚਰ ਜਿਹੜੀ NDP ਆ ਉਹ ਲੇਬਰ ਦੇ ਨਾਲ ਕੋਈ ਟਾਈ ਅਪ ਕਰੂਗੀ ਕਿਉਂਕਿ ਉਹਨਾਂ ਨੇ ਸਿੱਖਾਂ ਦੇ ਹੱਕਾਂ ਲਈ ਕਾਫੀ ਕੁਝ ਕਰ ਰਿਹਾ ਉਹਨਾਂ ਨੇ ਆਪਣੇ ਮੰਤਰੀ ਸਿੱਖ ਬਣਾ ਦਿੱਤੇ ਆ ਠੀਕ ਆ ਜੀ ਉਹਨਾਂ ਦੇ ਵਿੱਚ ਮੰਤਰੀਆਂ ਦੇ ਵਿੱਚ ਆਪਾਂ ਕੁਝ ਦੇਖ ਰਹੇ ਹਾਂ ਮੰਤਰੀ ਵੀ ਹੈਗੇ ਜਿਨ੍ਹਾਂ ਨੇ ਪੰਜਾਬ ਚ ਮਾੜਾ ਟਾਈਮ ਦੇਖਿਆ ਤੇ ਮੈਂ ਇਹ ਦੇਖਣਾ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ NDP ਆ ਕਿ ਲੇਬਰ ਨਾਲ ਮਿਲੂਗੀ ਜਾਂ ਲੇਬਰ ਨਾਲ ਕੋਈ ਅੱਗੇ ਫਿਊਚਰ ਚ ਕੰਮ ਕਰੂਗੀ ਤਾਂ ਕਿ ਸਿੱਖਾਂ ਲਈ ਕੁਝ ਹੋਰ ਵਧੀਆ ਹੋ ਸਕੇ ਕਿਉਂਕਿ NDP ਦੀ ਸਰਕਾਰ ਹੋਰ ਵਧੀਆ ਤਰੀਕੇ ਨਾਲ ਆ ਸਕੇ ਉੱਥੇ ਕੈਨੇਡਾ ਵਿੱਚ ਜੀ ਧੰਨਵਾਦ ਤੁਹਾਡਾ ਸੋ ਇਸ ਦਾ ਜਵਾਬ ਵੀ ਸੁਣ ਲੈਣਾ ਅੱਗੇ ਨੇ ਮਨਪ੍ਰੀਤ ਸਿੰਘ ਹੈਮਪਟਨ ਪਾਰਕ ਤੋਂ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਭਾਈ ਜਗਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਵਾਲ ਸੰਖੇਪ ਦੇ ਵਿੱਚ ਇਹੀ ਰੱਖਦਾ ਜੀ ਆਪਣਾ ਤੇ ਜਿੱਦਾਂ ਹੁਣ ਭਾਈ ਸਾਹਿਬ ਨਾਲ ਸਾਰੇ ਨੌਜਵਾਨਾਂ ਦੇ ਲਈ ਰੋਲ ਮਾਡਲ ਆ ਇਹਨਾਂ ਵੱਲ ਦੇਖ ਕੇ ਬਹੁਤ ਜ਼ਿਆਦਾ ਸਿਹਤ ਮਿਲਦੀ ਆ ਜੀ ਤੇ ਜਿੱਦਾਂ ਹੁਣ ਨੌਜਵਾਨਾਂ ਦੇ ਮਨਾਂ ਦੇ ਵਿੱਚ ਕਈ ਵੇਲੇ ਬਹੁਤ ਸਾਰਾ ਕੁਛ ਕਰਨੇ ਦੀ ਇੱਛਾ ਹੁੰਦੀ ਹੈ ਉੱਥੇ ਬਾਹਰਲੇ ਮੁਲਕਾਂ ਦੇ ਵਿੱਚ ਜੀ ਪਰ ਜਿਹੜੇ ਜਿੱਦਾਂ ਸਾਡੇ ਆਪਣੇ ਪੁਰਾਣੇ ਆਏ ਹੋਏ ਬੰਦੇ ਆ ਤੇ ਮਤਲਬ ਆਪਣੇ ਸਿੱਖ ਵੱਡੇ ਆ ਜਿਹੜੇ ਜੀ ਉਹਨਾਂ ਵੱਲੋਂ ਬਹੁਤ ਜ਼ਿਆਦਾ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਕੁਛ ਵੀ ਅਸੀਂ ਕਰਨੇ ਚਾਹੁੰਦੇ ਹਾਂ ਤਾਂ ਉਹਦੇ ਬਾਰੇ ਥੋੜਾ ਦੱਸੋ ਜੀ ਸਾਨੂੰ ਇੱਥੇ ਕੀ ਕਰਨਾ ਚਾਹੀਦਾ ਇੱਦਾਂ ਦੇ ਹਾਲਾਤਾਂ ਦੇ ਵਿੱਚ ਇਸ ਤੋਂ ਪਹਿਲਾਂ ਵੀਰ ਜੀ ਦਾ ਸਵਾਲ ਸੀਗਾ ਕਿ ਜਿਹੜੀ NDP ਪਾਰਟੀ ਆ ਕਿ ਉਹ ਜਿਹੜੀ ਲਿਬਰਲ ਪਾਰਟੀ ਆ ਜਿਹੜੀ ਟਰੂਡੋ ਸਰਕਾਰ ਆਈ ਆ ਉਹਦੇ ਵਿੱਚ ਉਹਨਾਂ ਨੇ ਸਿੱਖ ਮੰਤਰੀ ਵੀ ਬਣਾਏ ਆ ਕਿ ਸਿੱਖ ਇਸ਼ੂ ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਕਿਤੇ ਚੱਲਣ ਦੀ ਕੋਈ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਬੱਬ ਬਣ ਸਕਦਾ ਜਿੱਥੇ ਸਿੱਖ ਇਸ਼ੂਜ਼ ਹੋਣ ਉੱਥੇ ਮੈਂ ਆਪਣੀ ਗੱਲ ਕਹਿ ਸਕਦਾ ਕਿ ਜਿੱਥੇ ਕੋਈ ਪੰਥਕ ਮਸਲਾ ਹੋਵੇ ਤਾਂ ਮੈਂ ਕਿਸੇ ਪਾਰਟੀ ਨਾਲ ਕੰਮ ਕਰਨ ਦਾ ਪੂਰਾ ਤਿਆਰ ਹੈਗਾ ਮੈਂ ਚਾਹੁੰਦਾ ਹਾਂ ਕਿ ਅਸੀਂ ਐਗਜ਼ਾਮਪਲ ਸੈੱਟ ਕਰੀਏ ਕਿ ਜਿੱਥੇ ਪੰਥਕ ਕੰਮ ਹੁੰਦਾ ਉੱਥੇ ਕੋਈ ਪਾਰਟੀਜ਼ਨਸ਼ਿਪ ਨਾ ਹੋਵੇ ਕਿ ਤੁਸੀਂ ਇੱਕ ਪਾਰਟੀ ਦਾ ਹੈਗਾ ਮੈਂ ਦੂਜੇ ਦਾ ਜਿੱਥੇ ਪੰਥਕ ਕੰਮ ਹੋਈ ਹੈ ਅਸੀਂ ਆਪਣੀ ਜਿਹੜੀ ਸੇਇੰਗ ਹੁੰਦੀ ਆਪਣੀ ਟੀਮ ਦੇ ਵਿੱਚ ਅਸੀਂ ਕਹਿੰਦੇ ਕਿ ਪੰਥ ਬਿਫੋਰ ਪੋਲਿਟਿਕਸ ਕਿ ਪੰਥ ਪਹਿਲਾਂ ਤੇ ਜਿਹੜੇ ਸਿਆਸਤ ਤੋਂ ਬਾਅਦ ਸੋ ਪੰਥਕ ਮਸਲੇ ਦੇ ਵਿੱਚ ਅਸੀਂ ਜ਼ਰੂਰ ਕੰਮ ਕਰਾਂਗੇ ਤੇ ਅਸੀਂ ਪੂਰੇ ਆਸ ਰੱਖਦੇ ਹਾਂ ਕਿ ਜਿੱਦਾਂ ਉਹਨਾਂ ਨੇ ਸਿੱਖਾਂ ਨੂੰ ਰਿਸਪੈਕਟ ਕੀਤਾ ਮੈਂ ਨਹੀਂ ਮੰਨਦਾ ਕਿ ਕਾਫੀ ਉਹਨੇ ਕਦਰ ਕੀਤੀ ਹੈ ਸਿੱਖਾਂ ਨੂੰ ਚੁਣ ਕੇ ਮੰਤਰੀ ਬਣਾ ਕੇ ਤੇ ਆਉਣ ਵਾਲੇ ਸਮੇਂ ਚ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕੱਲੇ ਸਾਨੂੰ ਮੰਤਰੀ ਨਹੀਂ ਬਣਾਇਆ ਪਰ ਸਾਡੇ ਇਸ਼ੂਜ਼ ਤੇ ਵੀ ਕੰਮ ਕੀਤਾ ਪਰ ਹੁਣੇ ਉਹਨੇ ਵਧੀਆ ਸਟੈਪ ਲਿਆ ਤੇ ਸਾਨੂੰ ਮਾਣ ਹੈ ਤੇ ਅਸੀਂ ਮੈਂ ਤਾਂ ਆਪ ਕਹਿ ਸਕਦਾ ਕਿ ਮੈਂ ਪੂਰਾ ਕੰਮ ਕਰਨ ਨੂੰ ਤਿਆਰ ਹਾਂ ਜਿੱਥੇ ਕੋਈ ਪੰਥਕ ਮਸਲਾ ਹੋਵੇ ਜੀ ਇੱਕ ਮੈਂ ਉਹ ਸਵਾਲ ਇਸ ਤੋਂ ਪਹਿਲਾਂ ਆਪਾਂ ਮਨਪ੍ਰੀਤ ਸਿੰਘ ਹੋਰਾਂ ਦੇ ਸਵਾਲ ਦੇ ਵੱਲ ਵਧੀਏ
ਤੁਸੀਂ ਜਿਸ ਤਰ੍ਹਾਂ ਤੁਹਾਨੂੰ ਲੱਗੇ ਇਹਦਾ ਜਵਾਬ ਦੇਣਾ ਕਿ ਆਪਾਂ ਯੂਕੇ ਦੀ ਇੱਕ ਉਦਾਹਰਣ ਲਈਏ। ਯੂਕੇ ਦੇ ਵਿੱਚ ਬਹੁਤ ਸਾਰੇ ਅਜਿਹੇ ਕਾਨੂੰਨ ਨੇ, ਯੂਕੇ ਦੇ ਵਿੱਚ ਕੋਈ ਸਿੱਖ ਐਮ ਪੀ ਆਪਾਂ ਨੂੰ ਨੇੜੇ ਤੇਰੇ ਕੋਈ ਨਹੀਂ ਦਿੰਦਾ, ਪਰ ਫਿਰ ਵੀ ਉਹ ਕਾਫੀ ਜ਼ਿਆਦਾ ਸਾਰੇ ਜਿਹੜੇ ਕਾਨੂੰਨ ਆ ਉਹ ਸਿੱਖ ਜਿਹੜੇ ਮਸਲੇ ਸੀ ਉਹਨਾਂ ਨੂੰ ਸੁਲਝਾਉਣ ਦੇ ਵਿੱਚ ਕਾਫੀ ਜ਼ਿਆਦਾ ਸਕਸੈਸ ਹੋਏ ਨੇ। ਸੋ ਤੁਹਾਡੇ ਜਿਸ ਤਰ੍ਹਾਂ ਆਪਾਂ ਹੁਣ ਕਹਿ ਦਈਏ ਕਿ ਸਿੱਖ ਚਿਹਰੇ ਟਰੂਡੋ ਪਾਰਟੀ ਨੇ, ਜਿਹੜੇ ਟਰੂਡੋ ਗਵਰਨਮੈਂਟ ਨੇ ਲੈ ਆਉਂਦੇ ਨੇ ਅੱਗੇ, ਪਰ ਜਦੋਂ ਇਸ਼ੂ ਨੂੰ ਸੰਬੋਧਿਤ ਹੋਣਗੇ ਉਹਨਾਂ ਦੀ ਪਾਰਟੀ ਅਸਲ ਗੱਲ ਦੇਖਣ ਦੀ ਉਦੋਂ ਬਣਦੀ ਹੈ, ਜਿਹੜੇ ਕਿ ਆਪਾਂ ਸ਼ਾਇਦ ਬਹੁਤ ਅਰਲੀ ਆ। ਬੜਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿਹੜੇ ਉਹ ਸਿੱਖ ਚਿਹਰੇ ਲੈ ਕੇ ਆਏ ਨੇ, ਕਿ ਕੱਲ ਨੂੰ ਜਦੋਂ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਡਿਫੈਂਸ ਮਿਨਿਸਟਰ ਜਾਂਦੇ ਨੇ ਸਾਡੇ, ਉਹ ਦੁਨੀਆ ਨੂੰ ਦੇਖੋਗੀ ਜਦੋਂ 20 ਦੇਸ਼ਾਂ ਦੇ ਜਿਹੜੇ ਡਿਫੈਂਸ ਮਿਨਿਸਟਰ ਖੜੇ ਆ, ਵੀ ਸਿੰਘ ਖੜੇ ਨੇ, ਉਹ ਇੱਕ ਸਾਡੀ ਦਿੱਖ ਤਾਂ ਦੇਖ ਰਹੀ ਆ, ਪਰ ਅਸਲ ਗੱਲ ਆ ਜਿਹੜੀ ਮਨੁੱਖੀ ਅਧਿਕਾਰਾਂ ਦੀ ਜਦੋਂ ਗੱਲ ਆਊਗੀ ਉੱਥੇ ਸਾਨੂੰ ਹੋ ਪਿਆ ਸੀ ਪੋਜੀਟਿਵ ਐਟੀਟਿਊਡ ਰੱਖਦੇ ਕਿ ਉਹ ਚੰਗਾ ਉਹਦੇ ਲਈ ਕਰਨ, ਪਰ ਅਸਲ ਮਸਲਿਆਂ ਦੇ ਉੱਤੇ ਜਾ ਕੇ ਪਤਾ ਲੱਗੂਗਾ। ਪਰ ਤੁਸੀਂ ਜਿਸ ਸਟੇਟ ਦੇ ਵਿੱਚੋਂ ਆਏ ਹੋ ਉੱਥੇ ਪਿੱਛੇ ਜੇ ਹੈਲਮਟ ਦਾ ਮਸਲਾ ਉੱਠਿਆ ਸੀਗਾ ਵੀ ਵੈਨਕੂਵਰ ਦੇ ਵਿੱਚ ਆਜ਼ਾਦੀ ਹੈਗੀ ਆ, ਤੁਹਾਡੀ ਸਟੇਟ ਦੇ ਵਿੱਚ ਸਿੱਖ ਵੀ ਕਾਫੀ ਗਿਣਤੀ ਦੇ ਵਿੱਚ ਰਹਿੰਦੇ ਆ, ਸੀਟਾਂ ਵੀ ਤੁਸੀਂ ਕਾਫੀ ਜਿੱਤੀਆਂ ਨੇ, ਪਰ ਜਿਹੜਾ ਇਸ ਚੀਜ਼ ਦੇ ਵਿੱਚ ਥੋੜਾ ਕਿਸ ਤਰ੍ਹਾਂ ਪਿੱਛੇ ਰਹਿ ਗਏ ਵੀ ਯੂਕੇ ਵਾਲੇ ਉਹਨਾਂ ਦਾ ਕੋਈ ਐਮ ਪੀ ਵੀ ਨੀ, ਕੀ ਉਹਨਾਂ ਦੀ ਲੋਬੀ ਵੱਡੀ ਆ ਜਾਂ ਤੁਸੀਂ ਕਿਸ ਚੀਜ਼ ਦੇ ਵਿੱਚ ਕਮਜ਼ੋਰ ਰਹਿ ਗਏ ਜੇ ਤੁਸੀਂ ਇਹਨੂੰ? ਜ਼ਰੂਰ ਵੀਰ ਜੀ, ਬਹੁਤ ਜ਼ਰੂਰੀ ਸਵਾਲ ਹੈਗਾ, ਸੋ ਇਸ ਦਾ ਜਵਾਬ ਦੇਣਾ ਮੈਨੂੰ ਬਹੁਤ ਮਨਪਸੰਦ ਕਰਦਾ। ਜੇ ਅਸੀਂ ਦੇਖੀਏ ਯੂਕੇ ਦੇ ਐਗਜ਼ਾਮਪਲ, ਬਿਲਕੁਲ ਤੁਸੀਂ ਵਧੀਆ ਐਗਜ਼ਾਮਪਲ ਜਿਹੜੇ ਅਸੀਂ ਗੱਲ ਕਰ ਰਹੇ ਸੀਗੇ ਕਿ ਯੂਕੇ ਦੇ ਵਿੱਚ ਸਿੱਖ ਆਬਾਦੀ ਹੈ ਪਰ ਸਿੱਖਾਂ ਨੇ ਇਲੈਕਟ ਨਹੀਂ ਕਰ ਸਕੇ ਹਾਈ ਲੈਵਲ ਤੇ, ਸ਼ਹਿਰਾਂ ਦੇ ਵਿੱਚ ਕਾਉਂਸਲ ਦੇ ਵਿੱਚ ਹੈਗੇ ਰੈਪ੍ਰੈਜੈਂਟੇਸ਼ਨ, ਪਰ ਵੱਡੇ ਲੈਵਲ ਤੇ ਸਾਡੇ ਕੋਲ ਕੋਈ ਇਹੋ ਜਿਹੇ ਖਾਸ ਜ਼ਿਆਦਾ ਐਮ ਪੀ ਬਣੇ ਨਹੀਂ ਹੈਗੇ ਤੇ ਬਣੇ ਨਹੀਂ ਹੈਗੇ। ਸੋ ਉਹਨਾਂ ਨੇ ਵਧੀਆ ਲੋਬੀ ਦੇ ਨਾਲ ਇੱਕ ਤਾਂ ਕਕਾਰ ਦੇ ਰਾਖੀ ਕਾਨੂੰਨੀ ਤੌਰ ਤੇ ਬਣਾ ਸਕੇ, ਕਿਰਪਾਨ ਕ੍ਰਿਮੀਨਲ ਕੋਡ ਦੇ ਵਿੱਚ ਐਗਜ਼ੈਂਪਸ਼ਨ ਲਿਖਿਆ ਕਿ ਤੁਸੀਂ ਸ਼ਸਤਰ ਨਹੀਂ ਵਰਤ ਸਕਦੇ ਪਰ ਕਕਾਰ ਜਿਹੜਾ ਕਿਰਪਾਨ ਹੈ ਉਹ ਐਗਜ਼ੈਂਪਟ ਆ ਤੇ ਦਸਤਾਰ ਦੀ ਐਗਜ਼ੈਂਪਲ ਉੱਥੇ ਐਗਜ਼ੈਂਪਟ ਆ। ਸੋ ਉਹਨਾਂ ਦੀ ਲੋਬੀ ਬੜੇ ਵਧੀਆ ਤਰੀਕੇ ਨਾਲ ਉਹਨੇ ਪ੍ਰੈਸ਼ਰ ਪਾਇਆ ਸਰਕਾਰ ਦੇ ਉੱਤੇ ਕਿ ਕਾਨੂੰਨ ਸਿੱਖਾਂ ਦੇ ਹੱਕ ਚ ਬਣਨ। ਹੁਣ ਓਨਟੇਰੀਓ ਸੂਬੇ ਦੇ ਵਿੱਚ ਸਾਡੇ ਸਿੱਖ ਮਿਨਿਸਟਰ ਆਫ ਟ੍ਰਾਂਸਪੋਰਟੇਸ਼ਨ, ਟ੍ਰਾਂਸਪੋਰਟੇਸ਼ਨ ਮੰਤਰੀ ਸਿੱਖ ਸੀਗਾ, ਹੋਰ ਵੀ ਕਈ ਸਿੱਖ ਸੀਗੇ ਜਿਹਦੇ ਹੱਥ ਸੀ ਕਾਨੂੰਨ ਬਣਾਉਣਾ, ਪੂਰਾ ਹੱਥ ਸੀਗਾ ਉਹ ਖੁਦ। ਮੈਂ ਜਦੋਂ ਵਕੀਲ ਨਹੀਂ ਸੀਗਾ, ਜਦੋਂ ਮੈਂ ਵਕੀਲ ਸੀਗਾ ਮੈਂ ਪੋਲੀਟੀਸ਼ਨ ਨਹੀਂ ਸੀਗਾ, ਮੈਂ ਖੁਦ ਓਕੇ ਜਾ ਕੇ ਲੋਬੀ ਕਰਨ ਨੂੰ ਗਿਆ ਸੀਗਾ। ਮੇਰੇ ਨਾਲ 5 ਸਾਥੀ ਸੀਗੇ ਜਿਹੜੇ ਸ਼ੇਰੇ ਪੰਜਾਬ ਮੋਟਰਸਾਈਕਲ ਕਲੱਬ ਦੇ ਜਿਹੜੇ ਪੰਜਾਬੀ ਸਿੱਖ ਜਿਹੜੇ ਦਸਤਾਰ ਪਾਉਣ ਵਾਲੇ ਬੰਦੇ ਸੀਗੇ, ਅਸੀਂ ਨੂੰ ਲੋਬੀ ਕੀਤਾ ਕਿ ਦੇਖੋ ਬਾਕੀ ਸੂਬਿਆਂ ਚ ਇਹ ਜਿਹੜੀ ਹੱਕ ਹੈਗਾ, ਤੁਹਾਡੇ ਕੋਲ ਸਰਕਾਰ ਹੈ, ਤੁਹਾਡੇ ਕੋਲ ਪਾਵਰ ਹੈ, ਤੁਸੀਂ ਮੰਤਰੀ ਹੋ, ਤੁਸੀਂ ਇੱਥੇ ਐਗਜ਼ੈਂਪਸ਼ਨ ਪਾਓ। ਉਹਨੇ ਫਿਰ ਮਨਾ ਕੀਤਾ, ਇੱਕ ਦਹਾਕੇ ਦੇ ਉਸ ਪਾਰਟੀ ਦੇ ਪਾਵਰ, ਉਸ ਪਾਰਟੀ ਦੇ ਵਿੱਚ ਮੈਂਬਰਸ਼ਿਪ ਲਿਬਰਲ ਸਰਕਾਰ ਰਹੀ ਹੈ ਸੂਬੇ ਤੋਂ ਤੇ ਉਹਨਾਂ ਦੇ ਐਮ ਪੀ ਪੀ ਰਹੇ, ਪਰ ਉਹਨੇ ਸਿੱਖਾਂ ਵਾਸਤੇ ਕੋਈ ਕਾਨੂੰਨ ਇਹੋ ਜਿਹੀ ਪੇਸ਼ ਨਹੀਂ ਕੀਤਾ। ਹਾਲਾਂਕਿ ਟਰਬਨ ਐਗਜ਼ੈਂਪਸ਼ਨ ਦੇ ਵਿੱਚ ਉਹਨਾਂ ਨੇ ਨਾ ਬੜੇ ਕਲੀਅਰਲੀ, ਉਹਨਾਂ ਦੇ ਇਸ ਵਕਤ ਮੌਜੂਦਾ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਨਹੀਂ ਐਗਜ਼ੈਂਪਸ਼ਨ ਲੈ ਕੇ ਆਊਗੀ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇੱਕ ਤਾਂ ਹੈਗਾ ਦਿਖਾਉਣ ਨੂੰ ਸਿੱਖ ਹੈਗੇ, ਦੂਜੀ ਗੱਲ ਹੈ ਕਿ ਵਾਕੀ ਪਾਲਿਸੀਜ ਇੰਪਲੀਮੈਂਟ ਕਰਨੇ ਲੈ ਕੇ ਆਉਣੇ ਜਿਹੜੇ ਸਾਡੇ ਹੱਕ ਚ ਹੋਣ, ਉੱਥੇ ਅਸੀਂ ਜ਼ਰੂਰ ਪ੍ਰੈਸ਼ਰ ਪਾਈਏ। ਤੇ ਯੂਕੇ ਦੀ ਐਗਜ਼ਾਮਪਲ ਇਹ ਹੈ ਕਿ ਇਹਨਾਂ ਜ਼ਰੂਰੀ ਨਹੀਂ ਹੈਗਾ ਕਿ ਕੱਲੇ ਅਸੀਂ ਇਹ ਸੋਚੀਏ ਕਿ ਸਾਡੇ ਕੋਲ ਰੈਪ੍ਰੈਜੈਂਟੇਟਿਵ ਹੈ ਹੋਵੇ, ਉਹ ਵੀ ਵਧੀਆ ਗੱਲ ਹੈ, ਸਨਮਾਨ ਹੁੰਦਾ, ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪਾਲਿਸੀ ਸਾਡੇ ਹੱਕ ਚ ਉਹ ਹੋਣ। ਬਿਲਕੁਲ, ਇਹ ਬਹੁਤ ਇੰਪੋਰਟੈਂਟ ਗੱਲ ਆ, ਆਪਾਂ ਉਹੀ ਸਾਨੂੰ ਚੀਜ਼ ਆ ਕਿ ਅਸਲ ਦੀ ਆਪਾਂ ਖੋਜ ਕਰਨੀ ਆ, ਅਸਲ ਦੀ ਜਿਹੜੀ ਚੋਣ ਕਰਨੀ ਆ। ਯੂਕੇ ਵਾਲਿਆਂ ਕੋਲ ਕੋਈ ਨਹੀਂ ਹੈ, ਪਰ ਉੱਥੇ ਜਦੋਂ ਕੇਸ ਚੱਲਿਆ, ਜਦੋਂ ਹੈਲਮਟ ਦੀ ਆਪਾਂ ਗੱਲ ਕੀਤੀ ਹੈ, ਕੁਈਨ ਵਰਸ ਮਾਂਡਲਾ ਕੇਸ ਚੱਲਿਆ ਸੀ ਤੇ ਉਹ ਕੋਰਟ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਬੜੀ ਲੋਬੀ ਇੰਨੀ ਵੱਡੀ ਕੀਤੀ ਸੀ ਕਿ ਬੜੀ ਦੱਬ ਕੇ ਉਹਨਾਂ ਤੇ ਗੱਲ ਹੋਈ। ਉੱਥੇ ਰੈਫਰੈਂਸ ਦਿੱਤੇ ਗਏ ਕਿ ਕਿਸ ਤਰ੍ਹਾਂ 1945 ਦੀ ਦੂਜੀ ਵਿਸ਼ਵ ਜੰਗ ਵੇਲੇ ਸਿੱਖਾਂ ਨੇ ਲੋਹ ਟੋਪ ਪਾਉਣ ਤੋਂ ਮਨਾ ਕਰ ਦਿੱਤਾ ਸੀ ਤੇ ਉਹ ਜਿਹੜੇ ਪੱਛਮੀ ਦੇਸ਼ ਸੀ ਇਹਨਾਂ ਨੇ ਕਹਿਤਾ ਸੀ ਕਿ ਅਸੀਂ ਫਿਰ ਕਿਸੇ ਨੂੰ ਵੀ ਤੁਹਾਨੂੰ ਮੁਆਵਜ਼ਾ ਨਹੀਂ ਦੇਵਾਂਗੇ ਜਿਹਦੇ ਸਿਰ ਦੇ ਵਿੱਚ ਗੋਲੀ ਵੱਜੀ। ਉਹਨਾਂ ਨੇ ਕਿਹਾ ਕਿ ਇੱਕ ਵੀ ਬੰਦੇ ਦੇ ਸਿਰ ਚ ਗੋਲੀ ਵੱਜੀ, ਚਾਹੇ ਉਹਦੇ ਨੂੰ ਮਰੇ ਚਾਹੇ ਨਹੀਂ ਮਰੇ, ਅਸੀਂ ਉਹਦਾ ਮੁਆਵਜ਼ਾ ਨਹੀਂ ਲਵਾਂਗੇ, ਪਰ ਲੋਹ ਟੋਪ ਨਹੀਂ ਪਾਉਣੇ। ਜਦੋਂ ਅਜਿਹੀਆਂ ਗੱਲਾਂ ਪਾਰਲੀਮੈਂਟ ਦੇ ਵਿੱਚ ਰੱਖੀਆਂ ਗਈਆਂ, ਯੂਕੇ ਦੇ ਵਿੱਚ ਲੋਬੀ ਹੋਈ ਤੇ ਉਹਨਾਂ ਨੂੰ ਜਿਹੜਾ ਹੱਕ ਮਿਲਿਆ, ਜਿਹੜਾ ਵੈਨਕੂਵਰ ਦੇ ਵਿੱਚ ਹੀ ਮਿਲਿਆ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲੋਬੀ ਦੀ ਥੋੜੀ ਉੱਥੇ ਕਮੀ ਆ, ਸਿੱਖ ਚਿਹਰੇ ਜ਼ਰੂਰ ਟਰਾਂਸਪੋਰਟ ਬਣ ਗਏ ਨੇ, ਪਰ ਜਿਹੜੀ ਅਜੇ ਸਿੱਖ ਨੁਕਤਾ ਨਿਗਾਹ, ਜਿਹੜਾ ਸਿੱਖ ਨਜ਼ਰੀਆ, ਉਹ ਜੇ ਰਾਜਨੀਤੀ ਦਾ ਉਹ ਬੈਠਣ ਦੀ ਜਿਹੜੀ ਕਮੀ ਆ, ਜਿਹੜੀ ਸਰਦਾਰ ਜਗਮੀਤ ਸਿੰਘ, ਸਰਦਾਰ ਹਰਬਲਜੀਤ ਸਿੰਘ ਕਾਲੋਂ, ਹੋਰ ਸਾਰਾ ਜਿਹੜਾ ਗਰੁੱਪ ਆ ਇਹਨਾਂ ਦਾ, ਉਹ ਇਸੇ ਚੀਜ਼ ਨੂੰ ਹੀ, ਜਿਹੜੀ ਪਹਿਲੀ ਮੀਟਿੰਗ ਦੀ ਮੈਂ ਗੱਲ ਕਰਦਾ, ਪਹਿਲੀ ਮੀਟਿੰਗ ਬਹੁਤ ਇੰਪੋਰਟੈਂਟ ਆ, ਉਸੇ ਦੇ ਵਿੱਚ ਜਿਹੜੇ ਸਿੱਖ ਨੁਕਤਾ ਨਜ਼ਰੀਆ ਜਿਹੜਾ ਰੱਖਿਆ ਗਿਆ ਉਹ ਅਸਲ ਗੱਲ ਆ, ਉੱਥੇ ਸਾਡੀ ਗੱਲ ਸ਼ੁਰੂ ਹੋਣੀ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਅਸੀਂ ਲੈ ਕੇ ਜਾਣੀ ਆ।
ਉਹ ਸਰਬੱਤ ਦੇ ਭਲੇ ਦਾ। ਇਸ ਤੋਂ ਅੱਗੇ ਮਨਪ੍ਰੀਤ ਸਿੰਘ ਹੋਰਾਂ ਨੇ ਗੱਲਬਾਤ ਕੀਤੀ ਕਿ ਕਈ ਵਾਰ ਉਹੀ ਗੱਲ ਆ ਜਾਂਦੀ ਹੈ ਕਿ ਜਿਹੜੇ ਪਹਿਲਾਂ ਆਲਰੇਡੀ ਆਏ ਹੁੰਦੇ ਨੇ, ਜਿਹੜੇ ਕਮੇਟੀ ਦੇ ਵਿੱਚ ਵੀ ਹੁੰਦੇ ਆ ਜਾਂ ਹੋਰ ਬਹੁਤ ਸਾਰੇ ਇਸ਼ੂ ਨੂੰ ਸੰਬੋਧਨ ਕਰਦੇ ਹੁੰਦੇ ਆ, ਉਹਨਾਂ ਦਾ ਇਹ ਕੰਪਲੈਕਸ ਕਿਉਂ ਖੜਾ ਹੋ ਜਾਂਦਾ ਗਾ? ਆਸਟ੍ਰੇਲੀਆ ਦੇ ਵਿੱਚ ਕੈਨੇਡਾ ਨਾਲੋਂ ਥੋੜਾ ਡਿਫਰੈਂਟ ਆ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਿੱਧਾ ਯੂਥ ਪੜਿਆ ਹੋਇਆ ਆਇਆ ਫੈਮਿਲੀ ਕੇਸਾਂ ਦੇ ਨਾਲੋਂ ਘੱਟ, ਤੇ ਉਹ ਥੋੜਾ ਉਹਨਾਂ ਦਾ ਹੋ ਜਾਂਦਾ ਕਿ ਜਿਹੜੇ ਪਹਿਲਾਂ ਆਏ ਹੋਏ ਬੰਦੇ ਹੁੰਦੇ ਆ ਉਹ ਥੋੜਾ ਜਿੱਦਾਂ ਪੰਜਾਬੀ ਜੇ ਵਿੱਚ ਕਹਿ ਦਿੰਦੇ ਆ ਟੰਗ ਅੜਾਉਣੀ ਜਾਂ ਇਸ ਤਰ੍ਹਾਂ ਦੀ ਇਹ ਗੱਲ ਹੁੰਦੀ ਵੀ ਉਹਨਾਂ ਦੇ ਨਾਲ ਫਿਰ ਅਸੀਂ ਕਿਸ ਤਰ੍ਹਾਂ ਇਸ ਮਸਲੇ ਦੇ ਵਿੱਚ ਡੀਲ ਕੀਤਾ ਜਾਵੇ। ਸੋ ਮੈਂ ਇੱਥੇ ਕਾਫੀ ਧਿਆਨ ਦੇਣਾ ਚਾਹੁੰਦਾ ਕਿ ਇੱਥੇ ਅਸੀਂ ਇੱਕ ਨਵਾਂ ਕਿਸਮ ਦਾ ਸੋਚ ਲੈ ਕੇ ਆਈਏ। ਜਿਹੜੇ ਜੂਇਸ਼ ਕਮਿਊਨਿਟੀ ਹੈਗੀ ਆ ਉਹਨਾਂ ਨੇ ਬਹੁਤ ਵਧੀਆ ਸਿਖਾਇਆ, ਐਗਜ਼ਾਮਪਲ ਦਿੱਤਾ ਸਾਨੂੰ। ਜਿਹੜਾ ਜੂਇਸ਼ ਕਮਿਊਨਿਟੀ ਹੋਣਗੇ ਉਹ ਹਰੇਕ ਜਿੱਥੇ ਵੀ ਬਾਕੀ ਉਹਨਾਂ ਦੇ ਸਾਥੀ ਆਪਣੇ ਜੂਇਸ਼ ਬੰਦੇ ਦੀ ਮਦਦ ਕਰ ਸਕਦੇ ਉਹ ਕਰਦੇ ਨੇ, ਤਾਂ ਹੀ ਉਹਨਾਂ ਨੇ ਬਹੁਤ ਤਰੱਕੀ ਕੀਤੀ ਹੈ। ਸੋ ਸਾਡੇ ਮਨ ਚ ਇਹ ਹੋਣਾ ਚਾਹੀਦਾ ਕਿ ਜਿੱਥੇ ਅਸੀਂ ਸਿੱਖ ਬਿਜ਼ਨਸ ਦੀ ਸਪੋਰਟ ਕਰ ਸਕਦੇ ਹਾਂ, ਜਿੱਥੇ ਅਸੀਂ ਆਪਣੇ ਸਿੱਖ ਭਾਈਚਾਰੇ ਦੇ ਵਿੱਚ ਕੋਈ ਵੀ ਕਮੀ ਹੋਵੇ ਇੱਥੇ ਜਿੱਥੇ ਅਸੀਂ ਹਿੱਸਾ ਦੇ ਸਕਦੇ ਹਾਂ ਅਸੀਂ ਦੇਈਏ। ਅਸੀਂ ਇੱਦਾਂ ਸੋਚੀਏ ਕਿ ਜੇ ਆਪਣੀ ਕੌਮ ਦੀ ਤਰੱਕੀ ਹੋਈਏ ਕਿ ਆਪਣੀ ਤਰੱਕੀ ਹੋਈਏ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਿਸੇ ਹੋਰ ਦੀ ਤਰੱਕੀ, ਅਸੀਂ ਸਮਝਦੇ ਕਿ ਉਹ ਕਰ ਰਿਹਾ ਤੇ ਉਹਨਾਂ ਦੇ ਲੱਤਾਂ ਖਿੱਚੀਆਂ, ਜਾਂ ਉਹ ਕਰ ਰਿਹਾ ਤੇ ਸਾਨੂੰ ਕੋਈ ਗਾਲ ਕੱਢ ਰਿਹਾ ਕਿ ਉਹ ਵਧੀਆ ਕਰ ਰਿਹਾ ਤੇ ਮੈਨੂੰ ਮਾੜਾ ਹੋ ਰਿਹਾ। ਇੱਦਾਂ ਗੁਗਾਏ ਗੱਲ ਨੂੰ ਦੂਰ ਕਰੀਏ, ਕਿਉਂਕਿ ਜਦੋਂ ਆਪਣੀ ਕੌਮ ਤਰੱਕੀ ਕਰਦੀ ਹੈ ਅਸੀਂ ਨਾਲ ਨਾਲ ਵੀ ਕਰਦੇ ਹਾਂ। ਇਹ ਜਿਹੜੀ ਸੋਚ ਬਹੁਤ ਜ਼ਰੂਰੀ ਹੈ ਜੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਕਿ ਇੱਦਾਂ ਸੋਚੋ ਕਿ ਜਿੱਥੇ ਵੀ ਅਸੀਂ ਆਪਣੇ ਭਾਈ ਦੀ ਮਦਦ ਕਰ ਸਕਦੇ ਹਾਂ, ਜਿੱਥੇ ਅਸੀਂ ਸਿੱਖ ਭਾਈਚਾਰੇ ਦੇ ਅਸੀਂ ਕਿੱਥੇ ਵੀ ਅਸੀਂ ਹਿੱਸਾ ਪਾ ਸਕਦੇ ਅਸੀਂ ਪਾਈਏ, ਤਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਅੱਗੇ ਤਰੀਏ। ਜੀ ਬਿਲਕੁਲ, ਮਨਪ੍ਰੀਤ ਸਿੰਘ ਇਹ ਖੁਦ ਸਿੱਖ ਵਲੰਟੀਅਰ ਆਸਟ੍ਰੇਲੀਆ ਨਾਂ ਦੀ ਇੱਕ ਜਥੇਬੰਦੀ ਦੇ ਨਾਲ ਜੁੜੇ ਨੇ, ਰਨ ਕਰਦੇ ਨੇ। ਲਖਵਿੰਦਰ ਸਿੰਘ ਹੋਰ ਵੀ ਕਾਫੀ ਸਾਰੇ ਇਨ੍ਹਾਂ ਨੇ ਪ੍ਰੋਜੈਕਟ ਸ਼ੁਰੂ ਕੀਤੇ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਬਾਰੇ ਵੀ ਇਨ੍ਹਾਂ ਨੇ ਇੱਕ ਸੋਫਟਵੇਅਰ ਤਿਆਰ ਕੀਤਾ। ਸੋ ਇਸੇ ਨੁਕਤਾ ਨਿਗਾਹ ਤੋਂ ਕਰਦੇ ਆ ਕਿ ਇਹ ਜ਼ਿਆਦਾਤਰ ਜਿਹੜੇ ਮੇਨ ਸਟ੍ਰੀਮ ਦੇ ਪ੍ਰੋਗਰਾਮ ਹੁੰਦੇ ਨੇ ਵਲੰਟੀਅਰ ਉਹਨਾਂ ਦੇ ਵਿੱਚ ਪਾਰਟੀਸਪੇਟ ਕਰਦੇ ਆ, ਤੇ ਉਮੀਦ ਆ ਕਿ ਇਸੇ ਤਰ੍ਹਾਂ ਹੀ ਤੁਸੀਂ ਕਰਦੇ ਰਹੋਗੇ। ਭਾਈ ਸਾਹਿਬ ਜੀ, ਮੈਨੂੰ ਲੱਗਦਾ ਪਾਰਲੀਮੈਂਟ ਦੇ ਵਿੱਚ ਤੁਹਾਨੂੰ 2 ਘੰਟੇ ਤਾਂ ਨਹੀਂ ਕਦੇ ਬੋਲਣਾ ਪਿਆ ਹੋਣਾ। ਅੱਜ ਆਪਾਂ ਕਾਫੀ ਸਮਾਂ ਗੱਲਾਂ ਕਰ ਲਈਆਂ ਨੇ। ਸੋ ਸਰੂਤ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੈਨੂੰ ਇੱਥੇ ਆਪਾਂ ਹੁਣ ਸਮਅਪ ਕਰਦੇ ਹਾਂ। ਤਕਰੀਬਨ ਆਪਾਂ 9:30 ਸ਼ੁਰੂ ਕੀਤਾ ਸੀਗਾ ਤੇ ਹੁਣ 11:30 ਹੋ ਗਈ, 2 ਘੰਟੇ ਤੋਂ ਲਗਾਤਾਰ ਲੱਗੇ ਹੋਏ ਆ। ਤੇ ਗੁਰੂ ਸਾਹਿਬ ਦਾ ਜਿਹੜਾ ਸਾਨੂੰ ਹੁਕਮ ਆ ਕਿ ਸੰਗਤ ਤੇ ਪੰਗਤ ਦੋਨਾਂ ਦੇ ਦਰਸ਼ਨ ਕਰਨੇ ਆ, ਜੇ ਅਸੀਂ ਸੰਗਤੀ ਰੂਪ ਹੋ ਗਿਆ ਪੰਗਤੀ ਰੂਪ ਜਿਹੜਾ ਗੁਰੂ ਸਾਹਿਬ ਨੇ ਪਹਿਲਾਂ ਆਖਿਆ ਕਿ ਉਹ ਵੀ ਕਰਨਾ ਗਾ ਜੇ। ਸੋ ਜਾਂਦੇ ਜਾਂਦੇ ਕੋਈ ਆਸਟ੍ਰੇਲੀਆ ਯੂਥ ਲਈ ਮੈਥੋਂ ਕੋ ਪੁੱਛਣ ਵੱਲੋਂ ਗੱਲ ਰਹਿ ਗਈ ਹੋਵੇ, ਕੀ ਕਹਿਣਾ ਚਾਹੋਗੇ ਆਸਟ੍ਰੇਲੀਆ ਦੇ ਨੌਜਵਾਨਾਂ ਨੂੰ ਵਿਸ਼ੇਸ਼ ਕਰ? ਪਹਿਲਾਂ ਤਾਂ ਇੱਕ ਵਧੀਆ ਨਿਸ਼ਾਨੀ ਹੁੰਦੀ ਹੈ ਸਮੇਂ ਦੀ, ਜਦੋਂ ਮੈਨੂੰ ਪਤਾ ਹੀ ਨਹੀਂ ਲੱਗੇ ਕਿ 2 ਘੰਟੇ ਹੋਏ ਆ, ਇਹਦਾ ਮਤਲਬ ਕਿ ਬਹੁਤ ਹੀ ਵਧੀਆ ਹੋਇਆ। ਮੈਨੂੰ ਬਹੁਤ ਹੀ ਵਧੀਆ ਨਿੱਘਾ ਸਵਾਗਤ ਮਿਲਦਾ ਜਦੋਂ ਵੀ ਮੈਂ ਇੱਥੇ ਆਉਂਦਾ, ਮੈਨੂੰ ਬਹੁਤ ਪਸੰਦ ਆ। ਤੇ ਮੇਰਾ ਇਹੀ ਅਖੀਰਲਾ ਜਿਹੜਾ ਮੈਸੇਜ, ਮੇਨ ਮੈਸੇਜ ਜੀ, ਮੈਂ ਇੱਕੋ ਹੀ ਗੱਲ ਤੇ ਫੋਕਸ ਵਾਰ ਵਾਰ ਕਰਾਂ ਕਿ ਅਸੀਂ ਸਿੱਖ ਹਾਂ ਤੇ ਸਿੱਖ ਹੋਣਾ ਸਾਨੂੰ ਇੰਨਾ ਅਣਖ ਹੋਣਾ ਚਾਹੀਦਾ ਕਿ ਇਹ ਅਣਖ ਲਫ਼ਜ਼ ਵੀ ਬਹੁਤ ਵਧੀਆ, ਕਹਿਣ ਨੂੰ ਵੀ ਜੀ ਕਰਦਾ ਕਿ ਇੱਕ ਵਾਰੀ ਕਹਿ ਕੇ ਮੂਹਰੋਂ ਹੈ ਨਾ ਵਧੀਆ ਲੱਗਦਾ, ਬਾਡੀ ਤੁਹਾਡੇ ਇੱਕ ਵਾਈਬ੍ਰੇਸ਼ਨ ਆਉਂਦੀ ਆ। ਬਿਲਕੁਲ, ਮੈਂ ਕੋਰੀਆ ਨੂੰ ਵੀ ਸਿਖਾਉਂਦਾ ਵੀ ਹੁੰਦਾ ਕਿ ਤੁਸੀਂ ਜੇ ਕੌਨਫੀਡੈਂਟ ਹੋਣਾ, ਤੁਸੀਂ ਆਪਣੀ ਜ਼ਿੰਦਗੀ ਚ ਤਰੱਕੀ ਕਰਨੀ ਹੈ, ਤੁਸੀਂ ਆਹ ਲਫ਼ਜ਼ ਸਿੱਖੋ। ਸੋ ਕੋਰੀਆ ਦੇ ਸਾਹਮਣੇ ਜਦੋਂ ਮੈਂ ਪ੍ਰੈਜੈਂਟੇਸ਼ਨ ਕਰਦਾ, ਮੈਂ ਪੰਜਾਬੀ ਅੱਖ ਸਮਝਾਉਂਦਾ ਉਹਨੂੰ, ਸਿਖਾਉਂਦਾ ਕਿ ਇਹ ਅਣਖ ਹੀ ਹੈ, ਇਹ ਚੀਜ਼ ਬਹੁਤ ਯੂਨੀਕ ਹੈ। ਇਹ ਨਹੀਂ ਹੈ ਕਿ ਮੈਂ ਤੁਹਾਡੇ ਤੋਂ ਵੱਡਾ, ਮੈਂ ਤੁਹਾਡੇ ਤੋਂ ਸਿਆਣਾ, ਅਣਖ ਜੇ ਆਪਣੇ ਆਪ ਚ ਕੌਨਫੀਡੈਂਸ ਬਣਾਉਣਾ, ਤੇ ਇਹ ਸਾਡੀ ਕੌਮ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਅਸੀਂ ਸਿੱਖਿਆ, ਸਾਡੀ ਅਸੂਲ ਕਿੰਨੀ ਵਧੀਆ, ਸਾਡੀ ਹਿਸਟਰੀ ਕਿੰਨਾ ਵਧੀਆ, ਉਹ ਗੱਲਾਂ ਲੈ ਕੇ ਆਪਣੇ ਮਨ ਚ ਕੋਈ ਵੀ ਕੰਮ ਕਰੋ, ਅਸੀਂ ਸਿੱਖ ਲੈਂਜ ਰਾਹੀਂ ਕਰੀਏ, ਸਿੱਖ ਨਜ਼ਰੀਏ ਤੋਂ ਅਸੀਂ ਕੰਮ ਕਰੀਏ, ਤੇ ਬਾਕੀ ਤਰੱਕੀ ਤਾਂ ਹੋਣੀ ਹੋਣੀ ਹੈ ਜੀ। ਬਹੁਤ ਵਧੀਆ ਮੈਸੇਜ ਆ, ਇਹੀ ਸਾਡੀ ਜਿਹੜੀ ਭਵਿੱਖ ਦੀ ਜਿਹੜੀ ਸਫਲਤਾ ਗੀ ਉਹਦਾ ਰਾਜ ਆ। ਇੱਥੋਂ ਜਿਹੜੀ ਲੀਡਰਸ਼ਿਪ ਆ ਜਿਹੜੀ ਪਾਰਟੀਆਂ ਦੇ ਵਿੱਚ ਵੱਖ ਵੱਖ ਵਿਚਰ ਰਹੀ ਆ, ਭਵਿੱਖ ਦੇ ਵਿੱਚ ਵਿਚਰੂਗੀ, ਕਿਉਂਕਿ ਜੋ ਅਸੀਂ ਵਿਜ਼ਨ ਲੈ ਕੇ ਤੁਰੇ ਹਾਂ ਉਹਨੂੰ ਅਸੀਂ ਅਮਲੀ ਰੂਪ ਲਿਆਉਣਾ ਗਾ। ਉਹਦੇ ਵਿੱਚ ਸਭ ਤੋਂ ਮੁੱਖ ਗੱਲ ਇਹ ਹੈ ਕਿ ਤੁਸੀਂ ਸਿੱਖ ਨਜ਼ਰੀਆ ਜਦੋਂ ਲੈ ਕੇ ਤੁਰੋਗੇ, ਤੁਹਾਡੀ ਅਸਲ ਪਰਸਨੈਲਿਟੀ ਤੁਰੂਗੀ, ਫਿਰ ਤੁਹਾਡੇ ਨਾਲ ਸਾਰੀਆਂ ਜਿਹੜੀਆਂ ਸਫਲਤਾਵਾਂ ਨੇ ਉਹ ਤੋਂ, ਜਿਸ ਤਰ੍ਹਾਂ ਸਰਦਾਰ ਅਜਮੇਰ ਸਿੰਘ ਕਹਿੰਦੇ ਹੁੰਦੇ ਵੀ ਉਹ ਤਾਂ ਗਲੀਆਂ ਚ ਰੋਲਦੀਆਂ ਫਿਰਦੀਆਂ ਹੁੰਦੀਆਂ ਨੇ, ਉਹਨਾਂ ਨੇ ਤੁਹਾਡੇ ਪਿੱਛੇ ਲੱਗ ਜਾਣਾ ਗਾ। ਸਫਲਤਾਵਾਂ ਕੋਈ ਵੱਡੀ ਗੱਲ ਨਹੀਂ ਹੁੰਦੀ, ਮੇਨ ਗੱਡੀ ਗੱਲ ਤੁਹਾਡਾ ਜਿਹੜਾ ਮਨਸ਼ਾ ਅਤੇ ਤੁਹਾਡਾ ਨਜ਼ਰੀਆ ਉਹ ਤੁਹਾਡਾ ਉਹੀ ਹੋਣਾ ਚਾਹੀਦਾ। ਸੋ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਹਦੇ ਅੱਜ ਲੰਬੇ ਪ੍ਰੋਗਰਾਮ ਤੱਕ ਜੁੜੇ। 1.5 ਘੰਟਾ ਆਪਾਂ ਜ਼ਿਆਦਾ ਗੱਲਬਾਤ ਕੀ, 10 ਵਜੇ ਫਿਨਿਸ਼ ਕਰਦੇ ਹੁੰਦੇ ਹਾਂ, ਤੇ ਇਸ ਪ੍ਰੋਗਰਾਮ ਦਾ ਰਿਪੀਟ ਆ ਜਿਹੜਾ ਉਹ ਤੁਸੀਂ ਮੁੜ ਪ੍ਰਸਾਰਨ ਦਾ ਸੁਣ ਸਕਦੇ ਹੋ ਸ਼ਾਮ ਨੂੰ 8:30 ਦੇ ਉੱਤੇ ਪਲੋ ਪਲੋਰੇ ਕੀਰਤਨੀਆਂ
ਜਿਹੜਾ ਪ੍ਰੋਗਰਾਮ ਆ ਸਾਢੇ ਸੱਤ ਵਜੇ ਗੁਰਪ੍ਰੀਤ ਸਿੰਘ ਲੈ ਕੇ ਸ਼ਾਮਲ ਹੋਣਗੇ। ਸਰਦਾਰ ਰਣਜੀਤ ਸਿੰਘ ਸ਼ੇਰਗਿੱਲ ਹੋਰਾਂ ਨੇ ਮੈਨੂੰ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਹੋਰਾਂ ਦੀ ਹਿਸਟਰੀ ਭੇਜੀ ਆ, ਜਿੱਥੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਉਹਨਾਂ ਦੇ ਨਾਲ ਅਸੀਂ ਸਾਂਝੀ ਜ਼ਰੂਰ ਕਰਾਂਗੇ। ਸੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਬੜਾ ਵਧੀਆ ਲੱਗਿਆ। ਸੋ ਅੱਜ ਸ਼ਾਮ ਨੂੰ ਵੀ ਆਪਾਂ ਦੁਬਾਰਾ ਫਿਰ ਕ੍ਰੀਕੀ ਬਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਮਿਲਣਾ ਗਾ। ਉੱਥੇ ਵੀ ਸਾਰੇ ਸਰੋਤਿਆਂ ਨੂੰ ਬੇਨਤੀ ਹੈ, ਤੁਸੀਂ ਇਨਫੋਰਮੇਸ਼ਨ ਪੋਸਟ ਤੋਂ ਲੈ ਚੁੱਕੇ ਹੋਵੋਗੇ ਜਿਹੜਾ ਫੇਸਬੁੱਕ ਦੇ ਉੱਤੇ ਅਸੀਂ ਪਾਇਆ ਸੀ। ਫਿਰ ਵੀ ਕਿਸੇ ਨੂੰ ਇਨਫੋਰਮੇਸ਼ਨ ਹੋਰ ਲੈਣੀ ਹੋਵੇ ਉਹ ਸਾਨੂੰ ਮੈਸੇਜ ਕਰ ਸਕਦਾ, ਉਹ ਤੋਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ। ਪਰ ਬਹੁਤ ਬਹੁਤ ਧੰਨਵਾਦ ਜੀ, ਖੁਦ ਇੰਸਪੀਰੇਸ਼ਨ ਬਹੁਤ ਮਿਲੀ ਤੇ ਮੇਰੇ ਨੂੰ ਜ਼ਿਆਦਾ ਹੋਰਾਂ ਨੂੰ ਮਿਲੇ ਹੋ ਜਿਹੜੇ ਸਾਰੇ ਗੱਲਾਂ ਆਪਣੀਆਂ ਧਿਆਨ ਦੇ ਨਾਲ ਸੁਣ ਰਹੇ ਸਨ। ਜੀ ਜੀ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।